ਪ੍ਰੀਤ ਪੁੱਤਾ ਮੈਨੂੰ ਚਾਹ ਦੀ ਕੁੱਟ ਬਣਾ ਦਿੰਦੀ? ਮੰਮੀ ਬਣਾ ਲਓ ਤੁਸੀਂ। ਐ ਕਾਹਨੂੰ ਕਰਦੀਆਂ ਪੁੱਤ, ਇਹ ਫੇਰ ਲਿਖ ਚਿੱਲੀ ਫੋਟੋਆਂ ਜੀਆਂ। ਮੰਮੀ ਪਹਿਲਾਂ ਮੈਂ ਰੋਜ਼ ਹੀ ਚਾਹ ਬਣਾਉਂਦੀ ਹਾਂ। ਨਹੀਂ ਰੋਜ਼ ਤਾਂ ਨਹੀਂ ਬਣਾਉਂਦੀ, ਮੈਂ ਤੈਨੂੰ ਐਂ ਕਹਿੰਦੀ ਹਾਂ ਇਹਨਾਂ ਨੂੰ ਸ਼ੱਕ ਨਾ ਪੈ ਜੇ ਵੀ ਤੈਨੂੰ ਮੈਂ ਕਿਹਾ ਹੋਇਆ ਵੀ ਕੰਮ ਨਾ ਕਰਿਆ ਕਰ। ਫਿਰ ਪਈ ਜਾਵੇ ਮੰਮੀ, ਮੈਂ ਤਾਂ ਤੁਹਾਡੇ ਨਾਲ ਗੱਲ ਖੋਲੀ ਸੀ ਨਾ, ਹੁਣ ਜੇ ਮੇਰਾ ਕਸੂਰ ਥੋੜ੍ਹੀ ਆ, ਤੁਸੀਂ ਦੱਸ ਦਿੰਦੇ ਅਗਲੇ ਨੂੰ ਪਹਿਲੀ, ਫਿਰ ਨਾ ਲੈਂਦੇ ਉਹਦਾ ਰਿਸ਼ਤਾ। ਨਾ ਪੁੱਤ ਐਂ ਨਾ ਕਰਿਆ ਕਰ, ਕਿੱਡੀ ਕੁ ਗੱਲ ਲੱਗੀ, ਕਿਹੜਾ ਚੁੱਲ੍ਹੇ ਚੱਕ। ਬਹੁਤ ਵੱਡੀ ਗੱਲ ਹੈ ਮੰਮੀ, ਤੁਹਾਨੂੰ ਪਤਾ ਮੈਂ ਪਿੱਛੋਂ ਕਿੰਨੇ ਤਕੜੇ ਘਰ ਤੋਂ ਆਉਂਗੀ, ਤੇ ਨਾਲੇ ਮੇਰੇ ਨਾਮ ਜ਼ਮੀਨ ਵੀ ਆਉਂਦੀ ਆ। ਉਹ ਤਾਂ ਨਾ ਮੁੰਡਾ ਸਿਆਣਾ ਸੀਗਾ ਤਾਂ ਕਰਕੇ ਮੈਂ ਰਿਸ਼ਤਾ ਕਰਵਾ ਲਿਆ, ਨਹੀਂ ਆਹ ਕੰਮਾਂ ਕੁੰਮਾਂ ਨੂੰ ਦੇਖ ਕੇ ਮੈਂ ਰਿਸ਼ਤਾ ਨਹੀਂ ਕਰਵਾਇਆ। ਇਹ ਗੱਲ ਮੈਂ ਪਹਿਲੀ ਖੋਲੀ ਸੀ ਵੀ ਮੈਂ ਕੰਮ ਬਈ ਕੋਈ ਨਹੀਂ ਕਰਦੀ। ਪੁੱਤ ਕਿਹੜਾ ਚੁੱਲ੍ਹੇ 'ਚ ਅੱਗ ਮਚਾਉਣੀ ਹੈਗੀ, ਗੈਸ 'ਤੇ ਧਰਨੀ ਹੈ। ਕੁਛ ਮਰਜ਼ੀ ਹੋਵੇ ਉਹਨੂੰ ਕਹਿ ਦਿਓ, ਨਾਲੇ ਉਹ ਕਿੱਥੇ ਹੈਗੀ, ਦਿਖੀ ਨਹੀਂ ਸਵੇਰ ਦੀ। ਉਹ ਤਾਂ ਸਵੇਰ ਦੀ ਉੱਠੀ ਨਹੀਂ, ਪਤਾ ਨਹੀਂ ਕੁਛ ਦੁਖਦਾ ਹੋਊਗਾ, ਪਈ ਆ ਉਹ ਤਾਂ ਕੋਈ ਦੁਖਦਾ ਕਾਹਨੂੰ ਹੋਊਗਾ ਮੰਮੀ, ਰੋਜ਼ ਦਾ ਉਹ ਤਾਂ ਇਹੀ ਕੰਮ ਹੈਗਾ, ਤੁਹਾਨੂੰ ਪਤਾ ਨਹੀਂ ਬਹਾਨਾ ਲਾ ਕੇ ਬੈਠੀ ਹੋਊਗੀ। ਤੇ ਨਾਲੇ ਮੇਰੀ ਗੱਲ ਸੁਣੋ, ਇਹ ਆਪ ਲਿਆਂਦੀ ਕਾਹਦੇ ਖਾਤਰ ਸੀਗੀ? ਲਿਆਂਦੀ ਤਾਂ ਕੰਮ ਵਾਸਤੇ ਸੀ, ਫਿਰ ਤਾਈਓ ਤਾਂ ਗਰੀਬ ਘਰ ਦੀ ਲੈ ਲਈ। ਹਾਂ ਵੀ ਚੱਲ ਕੰਮ ਤਾਂ ਕਰੂਗੀ ਘਰ ਦਾ, ਕਰਨਾ ਹੀ ਪਊਗਾ ਜਦੋਂ ਕੁਛ ਲੈ ਕੇ ਤਾਈ ਨੀ। ਹਾਂ ਪੁੱਤ ਹੁਣ ਮੈਂ ਇੰਨਾ ਕੁਛ ਲੈ ਕੇ ਆਈ ਹਾਂ, ਹੁਣ ਮੈਂ ਕੰਮ ਕਰਨ ਖਾਤਰ ਥੋੜੀ ਲੈ ਕੇ ਆਈ ਹਾਂ। ਉਹ ਸੋਚਿਆ ਤਾਂ ਪੁੱਤ ਮੈਂ ਆਈ ਸੀਗਾ ਵੀ ਇਹ ਕੰਮ ਕਰ ਲਿਆ ਕਰੂਗੀ, ਇਹ ਮੇਰੀ ਨੂੰ ਦਾਜ ਲਈ ਆ, ਨਾਲੇ ਇਹਦੇ ਕੋਲ ਜ਼ਮੀਨ ਹੈ ਵੀ ਇਹਨੂੰ ਮੈਂ ਮੌਜ ਨਾਲ ਬਿਠਾ ਕੇ ਰੱਖਿਆ ਕਰੂੰਗੀ, ਪਰ ਮੇਰੀ ਮਜਬੂਰੀ ਬਣ ਗਈ ਪੁੱਤ। ਮੈਂ ਤੈਨੂੰ ਐਂ ਕਹਿੰਦੀ ਹਾਂ ਵੀ ਆਪਣੇ ਤੋਂ ਸ਼ੱਕ ਨਾ ਕਰ ਲੈਣ ਵੀ ਇਹਨਾਂ ਦੇ ਇੱਕੋ। ਮੈਨੂੰ ਕੋਈ ਚੱਕਰ ਨਹੀਂ ਮੰਮੀ, ਜੇ ਕੋਈ ਸ਼ੱਕ ਕਰਦੇ ਤਾਂ ਕਰ ਲੇ, ਮੈਂ ਆਪਦੀ ਜ਼ਮੀਨ ਅੱਡ ਲੈ ਕੇ ਬਹਿ ਜੂੰਗੀ। ਨਾ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ, ਐਂ ਨਾ ਕਰੀ। ਹਾਂ ਨਾ ਪੁੱਤ ਸਾਨੂੰ ਛੱਡ ਕੇ ਦੂਰ ਨਾ ਹੋਈ, ਚੰਗਾ ਚੱਲ ਕੋਈ ਨੀ, ਮੈਂ ਉਹਨੂੰ ਉਠਾਓ ਜਾ ਕੇ ਠਾਉਣੀ, ਨਾਲੇ ਕਹਿੰਦੇ ਕੰਮ ਕੁੰਮ ਕਰ, ਭੁੱਖ ਲੱਗੀ ਪਈ, ਇੰਨਾ ਟਾਈਮ ਹੋ ਗਿਆ ਰੋਟੀ ਖਾਣੀ ਆ ਮੈਂ। ਕੋਈ ਨਾ ਕੋਈ ਨਾ, ਕਹਿੰਦੀ ਉਹਨੂੰ ਮੈਂ। ਵੀਡੀਓ ਖਰਾਬ ਕਰਤੀ ਸਾਰੀ ਮੇਰੀ। ਮਹਾਰਾਣੀ ਮੌਜ ਨਾਲ ਬੈਠੀ ਹੈ, ਤੈਨੂੰ ਪਤਾ ਨਹੀਂ ਸੀ ਕੰਮ ਕਰਨ ਵਾਲਾ ਪਿਆਗਾ? ਨਹੀਂ ਮੰਮੀ ਮੈਂ ਕੰਮ ਤਾਂ ਕਰਤੇ ਸੀ, ਉਹ ਮੈਨੂੰ ਬੁਖਾਰ ਜਿਹਾ ਬੜਾ ਹੋ ਰਿਹਾ ਸੀ ਅੱਜ ਤਾਂ ਬੈਠੀ ਸੀ। ਨਹੀਂ ਜਾਣਦੇ ਜਾਣਦੇ ਜਿਹੜੇ ਤੂੰ ਇਹ ਬਹਾਨੇ ਲੈਂਦੀ ਆ ਨਾ, ਮੈਨੂੰ ਸਾਰਾ ਪਤਾ, ਨਾਲੇ ਨਾ ਕੱਲ ਦੀ ਚਾਦਰ ਲਾਹੀ ਹੋਈ ਆ, ਇਹ ਕਿਉਂ ਨੀ ਵਿਛਾਈ ਤੂੰ? ਉਹ ਤਾਂ ਮੰਮੀ ਮੈਂ ਧੋਤੀ ਸੀ ਚਾਦਰ ਤਾਂ ਕਰਕੇ ਵਿਛਾਈ ਨੀ ਗਈ, ਬਸ ਬੁਖਾਰ ਜਿਹਾ ਬੜਾ ਹੋ ਰਿਹਾ ਸੀ ਮੈਨੂੰ ਅੱਜ। ਨਾ ਹੋਰ ਕਿਹੜਾ ਚਾਦਰਾਂ ਨੀ ਹੈਗੀਆਂ ਘਰ ਦੇ ਵਿੱਚ, ਉਹ ਵਿਛਾਉਂਦੀ। ਚੁੱਪ ਕਰਕੇ ਨਾ ਖੜੀ ਹੋ ਕੇ ਰੋਟੀ ਬਣਾ ਲੈ, ਪਹਿਲਾਂ ਚਾਹ ਬਣਾਈ ਫਿਰ ਰੋਟੀ ਬਣਾਈ, ਅਸੀਂ ਭੁੱਖੇ ਬੈਠੇ ਆ। ਮੰਮੀ ਮੇਰਾ ਅੱਜ ਸਿਰ ਬੜਾ ਦੁਖੀ ਜਾਂਦਾ ਸੀ, ਤੁਸੀਂ ਦੀਦੀ ਨੂੰ ਕਹਿ ਦੇਣਾ ਉਹ ਕਰ ਲੈਣਗੇ ਅੱਜ ਅੱਜ। ਉਹ ਨਹੀਂ ਕਰਦੀ ਠੀਕ ਹੈ ਨਾ, ਉਹਦੇ ਨਾਂ ਜ਼ਮੀਨ ਹੈ, ਨਾਲੇ ਅਗਲੀ ਦਾਜ ਲਈ ਹੈ, ਤੈਨੂੰ ਕਦੇ ਵਾਸਤੇ ਲਿਆਂਦਾ? ਪਹਿਲਾਂ ਇਹ ਗੱਲ ਕਰਨੀ ਸੀ ਵੀ ਘਰ ਦਾ ਸਾਰਾ ਕੰਮ ਕਰਨਾ ਪਊਗਾ, ਉਹਦਾ ਚਿੱਤ ਮੰਨਿਆ ਕਰੇ, ਚਿੱਤ ਮੰਨਦਾ ਜਮਾਂ ਨਹੀਂ ਕਰਦੀ। ਮੰਮੀ ਫਿਰ ਕੀ ਹੋ ਗਿਆ, ਜੇ ਮੈਂ ਰੋਜ਼ ਹੀ ਕਰਦੀ ਹਾਂ ਜੱਜ ਕਰ ਲੈਣਗੇ ਫਿਰ ਕੀ ਹੋ ਜਾਊਗਾ? ਤੂੰ ਕਹਿ ਦੇ ਉਹਨੂੰ ਕੰਮ ਕਰ ਲੂਗੀ, ਮੈਂ ਤਾਂ ਕਹਿੰਦੀ ਨਹੀਂ, ਮੈਂ ਤਾਂ ਕਿਹਾ ਸੀ ਅਗਲੀ ਜਵਾਬ ਦੇਗੀ ਵੀ ਉਸੇ ਤੋਂ ਕਰਾ ਲੈ। ਮੰਮੀ ਮੈਂ ਰੋਜ਼ ਹੀ ਕਰਦੀ ਹਾਂ, ਮੇਰਾ ਸਿਰ ਅੱਜ ਬਾਲਾ ਦੁਖੀ ਜਾਂਦਾ ਸੀ, ਅੱਜ ਮੈਥੋਂ ਨਹੀਂ ਹੁੰਦਾ। ਜੇ ਤੇਰਾ ਸਿਰ ਦੁਖਦਾ ਨਾ ਚੁੱਪ ਕਰਕੇ ਗੋਲੀ ਲੈ ਕੇ ਨਾ ਕੰਮ ਕਰ ਲੈ, ਛੇਤੀ ਆ ਜੇ। ਕੋਈ ਗੱਲ ਨਹੀਂ ਮੰਮੀ ਕਰ ਲੈਂਦੀ ਹਾਂ। ਹਾਂ ਦੱਸ ਫਿਰ ਕੀ ਹੁੰਦਾ ਸੀ ਅੱਜ ਅੱਜ ਦੀਦੀ ਕਰ ਲੈਂਦੇ ਕੰਮ, ਕਿੰਨਾ ਸੁਣਾ ਕੇ ਗਏ ਆ ਮੰਮੀ ਵੀ। ਦੀਦੀ ਹਾਂਜੀ ਦੀਦੀ ਐ ਕਰਿਓ ਮੇਰੇ ਲਈ ਨਾ ਬਲੈਕ ਟੀ ਬਣਾ ਕੇ ਲਿਆ ਦਿਓ ਪਹਿਲਾਂ, ਤੇ ਚਾਹ ਬਾਅਦ ਚ ਬਣਾ ਲਿਓ। ਦੀਦੀ ਅੱਜ ਨਾ ਮੈਂ ਬਿਮਾਰ ਵਾਲੀ ਹੋ ਰਹੀ ਹਾਂ, ਜੇ ਤੁਸੀਂ ਆਪ ਬਣਾ ਲੈਂਦੇ ਬਲੈਕ ਟੀ ਤਾਂ। ਪਹਿਲਾਂ ਮੈਂ ਆਪੇ ਬਣਾਉਂਦੀ ਹਾਂ ਰੋਜ਼, ਜੋ ਤੁਹਾਨੂੰ ਚੰਗਾ ਭਲਾ ਪਤਾ ਹੈ ਵੀ ਮੈਂ ਤੁਹਾਡੇ ਹੱਥ ਦੀ ਪੀਨੀ ਆ।
ਦੀਦੀ ਉਹ ਤਾਂ ਮੈਨੂੰ ਪਤਾ ਪਰ ਅੱਜ ਮੈਂ ਬਿਮਾਰ ਵਾਲੀ ਹੋ ਰਹੀ ਸੀ। ਕੋਈ ਚੱਕਰ ਨਹੀਂ, ਬਿਮਾਰ ਕੀ ਹੋ ਗਿਆ, ਗੋਲੀ ਦੇ ਦੂੰਗੀ ਮੈਂ ਤੁਹਾਨੂੰ। ਉਹ ਤਾਂ ਠੀਕ ਆ ਦੀਦੀ, ਦਵਾਈ ਤਾਂ ਮੈਂ ਆਪ ਲੈ ਲੂੰਗੀ, ਪਰ ਅੱਜ ਜੇ ਤੁਸੀਂ ਖੁਦ ਕਰ ਲੈਂਦੇ ਫਿਰ ਕੀ ਹੋਜੂਗਾ। ਐਵੇਂ ਨਾ ਜਾਣ ਜਾਣ ਕੇ ਬਹਾਨੇ ਜੇ ਨਾ ਮਾਰਿਆ ਕਰੋ, ਮੈਨੂੰ ਬੋਲਣ ਤੇ ਮਜਬੂਰ ਕਰਦੇ ਹੋ। ਜੋ ਤੁਹਾਨੂੰ ਚੰਗਾ ਭਲਾ ਪਤਾ ਵੀ ਮੈਂ ਕੰਮ ਨਹੀਂ ਕਰਦੀ ਹੈਗੀ ਕੋਈ ਤਾਂ ਫਿਰ ਨਹੀਂ ਕਰਦੀ। ਕੋਈ ਜਿੱਦਬਾਜ਼ੀ ਆ, ਜਾਣ ਜਾਣ ਕੇ ਜਿੱਦਬਾਜ਼ੀਆਂ ਕਰਦੇ ਹੋ ਮੇਰੇ ਨਾਲ। ਦੀਦੀ ਤੁਸੀਂ ਰੋਜ਼ ਕੰਮ ਨਹੀਂ ਕਰਦੇ ਹੋ ਤਾਂ ਠੀਕ ਆ, ਪਰ ਅੱਜ ਮੈਂ ਬਿਮਾਰ ਹੋ ਰਹੀ ਹਾਂ, ਅੱਜ ਤਾਂ ਕਰ ਲੈਂਦੇ ਫਿਰ ਕਿੱਡੀ ਗੱਲ ਸੀ। ਮੈਂ ਨਾ ਜ਼ਮੀਨ ਪੇਕਿਆਂ ਤੋਂ ਆ ਕੰਮ ਕਰਨ ਖਾਤਰ ਨਹੀਂ ਲੈ ਕੇ ਆਈ, ਠੀਕ ਆ। ਰੋਜ਼ ਰੋਜ਼ ਇੱਕੋ ਗੱਲ ਬਾਰ ਬਾਰ ਰਿਪੀਟ ਕਰਵਾਉਂਦੇ ਹੋ ਮੇਰੇ ਤੋਂ, ਫਿਰ ਇਹ 'ਚ ਮੇਰਾ ਕੀ ਕਸੂਰ ਹੈ? ਕਸੂਰ ਤੁਹਾਡਾ ਹੀ ਆ, ਜੇ ਤੁਹਾਡੇ ਨਾਮ ਜ਼ਮੀਨ ਆਉਂਦੀ ਹੁੰਦੀ ਨਾ ਤੁਹਾਨੂੰ ਇੱਥੇ ਧੱਕੇ ਨਹੀਂ ਖਾਣੇ ਪੈਂਦੇ ਸੀਗੇ। ਦੀ ਤੁਸੀਂ ਜ਼ਮੀਨ ਨੂੰ ਕੇ ਵਿੱਚ ਲੈ ਕੇ ਆਉਂਦੇ ਹੋ, ਨਾਲੇ ਵਿਆਹ ਵੀ ਤਾਂ ਕਰਵਾਉਂਦਾ ਅਗਲਾ ਵੀ ਕੰਮ ਕਰੇ। ਅੱਛਾ, ਮੈਂ ਤਾਂ ਕੋਈ ਵਿਆਹ ਨਹੀਂ ਕਰਵਾਇਆ ਕੰਮ ਕਰਨ ਖਾਤਰ, ਤੂੰ ਕਰਵਾਇਆ ਹੋਣਾ, ਤੂੰ ਕਰ ਲੈ ਜਾ ਕੇ। ਚਲੋ ਕੋਈ ਗੱਲ ਨਹੀਂ ਦੀਦੀ, ਐਵੇਂ ਗੁੱਸੇ ਕਾਹਤੋਂ ਹੁੰਦੇ ਹੋ, ਮੈਂ ਤਾਂ ਵੈਸੇ ਹੀ ਕਿਹਾ ਸੀ। ਜੋ ਤੈਨੂੰ ਪਤਾ ਹੀ ਆ ਵੀ ਮੈਂ ਕੰਮ ਨਹੀਂ ਕਰਦੀ ਹੈਗੀ, ਫਿਰ ਕਿਉਂ ਬਾਰ ਬਾਰ ਮੇਰੇ ਸਰਾਣੇ ਕੇ ਖੜਦੀ ਹੁੰਦੀ ਆ? ਜੋ ਜਾ ਕੇ ਕੰਮ ਕਰ ਲਾ। ਕੋਈ ਗੱਲ ਨਹੀਂ ਦੀਦੀ, ਬਣਾ ਦਿੰਦੀ ਹਾਂ ਤੁਹਾਨੂੰ ਚਾਹ। ਗਵਾਰ ਜੀ, ਰੋਜ਼ ਸਿਰ ਤੇ ਆ ਕੇ ਖੜ ਜਾਂਦੀ ਆ ਵੀ ਤਾਂ ਪਹਿਲਾਂ ਮੈਂ ਆਪੇ ਰੋਜ਼ ਬਣਾ ਕੇ ਪੈਂਦੀ ਹਾਂ। ਜੋ ਚੰਗਾ ਭਲਾ ਪਤਾ ਹੈ ਬਈ ਤੂੰ ਬਣਾਉਣੀ ਹੈ ਤਾਂ ਬਣਾਉਣੀ ਹੈ, ਰੋਜ਼ ਐਵੇਂ ਪਖੰਡਬਾਜ਼ੀਆਂ ਉੱਪਰ ਸਿਰ ਬੰਨੀ ਫਿਰਦੀ ਆ ਜਿਵੇਂ ਗੋਲੀ ਵੱਜੀ ਹੁੰਦੀ ਹੈ ਇਹਨੂੰ। ਕਣਕ ਤਾਂ ਆਈ ਪਈ ਆ ਪੂਰੀ, ਬਸ ਹੁਣ ਇਹ ਵੀ ਤਿਆਰੀ ਕਰਦੇ ਹਾਂ, ਵੱਢ ਲਈਏ। ਇਹ ਮੀਂਹ ਕਣੀ ਦਾ ਕੀ ਪਤਾ ਕਦੋਂ ਆ ਜੀ, ਅੱਜ ਤਾਂ ਥੱਕ ਕੇ ਜਮਾ। ਉਹਦੇ ਅਸੀਂ ਹਾਂਜੀ ਡੈਡੀ, ਰੋਟੀ ਬਣਾ ਲਈ ਪੁੱਤ? ਰੋਟੀ ਕਿੱਥੇ ਡੈਡੀ, ਹਲੇ ਚਾਹ ਬਣਾਉਂਦੀ ਸੀ। ਭਾਈ ਚਾਹ, ਇਹ ਕਿਹੜੇ ਟਾਈਮ ਦੀ ਚਾਹ ਭਾਈ? ਉਹ ਅੱਜ ਡੈਡੀ ਮੈਂ ਬਿਮਾਰ ਹੋ ਰਹੀ ਸੀ, ਸਰਜਾ ਵਾਲਾ ਦੁਖੀ ਜਾਂਦਾ ਸੀ, ਬੁਖਾਰ ਹੋਇਆ ਪਿਆ ਸੀ ਰਾਤ ਦਾ, ਤੇ ਅੱਜ ਸਾਰੇ ਕੰਮ ਐਵੇਂ ਪਏ ਨੇ, ਨਹੀਂ ਤਾਂ ਕਦੋਂ ਦੀ ਨਿਬੇੜ ਦਿੰਦੀ ਕੰਮ। ਉਹ ਭਾਈ ਤੂੰ ਆਰਾਮ ਕਰ ਲੈਣਾ, ਫਿਰ ਉਹਨੂੰ ਛੋਟੀ ਨੂੰ ਕਹਿਣਾ ਸੀ ਪ੍ਰੀਤ ਨੂੰ, ਵੀ ਰੋਟੀ ਉਹ ਬਣਾ ਦਿੰਦੀ। ਪੁੱਛੋ ਨਾ ਡੈਡੀ, ਬਸ ਮੈਂ ਖੁਦ ਕਰ ਲੂੰਗੀ ਡੈਡੀ। ਉਹ ਪੁੱਤ ਤੂੰ ਖੁਦ ਕਿਉਂ ਕਰ ਲਏਗਾ, ਐ ਹੁਣ ਜਦੋਂ ਤੂੰ ਬਿਮਾਰ ਹੈ, ਤੂੰ ਆਰਾਮ ਕਰਨਾ ਸੀ, ਉਹਨੂੰ ਕਹਿਣਾ ਸੀ ਵੀ ਰੋਟੀ ਬਣਾ ਦੇ। ਡੈਡੀ ਕਿਹਾ ਸੀ, ਉਹ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਹੈਗੀ। ਕਿਉਂ ਭਾਈ, ਕੀ ਗੱਲ, ਪੈਰ ਤੇ ਪਾਣੀ ਕਿਉਂ ਨਹੀਂ ਪੈਣ ਦਿੰਦੀ? ਜ਼ਮੀਨ ਦਾ ਰੋਵ ਜਿਹੜਾ ਮਾਰਦੀ ਹੈ ਡੈਡੀ। ਉਹ ਭਾਈ ਜ਼ਮੀਨ ਉਹਦੇ ਨਾਂ ਹੈ, ਆਪਾਂ ਨੂੰ ਉਹਦਾ ਕੋਈ ਭਾਅ ਨਹੀਂ ਹੈਗਾ ਤੈਨੂੰ ਮੈਂ ਦੱਸਣ ਵਾਲੇ, ਠੀਕ ਹੈ। ਮੈਨੂੰ ਇਸ ਘਰ 'ਚ ਮੇਰੀ ਨੂੰ ਤੂੰ ਵੀ ਉਹੀ ਜਿਹੀ ਹੈ ਅਤੇ ਉਹ ਵੀ ਉਹੀ ਜਿਹੀ ਹੈ, ਕੰਮ ਦੋਨੋਂ ਨੂੰ ਇੱਕੋ ਜਿਹਾ ਚਾਹੀਦਾ। ਇਹ ਕੀ ਹੋਇਆ ਵੀ ਤੈਨੂੰ ਮਾਰੀ ਜਾਵੇ ਅਤੇ ਆਪ ਵਿਹਲੀ ਬੈਠੀ ਰਹੇ? ਕੋਈ ਗੱਲ ਨਹੀਂ ਡੈਡੀ, ਮੈਂ ਆਪੇ ਬਣਾ ਲੂੰਗੀ ਚਾਹ, ਐਵੇਂ ਨਾ ਬਸ ਗੱਲ ਵਧਾਓ। ਗੱਲ ਵਧਾਉਣ ਦੀ ਗੱਲ ਨਹੀਂ ਜੱਸੀ, ਮੈਨੂੰ ਭਾਈ ਜਦੋਂ ਤੁਸੀਂ ਦੋਨੇ ਇੱਕੋ ਜਿਹੇ ਹਾਂ, ਮੈਨੂੰ ਤਾਂ ਇੱਕੋ ਜਿਹਾ ਕੰਮ ਚਾਹੀਦਾ, ਅਤੇ ਪਰ ਨਾ ਜਿਹੜੀ ਤੇਰੀ ਸੱਸ ਹੈ, ਮੈਨੂੰ ਇਹਦੇ ਨਾਲ ਸਤਰਾਉਲ ਕਰਨੀ ਪਊ ਇਹਦੀ। ਇਹ ਉਹਦਾ ਪੱਖ ਜਿਹਾ ਬਾਹਲਾ ਲੈਂਦੀ ਹੈ, ਲੱਗੀ ਸੀ ਉਹਦਾ ਕਰਨ, ਜ਼ਮੀਨ ਵਾਲੀ ਹੈ, ਜ਼ਮੀਨ ਵਾਲੀ ਹੈ, ਇਹਦਾ ਮਤਲਬ ਇਹ ਥੋੜ੍ਹੀ ਕੰਮ ਹੀ ਨਾ ਕਰੇ ਤੇ ਜ਼ਮੀਨ ਵਾਲੀ ਹੈ ਤਾਂ। ਨਾਲੇ ਹੁਣ ਮੈਂ ਕਰਦਾ ਜਾ ਕੇ ਅੰਦਰ ਗੱਲ, ਨਾਲੇ ਉਹਦੀ ਤੇਰੀ ਸੱਸ ਦੀ ਲਾਉਣਾ ਕਲਾਸ ਵੀ ਤੂੰ ਉਹਨੂੰ ਮਾਰਨਾ ਜਵਾਕੜੀ ਨੂੰ। ਨਹੀਂ ਡੈਡੀ, ਤੁਸੀਂ ਐਵੇਂ ਨਾ ਗੱਲ ਵਧਾਓ, ਮੈਂ ਬਣਾ ਲੂੰਗੀ ਚਾਹ, ਫਿਰ ਕਿੱਡੀ ਗੱਲ ਹੈ। ਉਹ ਪੁੱਤ ਕਿੰਨੇ ਕੁ ਦਿਨ ਇਸ ਨੋਟ ਬਰਦਾਸ਼ਤ ਕਰੇਗੀ ਤੂੰ, ਕਿੰਨੇ ਕੁ ਦਿਨ? ਮੈਨੂੰ ਕਰਨ ਦੇ ਗੱਲ, ਤੂੰ ਮੈਂ ਕਰਦਾ ਜਾ ਕੇ ਗੱਲ। ਲੈ ਇਹ ਆਪ ਵੀ ਲੰਮੀਆਂ ਤਾਣੀ ਪਈ ਆ। ਉਹ ਕੁਲਦੀਪ, ਹਾਂ ਖੜੀ ਹੋ ਯਾਰ, ਕਿਉਂ ਕੀ ਹੋ ਗਿਆ? ਹੋਣਾ ਕੀ ਹੈ? ਹਾਂ ਉਹ ਵੱਡੀ ਵਿਚਾਰੀ ਬਿਮਾਰ ਹੈ ਜੱਸੀ, ਉਹਨੂੰ ਤੁਸੀਂ ਕੰਮ ਤੇ ਲਾ ਰੱਖਿਆ, ਤੁਹਾਨੂੰ ਸ਼ਰਮਸੰਗ ਹੈਗੀ ਹੈ ਕਿ ਨਾ ਮਾੜੀ ਮੋਟੀ? ਕਿਉਂ ਲੱਸੀ ਹੋ ਗਈ ਉਹ ਕੰਮ ਕਰਦੀ? ਕਿਉਂ ਲੱਸੀ ਕਿਉਂ ਹੋ ਗਈ? ਉਹ ਬਿਮਾਰ ਹੈ, ਤੁਸੀਂ ਉਹਨੂੰ ਬਿਮਾਰ ਨੂੰ ਵੀ ਕੰਮ ਤੇ ਲਾਓਗੇ? ਗੋਲੀ ਗੋਲੀ ਲੈ ਲੈ। ਗੋਲੀ ਲੈ ਲੈ ਤਾਂ ਕੀ ਗੱਲ, ਛੋਟੀ ਨੂੰ ਨਹੀਂ ਕਹਿ ਸਕਦੀ ਜਿਹੜੀ ਤੂੰ ਸੇੜ ਸੇੜੀ ਹੈ? ਛੋਟੀ ਅਗਲੀ ਨਹੀਂ ਕਰਦੀ ਕੰਮ। ਕਿਉਂ ਨਹੀਂ ਕਰਦੀ? ਪਹਿਲਾਂ ਅਗਲੇ ਨੇ ਕਾਰਮਿਆ ਸੀ ਵੀ ਮੈਂ ਤਾਂ ਭਾਈ ਕੰਮ ਕਰਦੀ ਨਹੀਂ। ਤੈਨੂੰ ਮੈਂ ਦੱਸਦਾ, ਕਾਰਮਿਆ ਅਗਲੇ ਨੇ ਤੇਰੇ ਨਾਲ ਹੋਊ, ਤੂੰ ਕੋਈ ਗੱਲ ਕਰੀ ਹੋਊ ਮੇਰੇ ਨਾਲ ਨਹੀਂ ਅਗਲੇ ਨੇ ਕਾਰਮਿਆ ਕੀਤੀ ਉਹਨੇ ਵੀ ਮੈਂ ਜ਼ਮੀਨ ਦੇ ਕੰਮ ਕਰਦੀ। ਉਹ ਐਂ ਕਹਿੰਦੀ ਸੀ ਮੇਰੇ ਕੋਲੇ ਜ਼ਮੀਨ ਜਾਇਦਾਦ ਹੈ, ਮੈਂ ਆਪਦੀ ਮਰਜ਼ੀ ਨਾਲ ਸਾਰਾ ਕੰਮ ਕਰੂੰਗੀ। ਨਾ ਤੂੰ ਉਹਦੀ ਜ਼ਮੀਨ ਸਿਰ ਤੇ ਧਰ ਕੇ ਲੈ ਕੇ ਜਾਏਂਗੀ, ਨਾਲੇ ਜ਼ਮੀਨ ਦਾ ਆਪਾਂ ਨੂੰ ਕੀ ਪਾ, ਜ਼ਮੀਨ ਉਹਦੇ ਨਾਂ ਹੈ, ਆਪਣਾ ਕੀ ਮਤਲਬ?
ਮੇਰੀ ਗੱਲ ਸੁਣ ਕਾਮਲਿਆ ਲੋਕਾ, ਜ਼ਮੀਨ ਆਪਣੇ ਕੋਲ ਹੀ ਆਊਗੀ, ਆਪਣੇ ਘਰ 'ਚ ਆਊ, ਆਪਣੇ ਮੁੰਡੇ ਦੇ ਕੰਮ ਆਊ। ਤੂੰ ਨਾ ਜ਼ਮੀਨ ਦੇ ਲਾਲਚ 'ਚ ਆ ਕੇ ਨਾ ਉਹਨੂੰ ਵਿਚਾਰੀ ਨੂੰ ਵੱਡੀ ਨੂੰ ਨਾ ਮਾਰ, ਤੈਨੂੰ ਮੈਂ ਦੱਸਾਂ ਵੱਡੀ ਸਿਆਣੀ ਮਾਰਦੀਆਂ। ਮੇਰੀ ਗੱਲ ਸੁਣ, ਮੈਂ ਤਾਂ ਉਹਨੂੰ ਮੈਂ ਬਰਿਆ ਤਰਾ ਕੇ ਰੱਖਦੀ ਹਾਂ ਵੀ ਕਿਤੇ ਜ਼ਮੀਨ ਉਹਨਾਂ ਨੂੰ ਨਾ ਦੇ ਆਵੇ। ਕਿਹਨਾਂ ਨੂੰ ਦੇ ਦੂ ਜ਼ਮੀਨ? ਉਹ ਆਪਦੇ ਪੇਕਿਆਂ ਨੂੰ ਦੇ ਦੇ। ਪਰ ਮੈਨੂੰ ਇੱਕ ਗੱਲ ਚਾਹੀਦੀ ਆ, ਇਸ ਘਰ 'ਚ ਦੋ ਨੂੰਹਾਂ ਨੇ, ਦੋਨਾਂ ਦਾ ਕੰਮ ਬਰਾਬਰ ਚਾਹੀਦਾ, ਮੈਨੂੰ ਇੱਕੋ ਜਿਹੀਆਂ ਨੇ ਦੋਨੇ, ਮੈਂ ਨਹੀਂ ਫਰਕ ਰੱਖਦਾ ਕਿਸੇ ਨਾਲ। ਮੈਂ ਤਾਂ ਬਥੇਰਾ ਕਹਿੰਦੀ ਆ ਵੀ ਤੂੰ ਕੰਮ ਕਰ ਲਿਆ ਕਰ, ਅੱਖ ਹੀ ਨਹੀਂ ਲੱਗਦੀ, ਹੁਣ ਮੈਂ ਕੀ ਕਰਾਂ? ਉਹਨੂੰ ਨਾ ਤੂੰ ਆਪਦੇ ਤੌਰ ਤੇ ਸਮਝਾ ਦੇ, ਜੇ ਮੈਂ ਸਮਝਾਉਣ ਤੇ ਆ ਕੇ ਨਾ ਮੈਂ ਬੁਰਾ ਵੱਜੂ, ਅਗਲਾ ਕੋਈ ਸਹੁਰਾ ਨੂੰ ਬੋਲਦਾ। ਓਹੋ, ਮੈਂ ਤਾਂ ਬਹੁਤ ਕਿਹਾ ਸੀ ਵੀ ਭਾਈ ਕੰਮ ਕਰ ਲਿਆ ਕਰ ਉੱਠ ਕੇ, ਜਦੋਂ ਅੱਖ ਨਹੀਂ ਲੱਗਦੀ ਹੁਣ ਉਹ ਤਾਂ ਡੰਗ ਮਾਰਾ ਸਿਰ 'ਚ। ਮੈਂ ਨਾ ਤੈਨੂੰ ਉਦੋਂ ਕਿਹਾ ਸੀ ਵੀ ਤੂੰ ਆ ਲਾਲਚ ਜੇ 'ਚ ਨਾ, ਜੇ ਉਹ ਵਿਚਾਰੀ ਗਰੀਬ ਕਰਦੀ ਹੈ ਨਾ ਤਾਂ ਕੰਮ ਵੀ ਕਿੰਨਾ ਕਰਦੀ ਹੈ, ਆ ਜਿਹੜੀ ਤੂੰ ਸੇੜ ਸੇੜੀ ਹੈ, ਆ ਦੇਖ ਲੈ ਹੁਣੀ ਤੈਨੂੰ ਦੇਊ ਦੱਖੂ ਦਾਣੇ, ਹਜੇ ਤਾਂ ਉਹਦੇ ਨਾਲ ਸਰੀਕਾ ਕਰਦੀ ਹੈ, ਕੱਲ ਨੂੰ ਤੈਨੂੰ ਵੀ ਕੱਢੂ ਘਰੋਂ ਬਾਹਰ, ਉਦੋਂ ਦੇਖੀ ਫਿਰ। ਮੈਨੂੰ ਤਾਂ ਇਹ ਸੀਗਾ ਵੀ ਉਹਨਾਂ ਨੇ ਇਹ ਕਹਿੰਦੇ ਕਹਿੰਦੇ ਕੰਮ ਘੱਟ ਕਰਦੀ ਆ ਕਿ, ਮੈਂ ਕਿਹਾ ਹੌਲੀ ਹੌਲੀ ਲੱਗ ਜੂਗੀ, ਮੈਨੂੰ ਕੀ ਪਤਾ ਸੀ ਵੀ ਇਹ ਜਮੀ ਨਹੀਂ ਕਰਦੀ ਕੰਮ। ਮੇਰੀ ਗੱਲ ਸੁਣ, ਮੁੰਡੇ ਹੁਣ ਬਾਹਰ ਨੇ, ਮੈਂ ਐਂ ਸੋਚਦੀ ਸੀ ਵੀ ਜੇ ਪੇਕਿਆਂ ਨੂੰ ਬਾਕੀ ਕਬਾੜਾ ਖੜਾ ਹੋ ਜਾਊ, ਮੁੰਡਾ ਤਾਂ ਕਹੂ ਤੁਸੀਂ ਦਵੱਲੀ ਆ। ਇਹ ਤਾਂ ਤੇਰੀ ਸੋਚ ਹੀ ਇੱਥੋਂ ਤੱਕ ਹੈ, ਆਪਣੇ ਮੁੰਡੇ ਇਹੋ ਜਿਹੇ ਨਹੀਂ, ਉਹਨਾਂ ਨੂੰ ਜਿਵੇਂ ਮੈਂ ਸਮਝਾਊਂਗਾ ਨਾ ਉਵੇਂ ਸਮਝਣਗੇ, ਉਹ ਮੇਰੇ ਕਹਿਣੇ 'ਤੇ ਚੱਲਦੇ ਆ। ਮੁੰਡੇ ਤਾਂ ਕਹਿਣੇ 'ਤੇ ਚੱਲਦੇ ਨੇ, ਜਦੋਂ ਬਗਾਨੀਆਂ ਧੀਆਂ ਮਗਰ ਲਾ ਲੈਂਦੀਆਂ ਨਾ ਉਦੋਂ ਕਹਿਣਾ ਕਿ ਉਹਨਾਂ ਸਭ ਖਤਮ ਹੋ ਜਾਂਦਾ ਗਾ, ਕਿਹੜੇ ਕੰਮਾਂ 'ਚ ਫਿਰਦਾ ਤੂੰ ਤੁਰਿਆ, ਹੁਣ ਦੇਖ ਲੈ ਕਿਹੜਾ ਜ਼ਮਾਨਾ ਆ ਰਿਹਾ ਗਾ, ਤੂੰ ਆਪਦੇ ਜ਼ਮਾਨੇ 'ਚ ਨਾ ਤੁਰਿਆ। ਫਿਰ ਦੇਖ, ਜਦੋਂ ਤੂੰ ਇਹ ਰਿਸ਼ਤਾ ਲੈਂਦੀ ਸੀ ਨਾ ਮੈਂ ਤੈਨੂੰ ਉਦੋਂ ਟੋਕਿਆ ਸੀ ਵੀ ਨਾ ਲੈ ਨਾ ਲੈ, ਅਤੇ ਹੁਣ ਤੂੰ ਮੇਰੀ ਇੱਕ ਗੱਲ ਸੁਣ ਲੈ, ਉਦੋਂ ਹਿੰਡ ਰੱਖੀ ਹੁਣ ਤੂੰ, ਠੀਕ ਹੈ? ਹੁਣ ਮੇਰੀ ਵੀ ਇੱਕ ਗੱਲ ਧਿਆਨ ਨਾਲ ਸੁਣ ਲੈ, ਮੈਨੂੰ ਦੋਨਾਂ ਦਾ ਕੰਮ ਬਰਾਬਰ ਚਾਹੀਦਾ, ਜੇ ਮੈਨੂੰ ਕਦੇ ਐਂ ਦੱਸੇਗਾ ਨਾ ਵੀ ਇਕੱਲੀ ਵੱਡੀ ਨੂੰ ਤੁਸੀਂ ਕੰਮ 'ਤੇ ਲਾ ਰੱਖਿਆ ਅਤੇ ਉਹ ਮਹਾਰਾਣੀ ਇਕੱਲੇ ਉਹੀ ਚਲਾਈ ਜਾਵੇ ਮੋਬਾਈਲ, ਮੈਥੋਂ ਬਰਦਾਸ਼ਤ ਨਹੀਂ, ਫਿਰ ਮੈਂ ਬੋਲੂਗਾ ਫੇਰ ਨਾ ਕਹੀਂ। ਉਹ ਭਲਿਆ ਲੋਕਾ, ਮੇਰੀ ਗੱਲ ਸੁਣ ਲੈ, ਕੱਲ੍ਹ ਨੂੰ ਦੁਰ ਫਿੱਟੇ ਮੂੰਹ ਤੈਨੂੰ ਮਿਲੂਗੀ, ਮੁੰਡਾ ਆ ਕੇ ਤੈਨੂੰ ਕਹੂਗਾ ਵੀ ਮੇਰਾ ਘਰ ਖਰਾਬ ਕਰਤਾ, ਅਗਲੀ ਚੱਕੂ ਚੁੰਨੀ ਵਗ ਜੂਗੀ, ਨਾਲੇ ਤੁਹਾਡੇ 'ਤੇ ਕੇਸ ਠੋਕੂਗੀ। ਮੇਰੀ ਇੱਕ ਗੱਲ ਸੁਣ ਲੈ, ਇਹ ਬਹਾਲਸੂ ਦੇ ਮੁੰਡੇ ਹੈ, ਇਹ ਨਹੀਂ ਐਂ ਸੋਚਦੇ, ਇਹ ਤੇਰਾ ਹੀ ਹਜੇ ਦਿਮਾਗ ਪੁੱਠਾ ਲਾਲਚਣ ਦਾ। ਮੈਂ ਤਾਂ ਡਰਦੀ ਹਾਂ, ਠੀਕ ਹੈ, ਮੈਨੂੰ ਤਾਂ ਡਰ ਲੱਗਦਾ। ਤੂੰ ਡਰੀ ਜਾ, ਫਿਰ ਮੈਂ ਨਹੀਂ ਡਰਦਾ, ਫਿਰ ਮੈਥੋਂ ਤਾਂ ਕਿਹਾ ਨਹੀਂ ਜਾਂਦਾ ਕੰਮ ਨੂੰ, ਮੈਨੂੰ ਤਾਂ ਜਵਾਬ ਦੇ ਦਿੰਦੀ ਆ, ਆਪ ਹੀ ਕਹਿ ਦਿਆ ਕਰ। ਉਹ ਤਾਂ ਇੱਕ ਤਾਂ ਸੰਗ ਮੰਨ ਲੈ ਵੀ ਜੋ ਵਿਚਾਰੀ ਗਰੀਬ ਕਰਦੀ ਹੈ ਉਹਦੇ ਨਾਲ ਇਹੋ ਜਿਹਾ ਵਰਤਾ ਕਰਨਾ। ਓਹੋ, ਮੈਂ ਕਦੋਂ ਕਹਿੰਦੀ ਹਾਂ ਵੀ ਉਹ ਇਕੱਲੀ ਕੰਮ 'ਤੇ ਕਰੇ, ਉਹ ਵੀ ਕਰੇ ਨਾਲ, ਤੂੰ ਆਪ ਕਹਿ ਦਿਆ ਕਰ, ਮੇਰੇ ਤੱਕ ਨਹੀਂ ਲੱਗਦੀ। ਮੈਂ ਉਦੇ ਦੇਖਿਆ ਉਦੇ ਵਿਚਾਰੀ ਇਕੱਲੀ ਭਾਂਡਿਆਂ 'ਤੇ ਲਾ ਰੱਖੀ। ਮੈਂ ਤਾਂ ਬਥੇਰਾ ਕਿਹਾ ਸੀ ਵੀ ਥੋੜ੍ਹਾ ਆਪਣਾ ਕੰਮ ਕਰ ਲੈ ਭਾਈ, ਆਪੇ ਸਿੱਖ ਜਾਂਗੇ ਹੌਲੀ ਹੌਲੀ। ਫਿਰ ਤੂੰ ਸਿੱਖਿਆ ਉਹਨੂੰ? ਮੰਨਦੀ ਨਹੀਂ। ਉਹ ਤੂੰ ਮੰਨਦੀ ਕਿਵੇਂ ਨਹੀਂ? ਤੂੰ ਘੁਰਿਆ ਕਰ। ਫਿਰ ਜੇ ਮੈਂ ਘੂਰਦਾ ਨਾਲੇ ਤਾਂ ਕਹਿੰਦੀ ਐਂ ਬੋਲੀ ਨਾ ਤੂੰ ਉਹਨੂੰ। ਓਹੋ, ਫਿਰ ਮੈਂ ਬਰਿਆ ਲਿਆ ਕਰੂੰਗੀ, ਚੱਲ ਐਂ ਤਾਂ ਨਾ ਹੋਊਗਾ ਵੀ ਇੱਕ ਜਣਾ ਬਰਿਆਉਂਦਾ ਭਾਈ ਦੂਜਾ ਝੜਕਦਾ ਗਾ। ਚੱਲ ਕੋਈ ਨਾ, ਫਿਰ ਹੁਣ ਬਚ ਜੂਗਾ। ਕੋਈ ਨਾ, ਹੁਣ ਮੈਨੂੰ ਹੀ ਗੱਲ ਕਰਨੀ ਪਊ, ਮੈਂ ਤਾਂ ਕਹਿੰਦਾ ਚੱਲ ਕਾਹਨੂੰ ਮੈਂ ਭਾਰਾ ਵੱਜੂ। ਮੈਂ ਦੇਖਦੀ ਹਾਂ ਕੀ ਕਰੀ ਜਾਂਦੀਆਂ ਨੇ। ਇਹੋ ਜਿਹਾ ਵੀ ਕੋਈ ਹਾਲ ਹੁੰਦਾ ਹੈਗਾ, ਚੌਧੇ ਬਣਿਆ ਜ਼ਮੀਨਾਂ ਦੇ, ਜ਼ਮੀਨ 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 ਦਾ ਦੱਸ ਕੀ ਅਸੀਂ ਅਚਾਰ ਪਾਉਣਾ? ਆ ਲਓ ਤੇ ਨਾਲੇ ਇਹ ਕੱਪੜੇ ਬਾਹਰ ਕੱਢੋ। ਕਿਉਂ ਦੀਦੀ? ਕੱਪੜੇ ਹੱਥ ਨਾਲ ਧੋ ਲਿਓ। ਦੀਦੀ ਇੰਨੇ ਜ਼ਿਆਦਾ ਕੱਪੜੇ ਨੇਗੇ, ਐਂ ਕਿਵੇਂ ਮੈਂ ਹੱਥ ਨਾਲ ਧੋਊਂਗੀ? ਕਿਵੇਂ ਧੋਂਦੇ ਹੁੰਦੇ ਨੇ? ਜਦੋਂ ਮੈਂ ਮਸ਼ੀਨ ਨਹੀਂ ਸੀ ਲੈ ਕੇ ਉਦੋਂ ਵੀ ਤਾਂ ਹੱਥ ਨਾਲ ਧੋਂਦੇ ਹੁੰਦੇ ਸੀ। ਤੈਨੂੰ ਉਹ ਦੇਖੋ ਤਾਰ ਤੇ ਜਿੰਨੇ ਵੀ ਕੱਪੜੇ ਪਾਏ ਨੇ ਤੁਸੀਂ, ਉਹਨਾਂ ਨੂੰ ਦੁਬਾਰੇ ਧੋਇਓ, ਸਾਰੇ ਜਿਹਨੇ ਸਰਫ ਪਈ ਆ ਤੇ ਨਾਲੇ ਸਾਰਿਆਂ ਦੇ ਕਾਲਰਾਂ ਤੇ ਮੈਲ ਪਈ ਇੰਨੀ ਇੰਨੀ। ਦੀਦੀ ਅੱਜ ਮੈਂ ਬਿਮਾਰ ਹੋ ਰਹੀ ਸੀ, ਕਿਵੇਂ ਇੰਨੇ ਕੱਪੜੇ ਧੋਊਂਗੀ?
ਕੋਈ ਗੱਲ ਨੀ, ਹੌਲੀ ਹੌਲੀ ਧੋ ਲਿਓ, ਕੋਈ ਕਾਲੀ ਨੀ ਹੈਗੀ। ਤੇ ਉਹਨਾਂ ਨੂੰ ਨਾਲੇ ਦੁਬਾਰੇ ਧੋ ਦਿਓ, ਤੁਹਾਨੂੰ ਪਤਾ ਕੱਪੜੇ ਕਿੰਨੇ ਮਹਿੰਗੇ ਨੇਗੇ, ਸਾਰੇ ਐਵੇਂ ਖਰਾਬ ਕਰਤੇ ਤੁਸੀਂ। ਦੀਦੀ ਫਿਰ ਤੁਸੀਂ ਧੋ ਲਓ। ਮੈਂ ਕਿਉਂ ਧੋਣਾ ਬਾਈ, ਮੈਂ ਕੰਮ ਕਰਨ ਖਾਤਰ ਆਈ ਹੋਈ ਹਾਂ ਇੱਥੇ। ਤੈਨੂੰ ਲਿਆ ਮੇਰੀ ਮਸ਼ੀਨ ਦਾ ਕੀ ਹਾਲ ਕੀਤਾ ਹੋਇਆ, ਦੇਖੀ ਲੈ ਕਿੰਨੀ ਕਿੰਨੀ ਸਰਫ ਡੋਲੀ ਇਹਦੇ ਤੇ। ਮਸ਼ੀਨ ਪਤਾ ਕਿੰਨੀ ਮਹਿੰਗੀ ਹੈ ਇਹ, ਪਰ ਤੁਹਾਨੂੰ ਕਿਹੜਾ ਪਤਾ ਹੋਊਗਾ, ਕਦੇ ਦੇਖੀ ਤਾਂ ਹੋਣੀ ਨੀ ਜ਼ਿੰਦਗੀ ਚ। ਆਟੋਮੈਟਿਕ ਮਸ਼ੀਨ ਹੈ, ਬਹੁਤ ਮਹਿੰਗੀ ਆਉਂਦੀ ਹੈ। ਜੇ ਖਰਾਬ ਹੋ ਗਈ ਮੈਨੂੰ ਕੌਣ ਲੈ ਕੇ ਦਊਗਾ ਦੁਬਾਰਾ? ਕੋਈ ਨਾ ਦੀਦੀ, ਮੈਂ ਧੋ ਲੂੰਗੀ। ਨਾਲੇ ਚੰਗੀ ਤਰ੍ਹਾਂ ਧੋਇਓ, ਕੋਈ ਤਾਂ ਕੰਮ ਚੱਜ ਨਾਲ ਕਰ ਲਿਆ ਕਰੋ। ਪਤਾ ਨੀ ਦੀਦੀ ਨੂੰ ਹੋ ਕੀ ਰਿਹਾ, ਕਿਉਂ ਪਤਾ ਉਹ ਇਹੋ ਜਿਹਾ ਕਰਦੇ ਮੇਰੇ ਨਾਲ। ਨਾ ਇੰਨੇ ਕੱਪੜੇ ਦੱਸ, ਮੈਂ ਬਿਮਾਰ ਹੋ ਕੇ ਕਿਵੇਂ ਧੋਊਂਗੀ? ਧੁੱਪ ਚ ਬੈਠੀ ਵਿਚਾਰੀ ਹੱਥਾਂ ਨਾਲ ਹੀ ਕੱਪੜੇ ਧੋਈ ਜਾਂਦੀ ਹੈ। ਉਹ ਪੁੱਤ ਆ ਕੀ ਗੱਲ, ਤੂੰ ਹੱਥਾਂ ਨਾਲ ਕੱਪੜੇ ਧੋਈ ਜਾਂਦੀ ਹੈ? ਉਹ ਤਾਂ ਡੈਡੀ ਉਹ ਚ ਮਸ਼ੀਨ ਚ ਨਿਖਰਦੇ ਨੀ। ਕਿਉਂ, ਤੈਨੂੰ ਕਿਹਨੇ ਕਿਹਾ ਮਸ਼ੀਨ ਚ ਨਿਖਰਦੇ ਨੀ? ਨਹੀਂ ਡੈਡੀ, ਉਹ ਰਾਤ ਧੋਤੇ ਸੀ ਉਹਨਾਂ ਤੇ ਮੈਲ ਜੀ ਰਹਿ ਗਈ ਸੀ ਕਲਰਾਂ ਤੇ, ਤੇ ਉਹ ਸਰਪ ਜੀ ਰਹਿ ਜਾਂਦੀ ਹੈ ਵਿੱਚ। ਮੈਂ ਕਿਹਾ ਚਲੋ, ਬਿਮਾਰ ਤਾਂ ਹੈਗੀ ਆ, ਇੱਕ ਬੈਠੀ ਧੁੱਪ ਤੇ ਹੱਥਾਂ ਨਾਲ ਤੂੰ ਕੱਪੜੇ ਧੋਈ ਜਾਂਦੇ, ਉਹ ਕਾਹਦੇ ਵਾਸਤੇ ਮਸ਼ੀਨ? ਉਹ ਕੋਈ ਗੱਲ ਨੀ ਡੈਡੀ, ਫਿਰ ਕੀ ਹੁੰਦਾ, ਹੌਲੀ ਹੌਲੀ ਧੋ ਦੂੰਗੀ। ਉਹ ਹੌਲੀ ਹੌਲੀ ਕਿਉਂ ਪੁੱਤਾਂ, ਤੂੰ ਉਹਨੂੰ ਛੋਟੀ ਨੂੰ ਕਹਿਣਾ ਸੀਗਾ ਵੀ ਆਪ ਧੋ ਦੇ। ਦੀਦੀ ਨੂੰ ਕਿਹਾ ਸੀ, ਉਹ ਕਹਿੰਦੇ ਖੁਦ ਹੀ ਧੋ ਲਓ। ਉਹ ਪੁੱਤ ਤੂੰ ਹੀ ਤਾਂ ਕਿਉਂ ਧੋ ਲਓ, ਉਹਨੂੰ ਕਹਿ ਕੀ ਗੱਲ ਹੈ, ਤੂੰ ਉਹਨੂੰ ਬੋਲਦੀ ਕਿਉਂ ਨਹੀਂ? ਆ ਨਾਲੇ ਮੇਰੀ ਗੱਲ ਸੁਣ, ਆ ਕੱਪੜੇ ਸਾਰੇ ਉਹਦੇ ਨੇ, ਇਹ ਤੇਰਾ ਤੇਰੇ ਹੈ ਹੀ ਨਹੀਂ ਕੋਈ, ਆ ਲੋਰੇ ਲੋਰੇ ਤਾਂ ਉਹੀ ਪਾਉਂਦੀ ਹੈ। ਫਿਰ ਕੀ ਹੁੰਦਾ ਡੈਡੀ, ਐਵੇਂ ਕਾਹਤੋਂ ਲੜਾਈ ਪਾਈ ਹੈਗੀ? ਧੋ ਲਓਗੀ ਕੀ ਹੋ ਗਿਆ? ਨਾ ਆ ਤੈਨੂੰ ਦੀਦਾ ਨੇ ਵੀ ਕੀ ਹੋ ਗਿਆ, ਉਹ ਮਸ਼ੀਨ ਹੈਗੀ ਹੈ ਹੈ, ਉਹਦੇ ਤੈਨੂੰ ਧੋ ਨਹੀਂ ਦਿੰਦੇ, ਅੱਗੇ ਸਰਫ ਰਹਿੰਦਾ, ਕੀ ਗੱਲ ਹੈ? ਪੁੱਛੇ ਤੋ ਨਹੀਂ ਡੈਡੀ, ਮੰਮੀ ਨੇ ਕਿਹਾ, ਉਹ ਤਾਂ ਦੀਦੀ ਕਹਿੰਦੇ ਸੀ ਮਸ਼ੀਨ ਚ ਸਰਫ ਰਹਿ ਜਾਂਦਾ। ਜੇ ਉਹਨੂੰ ਕਹਿੰਦੇ ਨੇ ਸਰਫ ਰਹਿ ਜਾਂਦਾ, ਉਹਨੂੰ ਕਹਿੰਦਾ ਆਪ ਧੋ ਲਿਆ ਕਰ। ਹਾਂ ਪੁੱਤ, ਗੱਲ ਤਾਂ ਠੀਕ ਹੈਗੀ, ਆਹ ਤਾਂ ਕਹਿੰਦੇ ਸਾਰਾ ਸਰਫ ਪਿਆਗਾ, ਹੱਥਾਂ ਨਾਲ ਛੇਤੀ ਧੋਤੇ ਜਾਂਦੇ ਨੇ। ਪਹਿਲਾਂ ਤਾਂ ਮੈਨੂੰ ਤੂੰ ਦੱਸ, ਤੂੰ ਸਾਰਾ ਦਿਨ ਸੁੱਤੀ ਰਹਿੰਦੀ ਹੈ, ਦੇਖੋ ਤੈਨੂੰ ਪਤਾ ਨਹੀਂ ਲੱਗਦਾ ਕੁਛ? ਓਹਨੂੰ ਤਾਂ ਕਹੀ ਜਾ ਦਵਾ ਦਬ ਧੋ ਲਿਆ ਕਰ, ਤੇ ਓਹਨੂੰ ਕਹਿ ਦਿਆ ਕਰ ਵੀ ਉਹ ਦਵਾ ਦਬ ਧੋ ਲਿਆ ਹੱਥਾਂ ਨਾਲ। ਮੇਰੀ ਗੱਲ ਸੁਣ, ਮੈਂ ਕੀ ਕਿਹਾ ਪੁੱਤ ਤੈਨੂੰ ਵੀ ਤੂੰ ਕੱਪੜੇ ਧੋਣਾ ਮਸ਼ੀਨ ਚ? ਗੱਲ ਸੁਣੋ, ਨਾਲੇ ਇਹਦੇ ਹੱਥਾਂ ਨਾਲ ਵਧੀਆ ਛੇਤੀ ਧੋਤੇ ਜਾਣਗੇ, ਇਹਨੂੰ ਕੰਮ ਨਵੇੜ ਲੈਣ ਦੇ, ਆ ਕੇ ਉੱਤੇ ਛਾਪਾ ਪਾ ਲੈਣਾ ਤੂੰ ਤਾਂ। ਡੈਡੀ ਐਵੇਂ ਕਿਉਂ ਲੜੀ ਜਾਂਦੇ ਹੋ, ਮੈਂ ਤਾਂ ਹੱਥ ਨਾਲ ਹੀ ਧੋ ਲੂੰਗੀ। ਹਾਂ ਉਹ ਦੇਖੋ, ਉਹਨੇ ਸਿਆਣੀ ਗੱਲ ਕਹਿਤੀ ਨਾ ਵੀ ਮੈਂ ਹੱਥਾਂ ਨਾਲ ਧੋ ਲੂ, ਤੂੰ ਵਿੱਚ ਬੁੜੀਆਂ ਦੇ ਕੰਮ ਦੇ ਪੰਗੇ ਲੈਂਦਾ, ਤੈਨੂੰ ਕੀ ਮਤਲਬ ਹੈ ਵਿੱਚ ਬੁੜੀਆਂ? ਉਹ ਤੂੰ ਮੈਥੋਂ ਨਾ ਖਾਲੀ ਗੱਲ ਦੇ, ਮੈਨੂੰ ਕਹਿੰਦੀ ਆ ਪੰਗੇ ਲੈਂਦਾ ਪੰਗੇ ਲੈਂਦਾ, ਉਹ ਮਾਰਨੇ ਦੇ ਗਰੀਬ ਦੀਆਂ ਦੇ, ਉਹ ਉਹ ਹੁੱਜਾ ਲੈ ਕੇ ਆਈ ਜਾਂਦਾ ਲੱਗਦਾ, ਹੁੱਜਾ ਲੈ ਕੇ ਆਈ ਜਾਂਦਾ, ਕੀ ਹੋ ਗਿਆ ਡੈਡੀ? ਕਾਹਨੂੰ ਐਵੇਂ ਕਿਉਂ ਇਹਨੇ ਖੱਪ ਪਾਇਆ? ਮੰਮੀ ਉੱਤੋਂ ਮੇਰੇ ਮਾਰਨ ਨੂੰ ਆਉਂਦਾ, ਕਹਿੰਦਾ ਤੈਨੂੰ ਹੱਥਾਂ ਨਾਲ ਕੱਪੜੇ ਧੋਣ ਲਾਤਾ, ਕਿਉਂ ਕੀ ਹੋਇਆ ਡੈਡੀ? ਕਿਉਂ ਭਾਈ, ਤੇ ਮਸ਼ੀਨ ਕਾਹਦੇ ਵਾਸਤੇ? ਪਰ ਫਿਰ ਕੀ ਹੋ ਗਿਆ ਜੀ, ਹੱਥਾਂ ਨਾਲ ਕੱਪੜੇ ਧੋਈ ਜਾਂਦੀ ਹੈ ਉਹ? ਨਾ ਭਾਈ, ਫਿਰ ਹੱਥਾਂ ਨਾਲ ਤੁਸੀਂ ਧੋ ਲਓ। ਕਿਉਂ ਧੋ ਮਾਮੇ? ਜਦੋਂ ਤੁਸੀਂ ਸੱਸ ਨੂੰ ਉਹਨੂੰ ਕਹਿ ਸਕਦੇ ਹੋ, ਫਿਰ ਤੁਸੀਂ ਆਪ ਨਹੀਂ ਧੋ ਸਕਦੇ ਆ, ਉਹ ਬਿਮਾਰ ਹੈ। ਮੈਂ ਤਾਂ ਨਹੀਂ ਧੋਂਦੀ ਹੈਗੀ, ਨਾਲੇ ਤੁਹਾਨੂੰ ਚੰਗਾ ਭਲਾ ਪਤਾ ਹੈ ਵੀ ਮੇਰੇ ਨਾਮ ਨਾ ਜ਼ਮੀਨ ਆਉਂਦੀ ਆ, ਤੇ ਜ਼ਮੀਨ ਮੈਂ ਨਾ ਕੰਮ ਕਰਨ ਖਾਤਰ ਨਹੀਂ ਲੈ ਕੇ ਆਈ, ਠੀਕ ਆ? ਉਹ ਕੁੜੀਏ, ਮੈਂ ਤੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ, ਜ਼ਮੀਨ ਨਾ ਆਪਦੀ ਕੋਲੇ ਰੱਖ, ਮੈਨੂੰ ਕੋਈ ਭਾ ਨਹੀਂ। ਜੇ ਮੇਰੀ ਨਹੀਂ ਗੱਲ ਕਰਨਾ ਚਾਹੁੰਦੀ ਨਾ ਤਾਂ ਫਿਰ ਸਾਡੇ ਕੰਮਾਂ 'ਚ ਬੋਲੋ ਵੀ ਨਾ। ਮੈਂ ਬੋਲੂੰਗਾ, ਉਹ ਵੀ ਮੇਰੀ ਨੂੰਹ ਹੈ, ਤੂੰ ਇਕੱਲੀ ਨਹੀਂ ਮੇਰੀ ਨੂੰਹ। ਫਿਰ ਮੈਂ ਕਦੋਂ ਕਿਹਾ ਵੀ ਉਹ ਤੁਹਾਡੀ ਇਕੱਲੀ ਨੂੰਹ ਹੈ? ਪ੍ਰੀਤ ਪੁੱਤ, ਇਹ ਤਾਂ ਤੇਰਾ ਸਹੁਰਾ ਤਾਂ ਉਹੀ ਪੰਗੇ ਲੈਂਦਾ ਵਿੱਚ ਬੁੜੀਆਂ ਵਾਲੇ ਕੰਮ ਦੇ, ਨਾਲੇ ਤੁਹਾਡਾ ਤਾਂ ਹੱਕ ਬਣਦਾ ਹੀ ਨਹੀਂ ਹੈਗਾ ਸਾਡੇ ਗੱਲਾਂ 'ਚ ਬੋਲਣ ਦਾ। ਮੈਂ ਪੁੱਤ ਤਾਂ ਹੀ ਤੈਨੂੰ ਨਹੀਂ ਕਹਿੰਦਾ, ਕਰੀਏ ਚਾਹੇ ਨਾ ਕਰੀਏ, ਤੁਹਾਨੂੰ ਰੋਟੀ ਮਿਲੀ ਜਾਂਦੀ ਹੈ ਨਾ,
ਮੈਨੂੰ ਕੱਲੀ ਆਪਦੀ ਰੋਟੀ ਚੱਕਰ ਮਤ ਬੱਲੀ, ਮੈਂ ਸਾਰਾ ਘਰ ਦੇਖਣਾ। ਕੀ ਗੱਲ ਕੰਮ ਵਾਲੀ ਲਾ ਦੇ, ਫਿਰ ਮੈਂ ਤੈਨੂੰ ਕਹਿ ਦਿੰਦਾ ਤੇਰੇ ਹੱਥ ਲੁੱਟਿਆ, ਫਿਰ ਤੂੰ ਆਪ ਕਰਨਾ ਕਰ। ਜਦੋਂ ਤੂੰ ਕਹਿ ਵੀ ਤਾਂ ਸਕਦੀ ਸੀ ਵੀ ਹਾਂ ਡੈਡੀ ਮੈਂ ਧੋਨੀ ਆ, ਕੋਈ ਚੱਕਰ ਨੀ, ਤੁਸੀਂ ਚਲ ਜਾਓ। ਪਰ ਜਾਣ ਜਾਣ ਕੇ ਸਵਾਦ ਲੈਂਦੀ, ਜਾਣ ਜਾਣ ਕੇ ਲੜਾਈਆਂ ਦੱਸੀਆਂ। ਇਹਨੇ ਨੀ ਮੈਨੂੰ ਕਿਹਾ, ਮੈਂ ਆ ਕੇ ਪੁੱਛਿਆ, ਕਿਉਂਕਿ ਮੈਨੂੰ ਪਤਾ ਹੈ ਮੈਂ ਤੁਹਾਡੀ ਦੋਹਾਂ ਦੇ ਨਾ ਰਲੀ ਮਿਲੀ ਭੁਗਤ ਹੈਗੀ। ਉਹ ਭਾਈ ਜੇ ਸਾਡੀ ਰਲੀ ਮਿਲੀ ਭੁਗਤ ਹੈ ਨਾ ਤਾਂ ਇਹੀ ਸਮਝ ਲਓ, ਪਰ ਮੈਂ ਇਹਦੇ ਕੱਲੀ ਤੇ ਨੀ ਜ਼ੁਲਮ ਹੋਣ ਦਿੰਦਾ। ਨਾ ਜ਼ੁਲਮ ਨੂੰ ਇਹਦੇ ਤੇ ਕੀ ਪਹਾੜਾ ਤਾ, ਘਰ ਦੇ ਕੰਮੇ ਕਰਦੀ ਹੈ, ਸਾਰੀਆਂ ਕਰਦੀਆਂ ਨਹੀਂ ਆ, ਫਿਰ ਕੀ ਹੋ ਗਿਆ ਜੀ, ਹੱਥਾਂ ਨਾਲ ਧੋਈ ਜਾਂਦੀ ਆ, ਨਾਲੇ ਮਸ਼ੀਨ ਤੇ ਮੇਰੇ ਤੇ ਪੈਸੇ ਪਤਾ ਕਿੰਨੇ ਲੱਗੇ ਨੇਗੇ, ਖਰਾਬ ਨੀ ਮੈਂ ਕਰਵਾਉਣੀ। ਉਹ ਭਾਈ ਜੇ ਤੇਰੇ ਮਸ਼ੀਨ ਤੇ ਪੈਸੇ ਲੱਗੇ ਨੇ ਨਾ, ਉਹਨੂੰ ਐਂ ਕਰ, ਉਹਨੂੰ ਲਪੇਟ ਕੇ ਨਾ ਡੱਬੇ ਦੇ ਵਿੱਚ ਤੇਰੀ ਸੱਸ ਦੀ ਪੇਟੀ 'ਚ ਧਰ ਦੇ, ਜੇ ਕੋਈ ਬਾਹਰ ਹੀ ਨਾ ਨਿਕਲੇ ਤੇ ਬੇਚਾਰੀ ਹੱਥ ਹੀ ਨਾ ਲਾਵੇ ਉਹਨੂੰ। ਫਿਰ ਚੀਜ਼ਾਂ ਖਰਾਬ ਕਰਨ ਖਾਤਰ ਥੋੜੀ ਲੈਂਦੀਆਂ ਨੇ, ਉਹ ਤਾਂ ਤੁਸੀਂ ਇਹ ਮੂੰਹ ਅੱਡ ਕੇ ਕਿਹਾ ਸੀ ਸਾਨੂੰ ਆਹ ਚੀਜ਼ ਚਾਹੀਦੀ ਆ ਚਾਹੀਦੀ ਆ। ਮੈਂ ਨਹੀਂ ਕਿਹਾ ਸੀ, ਮੈਨੂੰ ਨਾ ਕਹੋ, ਇਹਦੇ ਨਾਲ ਗੱਲ ਕਰੋ। ਪਰ ਇਹ ਤਾਂ ਪਤਾ ਇਹ ਕਿਸੇ ਨੂੰ ਗੱਲਾਂ 'ਚ ਆਉਣ ਦਿੰਦਾਗਾ, ਜਵਾਸ ਵੱਲ ਤਾਂ ਦੇਖ ਕਰ ਕਰਕੇ ਕਰਦਾ। ਮੈਂ ਤਾਂ ਸੱਸ ਤੇ ਤੈਨੂੰ ਇਹਨਾਂ ਨੂੰ ਚੁੱਪ ਕਰਾਉਣਾ ਕਰਵਾ ਲਓ, ਮੈਂ ਫਿਰ ਵੀ ਲਿਹਾਜ ਰੱਖਦੀ ਆ। ਪੁੱਤ ਤੂੰ ਅੰਦਰ ਚੱਲ, ਤੂੰ ਗੱਲ ਸੁਣ ਮੇਰੀ। ਦੱਸੀ ਪੁੱਤ ਚੱਲ ਅੰਦਰ, ਤੂੰ ਕਿਤੇ ਨਹੀਂ ਆਣਾ ਦੀਦੀ, ਚੁੱਪ ਕਰਕੇ ਨਾ ਕੱਪੜੇ ਧੋ ਲਓ, ਮੈਂ ਵੀ ਅੱਜ ਵੇਖਦੀ ਆ, ਬਹੁਤ ਤੁਸੀਂ ਲੱਤਾਂ ਡਾਲੀਆਂ ਵਿੱਚ। ਜਾ ਤੂੰ ਬਾਹਰ ਜਾ ਉੱਥੇ, ਡੈਡੀ ਤੁਸੀਂ ਚੱਲੀ ਜਾਂਦਾ ਇਹਨਾਂ ਨਾਲ, ਡੈਡੀ ਤੁਸੀਂ ਚੱਲੋ, ਮੈਂ ਆਉਣੀ ਆ ਕੋਈ ਨਾ। ਪਹਿਲਾ ਬੰਦਾ ਦੇਖੇ ਓਏ ਕੁੜੀਏ, ਦੁਨੀਆ ਦੇ ਕੰਮਾਂ 'ਚ ਬੋਲ ਰਿਹਾ, ਅਰੇ ਤੇਰੇ ਸਿਰ ਚੜ ਜਾਣਗੇ ਇਹ, ਕਾਹਨੂੰ ਘਰ ਪੜਦਾ ਹੈ ਮੁੰਡਿਆਂ ਦਾ, ਹਟ ਜਾ ਤੂੰ। ਹਾਂ ਭੱਜ ਜਾ ਚੁੱਪ, ਚੰਗੀ ਆ ਨਾ, ਮੇਰੀ ਗੱਲ ਸੁਣੋ, ਜੇ ਕੱਪੜੇ ਨਹੀਂ ਸੀ ਧੋਣੇ ਮੈਨੂੰ ਦੱਸ ਦਿੰਦੇ, ਆ ਜਲੂਸ ਕਢਵਾਉਣ ਦੀ ਕੀ ਲੋੜ ਸੀ। ਦੀਦੀ ਮੈਂ ਕਦੋਂ ਡੈਡੀ ਨੂੰ ਕਿਹਾ ਸੀ, ਮੈਂ ਸਾਰਾ ਜਾਣਦੀ ਹਾਂ, ਇੰਨੇ ਭੋਲੀ ਨਾ ਬਣੋ, ਇੰਨੇ ਭੋਲੇ ਹੈ ਵੀ ਨਹੀਂ ਤੁਸੀਂ। ਇੱਕ ਵਾਰੀ ਨਹੀਂ ਲੁੱਤੀ ਲਾ ਕੇ ਪਿੱਛੇ ਨੂੰ ਲੜਦਾ ਤੇਰੇ ਪਿੱਛੇ, ਮੈਨੂੰ ਦੱਸ। ਫਿਰ ਮੰਮੀ ਮੈਂ ਤਾਂ ਨਹੀਂ ਕਹਿੰਦੀ ਡੈਡੀ ਨੂੰ ਲੜਵਾਉਣ ਵਾਸਤੇ, ਫਿਰ ਮੈਂ ਕਿਹੜਾ ਪ੍ਰੀਤ ਨੂੰ ਕਹਿੰਦੀ ਆ ਵੀ ਤੂੰ ਕੰਮ ਨਾ ਕਰ, ਕੰਮ ਥੋੜੀ ਕੰਮ ਕਰਨਾ ਹੁੰਦਾ ਨਾ, ਤੂੰ ਚੁੱਪ ਕਰਕੇ ਕਰ ਲਿਆ ਕਰੋ, ਨਹੀਂ ਮੈਨੂੰ ਪਤਾ ਹੀ ਹੈ ਤੁਸੀਂ ਕਿੰਨੇ ਔਕਾਤ ਦੇ ਮਾਲਕ ਹੋ। ਦੀਦੀ ਕੋਈ ਨਾ, ਮੈਂ ਆਪੇ ਕਰ ਲੂੰਗੀ, ਚੁੱਪ ਕਰਕੇ ਧੋ ਲੂੰਗੀ ਮੰਮੀ, ਤੁਸੀਂ ਵਗ ਜਾਓ। ਰੌਲਾ ਪਾਉਂਦੀ ਹੁੰਦੀ ਆ, ਇਹ ਤਾਂ ਹੈ ਇਹ ਜਾ। ਮੰਮੀ ਮੈਂ ਕਦੋਂ ਰੌਲਾ ਪਾਇਆ, ਹੋਰ ਕੰਮ ਕਰ ਲਿਆ ਕਰ ਚੁੱਪ ਕਰਕੇ, ਇਹ ਹੈ ਨਹੀਂ ਕੰਮ ਦਾ, ਇਹ ਤੁਹਾਨੂੰ ਲਡਾ ਕੇ ਮਾਰ ਦੂ। ਹਾਂ ਜਾਓ ਮੰਮੀ ਵਗ ਜਾਓ, ਮੈਂ ਧੋ ਲੂੰਗੀ। ਅੰਦਰ ਬਹਿ ਜੋ ਵੀਰੇ, ਮੈਂ ਆਉਣੀ ਆ ਪਾਣੀ ਲੈ ਕੇ। ਠੀਕ ਆ ਬਾਈ। ਆ ਲੋ ਵੀਰੇ ਪਾਣੀ। ਹੋਰ ਫੋਨ ਕੀਤਾ ਹੀ ਨਹੀਂ ਵੀਰੇ, ਤੁਸੀਂ ਚੱਲ ਕੇ ਆ ਗਏ। ਫੋਨ ਬਾਈ ਮੈਂ ਤਾਂ ਸਕੂਲ 'ਚ ਆਏ ਸੀਗਾ ਉਹਦੇ ਦਾਖਲਾ ਕਰਾਉਣਾ। ਅੱਛਾ, ਮੈਂ ਚੱਲ ਮਿਲੇ ਆ ਮੈਂ ਭੈਣ ਨੂੰ ਜਾ ਕੇ, ਮੈਂ ਲਵੀ ਆ। ਹਾਂ ਤੇ ਹੋਰ ਸਾਰੇ ਠੀਕ ਸੀ, ਮੰਮੀ ਡੈਡੀ ਭਾਬੀ ਸਾਰੇ ਠੀਕ ਨੇ, ਤੂੰ ਦੱਸ ਬਈ ਠੀਕ ਆ? ਵਧੀਆ ਵੀਰੇ। ਜੀਜੂ ਲੱਗ ਗਿਆ ਵੀ ਵਧੀਆ? ਹਾਂ ਜੀ, ਤਾਂ ਲਾਉਣਾ ਹੀ ਪੈਂਦਾ ਵੀਰੇ। ਹਾਂ ਤਾਂ ਹੈ ਬਾਈ। ਹਾਂ ਤੇ ਜੂ ਵੀ ਕਿਵੇਂ ਆ, ਕਿਹੜੀ ਕਲਾਸ 'ਚ ਹੋ ਗਏ? ਓਕੇ ਜੀ, ਸਤਿ ਸ਼੍ਰੀ ਅਕਾਲ ਬਾਈ, ਹੋ ਠੀਕ ਹੋ ਬਾਈ? ਹਾਂ ਵਧੀਆ। ਤੇ ਉਹ ਕੱਪੜੇ ਧੋਤੇ ਸੀ ਜੱਸੀ? ਨਹੀਂ ਦੀਦੀ, ਥੋੜੇ ਜਿਹੇ ਰਹਿ ਗਏ ਸੀ, ਕੁਛ ਤਾਂ ਧੋਤੇ ਸੀ ਤੇ ਵੀਰੇ ਹੋਰ ਹੀ ਆ ਗਏ ਸੀ, ਮੈਂ ਚੱਲ ਫਿਰ ਧੋ ਦੂੰਗੀ ਜਿਹੜੇ ਰਹਿ ਗਏ। ਉਹ ਜਲਦੀ ਧੋ ਦੀ, ਮੈਨੂੰ ਨਾ ਚਾਹੀਦੇ ਨੇ, ਜ਼ਰੂਰੀ ਆ। ਕੋਈ ਨਾ ਦੀਦੀ, ਧੋ ਦੂੰਗੀ, ਥੋੜੇ ਜਿਹੇ ਰਹਿ ਗਏ ਸੀ ਬਸ, ਧੋ ਦੂੰਗੀ। ਨਾ ਬਾਈ, ਇਹ ਕਿਵੇਂ ਆਰਡਰ ਜੇ ਮਾਰਦੀ ਆ, ਤੇਰੇ ਨਾਲ ਕੰਮ ਕੁੰਮ ਕਰਾਉਂਦੇ ਨਹੀਂ ਕੋਈ ਨਾਲ? ਨਹੀਂ ਵੀਰੇ,
ਕੰਮ ਤਾਂ ਕਰਵਾਉਂਦੇ ਨੇ ਉਹ, ਅੱਜ ਬਿਮਾਰ ਸੀ ਨਾ ਦੀਦੀ ਤਾਂ ਕਰਕੇ। ਉਹ ਤਾਂ ਠੀਕ ਹੈ ਵੀਰੇ, ਪਰ ਮੈਨੂੰ ਦੀਦੀ ਦਾ ਸੁਭਾਅ ਜਿਹਾ ਸਹੀ ਲੱਗਿਆ ਗਿਆ। ਨਹੀਂ ਨਹੀਂ ਵੀਰੇ, ਉਹ ਤਾਂ ਬਹੁਤ ਚੰਗੇ ਨੇ, ਬਸ ਐਵੇਂ ਹੀ ਲੱਗਿਆ ਸੋਨੂੰ। ਚੱਲ ਕੋਈ ਨਾ ਬਾਈ, ਰਲ ਮਿਲ ਕੇ ਰਹਿਆ ਕਰੋ। ਹਾਂ ਹਾਂ ਵੀਰੇ। ਅੱਛਾ ਕਦੋਂ ਆਇਆ ਸੀ ਪੁੱਤ? ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ। ਅੱਛਾ ਇਹਨੂੰ ਲੈ ਕੇ ਆਇਆ? ਹਾਂ ਮਾਸੀ। ਵਧੀਆ ਪੜ੍ਹੀ ਜਾਂਦਾ? ਹਾਂ ਮਾਸੀ, ਦਾਖਲਾ ਕਰਾਇਆ ਇਹਦਾ ਅੱਜ। ਅੱਛਾ ਚਾਹ ਪੀ ਲਈ? ਨਹੀਂ ਮੰਮੀ, ਲੈ ਕੇ ਪਾਣੀ ਪੀ ਲੈਣਾ ਸੀ ਬਸ, ਚਾਹ ਵੀ ਪੀ ਲੈ। ਕੋਈ ਨਾ, ਮੈਨੂੰ ਤੌਰ ਜੇ ਤਾਂ ਐ ਲੱਗਿਆ ਜਿਵੇਂ ਕੋਈ ਕੰਮ ਹੀ ਆਇਆ ਚੰਗੇ। ਨਾ ਮਾਸੀ, ਤਾਂ ਦਾਖਲਾ ਕਰਾਇਆ ਗਿਆ ਸਕੂਲ ਚ। ਦਾਖਲਾ ਕਰਵਾਉਣ ਆਏ ਸੀ ਜੂਬੀ ਦਾ, ਉਹ ਕਿਹੜਾ ਸਪੈਸ਼ਲ ਆਏ ਸੀ। ਮਾਸੀ ਤੂੰ ਤਾਂ ਗੁੱਸਾ ਕਰ ਗਈ, ਮੈਂ ਤਾਂ ਮਾਸੀ ਸਕੂਲ ਚ ਆਏ ਦੇ ਰਸਤੇ ਚ ਕੋਈ ਦੁਕਾਨ ਹੀ ਨਹੀਂ ਹੈਗੀ, ਨਹੀਂ ਤਾਂ ਮੈਂ ਲੈ ਕੇ ਆਉਂਦਾ ਕੁਛ ਨਾ ਕੁਛ। ਹਾਂ ਪੁੱਤ ਤਾਂ ਠੀਕ ਹੈ, ਕਿਹੜਾ ਖਾਣੇ ਹੁੰਦੇ ਆ। ਮੈਂ ਪਤਾ ਕੀ ਆ, ਲੋਕ ਸਾਡੇ ਇਹੋ ਜਿਹੇ ਨੇਗੇ, ਜਦੋਂ ਕਿਤੇ ਆਉਣਾ ਹੁੰਦਾ ਪੁੱਤ ਮਹੀਨੇ ਵੀਹ ਦਿਨ ਤੋਂ, ਇੱਕ ਸੂਟ ਲਿਆ ਕਰ ਇਹਦੇ ਵਾਸਤੇ, ਇੱਕ ਮੈਨੂੰ ਲਿਆ ਦਿਆ ਕਰ, ਇੰਨੇ ਚ ਲੋਕਾਂ ਨੂੰ ਦਿਖਾਉਣਾ ਹੁੰਦਾ। ਉਹ ਤਾਂ ਮੈਂ ਕਹਿੰਦੀ ਸੀ ਆਪਣੇ ਸਰੀਕੇ ਕਬੀਲੇ ਵਾਲੇ ਕਹੇ ਜੇ ਨਾ ਦੇਖ ਲੈ, ਮੈਂ ਤਾਂ ਕਹਿੰਦੀ ਸੀ। ਨਾ ਤੂੰ ਮੇਰੀ ਗੱਲ ਸੁਣ ਲੈ, ਤੂੰ ਉਹਨੂੰ ਜਵਾਕ ਨੂੰ ਤਾਂ ਕਹੀ ਜਿੰਨਾ ਸਰੀਕ ਕਬੀਲੇ ਵਾਲੇ ਕਹੇ ਜੇ ਨੇ, ਤੇਰੇ ਪੇਕੇ ਕਿੰਨਾ ਕੁ ਲੱਗੇ ਆਉਂਦੇ ਸੀ ਦੱਸੀ ਮੈਨੂੰ। ਉਦੋਂ ਜਵਾਨਾ ਕੁਛ ਹੋਰ ਸੀ, ਹੁਣ ਤਾਂ ਹਾ ਤੇਰੀ ਭਰਜਾਈ ਦੀ ਮਾਂ ਨਾ ਕਿਵੇਂ ਬੋਲਦੀ ਹੁੰਦੀ ਆ ਦੇਖਿਆ ਸੀ। ਤੂੰ ਉਹਨਾਂ ਤੋਂ ਕੋਈ ਟਿੱਡੀਆਂ ਲੈਣੀਆਂ ਨੇ, ਭਰਜਾਈਆਂ ਤੋਂ ਭੌਂਕੀ ਜਾਣ ਤੈਨੂੰ, ਉਹਦਾ ਕੀ ਹੈ। ਚੱਲ ਕੋਈ ਨਾ ਪੁੱਤ, ਗੁੱਸਾ ਨਾ ਕਰੀ, ਮੈਂ ਤੈਨੂੰ ਕਹਿਤਾ ਸੀ। ਨਾ ਕੋਈ ਨਾ ਮਾਸੀ, ਕੋਈ ਗੱਲ ਨਹੀਂ ਡੈਡੀ, ਮੰਮੀ ਤਾਂ ਐਵੇਂ ਕਹਿੰਦੀ ਸੀ ਵੀ। ਉਹ ਨਹੀਂ ਭਾਈ, ਐ ਥੋੜੀ ਬੋਲਣਾ ਚਾਹੀਦਾ। ਓਏ ਪੁੱਤ, ਇਹਦੀ ਤਾਂ ਆਦਤ ਹੈ, ਇਹ ਤਾਂ ਨਾ ਬਸ ਕਦੇ ਇਹਨੇ ਚੰਗੀ ਗੱਲ ਕੱਢੀ ਨਹੀਂ ਆਪਦੇ ਮੂੰਹੋਂ। ਉਹ ਜਵਾਕ ਆਇਆ ਤਾਂ ਉਹਨੂੰ ਮਿਲਣਾ, ਗੱਲਾਂ ਤੂੰ ਉਹਨੂੰ ਕਹੀਆਂ ਜਾਂ ਕਰਦੀਆਂ। ਹਾਂ ਇਹ ਐਂ ਕਹਿੰਦਾ ਸੀ ਮੈਂ ਦਾਖਲਾ ਭਰਨਾ, ਮੈਂ ਤਾਂ ਹੀ ਕਿਹਾ ਮੈਂ ਚੱਲ ਕੋਈ ਨਾ ਪੁੱਤ, ਮਾੜਾ ਮਾੜਾ ਫਲ ਫਰੂਟ ਲਿਆ ਕਰ, ਤੂੰ ਇੰਨਾ ਕੁ ਲਿਆ ਕਰ, ਤੈਨੂੰ ਪਤਾ ਹੀ ਆ ਇਹ ਕਹੂਗੀ ਸਾਡੇ ਘਰੇ ਨਹੀਂ ਪੜਾ ਕੇ ਗਏ, ਇਹਦਾ ਭਰਾ ਆਇਆ ਸੀ, ਸੌ ਗੱਲਾਂ ਬੋਲਦੇ ਨਾ। ਨਾ ਮੇਰੀ ਗੱਲ ਸੁਣ, ਜਦੋਂ ਤੇਰੇ ਵਾਲਾ ਭਾਈ ਆਉਂਦਾ ਨਸ਼ੇੜੀ ਜਾ, ਉਹ ਤੇਰੇ ਵਾਸਤੇ ਕਿਹੜੀਆਂ ਖੋਏ ਦੀਆਂ ਪਿੰਨੀਆਂ ਲਿਆਉਂਦਾ ਹੁੰਦਾ? ਲੈ ਦੱਸ, ਜੇ ਉਹਨੂੰ ਕੋਈ ਨਸ਼ਾ ਲੱਗ ਗਿਆ ਤਾਂ ਉਹਨੂੰ ਨਸ਼ੇੜੀ ਕਹਿਣਾ ਸ਼ਰਮ ਨਹੀਂ ਮੰਨਦਾ, ਫਿਰ ਵੀ ਤੇਰਾ ਸਾਲਾ ਹੈ। ਮੰਮੀ ਐਵੇਂ ਕਿਉਂ ਬੋਲੀ ਜਾਂਦੇ ਹੋ ਡੈਡੀ, ਤੁਸੀਂ ਵੀ ਚੁੱਪ ਕਰ ਜਾਓ। ਨਹੀਂ ਇਹ ਤਾਂ ਜਮੀ ਨਹੀਂ ਸ਼ਰਮ ਮੰਨਦਾ, ਵੀ ਇਹਦਾ ਭਾਈ ਆਏਗਾ ਕੀ ਕਹੂਗਾ। ਕੋਈ ਗੱਲ ਨਹੀਂ ਮਾਸੀ, ਮੇਰੇ ਤੋਂ ਗਲਤੀ ਹੋ ਗਈ, ਅੱਗੇ ਤੋਂ ਮੈਂ ਧਿਆਨ ਰੱਖੂਗਾ, ਮੈਂ ਲੈ ਕੇ ਆਇਆ ਕਰੂੰ ਕੁਛ ਨਾ ਕੁਛ। ਲੈ ਵੀਰੇ ਐਡੀ ਕਿੱਡੀ ਗੱਲ ਹੋ ਗਈ, ਤੁਸੀਂ ਕਾਹਤੋਂ ਐਵੇਂ ਹੱਥ ਜੋੜੀ ਜਾਂਦੇ ਹੋ। ਕੋਈ ਨਾ ਭੈਣੇ, ਗਲਤੀ ਤਾਂ ਮੇਰੀ ਆ। ਉਹ ਭਾਈ ਵੀਰੇ ਤੇਰੀ ਕਾਹਦੀ ਗਲਤੀ ਹੈ, ਤੂੰ ਕੋ ਹੱਥ ਬੰਨਦਾ, ਹੱਥ ਬੰਨਣ ਨੂੰ ਚੇਅਰਮੈਨ ਨਹੀਂ ਲੱਗੀ ਇਹ। ਮੈਂ ਕਿਹੜਾ ਕਹਿੰਦੀ ਹਾਂ ਵੀ ਮੇਰੇ ਮੂਹਰੇ ਹੱਥ ਬੰਨੋ, ਮੈਂ ਤਾਂ ਸੁਭਾਅ ਕੇ ਗੱਲ ਕਰ ਲਈ, ਮੇਰੇ ਤਾਂ ਗੱਲ ਦਾ ਸਿਲਸਿਲਾ ਬਣਾ ਲਿਆ। ਸਿਲਸਿਲਾ ਬਣਾਵਣ, ਅਗਲੇ ਨੂੰ ਰਿਸ਼ਤੇਦਾਰ ਨੂੰ ਆਏ ਨੂੰ ਹਾਲ ਚਾਲ ਪੁੱਛੋ, ਅਗਲੇ ਦੀ ਸੇਵਾ ਕਰੋ। ਤੂੰ ਅਗਲੇ ਤੋਂ ਭਰਦੀ ਹੈ, ਲਿਫਾਫਾ ਨਹੀਂ ਲੈ ਕੇ ਆਇਆ, ਖਾਲੀ ਆ ਗਿਆ। ਪੁੱਤ ਰੋਜ਼ ਕੁੱਤੇ ਖਾਣੀ ਮੇਰੇ ਨਾਲ ਤਾਂ ਐਂ ਕਰਦਾ ਗਾ, ਕਦੇ ਸੋਟੀ ਲੈ ਕੇ ਮਗਰ ਪੈ ਜਾਂਦਾ। ਹਾਂ ਤੂੰ ਨਾ ਟਿਕ ਜਾ ਕਰ, ਟਿਕ ਜਾ ਕਰ, ਨਾਲੇ ਗਲਤੀਆਂ ਕਰਦੀਆਂ, ਨਾਲੇ ਹਜੇ ਮੇਰੇ ਕੰਨੀ ਹੱਥ ਕਰਦੀਆਂ। ਚੱਲ ਕੋਈ ਨਾ ਜੱਸੀ ਪੁੱਤ, ਮੁੰਡੇ ਦਾ ਮਾਨ ਤਾਨ ਕਰਦੀ ਚੰਗਾ, ਤੇਰੇ ਕੋਲ ਹੋਣਗੇ। ਨਹੀਂ ਕੋਈ ਗੱਲ ਨਹੀਂ ਮੰਮੀ। ਓਏ ਗੱਲ ਸੁਣ, ਤੂੰ ਕਦੋਂ ਦੀ ਰੌਲਾ ਪਾਈ ਜਾਂਦੀ ਹੈ, ਉਹਨੂੰ ਚਾਹ ਪਾਣੀ ਪੁੱਛਿਆ ਵਿਚਾਰੇ ਨੂੰ? ਜਾ ਖੜੀ ਹੋ, ਚਾਹ ਬਣਾ ਕੇ ਲੈ। ਜੱਸੀ ਪੁੱਤ ਜੇ ਚਾਹ ਬਣਾ ਲਿਆ ਮੁੰਡਿਆਂ ਵਾਸਤੇ। ਹਾਂਜੀ ਮੰਮੀ, ਬਣਾ ਕੇ ਲੈ ਕੇ ਆਉਂਦੀ ਹਾਂ। ਹਾਂ ਕੁਛ ਧਰ ਲੈ ਚਾਹ ਨਾਲ। ਹਾਂਜੀ ਮੰਮੀ, ਕੋਈ ਨਾ। ਨਾ ਤੂੰ ਮੈਨੂੰ ਐਂ ਦੱਸ, ਉਹਨੂੰ ਕਹੀ ਜਾਂਦੀ ਹੈ ਧਰ ਲਿਆ ਜੀ ਧਰ ਲਿਆ ਜੀ, ਕੁਛ ਤਾਂ ਤੇਰੇ ਪੇਕਿਆਂ ਤੋਂ ਆਇਆ ਜਿਹੜਾ ਉਹ ਧਰ ਕੇ ਲਿਓ। ਚੁੱਪ ਕਰ ਜਾ ਮੁੰਡੇ ਬੈਠੇ ਨਾ। ਮੈਂ ਨਹੀਂ ਹਟਦਾ, ਮੈਂ ਤਾਂ ਸੱਚ ਬੋਲਦਾ, ਸੱਚ ਹੀ ਬੋਲੂ। ਇਹ ਤਾਂ ਪੁੱਤ ਹੈ ਹੀ ਇਹੋ ਜਿਹਾ ਸੁਭਾਅ, ਇਹਦਾ ਇਹੋ ਜਿਹਾ ਪਹਿਲੇ ਦਿਨ ਤੋਂ। ਕੋਈ ਨਾ ਆਪੇ ਸੁਭਾਅ ਇਹੋ ਜਿਹਾ। ਹਾਂ ਇਹ ਤਾਂ ਕਹਿੰਦੇ ਹੁੰਦੇ ਨਾ ਕੁੱਤੇ ਦੀ ਪੂਛ ਕਦੇ ਸਿੱਧੀ ਹੋਈ ਹੈ।
ਉਸ ਗੱਲ ਮਗੋ ਇਹਦੀ ਪੁੱਛ ਬਿਨ ਸਿੱਧੀ ਹੁੰਦੀ। ਉਹ ਤੂੰ ਮੇਰੀ ਗੱਲ ਸੁਣ ਲੈ, ਤੂੰ ਵੀ ਨਾ ਅੜਬ ਢਾਂਡੀ ਵਰਗੀ ਆ। ਅੜਬ ਢਾਂਡੀ ਪਤਾ ਨਾ ਕੀ ਹੁੰਦਾ? ਕੀ ਹੁੰਦਾ? ਉਹ ਛੜਾ ਹੀ ਮਾਰਦੀ ਹੁੰਦੀ ਆ ਹਰ ਟਾਈਮ, ਸਿੰਗੀ ਮਾਰਦੀ ਆ ਲੋਕਾਂ ਦੇ। ਹਾਂ, ਤੂੰ ਹੈ, ਤੂੰ ਨੀ ਕਿਸੇ ਨਾ ਮਾਰਦਾ, ਪਤਾ ਨੀ ਕੀ ਖਾ ਕੇ ਜੰਮਿਆ ਸੀ ਮਾਂ ਨੇ। ਕੀ ਖਾਨਾ ਮਸੜਾ ਤੂੰ, ਬਾਹਲਾ ਬੋਲਦਾ। ਉਹ ਯਾਰ ਮੈਂ ਆ ਸੱਚ ਬੋਲਣ ਵਾਲਾ, ਸੱਚ ਹਰੇਕ ਨੂੰ ਚੁਭਦਾ। ਇਹ ਹੁਣ ਪਤਾ ਕੀ ਹੈ, ਇਹ ਸਾਰਾ ਦਿਨ ਇੱਕ ਤਰਫਾ ਇੱਕ ਤਰਫਾ, ਭਾਈ ਮੈਥੋਂ ਬਰਦਾਸ਼ਤ ਨੀ ਹੁੰਦਾ, ਚਾਹੇ ਕੋਈ ਮੇਰਾ ਆਪਦਾ ਚਾਹੇ ਬਗਾਨਾ। ਮੈਨੂੰ ਤਾਂ ਪੁੱਤ ਐਂ ਲੱਗਦਾ ਕਦੇ ਕਦੇ ਵੀ ਕਿਤੇ ਭੁੱਕੀ ਭਾਕੀ ਤਾਂ ਨੀ ਖਾਂਦਾ ਇਹ, ਬੋਲਦਾ ਮੁੰਡੇ ਦੇ ਆਏ ਤੂੰ ਐਂ ਕਰਦਾ, ਐਂ ਕਰਦਾ, ਦੇਖ ਲੈ ਤਮਾਸਾ ਬਣਾ ਰੱਖਿਆ ਇਹਨੇ, ਤਮਾਸਾ ਬਣਾ ਰੱਖਿਆ। ਆ ਤੁਹਾਡੇ ਸਾਹਮਣੇ ਮਾਰਦਾ, ਜੇ ਕੋਈ ਹੋਰ ਰਸਤੇ ਆਉਂਦਾ ਰਾਜੇ, ਚੱਲ ਤੁਸੀਂ ਤਾਂ ਫਿਰ ਵੀ ਆਪਦੇ ਹੋ, ਕੀ ਕਹੂ ਅਗਲਾ? ਉਹ ਪੁੱਤ ਤੂੰ ਦੱਸ ਮੈਨੂੰ, ਸੱਚ ਬੋਲਣਾ ਕੋਈ ਮਾੜੀ ਗੱਲ ਹੈ? ਨਾ ਮਾਸਟਰ ਜੀ, ਚੰਗੀ ਗੱਲ ਆ। ਮੈਂ ਇਹਨਾਂ ਨੂੰ ਵੀ ਕਹਿਣਾ ਵੀ ਹਰ ਟਾਈਮ ਸੱਚ ਬੋਲੋ, ਇਹ ਇੱਕ ਪਾਸਾ ਹੀ ਬਸ, ਜੋ ਇਹਨਾਂ ਨੂੰ ਚੰਗਾ ਲੱਗਦਾ ਚਾਹੇ ਝੂਠੀ ਮਾਰੀ ਜਾਣ ਸਾਰਾ ਦਿਨ। ਚੱਲ ਕੋਈ ਨਾ ਪੁੱਤ, ਤੇਰਾ ਆਪਦਾ ਘਰ, ਗੇੜਾ ਸੇੜਾ ਰੱਖਿਆ ਕਰ, ਚੰਗਾ? ਕੋਈ ਨਾ ਮਾਸੀ। ਹੋਰ ਪੁੱਤ, ਆਏ ਗਏ ਦੀ ਰਿਸ਼ਤੇਦਾਰੀ ਹੁੰਦੀ ਹੈਗੀ। ਸਹੀ ਗੱਲ ਆ। ਹਾਂ, ਸਮਝਦਾਰ ਸਮਝਾ ਦਿੰਦੇ। ਉਹ ਤੂੰ ਭਾਈ ਵਧੀਆ ਪੜ੍ਹੀ ਜਾਂਦਾ? ਵਧੀਆ ਚੱਲਦੀ ਆ ਪੜ੍ਹਾਈ? ਹਾਂਜੀ, ਪੜ੍ਹਾਈ ਵੀ ਬਹੁਤ ਵਧੀਆ ਚੱਲ ਰਹੀ ਹੈ। ਅੱਛਾ, ਵਧੀਆ ਪੜ੍ਹਦਾ? ਹਾਂਜੀ। ਚੱਲ ਚੰਗਾ ਪੁੱਤ, ਪੜ੍ਹਾ ਲੈ ਇਹਨੂੰ, ਚਾਰ ਅੱਖਰ ਪੜੂਗਾ ਤਾਂ ਕਿਤੇ ਨੌਕਰੀ ਤੇ ਲੱਗ ਜੂਗਾ। ਤੈਨੂੰ ਪਤਾ ਜ਼ਮੀਨਾ ਜਾਇਦਾਦ ਤਾਂ ਕਿੱਥੇ ਨਾ ਗਿਆ, ਤੁਸੀਂ ਤਾਂ ਪਹਿਲੇ ਗਰੀਬ ਹੋ। ਸਹੀ ਗੱਲ ਆ। ਹਾਂ, ਆ ਕਿਹਦੇ ਲਈ ਪਾਇਆ? ਦੀਦੀ, ਉਹ ਵੀਰੇ ਹੋਰਾਂ ਲਈ। ਕਿਹਨੂੰ ਪੁੱਛ ਕੇ ਪਾਇਆ? ਲੈ ਦੀਦੀ, ਹੁਣ ਪੁੱਛਣ ਦੀ ਕੀ ਲੋੜ ਹੈਗੀ, ਜਦੋਂ ਆਇਆ ਗਿਆ ਹੁੰਦਾ ਆਪਾਂ ਦਿੰਦੇ ਹੀ ਆ। ਅੱਛਾ, ਬਾਹਲਾ ਸ਼ੌਂਕ ਹੈ ਨਾ ਦੇਣ ਦਾ। ਇਹ ਪਤਾ ਕਿੰਨੇ ਮਹਿੰਗਾ? ਆਹ ਭੂਜੀ ਆ ਪਨੀਰ ਭੂਜੀ ਹੈ ਮੇਰਾ ਫੇਵਰੇਟ, ਅਤੇ ਆਹ ਬਿਸਕਿਟ ਆ, ਇਹ ਨਾ ਆਮ ਤੌਰ 'ਤੇ ਇੱਥੋਂ ਮਿਲਦੇ ਹੀ ਨਹੀਂ ਹੈਗੇ। ਪਹਿਲੀ ਗੱਲ ਤਾਂ ਮਾੜਾ ਮੋਟਾ ਨਾ ਕਿਸੇ ਨੂੰ ਪੁੱਛ ਲਿਆ ਕਰੋ। ਦੀਦੀ, ਫੇਰ ਕਿੱਡੀ ਗੱਲ ਹੋ ਗਈ ਨਾ, ਵੀਰੇ ਹੋਰੀ ਕੀ ਸੋਚਣਗੇ, ਪਹਿਲਾਂ ਉਹਨਾਂ ਨਾਲ ਮੰਮੀ ਲੜੀ ਜਾਂਦੀ ਆ। ਫਿਰ ਮੈਂ ਕੀ ਕਰਿਆ ਜੀ, ਮੇਰਾ ਕਸੂਰ ਆ, ਤੇਰੇ ਵੀਰੇ ਦਾ ਕਸੂਰ ਹੈ ਜਿਹੜਾ ਆਇਆ। ਅਤੇ ਨਾਲੇ ਮੇਰੀ ਗੱਲ ਸੁਣੋ, ਜੇ ਬਾਹਲਾ ਸ਼ੌਂਕ ਹੈ ਨਾ ਤੁਹਾਨੂੰ ਆਪਦੇ ਵੀਰ ਦੀ ਸੇਵਾ ਕਰਨ ਦਾ, ਤਾਂ ਪਹਿਲਾਂ ਮੰਗਵਾ ਕੇ ਰੱਖਣਾ ਸੀਗਾ। ਨਾਲੇ ਤੁਹਾਨੂੰ ਪਤਾ ਹੈ ਵੀ ਇਹ ਮੈਂ ਖਾਂਦੀ ਹਾਂ, ਮੈਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ ਇਹਦੇ 'ਤੇ। ਦੀਦੀ, ਫਿਰ ਕਿੱਡੀ ਗੱਲ ਹੋ ਗਈ, ਮੈਂ ਮੰਗਵਾ ਕੇ ਦੇ ਦੂੰਗੀ ਤੁਹਾਨੂੰ। ਮੰਗਵਾ ਕੇ ਦੇਣ ਨੂੰ ਤੁਸੀਂ ਅਫੋਰਡ ਕਰ ਸਕਦੇ ਹੈਗੇ ਚੀਜ਼ਾਂ? 10 ਰੁਪਏ ਦਾ ਉਹਦੇ ਖਾਤਰ ਭੂਜੇ ਲਿਆ ਸਕਦੇ, ਮੇਰੀਆਂ ਚੀਜ਼ਾਂ ਚੱਕੀ ਜਾਂਦੇ ਹੋ। ਅਤੇ ਨਾਲੇ ਕਿੱਧਰੋਂ ਤੇਰਾ ਭਰਾ ਲੈਂਡ ਲਾਉਣ ਡਿਆਗਾ, ਕੱਲੀ ਚਾਹ ਫੜਾਇਆ ਜਾ ਕੇ ਉਹਨੂੰ। ਆਈ ਹੈ ਵੱਡੀ, ਪਹਿਲੀ ਤੇਰੇ ਖਾਤਰ ਨਾ ਬਹੁਤ ਕੁਛ ਲੈ ਕੇ ਆਇਆ, ਏਡਾ ਵੱਡਾ ਝੋਲਾ ਭਰ ਕੇ ਲਿਆਇਆ ਇਹੋ ਚੀਜ਼ਾਂ ਖਾਣ ਨੂੰ। ਦੀਦੀ, ਫੇਰ ਕਿੱਡੀ ਗੱਲ ਹੋ ਗਈ, ਵੀਰਾ ਕੀ ਸੋਚੂਗਾ ਵੀ ਕਿਵੇਂ ਬੋਲਦੇ ਇਹਨੂੰ। ਸੋਚੀ ਜਾਵੇ ਫਿਰ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਤੇਰਾ ਭਰਾ ਕੁਛ ਮਰਜ਼ੀ ਸੋਚੀ। ਜੇ ਬਾਹਲਾ ਸ਼ੌਂਕ ਹੈ ਨਾ ਇਹਨੇ ਭੂਜੀ ਮਹਿੰਗਾ ਖਾਣ ਦੀ ਜਾਂ ਬਿਸਕੁਟ ਮਹਿੰਗੇ ਖਾਣ ਦੀ, ਤਾਂ ਬੰਦਾ ਕੁਛ ਲੈ ਕੇ ਆਵੇ ਪਹਿਲਾਂ, ਮੂੰਹ ਚੱਕ ਕੇ ਆ ਜਾਂਦੇ ਨੇ ਖਾਲੀ ਹੱਥ। ਦੀਦੀ, ਉਹ ਤਾਂ ਦਾਖਲਾ ਭਰਨੇ ਆਏ ਸੀ, ਫਿਰ ਕਿੱਡੀ ਗੱਲ ਹੋ ਗਈ ਜੇ ਆ ਕੇ ਪਹਿਲਾਂ ਮੰਮੀ ਸੁਣਾਈ। ਇੰਨੀ ਕੁ ਤਾਂ ਬੰਦੇ ਦੀ ਕਾਮਨ ਸੈਂਸ ਹੁੰਦੀ ਹੈ ਨਾ, ਵੀ ਜਦੋਂ ਮੈਂ ਆਪਣੀ ਭੈਣ ਕੋਲ ਜਾਂਦਾ ਤਾਂ ਖਾਲੀ ਹੱਥ ਨਹੀਂ ਚਾਹੀਦਾ ਹੁੰਦਾ, ਕੁਛ ਨਾ ਕੁਛ ਲੈ ਕੇ ਚਾਹੀਦਾ ਹੁੰਦਾ। ਇਹ 'ਚ ਕੱਲੀ ਤੇਰੀ ਬੇਇੱਜ਼ਤੀ ਨਹੀਂ ਹੈਗੀ, ਨਾਲ ਸਾਡੀ ਵੀ ਬੇਇੱਜ਼ਤੀ ਆ, ਤੁਹਾਡੀ ਤਾਂ ਪਰ ਕਾਹਦੀ ਬੇਇੱਜ਼ਤੀ ਹੋਣੀ ਆ, ਮਲੰਗਾ ਦੀ ਥੋੜੀ ਬੇਇੱਜ਼ਤੀ ਹੁੰਦੀ ਕੋਈ? ਦੀਦੀ, ਸ਼ਹਿਰ ਵੀ ਨਹੀਂ ਹੈਗਾ ਸੀ ਵਿਚਾਲੇ ਕੋਈ, ਸਭ ਕੁਝ ਆਉਂਦਾ। ਜੇ ਬੰਦੇ ਲਿਆਉਣਾ ਹੋਵੇ ਨਾ ਤਾਂ 1-2 ਕਿਲੋਮੀਟਰ ਦੂਰ ਵੀ ਜਾ ਸਕਦਾ, ਇਹਦਾ ਵਾਸਤੇ ਤੁਹਾਨੂੰ ਇੱਕ ਬਹਾਨਾ ਮਿਲਿਆ ਵੀ ਬਸ ਕੁਛ ਆਉਂਦਾ ਨਹੀਂ ਹੈਗਾ ਰਾਜਾ। ਦੀਦੀ, ਫਿਰ ਕਿਹੜਾ ਉਹ ਸਪੈਸ਼ਲ ਆਏ ਸੀਗੇ? ਫਿਰ ਨਾ ਆਉਣਾ, ਜੇ ਉਹਨਾਂ ਨੂੰ ਇੰਨੀ ਫਿਕਰ ਸੀ ਫਿਰ ਇੱਧਰ ਨਾ ਹੀ ਆਉਂਦਾ, ਨਾ ਕੀ ਲੈਣ ਆਇਆ ਸੀ, ਉਹਦਾ ਕਿਹੜਾ ਗੱਡਾ ਖੜਿਆ ਸੀ, ਤੇ ਨਾਲੇ ਤੂੰ ਕਿਹੜਾ ਉਹਦੇ ਬਿਨਾਂ ਤੜਫਦੀ ਬੈਠੀ ਸੀਗੀ ਵੀ ਮਿਲਣ ਨੂੰ ਜੀ ਕਰਦਾ ਸੀ ਉਹਦਾ। ਮਾੜੀ ਮੋਟੀ ਬੰਦੇ ਦੀ ਅਕਲ ਵੀ ਹੁੰਦੀ ਆਪਦੀ, ਵੀ ਜਦੋਂ ਰਿਸ਼ਤੇਦਾਰੀ 'ਚ ਜਾਣਾ ਤਾਂ ਖਾਲੀ ਹੱਥ ਨਹੀਂ ਜਾਈਦਾ ਹੁੰਦਾ। ਫਿਰ ਕੀ ਹੋ ਗਿਆ ਦੀਦੀ, ਐਡਾ ਕੀ ਗੁਨਾਹ ਕਰਤਾ ਉਹਨਾਂ ਨੇ? ਕੋਈ ਗੱਲ ਨੀ, ਮੈਂ ਕਹਿ ਦੂੰਗੀ ਨਾ ਆਉਣਗੇ ਅੱਗੇ ਤੋਂ। ਨਾ ਆਉਣ ਦੀ ਤਾਂ ਮੈਂ ਗੱਲ ਹੀ ਨਹੀਂ ਕੀਤੀ ਹੈਗੀ,
ਮੇਰੇ ਤੇ ਇਲਜ਼ਾਮ ਨਾ ਲਾ ਹੁਣ ਜਾਣ ਕੇ। ਮੈਨੂੰ ਪਤਾ ਪਹਿਲੀ ਤੂੰ ਵਾਧੂ ਬਾਪੂ ਸਾਹਮਣੇ ਮੇਰੀ ਬੇਇੱਜ਼ਤੀ ਕਰਵਾਈ ਆ, ਤੇ ਨਾਲੇ ਹਾਂ ਤੇਰਾ ਉਹ ਹੇਜ਼ਲਾ ਹੈਗਾ ਉਹਨੂੰ ਕਹਿ ਦੇ ਜੇ ਕੁਛ ਨਾਲ ਰੱਖਣਾ ਖਾਣ ਨੂੰ ਉਹ ਲਿਆ ਕੇ ਦੇ ਦੂਗਾ ਚਮਚਾ ਤੇਰਾ। ਕੋਈ ਗੱਲ ਨੀ ਦੀਦੀ, ਐਵੇਂ ਹੀ ਲੈ ਜਾਂਦੀ ਹਾਂ। ਆਲੋ ਵੀਰੇ ਚਾਹ ਪੀ ਲਓ। ਰੱਖ ਦੇ ਬਈ, ਪੀਂਗੇ ਚਾਹ? ਤੇ ਬਈ ਮੈਨੂੰ ਇੱਕ ਗੱਲ ਦੱਸ। ਹਾਂ ਵੀਰੇ। ਘਰ ਚ ਸਭ ਠੀਕ ਠਾਕ ਚੱਲ ਰਿਹਾ? ਹਾਂ ਵੀਰੇ ਸਭ ਵਧੀਆ ਠੀਕ ਠਾਕ ਆ। ਦੇਖ ਕੇ ਮਾਹੌਲ ਜਿਹਾ ਲੱਗਦਾ ਨਹੀਂ ਹੈਗਾ। ਨਹੀਂ ਵੀਰੇ, ਉਹ ਤਾਂ ਮੰਮੀ ਮਾੜਾ ਜਿਹਾ ਬੜਬੋਲੇ ਨੇਗੇ, ਉਹਨਾਂ ਦੇ ਦਿਲ ਚ ਪਾਪ ਨਹੀਂ। ਮੂੰਹ ਤੇ ਬੇਇੱਜ਼ਤੀ ਕਰਦੇ ਹੁੰਦੇ ਮੇਰੀ। ਹਾਂ ਫਿਰ ਉਹ ਮੂੰਹ ਤੇ ਗੱਲ ਕਹਿ ਦਿੰਦੇ ਨੇ ਵੀਰੇ, ਐਡੀ ਕੀ ਗੱਲ ਹੋ ਗਈ। ਕੋਈ ਗੱਲ ਨਹੀਂ ਬਾਈ, ਦੱਸ ਦੇ ਜੋ ਵੀ ਗੱਲ ਹੈਗੀ। ਨਹੀਂ ਵੀਰੇ ਕੋਈ ਗੱਲ ਨਹੀਂ, ਦਿਲ ਚ ਨਾ ਰੱਖੀਆਂ ਉਹਦੇ। ਕੋਈ ਗੱਲ ਨਹੀਂ ਹੈਗੀ ਵੀਰੇ, ਮੰਮੀ ਥੋੜੇ ਜਿਹਾ ਹੀ ਕਰਦੇ ਨੇ, ਰੋਜ਼ ਹੀ ਕਰਦੇ ਨੇ, ਸਵਾਈ ਐਵੇਂ ਦਾ। ਗਰੀਬ ਜ਼ਰੂਰ ਹਾਂ ਆਪਾਂ, ਪਰ ਕਿਸੇ ਦਾ ਰੋਬ ਨਹੀਂ ਚੱਲ ਸਕਦੇ ਬਿਨਾਂ ਗੱਲ ਤੋਂ। ਕੋਈ ਗੱਲ ਨਹੀਂ ਵੀਰੇ, ਐਡੀ ਕੀ ਗੱਲ ਹੋ ਗਈ। ਮੰਮੀ ਦਾ ਸਵਾਹ ਐਵੇਂ ਹੀ ਹੈਗਾ, ਬਹੁਤ ਵਧੀਆ ਦਿਲ ਦੇ ਪਰ। ਪੂਰੀ ਖੁਸ਼ ਹਾਂ ਤੂੰ ਬਾਈ ਉਰੇ? ਹਾਂ ਵੀਰੇ ਬਹੁਤ ਖੁਸ਼ ਹਾਂ। ਚੱਲ ਠੀਕ ਹੈ ਬਾਈ ਫਿਰ ਤਾਂ। ਹਾਂ ਵੀਰੇ ਪੀ ਲਓ ਚਾਹ। ਠੀਕ ਹੈ ਬਾਈ। ਉਹ ਤਾਂ ਰੋਜ਼ ਹੀ ਐਵੇਂ ਕਰਦੇ ਨੇ ਵੀਰੇ, ਕੋਈ ਗੱਲ ਨਹੀਂ, ਮੈਨੂੰ ਉਹਨਾਂ ਦਾ ਕੋਈ ਗੁੱਸਾ ਨਹੀਂ ਆਉਂਦਾ। ਚੱਲ ਬਾਈ ਵਰਤਣਾ ਤਾਂ ਇਹਨਾਂ ਨਾਲ। ਹਾਂ ਵੀਰੇ, ਮੈਂ ਤਾਂ ਸਾਲ ਬਾਅਦ ਆਇਆ ਸੀਗਾ। ਨਹੀਂ ਕੋਈ ਨਾ ਵੀਰੇ, ਤੁਸੀਂ ਵੀ ਗੁੱਸਾ ਨਾ ਕਰਿਓ, ਮੈਂ ਮਾਫੀ ਮੰਗਦੀ ਉਹਨਾਂ ਵੱਲੋਂ। ਨਾ ਨਾ ਕੋਈ ਨਾ ਬਈ, ਮੈਂ ਤਾਂ ਕਾਹਦਾ ਗੁੱਸਾ ਕਰਨਾ। ਇੰਨੀ ਠੰਡ ਕਰ ਰੱਖੀ ਆ ਪੁੱਤ, ਏਸੀ ਲਾ ਰੱਖਿਆ ਸੀ ਮੰਮੀ, ਗਰਮੀ ਤਾਂ ਕਿੰਨੀ ਹੋਈ ਪਈ ਹੈ ਬਾਹਰ। ਅੱਛਾ, ਤੈਨੂੰ ਮੈਂ ਵੀ ਆਖਾਂ ਵੀ ਇੰਨਾ ਠੰਡਾ ਕਮਰਾ ਕਿਉਂ ਹੋ ਗਿਆ, ਹੁਣ ਦੇਖਿਆ ਮੈਂ ਤਾਂ ਏਸੀ। ਚੱਲ ਗਿਆ ਉਹ ਵਗ ਗਿਆ। ਮੇਰੀ ਗੱਲ ਸੁਣੋ, ਮੂੰਹ ਮੂੰਹ ਚੱਕ ਕੇ ਆਈ ਗਿਆ। ਮੇਰੀ ਗੱਲ ਸੁਣੋ, ਪਹਿਲਾਂ ਤੁਸੀਂ ਇਹਨੂੰ ਮੈਡਮ ਨੂੰ ਸਮਝਾਉਂਦੇ ਕਿਉਂ ਨਹੀਂ ਹੈਗੇ? ਆਪਦੇ ਭਰਾ ਨੂੰ ਮੇਰੇ ਲਈ ਭੂਜੇ ਕੱਢੀ ਬੈਠੀ ਸੀ, ਨਾਲੇ ਬਿਸਕੁਟ ਕੱਢੀ ਬੈਠੀ ਸੀ। ਉਹਦੀ ਇੰਨੀ ਹਿੰਮਤ? ਆਹੋ, ਨਾਲੇ ਤੁਹਾਨੂੰ ਪਤਾ ਵੀ ਕਿੰਨੇ ਮਹਿੰਗੇ ਮਿਲਦੇ ਨੇ, ਨਾਲੇ ਨੇੜੇ ਤੇੜੇ ਮਿਲਦੇ ਵੀ ਨਹੀਂ। ਮੈਂ ਤਾਂ ਉਹੀ ਕਹਿਤਾ ਸੀ ਵੀ ਕੁਛ ਖਾਣ ਨੂੰ ਲਿਆ, ਵੀ ਉਹਦੇ ਮੂਹਰੇ ਸੱਚੀ ਜੀ ਹੋ ਗਈ, ਇਹ ਸੱਚੋਂ ਹੀ ਚੱਕ ਲਿਆ ਇਹਨੇ ਤਾਂ। ਵਰਿੰਦਰ ਮੈਨੂੰ ਨਹੀਂ ਗਾਲਾਂ ਦਊਗਾ ਵੀ ਐਂ ਕਰਕੇ ਤੂੰ ਐਵੇਂ ਚੁਕਾਈ ਜਾਂਦੀ ਆ? ਉਹਨੇ ਤਾਂ ਕਹਿਣਾ ਹੀ ਆ, ਉਹ ਅਗਲਾ ਐਡੀ ਦੂਰੋਂ ਬੈਠਾ ਪੈਸੇ ਪਾਉਂਦਾ, ਇਹਨਾਂ ਦੀ ਖਾਤਰ ਤਾਂ ਨਹੀਂ, ਇਹ ਤਾਂ ਮੈਨੂੰ ਕੁਛ ਲਿਆਉਂਦੇ ਨਹੀਂ। ਨਾ ਮੇਰੀ ਗੱਲ ਸੁਣੋ, ਇਹਦੇ ਭਾਈ ਨੂੰ ਸ਼ਰਮ ਨਹੀਂ ਆਈ ਹੁੰਦੇ ਨੂੰ ਖਾਲੀ ਹੱਥ ਚੱਕ ਕੇ ਆ ਗਿਆ? ਵੀ ਮਾੜੀ ਮੋਟੀ ਬੰਦੇ ਨੂੰ ਆਪ ਨੂੰ ਅਕਲ ਹੁੰਦੀ ਹੈ ਵੀ ਆਪਦੀ ਭੈਣ ਦੇ ਘਰੇ ਜਾ ਰਹੇ ਹਾਂ, ਵੀ ਇਕੱਲੀ ਇਕੱਲੀ ਤੇਰੀ ਦੱਸ ਭੈਣਾ, ਸੂਟ ਤਾਂ ਕੀ ਦੇਣਾ ਸੀ, ਵੀ ਇਹ ਨਹੀਂ ਵੀ ਦੋ ਫਲ ਫਰੂਟੇ ਲੈ ਜਾ। ਮੈਂ ਤਾਂ ਕਹੀ ਸੀ ਸਾਰੀ ਗੱਲ ਵੀ ਭਾਈ ਮਹੀਨੇ ਵੀਹ ਦਿਨ ਤੋਂ ਜਦੋਂ ਆਉਂਦਾ ਹੈ ਦੋ ਸੂਟ ਲਿਆ ਕਰ, ਇੱਕ ਮੇਰੇ ਵਾਸਤੇ ਇੱਕ ਕੁੜੀ ਵਾਸਤੇ, ਅਸੀਂ ਲੋਕਾਂ ਨੂੰ ਦਿਖਾਉਣੇ ਹੁੰਦੇ ਹੈਗੇ, ਤੇ ਵਿੱਚ ਬੁੜਾ ਪੰਗੇ ਲੈਣ ਲੱਗ ਗਿਆ। ਤੁਸੀਂ ਦੋ ਸੂਟ ਕਹਿੰਦੇ ਹੋ, ਉਹ ਇੱਕੇ ਲਿਆਵੇ ਆਪਦੀ ਭੈਣ ਨੂੰ, ਉਹੀ ਵਾਧੂ ਹੈ। ਛਿੱਕੜ ਪਾਵਾਂ ਦੋ ਡੱਬੀਆਂ ਦੀ, ਬਿਸਕੁਟਾਂ ਦੀ ਲਿਆ ਲੱਗੂਗਾ, ਵਿੱਚ ਕੁਛ ਪਾਇਆ ਲਫਾਫੇ ਦੇ, ਤੂੰ ਆਪਦੇ ਖਾਣ ਨੂੰ ਲਿਆ। ਇਹਨੂੰ ਤਾਂ ਨਾਲ ਕਿਤੇ ਲਿਜਾਣ ਜੋਗਾ ਵੀ ਨੀ ਬੰਦਾ, ਅਗਲੇ ਦੀ ਉਹੀ ਬੇਇੱਜ਼ਤੀ ਕਰਵਾ ਦੇ। ਹੋਰ ਪੁੱਤ ਕਿੱਥੇ ਫਸ ਗਏ ਹਨਾ? ਉਹ ਤਾਂ ਸ਼ੁਕਰ ਹੈ ਮੈਂ ਟਾਈਮ ਤੇ ਚੱਲ ਗਈ, ਨਹੀਂ ਤਾਂ ਮੈਡਮ ਆਪਦੇ ਭਾਈ ਨੂੰ ਦੇਣ ਲੱਗੀ ਸੀ ਚੱਕ ਕੇ ਉਹ। ਇਹ ਤਾਂ ਚਾਂਬੜ ਗਈ ਪੁੱਤ, ਚੰਗਾ ਖਾਂਦੀ ਆ, ਚੰਗਾ ਪਾਉਂਦੀ ਆ, ਇਹਨਾਂ ਦੇ ਘਰੇ ਕੀ ਆ? ਤੂੰ ਘਰ ਦੇਖਿਆ, ਇੰਨਾ ਸੜਿਆ ਹੋਇਆ ਘਰ ਇਹਨਾਂ ਦਾ, ਤੇ ਨਾਲੇ ਮੇਰੀ ਗੱਲ ਸੁਣ, ਦੇਖ ਕਿੰਨੀ ਨਿਖਰ ਗਈ ਹੁਣ, ਅੱਗੇ ਕਾਲੀ ਕਾਲੀ ਸੀਗੀ। ਮੈਂ ਤਾਂ ਇਹ ਸੋਚਿਆ ਸੀ ਪੁੱਤ, ਰਿਸ਼ਤਾ ਤਾਂ ਲੈ ਲਿਆ ਸੀਗਾ ਵੀ ਚੱਲ ਉਹ ਜਾਣੇ ਘਰ ਦਾ ਸਾਰਾ ਕੰਮ ਕਰੂਗੀ, ਮੂਹਰੇ ਨਹੀਂ ਬੋਲੂਗੀ, ਚੱਲ ਆਪਾਂ ਨੂੰ ਮੌਜ ਬਾਜੀ ਨੂੰ ਸੱਸ ਨੂੰ। ਮੰਮੀ ਮੈਨੂੰ ਤਾਂ ਆਪ ਬਾਹਲਾ ਗੁੱਸਾ ਆਉਂਦਾ ਕਿ ਨਹੀਂ ਦੇਖ ਕੇ, ਇੱਕ ਥਾਂ ਤੇ ਨਾ ਬਸ ਹੱਥ ਪੈਰ ਜੇ ਮਾਰਦੀ ਰਹਿੰਦੀ ਹੈ, ਤੇ ਉੱਪਰ ਉਹ ਬਾਪੂ ਜੀ ਉਹ ਵੀ ਬਾਹਲੀ ਮਿਹਨਤ ਲੱਗ ਗਈ ਇਹਦੀ ਕਰਾਉਣ, ਪਤਾ ਨਹੀਂ ਤਾਂ ਪਹਿਲੀ ਨਹੀਂ ਸੀ ਮਾਣ। ਕਾਹਤੋਂ ਇੰਨਾ ਮੇਰ ਕਰਦਾ ਇਹਦੀ, ਵੱਡੂ ਖਾਓ ਵੱਡੂ ਖਾਓ, ਉਹ ਮੁੰਡੇ ਬੈਠੇ ਤਾਂ ਵੀ ਹੁੱਜਾਂ ਜਿਹਾ ਮਾਰੀ ਜਾਵੇ ਮੇਰੇ ਮੇਰੀ ਤਾਂ ਮੰਮੀ ਸਿੱਧੀ ਜੀ ਗੱਲ ਹੈਗੀ,
ਜੇ ਤਾਂ ਉਹਦੀ ਮਰਜ਼ੀ ਕਰਾਊਗਾ ਨਾ, ਮੈਂ ਤਾਂ ਜ਼ਮੀਨ ਦਾ ਇੱਕ ਖੁੱਡ ਨਹੀਂ ਦਿੰਦੀ। ਠੀਕ ਹੈ ਨਾ ਪੁੱਤ, ਤੂੰ ਉਹਦਾ ਫਿਕਰ ਨਾ ਕਰ, ਤੂੰ ਆਰਾਮ ਨਾਲ ਪਈ ਰਿਹਾ ਕਰ, ਤੈਨੂੰ ਮੈਂ ਆਪੇ ਚੀਜ਼ ਦੇ ਕੇ ਜਾਇਆ ਕਰੂੰਗੀ। ਠੀਕ ਆ, ਆਪੇ ਬਣਾ ਕੇ ਦਿਆ ਕਰੂੰਗੀ ਉਹ। ਮਰਜ਼ੀ ਹੈ ਮੰਮੀ, ਜੇ ਤਾਂ ਮੇਰੇ ਨਾਲ ਰਹਿਣਗੇ ਨਾ ਫਿਰ ਤਾਂ ਮੈਂ ਸਾਂਭ ਲੂੰਗੀ ਤੁਹਾਨੂੰ। ਨਹੀਂ ਤੁਹਾਨੂੰ ਪਤਾ ਹੀ ਆ ਉਹਦੇ ਘਰ ਵਾਲਾ ਪਹਿਲਾਂ ਆ ਤੁਹਾਡਾ ਵੱਡਾ ਮੁੰਡਾ ਕੀ ਕੰਮ ਕਰਦੇ, ਦਿਹਾੜੀਆਂ ਕਰਦਾ ਉਹ ਵੀ ਬਾਹਰ, ਕਿੱਥੋਂ ਤੁਹਾਨੂੰ ਦੋਨੋਂ ਰੋਟੀ ਖਵਾ ਦੂ ਉਹ ਭੁੱਖੇ ਮਰੇ ਬਾਅਦ ਚ। ਮੇਰੀ ਗੱਲ ਸੁਣ ਲੈ, ਬੁੜਾ ਤਾਂ ਉਈ ਮਾਰਦਾ ਫੁਕਰੀਆਂ, ਤੂੰ ਬੁੜੇ ਦੀਆਂ ਗੱਲਾਂ ਚ ਨਾ ਆਈ ਪੁੱਤ, ਜਦੋਂ ਮੈਂ ਹੈਗੀ ਆ ਤੇਰੇ ਨਾਲ, ਨਾਲੇ ਮੈਂ ਤਾਂ ਕਰਮ ਕੇ ਲਿਆਈਆਂ ਤੈਨੂੰ, ਆਪਾਂ ਇਹਨਾਂ ਨੂੰ ਥੋੜੀ ਦੱਸਣਾ। ਕੋਈ ਗੱਲ ਨੀ, ਮੇਰਾ ਤਾਂ ਕੀ ਜਾਊਗਾ ਮੰਮੀ, ਜੇ ਤਾਂ ਮੇਰਾ ਕਰ ਲੂਗਾ ਤਾਂ ਮੈਂ ਰੋਟੀ ਦੇ ਦੂੰਗੀ, ਨਹੀਂ ਬਸ ਉਹਦੇ ਕੋ ਨੀ ਰਿਹਾ ਬਈ। ਮੈਨੂੰ ਲੱਗਦਾ ਚਾਰ ਸਫੇਰੇ ਜਾਊਗਾ ਰੋਟੀ ਬਣਿਓ, ਜਿਹੜਾ ਆ ਕਰਤੂਤਾ ਕਰਦਾ ਗਾ। ਨਾਲੇ ਇਹਨੂੰ ਮੈਡਮ ਨੂੰ ਕਹਿ ਦੇ ਜਾ ਕੇ, ਹੁਣ ਉਹ ਗਿਆ ਹੋਣਾ ਉਹਦਾ ਭਾਈ, ਉਹ ਭਾਈ ਨੇ ਕੱਪੜੇ ਉੱਥੇ ਡਿੱਗੇ, ਧੋ ਲੂਗੀ। ਮੈਂ ਕਹਿੰਦੀ ਆ ਜਦੋਂ ਮੈਂ ਕਹਿਤਾ ਇਹਨੂੰ ਜੱਸੀ ਨੂੰ ਵੀ ਬੁੜੇ ਨੂੰ ਚਾਹ ਵੀ ਨੀ ਫੜਾਉਣੀ, ਦੇਖਾਂ ਉਹਦੀ ਕੀ ਹਿੰਮਤ ਆ ਫੜਾ ਦੂਗੀ, ਫਿਰ ਬੈਠਾ ਰਹੇ ਆਪ ਚੱਕ ਚੱਕ ਖਾਇਆ ਕਰੂਗਾ, ਹੁਣ ਵੱਡਾ ਬਣਿਆ ਫਿਰਦਾ। ਚੱਲ ਕੋਈ ਨੀ, ਮੈਂ ਜਾਂਦੀ ਹਾਂ, ਕਹਿੰਦੀ ਹਾਂ ਪੁੱਤਾਂ ਨੂੰ। ਕੁੜੇ ਕਿੰਨੇ ਕਰਾਏ ਗਏ? ਆਹੀ ਰਹਿ ਗਈ ਸੀ ਬਸ ਮੰਮੀ, ਕਿਵੇਂ ਸੀ? ਨਾ ਮੇਰੀ ਗੱਲ ਸੁਣ, ਤੂੰ ਉਹਦੇ ਭਾਈ ਚ ਸਮਾਨ ਕੇ ਚੱਕਿਆ ਖਾਣ ਵਾਲਾ? ਮੰਮੀ ਫੇਰ ਕਿੱਡੀ ਗੱਲ ਹੋ ਗਈ, ਪਹਿਲਾਂ ਦੀਦੀ ਇੰਨਾ ਸੁਣਾ ਕੇ ਗਏ ਆ ਮੈਨੂੰ। ਤੈਨੂੰ ਮੈਂ ਤਾਂ ਉਹੀ ਕਿਹਾ ਸੀ ਵੀ ਕੋਈ ਚੀਜ਼ ਲੈ ਦੀ, ਤੂੰ ਸੱਚ ਗਈ ਉਹਦੀਆਂ ਚੀਜ਼ਾਂ ਚੱਕ ਲਈਆਂ। ਮੰਮੀ ਜਦੋਂ ਵੀਰੇ ਹੋਰੀ ਆ ਗਏ ਉਹਨਾਂ ਨੂੰ ਚਾਹ ਨਾਲ ਕੁਛ ਦੇਣਾ ਵੀ ਤਾਂ ਸੀ। ਪਤਾ ਕਿੰਨੀਆਂ ਮਹਿੰਗੀਆਂ ਨੇ, ਅਗਲਾ ਗੁੱਸੇ ਹੁੰਦਾ ਗਾ ਵੀ ਮੇਰੇ ਘਰ ਵਾਲੀਆਂ ਚੀਜ਼ਾਂ ਸਾਰਾ ਟੱਬਰ ਖਾਂਦਾ। ਫੇਰ ਕਿੱਡੀ ਗੱਲ ਹੋ ਗਈ ਮੰਮੀ, ਵੀ ਸਕੂਟੀ ਸੀਗੀ ਦੱਸ। ਆਹੋ, ਜੇ ਤਾਂ ਕੁਛ ਦੇਖਿਆ ਹੋਵੇ ਇਹੋ ਜਿਹਾ ਫਿਰ ਤਾਂ ਤੂੰ ਕਾਹਨੂੰ ਧਰੇ। ਕੋਈ ਗੱਲ ਨੀ ਮੰਮੀ, ਅੱਗੇ ਤੋਂ ਨਹੀਂ ਚੱਕੂੰਗੀ, ਗਲਤੀ ਹੋ ਗਈ ਮੈਥੋਂ। ਨੀ ਤੂੰ ਤਾਂ ਬੇਸ਼ਰਮ ਹੈ ਜਮਾ, ਜਮਾ ਬੇਸ਼ਰਮ ਹੈ, ਜਮਾ ਨੀ ਸਮਝਦੀ। ਨਾ ਬੇਸ਼ਰਮ ਨੂੰ ਮੰਮੀ ਮੈਂ ਕੀ ਕਰਤਾ। ਨਾਲੇ ਮੇਰੀ ਗੱਲ ਸੁਣ, ਜੇ ਤੇਰਾ ਸਹੁਰਾ ਕਹੇ ਮੈਨੂੰ ਚਾਹ ਬਣਾ ਕੇ ਦੇ ਦੇ, ਮੈਨੂੰ ਰੋਟੀ ਬਣਾ ਕੇ ਦੇ ਦੇ, ਜਾਂ ਮੈਨੂੰ ਫੜਾ ਜਾ ਬਣਾ ਕੇ, ਤਾਂ ਫੜਾ ਕੇ ਨਹੀਂ ਆਉਣੀ। ਨਾ ਕਿਉਂ ਮੰਮੀ, ਮੈਂ ਤਾਂ ਫੜਾਉਂਗੀ। ਤੂੰ ਫੜਾਵੇਂਗੀ? ਫਿਰ ਆਪਦੀ ਤਿਆਰੀ ਕਰ ਲੈ ਪੇਕਿਆਂ ਨੂੰ, ਸਮਝ ਗਈ? ਨਾ ਐਡੀ ਕਿੱਡੀ ਗੱਲ ਹੋ ਗਈ ਮੰਮੀ, ਜੇ ਮੈਂ ਡੈਡੀ ਨੂੰ ਚਾਹ ਫੜਾ ਦਿੰਦੀ ਹਾਂ। ਫਿਰ ਪੇਕਿਆਂ ਦੀ ਤਿਆਰੀ ਕਰ ਲੈ, ਤੈਨੂੰ ਕਹਿ ਤਾ ਨਾ ਤੇਰੇ ਭਰਾ ਨੂੰ ਸੱਦ ਕੇ ਤੇਰਾ ਟੰਡ ਫੜੀ ਚੁਕਾ ਕੇ ਉਹਦੀ ਤੋਰ ਦੂੰ। ਨਾ ਮੈਂ ਤੁਹਾਡੇ ਨਾਲ ਕਦੇ ਵਿਤਕਰਾ ਕੀਤਾ ਗਾ, ਜਾ ਉਹਨਾਂ ਨਾਲ ਕਰੂੰਗੀ ਹੁਣ। ਤੈਨੂੰ ਜੋ ਕਿਹਾ ਨਾ ਉਹੀ ਕਰ, ਬਣਾ ਲੈ ਕਦੇ ਪਾ ਕੇ ਖਾ ਲੈ, ਬਸ ਐਂ ਕਹਿਣਾ ਹੈਗਾ। ਫਿਰ ਪਤਾ ਲੱਗੂ ਉਹ ਤਾਂ ਕਿਸੇ ਸ਼ਰਮੀ ਨਹੀਂ ਸੋਚਦਾ, ਜਦੋਂ ਮਰਜ਼ੀ ਕਹੂਗਾ ਹੁੱਜ ਮਾਰੋ ਆਮ ਮਾਰੋ। ਨਾ ਤੈਨੂੰ ਪਤਾ ਤਾਂ ਹੈਗਾ ਤੇਰੇ ਭਰਾ ਦੇ ਹੁੰਦੇ ਮੇਰੀ ਕਿੰਨੀ ਲਾਪਾ ਕੀਤੀ ਆ ਉਹਨੇ। ਮੰਮੀ ਫਿਰ ਤੁਸੀਂ ਕਿਹੜਾ ਚੁੱਪ ਕਰ ਦਿਓਗੇ, ਮੈਂ ਸਿਖਾਉਂਦੀ ਹਾਂ ਡੈਡੀ ਨੂੰ। ਨਾ ਤੂੰ ਤਾਂ ਬਾਰੇ ਜਵਾਬ ਸਵਾਲ ਜੇ ਕਰਨ ਲੱਗ ਗਈ, ਕੀ ਗੱਲ ਕਿਹਦੇ ਸਿਰ ਤੇ ਕਰਦੀਆਂ? ਉਸੇ ਦੇ ਸਿਰ ਤੇ ਕਰਦੀਆਂ ਨਾ ਵੀ ਸਹੁਰਾ ਮੇਰੇ ਨਾਲ ਹੈ। ਗੱਲ ਸੁਣ ਲੈ, ਮੈਂ ਤੇਰੇ ਗੁੱਤਨੀ ਮੁੰਡ ਦੂੰ ਮੰਮੀ, ਤੈਨੂੰ ਮੈਂ ਪਿਆਰ ਨਾਲ ਕਹੀ ਜਾਂਦੀ ਹਾਂ। ਇਹ ਹਾਂ ਤੁਹਾਡੇ ਮਨ 'ਚ ਹੋਣਾ, ਮੇਰੇ ਮਨ 'ਚ ਨਹੀਂ। ਫਿਰ ਹੁਣ ਕੀ ਫੈਸਲਾ ਤੇਰਾ, ਰੋਟੀ ਫੜਾਉਣੀ ਹੈ ਕਿ ਨਹੀਂ ਫੜਾਉਣੀ, ਇੱਕੋ ਹੀ ਦੱਸ ਦੇ ਗੱਲ ਮੈਨੂੰ। ਕੋਈ ਨਾ ਮੰਮੀ, ਕੋਈ ਨਾ ਕੀ ਨਹੀਂ ਫੜਾਉਂਗੀ, ਬਸ ਉਹਨੂੰ ਜਵਾਬ ਦੇਣਾ, ਕਹਿ ਚੱਕ ਕੇ ਖਾ ਲੈ ਬਸ, ਮੈਥੋਂ ਨਹੀਂ ਫੜਾਈ ਜਾਂਦੀ। ਮੰਮੀ ਤੁਸੀਂ ਡੈਡੀ ਨਾਲ ਐਵੇਂ ਕਿਉਂ ਕਰਦੇ ਹੋਗੇ? ਕਿਉਂ ਕੋ ਮੇਰੇ ਨਾਲ ਕਰਦਾ ਹੈ ਤਾਂ ਕਰਦੀ ਆ ਉਹਦੇ ਨਾਲ, ਸੁਣ ਲੈ ਤੂੰ ਗੱਲ। ਤੈਨੂੰ ਮੈਂ ਪਿਆਰ ਨਾਲ ਕਹਿੰਦੀ ਆ, ਤੂੰ ਸਿਰੇ ਸਿਰੇ ਚੜ ਗਈ, ਬਸ ਉਹਨੂੰ ਕਹਿਣਾ ਵੀ ਮੇਥੋਂ ਨਹੀਂ ਫੜਾਈ ਜਾਂਦੀ। ਮੰਮੀ ਫਿਰ ਕੀ ਹੁੰਦਾ ਜੇ ਮੈਂ ਰੋਟੀ ਫੜਾ ਦਿੰਦੀ ਹਾਂ ਨਾ, ਉਹਨਾਂ ਨੂੰ ਕੌਣ ਰੋਟੀ ਫੜਾਊਗਾ, ਉਹ ਵੀ ਤਾਂ ਆਪਣੇ ਘਰ ਦੇ ਮੈਂਬਰ ਨੇ।
ਹੁਣ ਇਹ ਤੇਰਾ ਫੈਸਲਾ ਪੱਕਾ ਵੀ ਤੂੰ ਉਹਨੂੰ ਫੜਾਵੇਂਗੀ? ਇਹ ਸੋਚ ਲਾ ਫਿਰ, ਆਪਦਾ ਬੋਰੀਆ ਬਿਸਤਰਾ ਬੰਨ ਤੇ ਇੱਥੋਂ ਡੰਡੀ ਰਗੜ ਜਾ। ਡੈਡੀ ਆਪ ਚੱਕ ਕੇ ਰੋਟੀ ਖਾਇਆ ਕਰਨਗੇ, ਮੈਂ ਵੀ ਹੁਣ ਇਸ ਘਰ ਦੀ ਨੂੰਹ ਆਗੀ ਤੇ ਦੀਦੀ ਤਾਂ ਉਈ ਨਹੀਂ ਕੰਮ ਕਰਕੇ ਰਾਜੀ ਹੈਗੇ, ਹੋਰ ਆਪ ਰੋਟੀ ਖਾਇਆ ਕਰਨਗੇ ਚੱਕ ਕੇ? ਹੁਣ ਤੂੰ ਮੈਨੂੰ ਦੱਸਦੀ ਆ, ਤੂੰ ਮੈਨੂੰ ਸਿਖਾਉਣ ਲੱਗੀ ਆ? ਹੈ ਸਿਖਾਉਂਦੀ ਨੀ ਮੰਮੀ, ਆਪ ਜਾ ਕੇ ਰੋਟੀ ਖਾਂਦੇ ਸੋਹਣੇ ਲੱਗਣਗੇ ਉਹ, ਦੀਦੀ ਤਾਂ ਉਈ ਨਹੀਂ ਖੜੇ ਹੁੰਦੇ ਮੰਜੇ ਚੋਂ, ਜੇ ਮੈਂ ਨਹੀਂ ਫੜਾਉਂਗੀ ਹੋਰ ਕੌਣ ਫੜਾਊਗਾ ਰੋਟੀ ਉਹਨਾਂ ਨੂੰ? ਤੇਰਾ ਫੈਸਲਾ ਕੀ ਹੈ ਦੱਸ ਮੈਨੂੰ, ਇੱਕ ਫੈਸਲਾ ਕਰ ਲੈ, ਪੇਕੇ ਜਾਣ ਦਾ ਕਿ ਇੱਥੇ ਰਹਿਣ ਦਾ, ਬੋਲ ਕਿਹੜਾ ਮਨਜ਼ੂਰ ਆ? ਕੋਈ ਗੱਲ ਨਹੀਂ ਮੰਮੀ, ਦੇਖ ਲਾਂਗੇ, ਬਾਕੀ ਤੁਸੀਂ ਡੈਡੀ ਸਾਹਮਣੇ ਗੱਲ ਕਰ ਲਓ। ਦੇਖ ਲਓ, ਮੈਂ ਤੈਨੂੰ ਕਹਿੰਦੀ ਮੈਨੂੰ ਚਾਹ ਨਹੀਂ ਫੜਾਉਣੀ, ਨਾ ਉਹਨੂੰ ਰੋਟੀ ਫੜਾਉਣੀ ਆ, ਵੀ ਉਹਨੂੰ ਕਹਿ ਦੇ ਆਪ ਚੱਕ ਕੇ ਖਾ ਲਓ। ਫਿਰ ਡੈਡੀ ਸਾਹਮਣੇ ਗੱਲ ਕਰ ਲਿਓ। ਨਾ 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 ਨਾ, ਜੇ ਉਹਨੂੰ ਦੱਸਤਾ ਫਿਰ ਇਹ ਦੇਖ ਲੈ ਤੇਰੇ ਨਾਲ ਬਣਦਾ ਕੀ ਆ, ਕੀ ਤੇਰੇ ਤੇ ਇਲਜ਼ਾਮ ਲਾ ਕੇ ਘਰੋਂ ਕੱਢੂੰਗੀ। ਅੱਛਾ ਇਹ ਕਿਹੜੀ ਸ਼ਰਤ ਹੋਈ ਮੰਮੀ? ਬਸ ਇਹੀ ਸ਼ਰਤ ਹੈ, ਹੁਣ ਬੋਲ, ਹੁਣ ਨਹੀਂ ਫੜਾਵੇਂਗੀ? ਨਾ ਨਹੀਂ ਫੜਾਉਂਦੀ ਮੰਮੀ, ਤੁਸੀਂ ਖੁਸ਼ ਰਹੋ। ਬਸ ਇਹੀ ਸੁਣਨਾ ਸੀ, ਫਟਾਫਟ ਧੋ ਲੈ ਕੱਪੜੇ, ਧੋ ਕੇ ਤੇ ਆ ਜਾ। ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਗਾ, ਮੰਮੀ ਨੂੰ ਤੇ ਦੀਦੀ ਨੂੰ, ਸਾਰਾ ਦਿਨ ਮੇਰੇ 'ਤੇ ਲੱਗੀ ਜਾਂਦੇ ਨੇ, ਹੁਣ ਕੀ ਕਰਾਂ ਦੱਸ। ਪਰ ਗੱਲ ਤਾਂ ਮੈਨੂੰ ਇਹਨਾਂ ਦੀ ਮੰਨਣੀ ਪਊਗੀ ਕਿ ਤੂੰ ਵੀ ਨਾ ਮੈਨੂੰ ਘਰੋਂ ਕੱਢ ਦੇਣਾ, ਨਾਲੇ ਚੱਲਦੀ ਵੀ ਤਾਂ ਮੰਮੀ ਅਤੇ ਦੀਦੀ ਦੀ ਹੈ ਇੱਥੇ, ਨਾਲੇ ਮੈਂ ਆਪਦੇ ਪੇਕਿਆਂ ਦੇ ਸਿਰ 'ਤੇ ਨਹੀਂ ਬੋਝ ਬਣ ਸਕਦੀ ਹੈਗੀ, ਮੇਰਾ ਭਰਾ ਤਾਂ ਪਹਿਲੀ ਦਿਹਾੜੀਆਂ ਕਰਦਾ ਵਿਚਾਰਾ। ਉਹ ਜੱਸੀ, ਉਹ ਭਾਈ ਚਾਹ ਬਣ ਗਈ। ਉਹ ਕੁੜੀਏ, ਉਹ ਭਾਈ ਮੈਂ ਤੈਨੂੰ ਕਹਿਣਾ ਚਾਹ ਬਣ ਗਈ। ਹਾਂਜੀ ਡੈਡੀ। ਠੀਕ ਆ ਪੁੱਤ, ਮੈਂ ਉਹ ਮਸ਼ੀਨ ਪੁੱਛ ਕੇ ਆਉਣੀ ਆ, ਗਵਾਂਢੀਆਂ ਦੇ ਲੱਗ ਰਹੀ ਹੈ, ਫਿਰ ਆਪਾਂ ਵੀ ਵਢਾ ਲਾਂਗੇ ਕਣਕ। ਠੀਕ ਹੈ ਡੈਡੀ, ਲਿਆਉਂਦੇ ਹਾਂ। ਚੰਗਾ ਪੁੱਤ, ਲਿਆਓ। ਕਿੰਨਾ ਚਿਰ ਹੋ ਗਿਆ, ਹਜੇ ਚਾਹ ਹੀ ਨਹੀਂ ਲੈ ਕੇ ਆਈ ਕੁੜੀ। ਉਹ ਭਾਈ ਜੱਸੀ, ਉਹ ਚਾਹ ਲਿਆ ਦਿਓ ਭਾਈ, ਕਿੰਨਾ ਟਾਈਮ ਹੋ ਗਿਆ। ਉਹ ਭਾਈ ਚਾਹ। ਡੈਡੀ ਮੇਰਾ ਸਿਰ ਬਾਲਾ ਦੁਖੀ ਜਾਂਦਾ, ਤੁਸੀਂ ਮੰਮੀ ਨੂੰ ਕਹਿ ਦਿਓ, ਉਹ ਲਿਆ ਦੇਣਗੇ ਚਾਹ। ਮੰਮੀ ਨੂੰ ਕਹਿ ਦਿਓ? ਲੈ ਬਸ, ਤੂੰ ਉੱਥੋਂ ਆਈ ਹੈ ਕੁੜੀ, ਇਹ ਚਾਹ ਲਿਆ ਦਿੰਦੀ, ਹੁਣ ਮੈਨੂੰ ਉਹਨੂੰ ਕਹਿਣਾ ਪਊਗਾ, ਅੱਗੋਂ ਉਹ ਚਾਰ ਸੁਣਾਉਂਦੀ ਹੈਗੀ। ਹੈਲੋ। ਹਾਂ ਮੰਮੀ, ਕਿਵੇਂ ਹੋ? ਵਧੀਆ, ਮੈਂ ਵੀ। ਕੀ ਕਰੀ ਜਾਂਦੀ ਸੀ? ਅਤੇ ਵੀਰਾ ਅਤੇ ਭਾਬੀ ਠੀਕ ਨੇ? ਹਾਂ ਕੁਛ ਨਹੀਂ ਮੰਮੀ, ਮੈਂ ਭਾਂਡੇ ਜਿਹੇ ਮਾਂਜ ਕੇ ਹਟੀ ਸੀ ਬਸ। ਨਹੀਂ ਉਹ ਦੀਦੀ ਪਏ ਸੀਗੇ, ਬਸ ਉਹ ਕੰਮ ਘੱਟੇ ਕਰਦੇ ਨੇਗੇ ਕਿਉਂਕਿ ਉਹ ਛੋਟੇ ਨੇ ਨਾ, ਮੈਂ ਕਿਹਾ ਚੱਲ ਮੈਂ ਆਪ ਹੀ ਕਰ ਲੂੰਗੀ, ਖੁਦ ਹੀ ਨਹੀਂ ਮੈਂ ਕਰਵਾਉਂਦੀ ਹੈਗੀ ਉਹਨਾਂ ਤੋਂ। ਹਾਂ ਵਧੀਆ ਬਸ ਮੰਮੀ। ਨਹੀਂ ਮੰਮੀ, ਦੀਦੀ ਤਾਂ ਬਹੁਤ ਵਧੀਆ ਨੇ। ਨਹੀਂ ਚੱਲ ਕੋਈ ਨਾ, ਹੌਲੀ ਹੌਲੀ ਲੱਗ ਜਾਣਗੇ ਕਰਨਾ, ਮੈਂ ਆਪ ਹੀ ਨਹੀਂ ਕਰਵਾਉਂਦੀ ਹੈਗੀ, ਮੈਂ ਖੁਦ ਹੀ ਕਰ ਲੈਂਦੀ ਹੁੰਦੀ ਹਾਂ ਕੰਮ ਤਾਂ। ਹਾਂ ਕਿਵੇਂ ਮੰਮੀ? ਅੱਛਾ ਵੀਰੇ ਨੂੰ? ਨਹੀਂ ਉਹਨਾਂ ਨੂੰ ਤਾਂ ਐਵੇਂ ਲੱਗਿਆ, ਬਹੁਤ ਖੁਸ਼ ਹਾਂ ਮੰਮੀ ਮੈਂ, ਕੁਛ ਨਹੀਂ ਕਹਿੰਦੇ ਹੈਗੇ, ਬਹੁਤ ਕੇਅਰ ਕਰਦੇ ਨੇ ਮੇਰੀ। ਹਾਂਜੀ ਚਲੋ ਠੀਕ ਆ ਮੰਮੀ, ਫਿਰ ਮੈਂ ਵੀ ਪੈਂਦੀ ਹਾਂ ਥੋੜ੍ਹਾ ਟਾਈਮ, ਮੇਰਾ ਸਿਰ ਜਿਹਾ ਵਾਲਾ ਦੁਖੀ ਜਾਂਦਾ ਸੀ। ਹਾਂਜੀ ਚਲੋ ਠੀਕ ਆ ਮੰਮੀ। ਚੰਬਲਾ ਇਹ ਵੀ ਤੁਸੀਂ ਹੈ ਮੰਮੀ, ਉਹ ਤਾਂ ਮੈਂ ਬੜਾ ਕਹਿੰਦੀ ਸੀ ਵੀ ਇਹਨੂੰ ਨਾ ਇੰਨਾ ਸਿਰ ਚੜਾਓ ਨਾ ਚੜਾਓ। ਮੈਂ ਕੀ ਚੰਬੜਾਈ ਆ ਉਹਨੂੰ ਸਿਰ, ਮੈਂ ਤਾਂ ਬਥੇਰੀ ਗੁੱਤ ਪੜਦੀ ਹੈਗੀ, ਆਪ ਹੀ ਚੰਬੜੀ ਪਈ ਹੈਗੀ। ਹੋਇਆ ਕੀ ਹੈ? ਹੋਇਆ ਕੀ ਨਹੀਂ ਹੈਗੇ ਇਹ ਪੁੱਛੋ, ਆਪਦੀ ਮਾਂ ਨਾਲ ਲੱਗ ਰਹੀਆਂ ਚੂਲੀਆਂ ਕਰਨ, ਸੌ ਕੁਛ ਬੋਲੀ ਆਪਣੇ ਬਾਰੇ ਆਪਣੀਆਂ। ਹਾਂ ਨਾ ਮੈਂ ਉਹਦੇ ਸਿਰ 'ਤੇ ਖਾਂਦੀ ਹੈਗੀ, ਮੈਨੂੰ ਐਂ ਦੱਸੋ
ਮੈਨੂੰ ਕਹਿੰਦੀ ਬੇਲੀ ਬੈਠੀ ਸਾਰਾ ਦਿਨ ਚੜਦੀ ਰਹਿੰਦੀ ਹੈ, ਨਾਲੇ ਤੁਹਾਨੂੰ ਕਹਿੰਦੀ ਸੀ, ਕਹਿੰਦੀ ਦੋਏ ਜਣੀਆਂ ਬੈਠੀਆਂ ਰਹਿੰਦੀਆਂ ਨੇ ਸਾਰਾ ਦਿਨ ਪਈਆਂ ਰਹਿੰਦੀਆਂ, ਨਾ ਕੋਈ ਕੰਮ ਕਰਨਾ ਡੱਕਾ ਤੋੜਨਾ। ਉਹਦੀ ਇਹ ਹਿੰਮਤ ਆ, ਆਹੋ ਉਹ ਇੰਨੀ ਗੱਲ ਕਰਦੀ ਹੈ, ਉਹਦੇ ਕੁੱਤ ਨਹੀਂ ਪੱਟ ਦੂੰ ਮੈਂ। ਜੇ ਉਹਦੀ ਹਿੰਮਤ ਹੈ ਤਾਂ ਹੀ ਤਾਂ ਗੱਲਾਂ ਕਰੀ ਜਾਂਦੀਆਂ। ਨਹੀਂ, ਉਹਦੇ ਪੇਕੇ ਤੋਂ ਲਿਆ ਕੇ ਖਾਂਦੇ ਆ, ਖਾਂਦੀ ਤਾਂ ਉਹ ਆਪਣੇ ਪੱਲੇ ਵਾ। ਜੇ ਇੰਨੇ ਹੀ ਸੀ ਤਾਂ ਵਿਆਹ ਹੀ ਨਾ ਕਰਾਉਂਦੀ ਆਪਣੇ ਘਰੇ, ਉੱਥੇ ਕਰਾਉਂਦੀ ਜਿੱਥੇ ਉਹਨੂੰ ਕੰਮ ਨਾ ਕਰਨਾ ਪੈਂਦਾ। ਕਹਿੰਦੀ ਮੈਂ ਤਾਂ ਸਾਰਾ ਦਿਨ ਖਪਦੀ ਰਹਿੰਦੀ ਹੈਗੀ, ਆਪ ਦੋਏ ਜਣੀ ਮੇਰੇ ਤੇ ਆਰਡਰ ਮਾਰਦੀਆਂ ਰਹਿੰਦੀਆਂ ਨੇ। ਨਾ ਮੇਰੀ ਗੱਲ ਸੁਣ, ਆਪ ਕੀ ਲੈ ਕੇ ਆਈ ਸੀ ਕਿ ਇਹ ਆਰਡਰ ਨਹੀਂ ਮਾਰਾਂਗੇ, ਹੋਰ ਕੀ ਕਰਾਂਗੇ, ਕੁਛ ਹੈਗਾ ਨੰਗਾ ਦੇ ਪੱਲੇ? ਕੰਮ ਵਾਸਤੇ ਵੀ ਆਹੀ ਸੀ ਵੀ ਜੇ ਘਰ ਦਾ ਕੰਮ ਕਰੇਂਗੇ ਫਿਰ ਰਿਸ਼ਤਾ ਲਵਾਂਗੇ, ਨਹੀਂ ਰਿਸ਼ਤਾ ਲੈਂਦੇ ਨਹੀਂ। ਜਵਾਬ ਦੇਤਾ ਸੀ ਮੈਂ ਤਾਂ। ਗੱਲਾਂ ਤਾਂ ਐਂ ਕਰਦੀ ਹੈ ਵੀ ਜਿਹਨਾਂ ਦੀ ਬਹੁਤ ਲੈਂਡ ਲਾਉਣ ਦੀ ਹੁੰਦੀ ਹੈ ਘਰੋਂ, ਹਨਾ, ਤੇ ਨਾਲੇ ਵੀ ਜੌਬ ਕਰਦੀ ਹੁੰਦੀ ਹੈ ਬਾਹਰ ਕੋਈ। ਹਾਂ, ਚੰਗਾ ਖਾਂਦੀ ਹੈ, ਚੰਗਾ ਪਾਉਂਦੀ ਹੈ, ਗੱਲਾਂ ਆਉਣ ਲੱਗ ਗਈਆਂ ਤਾਂ ਕਰਦੀ ਆ ਜਿਹਾ। ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਮੈਂ ਪੜਦੀ ਹਾਂ ਉਹਦੀ ਗੁੱਤਨੀ, ਤੈਨੂੰ ਸਾਰਾ ਕੁਛ ਬਣਾਇਆ ਬਣਾਇਆ ਮਿਲੂਗਾ। ਆਪਦੀ ਮਾਂ ਨਾਲ ਕੋਈ ਸਕੀਮਾਂ ਲੱਗ ਰਹੀ ਸੀ ਕਰਨ, ਇਹਦੀ ਮਾਂ ਪਤਾ ਨਹੀਂ ਕੀ ਕਹਿੰਦੀ ਸੀ, ਮੈਂ ਤੈਨੂੰ ਸਕੀਮ ਦੱਸਦੀ ਹਾਂ, ਤੇ ਮੈਨੂੰ ਸਮਝ ਜੀ ਤਾਂ ਆਈ ਨਹੀਂ ਹੈਗੀ, ਮੈਂ ਪਹਿਲੀ ਆ ਗਈ, ਉਹਨੇ ਮੈਨੂੰ ਐਂ ਸੀ ਮੇਰੇ ਤੋਂ ਦੇਖ ਵੀ ਨਾ ਲਵੇ ਵੀ ਗੱਲਾਂ ਸੁਣਦੀ ਆ। ਅੱਛਾ, ਤੇ ਆਪਣੇ ਤੇ ਕੋਈ ਲਾਊਗੀ ਸਕੀਮ ਇਹ? ਕੋਈ ਗੱਲ ਨਹੀਂ, ਸਕੀਮ ਇਹਦੀ ਲਾਉਣ ਤੋਂ ਪਹਿਲੇ ਲਾ ਲਾਂਗੇ ਆਪਾਂ। ਮੇਰੀ ਗੱਲ ਸੁਣ ਲੈ, ਜੇ ਤਾਂ ਚੰਗੀ ਰਹਿਣਾ, ਜੇ ਤਾਂ ਤੂੰ ਕੰਮ ਕਰਵਾਉਣੇ ਨੇ, ਨਹੀਂ ਆਪਣੇ ਹੱਥਾਂ 'ਚ ਨਿਕਲ ਜੂਗੀ ਇਹ। ਜਿਹੜਾ ਤਾਂ ਫੋਨ ਜੇ ਨਾ ਉਹ ਖੋਲ ਹੈ ਪਹਿਲਾਂ ਤਾਂ ਤੂੰ। ਠੀਕ ਆ, ਹੁਣੇ ਲੈ, ਹੁਣੇ ਖੋਲਣੀ ਆ, ਤੂੰ ਫਿਕਰ ਨਾ ਕਰ। ਕੋਈ ਪੁੱਛਣ ਵਾਲਾ ਹੋਵੇ, ਮੈਂ ਆਪਦੇ ਘਰੇ ਕਿੰਨੀਆਂ ਕੁ ਗੱਲਾਂ ਕਰਦੀ ਹਾਂ, ਮੈਂ ਤਾਂ ਆਪਦੀ ਮਾਂ ਨੂੰ ਕੋਈ ਫੋਨ ਨਹੀਂ ਕਰਦੀ, ਜੇ ਮੇਰੀ ਮਾਂ ਕਰਦੀ ਹੈ ਤਾਂ ਮੈਂ ਦੋ ਗੱਲਾਂ ਕਰ ਲੈਂਦੀ ਹਾਂ, ਉਹ ਵੀ ਤੇਰੇ ਸਾਹਮਣੇ ਕਰਦੀ ਹਾਂ। ਮੇਰੀ ਗੱਲ ਸੁਣ, ਤੇਰਾ ਤਾਂ ਮੈਨੂੰ ਪਤਾ ਹੈਗਾ ਵੀ ਕਿੰਨੀਆਂ ਕੁ ਗੱਲਾਂ ਕਰਦੀਆਂ, ਨਾਲੇ ਗੱਲਾਂ ਕਰਦੀਆਂ ਮੇਰੇ ਸਾਹਮਣੇ ਕਰਦੀਆਂ, ਇਹ ਲੁੱਕ ਲੁੱਕ ਕੇ ਕਰਦੀ ਹੈ, ਇਹਦੀ ਹਿੰਮਤ ਕਿਵੇਂ ਪੈ ਗਈ ਲੁੱਕ ਕੇ ਗੱਲਾਂ ਕਰਨ ਦੀ? ਹੈ ਬਸ, ਅੱਜ ਐਂ ਕਹਿੰਦੀ ਹੈ, ਕੱਲ ਨੂੰ ਕੁਛ ਹੋਰ ਕਹੂਗੀ, ਉਧਰੋਂ ਇਹਦੀ ਇਹੀ ਜਿਹੀ ਮਾਂ ਹੈ ਜਿਹੜੀ ਸਿਖਾਉਂਦੀ ਹੈ ਇਹਨੂੰ। ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਇਹ ਤੋਂ ਮੋਬਾਈਲ ਵੀ ਖੋਲੂ ਤੇ ਗੱਲ ਵੀ ਕੋਲੇ ਬੈਠ ਕੇ ਕਰਾਇਆ ਕਰੂ, ਮੈਂ ਪੁੱਛਦੀ ਹਾਂ ਉਹਨੂੰ। ਹੈ, ਚੰਗੀ ਤਰ੍ਹਾਂ ਸਮਝਾ ਕੇ ਆਈ ਉਹਨੂੰ। ਆਹੋ ਆਹੋ ਪੁੱਤ, ਹੁਣ ਆਊਗਾ ਮੈਂ ਤਾਂ। ਚਾਂਬਲੀ ਫਿਰਦੀ ਸੀ ਨਾ ਵਾਲੀ, ਖੰਭ ਜੇ ਨਿਕਲ ਰਹੀ ਸੀ ਇਹਦੀ। ਨਾ ਕਿਵੇਂ ਚੁਗਲੀਆਂ ਕਰਨ ਲੱਗੀ ਪਈਆਂ ਗੀ, ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਕਿਹਦੇ ਨਾਲ ਚੁਗਲੀਆਂ ਕੀਤੀਆਂ ਨੇ ਮੰਮੀ? ਆਪਦੀ ਮਾਂ ਨਾਲ, ਹੋਰ ਕਿਹਦੇ ਨਾਲ? ਤੁਸੀਂ ਕਦੋਂ ਸੁਣ ਲਿਆ ਮੰਮੀ? ਮੈਂ ਆਪਦੇ ਕੰਨਾਂ ਨਾਲ ਸੁਣਿਆ, ਅੱਖਾਂ ਨਾਲ ਦੇਖਿਆ ਚੁਗਲੀਆਂ ਕਰਦੀ। ਹਾਂ ਮੰਮੀ, 2 ਮਿੰਟ ਤਾਂ ਸਿਰਫ ਮੈਂ ਗੱਲ ਕੀਤੀ, ਮੈਂ ਕੀ ਚੁਗਲੀਆਂ ਕਰ ਲਈਆਂ ਮੰਮੀ ਨਾਲ? ਤੂੰ ਕਹਿੰਦੀ ਸੀ ਵੀ ਮੈਨੂੰ ਖਾਣ ਨੂੰ ਨਹੀਂ ਦਿੰਦੇ, ਆਪ ਦੋਨੇ ਜਣੀਆਂ ਖਾ ਲੈਂਦੀਆਂ ਨੇਗੀਆਂ, ਨਾ ਤੂੰ ਕੁਛ ਖਾਂਦੀ ਨਹੀਂ। ਮੰਮੀ ਮੈਂ ਕਦੋਂ ਕਿਹਾ, ਤੁਹਾਡੇ ਕੀ ਨਹੀਂ ਕਰਨ ਭਰਤੇ? ਨਾ ਜਿਹੜੀਆਂ ਸਕੀਮਾਂ ਜਿਹਾ ਲੜਾਉਂਦੀ ਸੀ ਨਾ ਆਪਦੀ ਮਾਂ ਨਾਲ, ਇਹ ਸਾਰਾ ਕੁਛ ਸੁਣ ਲਿਆ ਮੈਂ। ਮੰਮੀ ਆ ਜਿਹੜਾ ਤੁਹਾਨੂੰ ਵਹਿਮ ਪਿਆ ਨਾ, ਕੱਢ ਦਿਓ, ਕੋਈ ਮੈਂ ਚੁਗਲੀ ਨਹੀਂ ਕੀਤੀ ਮੰਮੀ ਨਾਲ। ਅੱਛਾ ਅੱਛਾ, 2 ਮਿੰਟ ਗੱਲ ਕੀਤੀ ਹੈਗੀ। ਮੈਨੂੰ ਤਾਂ ਵਹਿਮ ਪੈ ਗਿਆ, ਤੈਨੂੰ ਐਂ ਹੈਗਾ ਵੀ ਉਹਨੂੰ ਚੰਗਾ ਸਮਝਦੇ, ਮੈਨੂੰ ਮਾੜਾ ਸਮਝਦਾ। ਮਾੜਾ ਤੈਨੂੰ ਵੀ ਨਹੀਂ ਸਮਝਦੀ, ਤੈਨੂੰ ਕੰਮ ਵਾਸਤੇ ਲਿਆਂਦੀ ਆ ਨਾ, ਤਾਂ ਕੰਮ ਕਰ। ਮੰਮੀ ਫਿਰ ਸਾਰੇ ਕੰਮ ਤਾਂ ਕਰਦੀ ਆ। ਹਾਂ ਮੈਨੂੰ ਪਤਾ ਹੀ ਆ, ਕੰਮ ਮੈਂ ਕਿਹਦੇ ਛੱਡੇ ਕੀਤੇ ਨੇਗੇ, ਸਾਰਾ ਦਿਨ ਤਾਂ ਕੰਮ ਕਰਦੀ। ਕੀ ਕਰਦੀ ਆ ਤੂੰ, ਕੀ ਕਰਦੀ ਆ ਤੂੰ? ਮੱਝਾਂ ਦਾ ਗੋਹਾ ਕੂੜਾ ਕਰਦੀ ਆ, ਉਹ ਗੋਹਾ ਕੂੜੇ ਵਾਲੀ ਲੱਗੀ ਹੋਈ ਆ। ਹੈਂ, ਇੱਥੇ ਮੱਝਾਂ ਦੇ ਕੋਈਆਂ ਬਾਹਰ ਬੰਨੀਆਂ ਹੋਈਆਂ ਨੇ, ਤੈਨੂੰ ਜਾਣਾ ਨਹੀਂ ਪੈਂਦਾ, ਸਿਰ ਤੇ ਤੇਰੇ ਬੱਠਲ ਧਰਿਆ ਹੁੰਦਾ, ਫੇਰ ਪਤਾ ਲੱਗਦਾ। ਮੰਮੀ ਤੁਸੀਂ ਦੋਨੇ ਜਾਣੀਆਂ ਕਿਉਂ ਮੇਰਾ ਸਾਹਮਣ ਕਰਦੀ ਹੋ? ਮੇਰੀ ਗੱਲ ਸਾਰਾ ਦਿਨ ਜੇ ਤਾਂ ਬੰਦਿਆਂ ਵਾਂਗੂ ਰਹਿਣਾ ਤਾਂ ਉਹ ਦੇਖ ਲੈ, ਮੋਬਾਈਲ ਤੈਨੂੰ ਮਿਲਦਾ ਨਹੀਂ, ਤੇਰੀ ਮਾਂ ਨਾਲ ਗੱਲ ਕਰਾਵਾਂ, ਤੇਰੇ ਭਰਾ ਨਾਲ ਕਰਾਵਾਂ, ਮੇਰੇ ਆਪਦੇ ਪੁੱਤ ਨਾਲ ਕਰਾਵਾਂ, ਕੋਲੇ ਬੈਠ ਕੇ ਗੱਲ ਕਰਾਇਆ ਕਰੂੰਗੀ। ਠੀਕ ਹੈ, ਮਨਜ਼ੂਰ ਹੈ? ਨਹੀਂ ਟੰਡ ਫੜ, ਚੱਕ ਆਪਦੀ ਡੰਡੀ ਰਗੜਾ ਆਪਦੇ ਪੇਕਿਆਂ ਨੂੰ, ਮੈਨੂੰ ਕੋਈ ਲੋੜ ਨਹੀਂ ਤੇਰੀ, ਤੇਰੇ ਵਰਗਾ 3600 ਲਿਆਉਂ ਮੈਂ। ਲੈ ਮੰਮੀ, ਇਹੋ ਜਿਹਾ ਮੈਂ ਕੀ ਕਰਤਾ ਜਿਹੜਾ ਤੁਸੀਂ ਮੇਰੇ ਤੇ ਇੰਨਾ ਜ਼ੁਲਮ ਕਰਦੀ ਹੋ? ਹਜੇ ਕੁਛ ਕਰਿਆ ਨਹੀਂ, ਗੁੜੇ ਨੂੰ ਪਿੱਛੇ ਲਾ ਰੱਖਿਆ ਗਾ ਨਾ, ਉਦਾਂ ਤੈਨੂੰ ਕੀ ਲੋੜ ਸੀ ਕਹਿੰਦੇ ਮਸ਼ੀਨ 'ਚ ਕੱਪੜੇ ਤੇ ਹੋਰ ਸਾਰੀ ਗੱਲ ਉਹਨੂੰ ਦੱਸਤੀ, ਤੇਰੇ ਮਗਰ ਲੱਗਿਆ ਫਿਰਦਾ। ਮੈਂ ਉਹਨੂੰ ਵਿਆਹ ਕੇ ਆਈ ਸੀ,
ਕੋਈ ਕੱਢ ਕੇ ਨਹੀਂ ਸੀ ਲਿਆ ਮੈਨੂੰ ਜਿਹੜੀਆਂ ਤੂੰ ਇਹ ਗੱਲਾਂ ਕਰਦੀ ਆ। ਮੰਮੀ ਮੈਂ ਕਦੋਂ ਸਿਖਾਇਆ ਡੈਡੀ ਨੂੰ, ਉਹ ਤਾਂ ਖੁਦ ਹੀ ਪੁੱਛਦੇ ਸੀ ਡੈਡੀ। ਨਾ ਤੈਨੂੰ ਆਖਿਆ ਸੀ ਚਾਹ ਰੋਟੀ ਉਹਨੂੰ ਫੜਾਉਣੀ ਨੀ, ਫੜਾਤੀ ਸੀ ਕਿ ਨਹੀਂ? ਫਿਰ ਮੈਂ ਕਦੋਂ ਫੜਾਈ ਹੈ ਮੰਮੀ ਚਾਹ? ਮੈਂ ਤਾਂ ਕਹਿਤਾ ਸੀ ਮੰਮੀ ਤੋਂ ਲੈ ਲਓ, ਮੈਂ ਫੜਾਈ ਨਹੀਂ। ਅੱਛਾ ਤੂੰ ਸਿੱਧਾ ਕਹਿ ਦਿੰਦੀ ਵੀ ਤੂੰ ਆਪ ਚੱਕ ਕੇ ਖਾਣਾ ਗਾ, ਮੇਰੇ ਤੇ ਗੱਲ ਸਿੱਟਤੀ, ਮੇਰੇ ਨਾਲ ਦੁਸ਼ਮਣੀਆਂ ਪਵਾਉਣੀ ਆ, ਮੈਨੂੰ ਸਭ ਪਤਾ ਹੈਗਾ, ਤੂੰ ਹੀ ਅਕਲਾਂ ਦੀ ਜੜ। ਮੰਮੀ ਤੁਹਾਡੇ ਨਾਲ ਕੀ ਦੁਸ਼ਮਣੀ ਪਵਾਈਏਗੀ, ਜੇ ਮੈਂ ਖੁਦ ਨਹੀਂ ਫੜਾਉਂਗੀ ਮੈਂ ਐਂ ਕਿਹਾ ਸੀ ਮੰਮੀ ਤੋਂ ਲੈ ਲਓ, ਇਹ 'ਚ ਕਿ ਪਹਾੜ ਉੱਡ ਗਿਆ ਕੋਈ। ਚੱਲ ਹੁਣ ਸਿੱਧੀ ਹੋ ਕੇ ਸਾਰਾ ਕੰਮ ਕਰਦੀ ਘਰ ਦਾ, ਠੀਕ ਆ, ਫੋਨ ਚੱਕਣ ਦੀ ਲੋੜ ਨਹੀਂ, ਜੇ ਕਿਤੇ ਮੈਂ ਦੇਖ ਲਈ ਤੈਨੂੰ ਚੋਰੀਓਂ ਵੀ ਫੋਨ ਚੱਕਦੀ ਤਾਂ ਮੈਥੋਂ ਬੁਰਾ ਨਾ ਜਾਣੇ। ਮੰਮੀ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਹਾਂ, ਤੁਹਾਡੇ ਤੋਂ ਕਦੋਂ ਕੰਮ ਕਰਵਾਇਆ, ਨਾ ਦੀਦੀ ਤੋਂ ਕਦੇ ਕੰਮ ਕਰਵਾਇਆ, ਬਸ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਰਹਿੰਦੀ ਹਾਂ। ਬਸ ਤੁਸੀਂ 2 ਮਿੰਟ ਵੀ ਨਹੀਂ ਜਰ ਸਕਦੇ ਮੈਨੂੰ ਮੋਬਾਈਲ ਦੇਖਦੇ ਨੂੰ? ਆਪਦੀ ਔਕਾਤ 'ਚ ਰਹਿ, ਇੰਨੇ ਜੋਗੀ ਆ ਤੂੰ। ਮੰਮੀ ਔਕਾਤ 'ਚ ਹੀ ਆਪਦੀ 'ਚ, ਬਾਹਲਾ ਜਵਾਬ ਸਵਾਲ ਜੇ ਨਾ ਕਰ ਮੇਰੇ ਮੂਹਰੇ, ਠੀਕ ਹੈ? ਪਤਾ ਨਹੀਂ ਕੀ ਇਹਨਾਂ ਦੇ ਦਿਮਾਗ ਨੂੰ ਹੋਇਆ, ਸਾਰਾ ਦਿਨ ਇੰਨਾ ਜ਼ੁਲਮ ਵੀ ਕੋਈ ਕਰਦਾ ਹੁੰਦਾ। ਸਿਮਰੀ ਜਾਂਦੇ ਪੁੱਤ? ਹਾਂਜੀ ਡੈਡੀ, ਸਿਮਰੀ ਜਾਂਦੀ ਸੀ। ਤੇ ਆ ਕੀ ਗੱਲ ਭਾਈ, ਰੋਈ ਕਿ ਜਾਂਦੇ ਹੋ? ਕੁਛ ਨਹੀਂ ਡੈਡੀ, ਤਾਂ ਮੰਮੀ ਡੈਡੀ ਦੀ ਯਾਦ ਆ ਗਈ ਸੀਗੀ ਤਾਂ ਕਰਕੇ ਬਸ। ਜੇ ਪੁੱਤ ਮੰਮੀ ਡੈਡੀ ਦੀ ਯਾਦ ਆ ਗਈ ਤਾਂ ਫਿਰ 4 ਦਿਨ ਲਾਓ ਉੱਥੇ ਵਗ ਜਾਓ। ਨਹੀਂ ਡੈਡੀ, ਬਸ ਐਵੇਂ ਹੀ। ਨਹੀਂ ਪੁੱਤ, ਯਾਦ ਹੀ ਆਉਂਦੀ ਸੀਗੀ ਬਸ, ਜਾਣਾ ਤਾਂ ਕਾਨੂੰ ਸੀਗਾ। ਪੁੱਤ ਯਾਦ ਤਾਂ ਮੈਨੂੰ ਲੱਗਦਾ ਨਹੀਂ, ਮੈਨੂੰ ਤਾਂ ਗੱਲ ਕੋਈ ਹੋਰ ਲੱਗਦੀ ਹੈ। ਨਹੀਂ ਡੈਡੀ, ਐਵੇਂ ਹੀ ਲੱਗਦਾ ਸਾਨੂੰ। ਨਹੀਂ ਜੱਸੀ ਪੁੱਤ, ਛੁਪਾਉਣੀ ਆ ਮੈਥੋਂ ਕੋਈ ਗੱਲ ਤੋਂ, ਸੱਚ ਸੱਚ ਦੱਸ ਗੱਲ ਕੀ ਹੈ? ਡੈਡੀ ਸਾਨੂੰ ਇੱਕ ਗੱਲ ਪੁੱਛਾਂ? ਮੈਂ ਇੰਨਾ ਕੰਮ ਕਰਦੀ ਹਾਂ ਸਾਰਾ ਘਰ ਦਾ, ਪਰ ਮੰਮੀ ਫੇਰ ਵੀ ਮੈਨੂੰ ਸਿੱਧਾ ਨਹੀਂ ਬੋਲਦੇ ਹੈਗੇ। ਦੀਦੀ ਜਿੰਨਾ ਪਿਆਰ ਮੈਨੂੰ ਕਿਉਂ ਨਹੀਂ ਕਰਦੇ ਉਹ? ਉਹ ਪੁੱਤ ਤੈਨੂੰ ਮੈਂ ਦੱਸਦਾ, ਇਹ ਤੇਰੀ ਸੱਸ ਹੈ ਨਾ, ਇਹ ਬੁੱਝ ਦਿਮਾਗ ਦੀ ਹੈ, ਇਹ ਪਤਾ ਕਿਉਂ ਫਿਰਦੀ ਹੈ ਉਹਦੇ ਮਗਰ ਮਗਰ? ਉਹਦੇ ਨਾਂ ਹੈ ਜ਼ਮੀਨ, ਇਹਨੂੰ ਐਂ ਵੀ ਕਿਤੋਂ ਜ਼ਮੀਨ ਬਸ ਮੈਨੂੰ ਹੀ ਮਿਲੂਗੀ, ਇਹਨੂੰ ਐਂ ਨਹੀਂ ਪਤਾ ਬੁੱਝ ਨੂੰ ਵੀ ਨਾਂ ਤਾਂ ਉਹਦੇ ਹੈ, ਤੈਨੂੰ ਜ਼ਮੀਨ ਦਾ ਕੀ ਮਾਣ ਬਈ? ਸਹੀ ਗੱਲ ਹੈ ਡੈਡੀ। ਤੂੰ ਪੁੱਤ ਉਹਦੇ ਨਾਲ ਸੋਚਿਆ ਕਰ, ਉਹਦਾ ਜ਼ਮੀਨ ਦਿਮਾਗ ਤੇ ਨਾ ਲਾਇਆ ਕਰ। ਇਹਨੂੰ ਨਾਲ ਇੱਕ ਗੱਲ ਹੋਰ ਦੇਖ ਲਈ, ਜਿੱਦਣ ਲਾਸਟ 'ਤੇ ਆ ਕੇ ਨਾ ਇਹਦੇ 2 ਮਾਰੇ ਉਹਦੇ ਗੋਡੇ ਢੂਹੀ 'ਚੋਂ ਉਹਨੇ ਕੱਢਤੀ ਬਾਹਰ, ਫਿਰ ਇਹਨੂੰ ਲੱਗੂਗਾ ਪਤਾ, ਉਨਾ ਚਿਰ ਨਹੀਂ ਇਹਨੂੰ ਅਗਲੋਂ ਕਲਾਉਂਦੀ ਤੇਰੀ ਸੱਸ ਨੂੰ। ਡੈਡੀ ਅੱਜ ਤਾਂ ਮੈਥੋਂ ਨਾ ਮੰਮੀ ਨੇ ਮੋਬਾਈਲ ਵੀ ਖੋਲਿਆ, ਮੰਮੀ ਨਾਲ 2 ਮਿੰਟ ਗੱਲ ਵੀ ਨਹੀਂ ਕਰਨ ਦਿੱਤੀ। ਵਧੀਆ, ਇੰਨੀ ਹਿੰਮਤ, ਇੱਥੋਂ ਮੋਬਾਈਲ ਵੀ ਖੋਲਿਆ? ਮੈਂ ਦੱਸਦਾ ਪਤਾ ਇਹਨਾਂ ਨੂੰ, ਦੇਖ ਪੁੱਤ ਪਤਾ ਸਾਰਾ ਮੈਨੂੰ ਵੀ ਹੈ ਵੀ ਇਹ ਤੇਰੇ ਨਾਲ ਕਰਦੇ ਕੀ ਕੁਛ ਨੇ, ਪਰ ਮੈਂ ਕਹਿੰਦਾ ਸੀ ਵੀ ਚੱਲ ਗੱਲ ਇੱਥੇ ਟਿਕਦੇ ਟਿਕਦੇ, ਹੁਣ ਇਹਨਾਂ ਨੂੰ ਮੈਂ ਬਣਾਉ ਇਹਨਾਂ ਨੂੰ ਬੰਦੇ। ਨਹੀਂ ਡੈਡੀ, ਤੁਸੀਂ ਨਾ ਕੁਛ ਕਹਿਓ, ਐਵੇਂ ਮੰਮੀ ਮੇਰੇ ਮਗਰ ਪਊਗੀ ਫਿਰ, ਉਹ ਤਾਂ ਪਹਿਲੇ ਹੀ ਨਹੀਂ ਮਾਣ, ਉਹ ਤਾਂ ਪਹਿਲੇ ਹੀ ਕਹੀ ਜਾਂਦੇ ਨੇ ਵੀ ਆਪਦੇ ਡੈਡੀ ਨੂੰ ਮਗਰ ਲਾਈ ਬੈਠੀ ਹੈਗੀ। ਕਿਉਂ ਮਗਰ ਲਾਈ ਬੈਠੀ ਆ ਭਾਈ ਤੂੰ? ਮੈਂ ਸੱਚ ਨੂੰ ਸੱਚ ਕਹਿੰਦਾ ਤਾਂ ਇਹਦਾ ਮਤਲਬ ਐਂ ਤੂੰ ਮੈਨੂੰ ਮਗਰ ਲਾ ਲਿਆ, ਤੇਰਾ ਕੀ ਕਸੂਰ ਹੈਗਾ? ਸਾਰਾ ਦਿਨ ਤੂੰ ਕੰਮ ਕਰਦੀ, ਹੁਣ ਮੈਂ ਦੇਖਦਾ ਨਹੀਂ, ਮੈਂ ਤਾਂ ਜਦੋਂ ਉਹਨਾਂ ਕੰਮ ਤੂੰ ਲੱਗੀ ਪਈ ਹੁੰਦੀ ਆ, ਉਹ ਤਾਂ ਮਹਾਰਾਣੀਆਂ ਬਣ ਕੇ ਅੰਦਰ ਬੈਠੀ ਹੁੰਦੀਆਂ ਨੇ। ਹੁਣ ਉਹਨਾਂ ਦੀ ਦੋਨਾਂ ਦੀ ਚੱਲਦੀ ਹੈ ਘਰ 'ਚ, ਮੰਮੀ ਨੇ ਮੈਨੂੰ ਕਹਿ ਵੀ ਦਿੱਤਾ, ਕਹਿੰਦੀ ਆਪਦੇ ਪੇਕੇ ਵਗ ਜੀ ਫਿਰ। ਕਿਉਂ, ਉਹ ਕੌਣ ਹੈ ਤੈਨੂੰ ਕਹਿਣ ਵਾਲੀ? ਮੈਂ ਉਸੇ ਨੂੰ ਟੱਕਰ ਤੂੰ ਵਾਲੀ ਜੰਮੂਗੀ ਤਾਂ। ਤੁਸੀਂ ਨਾ ਉਹਨਾਂ ਨੂੰ ਕੁਛ ਕਹਿਓ, ਓਏ ਪੁੱਤ ਉਹ ਮੈਨੂੰ ਕੱਢ ਦੇਣਗੇ, ਮੈਨੂੰ ਪਤਾ ਡੈਡੀ, ਮੈਨੂੰ ਪਤਾ ਉਹਨਾਂ ਦਾ ਕਿਵੇਂ ਕੱਢਦੀਆਂ। ਪੁੱਤ ਤੈਨੂੰ ਐਂ ਕਿਵੇਂ ਕੱਢ ਦੇਣਗੇ? ਮੈਂ ਤੇਰੇ ਨਾਲ ਆ, ਜਦੋਂ ਮੈਂ ਤੇਰੇ ਨਾਲ ਆ ਉਹ ਕੌਣ ਨੇ? ਘਰ ਦਾ ਮਾਲਕ ਮੈਂ ਆ, ਉਹ ਨਹੀਂ। ਡੈਡੀ ਫੇਰ ਵੀ ਲੜਾਈ ਨਾ ਕਰਿਓ। ਮੈਂ ਪੁੱਤ ਲੜਾਈ ਨਹੀਂ ਕਰਦਾ, ਮੈਂ ਤਾਂ ਕੰਮ ਹੀ ਕਰ ਲਿਆ ਕਰੂੰਗੀ, ਮੇਰੇ ਵਿੱਚ ਲੜਾਈ ਪਾਇਓ। ਤੈਨੂੰ ਮੈਂ ਇੱਕ ਗੱਲ ਦੱਸਾਂ, ਮੇਰੇ ਤੇ ਇੱਕੋ ਹੀ ਗੱਲ ਹੈ ਵੀ ਮੈਂ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦੇਣੀ, ਬਸ ਘਰ 'ਚ ਸਿੱਧੀ ਗੱਲ ਹੈ। ਉਹ ਤਾਂ ਠੀਕ ਹੈ ਡੈਡੀ, ਫੇਰ ਵੀ ਲੜਾਈ ਪਾ ਕੇ ਕੀ ਫਾਇਦਾ ਜੇ ਸੁਧਰਨਾ ਹੀ ਨਹੀਂ ਬੰਦੇ ਨੇ। ਕਿਉਂ ਪੁੱਤ, ਫਿਰ ਉਹਨਾਂ ਨੂੰ ਸੁਧਾਰੂੰ ਤਾਂ ਮੈਂ ਨਾ, ਸੁਧਰਨਗੇ ਕਿਵੇਂ ਨਹੀਂ ਉਹ? ਡੈਡੀ ਮੈਨੂੰ ਨਹੀਂ ਲੱਗਦਾ ਮੰਮੀ ਸੁਧਰ ਜਾਣਗੇ, ਉਹਨਾਂ ਨੂੰ ਇੱਕ ਦਿਨ ਠੋਕਰਾਂ ਖਾ ਕੇ ਫੇਰ ਅਕਲ ਆਊਗੀ। ਪੁੱਤ ਤੈਨੂੰ ਮੈਂ ਦੱਸ ਦਿੰਦਾ, ਉਹ ਟਾਈਮ ਤਾਂ ਆਏ ਹੀ ਖੜਾ ਹੈ, ਇਹ ਹੁਣ ਤਾਂ ਲਾਲਚ 'ਚ ਉਹਦੇ ਮਗਰ ਲੱਗੀ ਫਿਰਦੀ ਹੈ, ਪਰ ਜਦੋਂ ਮਾੜਾ ਜਿਹਾ ਪਾਸਾ ਵੱਟ ਗਿਆ ਨਾ, ਇਹਦੇ ਹੁੱਜਾਂ ਦੇਖੀ ਉਹ ਲਾਉਂਦੀ,
ਮੈਂ ਉਹਦਾ ਦੇਖਿਆ, ਉਹਦਾ ਰੁੱਖ ਮੈਂ ਦੇਖੀ ਖੜਾ। ਮੈਂ ਤਾਂ ਮੈਥੋਂ ਵੀ ਨਹੀਂ ਸੰਗ ਬਣਦੀ ਉਹਦਾ, ਮੋਬਾਇਲ ਕਦੇ ਦੇਖ ਲੈ ਮੋਬਾਇਲ ਕਦੇ ਕਿਵੇਂ ਕਦੇ ਕਿਵੇਂ। ਮੈਂ ਲੈ ਪਰਸੋਂ ਲੰਘਿਆ, ਮੈਂ ਚੱਲ ਮੈਂ ਬੈਠਦਾ ਉੱਥੇ ਜਾ ਕੇ, ਆਪ ਨਹੀਂ ਉੱਠੀ, ਮੈਨੂੰ ਕਹਾਂ ਜਾਣਾ ਪੈ ਗਿਆ ਬੈਠਕ 'ਚ। ਡੈਡੀ ਉਹ ਕੰਮ ਕਰਦੀ ਨਹੀਂ ਦੀਦੀ, ਤਾਂ ਜਮਾਂ ਵੀ ਨਹੀਂ ਕਰਦੇ ਹੈਗੇ, ਸਾਰਾ ਦਿਨ ਕੰਮ ਤਾਂ ਮੈਂ ਕਰਦੀ ਹਾਂ, ਫਿਰ ਵੀ ਰੋਹ ਮਾਰਦੇ ਨੇ ਸਾਰਾ ਦਿਨ ਉੱਤੇ। ਇਹ ਸਾਰੇ ਕੰਡੇ ਤੇਰੀ ਸੱਸ ਦੇ ਬੀਜੇ ਹੋਏ ਨੇ। ਮੈਂ ਇਹਨੂੰ ਕਿਹਾ ਸੀ ਵੀ ਇਹ ਰਿਸ਼ਤਾ ਨਾ ਲੈ ਨਾ ਲੈ, ਇਹਨੇ ਇੱਕੋ ਹੀ ਰੱਟ ਰੱਖੀ, ਜ਼ਮੀਨ ਜ਼ਮੀਨ। ਉਹਨੂੰ ਜ਼ਮੀਨ ਆਉਂਦੀ ਹੈ, ਆਪਣੇ ਕੋਲ ਜ਼ਮੀਨ ਵੱਧਜੂ, ਹੁਣ ਲੈ ਲੈ ਸਵਾਦ ਜ਼ਮੀਨ ਦਾ, ਡੱਕਾ ਨਹੀਂ ਦੌੜਦੀ ਹੋਲਾ ਸਾਰਾ ਦਿਨ। ਕੋਈ ਗੱਲ ਨਹੀਂ ਡੈਡੀ, ਮੈਂ ਆਪੇ ਕਰ ਲੂੰਗੀ ਕੰਮ, ਮੰਮੀ ਨੂੰ ਵੀ ਇੱਕ ਦਿਨ ਆਪੇ ਅਕਲ ਆ ਜੂਗੀ ਠੋਕਰਾਂ ਠੁਕਰਾਂ ਖਾ ਕੇ। ਕੋਈ ਨਾ ਪੁੱਤ, ਮੈਨੂੰ ਵੀ ਦੇਖਣ ਦੇ ਵੀ ਇਹ ਕਰਦੇ। ਡੈਡੀ ਫਿਰ ਵੀ ਤੁਸੀਂ ਕੁਛ ਨਾ ਕਹਿਓ ਮੰਮੀ ਨੂੰ। ਕੋਈ ਨਾ ਪੁੱਤ, ਕਿਤੇ ਡੈਡੀ ਨਾ ਮੰਮੀ ਨੂੰ ਜਾ ਕੇ ਕਹਿ ਦੇਣ, ਹੁਣ ਦੁਬਾਰੇ ਫਿਰ ਮੰਮੀ ਮੇਰੇ ਨਾਲ ਲੜੂਗੀ। ਦੇਖ ਲੈ ਕੱਪੜੇ ਧੋਤੇ, ਕੁੜੀ ਦੇ ਕੱਪੜੇ ਸਾਰੇ ਖਰਾਬ ਕਰ ਗਏ। ਓ ਕੁਲਦੀਪ, ਹਾਂ ਮੋਬਾਈਲ ਫੜਾ ਜਿਹੜਾ ਤੂੰ ਖੋਇਆ। ਕਿਹੜਾ ਮੋਬਾਈਲ? ਤੋ ਤੈਨੂੰ ਪਤਾ ਨਹੀਂ ਜਿਹੜਾ ਤੂੰ ਖੋਇਆ। ਕੀ ਤੂੰ ਖੋਇਆ? ਓ ਵੱਡੀ ਤੋਂ ਜੱਸੀ ਤੋਂ। ਹਾਏ ਮੈਂ ਮਰ ਜਾ, ਚੁੱਪ ਕਰ, ਹੌਲੀ ਬੋਲ ਜਾ। ਕਿਸੇ ਨਾਲ ਗੱਲਾਂ ਕਰੀ ਜਾਂਦੀ ਸੀ, ਪੱਟੀ ਮੇਸ ਕਰ ਦਿੰਦੀ ਆਪਣੀ ਤਾਂ। ਤੂੰ ਨਾ ਮੈਥੋਂ ਜਵਾੜੇ ਤੇ ਨਾ ਖਾਲੀ, ਕਿਸੇ ਨਾਲ ਗੱਲਾਂ ਕਰਦੀ ਸੀ ਉਹਨੇ ਮੈਨੂੰ ਦੱਸਤਾ, ਕਹਿੰਦੀ ਡੈਡੀ ਮੈਂ ਆਪਦੀ ਮਾਂ ਨਾਲ ਗੱਲ ਕਰਦੀ ਸੀ ਤੇ ਮੰਮੀ ਨੇ ਮੈਥੋਂ ਮੋਬਾਈਲ ਖੋਲਿਆ। ਹਾਂ ਹਾਂ ਤੇਰੀ ਬਸ ਉਹੀ ਗੱਲ, ਕੁੱਤੇ ਦੀ ਪੂਸ ਕਦੇ ਸਿੱਧੀ ਹੁੰਦੀ ਨਹੀਂ। ਮੇਰਾ ਯਕੀਨ ਨਹੀਂ ਕਰਦਾ ਤੂੰ, ਜਿੱਦੇ ਕੋਈ ਚੰਦ ਚੜਾਤਾ ਉਦੇ ਕਰੇਗਾ। ਮੈਂ ਯਕੀਨ ਕਮਾਂ ਕਰਾਂ ਕਿਵੇਂ? ਹਾਂ ਮੇਰੀ ਨੂੰਹ ਨਾ ਹੀ ਦੀ ਹੈ, ਨਾ ਉਹਦੇ 'ਚ ਕੋਈ ਜਿਹੀ ਘੱਟ ਵੱਧ ਹੈਗੀ ਆ, ਮੈਂ ਕਿਵੇਂ ਮੰਨ ਜਾ? ਤੇਰੇ ਸਾਹਮਣੇ ਗੱਲਾਂ ਕਰੂਗੀ ਉਹ? ਓਏ ਮੈਂ ਉੱਤੋਂ ਫੜ ਲਈ, ਕੰਨੀ ਸੁਣ ਲਿਆ, ਅੱਖੀ ਦੇਖ ਲਿਆ। ਓਏ ਤੂੰ ਨਾ ਕਫਰ ਤੋਲ, ਓਏ ਨਾ ਕਫਰ ਤੋਲ, ਆ ਤੇਰੇ ਜਿਹੜੀਆਂ ਦਾਜ ਵਾਲੀ ਅੱਖਾਂ ਤੇ ਪੱਟੀ ਬੰਨੀ ਆ ਨਾ, ਇਹਨੂੰ ਲਾ ਲੈ ਲਾ ਲੈ। ਦਾਜ ਕਿ ਮੈਂ ਕੱਫਾਂ ਦੇ ਨਾਲ ਲੈ ਕੇ ਜਾਣਾ ਹੈ? ਮੈਂ ਕੀ ਫੁੱਕਣਾ ਦਾਜ? ਮੈਂ ਤਾਂ ਇਸ ਗੱਲ ਨੂੰ ਰੋਨੀ ਆ, ਕਿਤੇ ਮੇਰਾ ਮੁੰਡਾ ਨਾ ਵੱਢ ਕੇ ਮਰ ਜੇ ਕਿਸੇ ਨਾਲ। ਕਿਉਂ ਕਿਵੇਂ ਮਰਜੂ ਵੱਢ ਕੇ? ਜਦੋਂ ਗੱਲਾਂ ਕਰਦੀ ਕਿਸੇ ਨਾਲ, ਤੂੰ ਲਾਪੜਾ ਖਾਏਗੀ, ਮੈਂ ਤਾਂ ਗੱਲਾਂ ਕਰਦੇ ਢਲ ਜਾਣ ਲਈ ਆਈ ਹਾਂ। ਸਰੀਕਾ ਕਵੀਲਾ ਸੁਣ ਲੂਗਾ, ਪੱਟੀ ਮੇਸ ਹੋ ਜੂ। ਤੂੰ ਚਾਹੇ ਨਾ ਜਿੰਨਾ ਮਰਜੀ ਭੌਂਕੀ ਚੱਲ ਕੁੱਤਿਆਂ ਵਾਂਗੂ, ਮੈਂ ਤੇਰੀ ਗੱਲ ਨਹੀਂ ਮੰਨਦਾ। ਤੂੰ ਨਹੀਂ ਮੰਨਦਾ? ਤੂੰ ਮੇਰੀ ਇੱਕ ਗੱਲ ਸੁਣ, ਦੱਸ ਪਹਿਲਾਂ। ਹਾਂ ਜਿਹੜੀ ਉਹ ਛੋਟੀ ਹੈ, ਹਾਂ ਕਦੇ ਉਹਨੂੰ ਕੰਮ ਕਰਦੀ ਨੂੰ ਮੈਂ ਦੇਖਿਆ? ਮੇਰੇ ਹੁੰਦੇ, ਤੂੰ ਚੁੱਪ ਕਰ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ। ਮੇਰੇ ਹੁੰਦੇ ਜਦੋਂ ਮੈਂ ਖੇਤੋਂ ਜਾਂ ਕਿਤੇ ਹੋਰ ਕੰਮੋਂ ਜਾ ਕੇ ਉਹਨਾਂ ਮੇਰੇ ਉਹਨਾਂ ਨੇ ਵੱਡੀ ਲੱਗੀ ਪਈ ਆਉਂਦਾ ਜੱਸੀ ਕੰਮ ਤੇ। ਕੀ ਗੱਲ? ਦੱਸਾਂ ਦੱਸਾਂ ਵੱਡੀ ਦੀਆਂ ਕਰਤੂਤਾਂ। ਇਹ ਆਹ ਚੱਕ ਲਈ, ਇਹ ਆਹ ਚੱਕ ਲਈ, ਫਿਰ ਹੁਣ ਐਂ ਜੇ ਕਰੂ, ਫਿਰ ਹੁਣ ਐਂ ਜੇ ਕਰੂਗੀ, ਫਿਰ ਹੁਣ ਐਂ ਜੇ ਕਰੂਗੀ। ਤੇ ਉਹ ਦੇਖੇ ਛੋਟੀ ਐਂ ਐਂ ਕੰਮ ਨੇ ਬੜਦਾ ਉਹ ਤੋਂ। ਮੈਂ ਤੈਨੂੰ ਹਾਂ ਤੈਨੂੰ ਪੁੱਛਾਂ, ਐਂ ਕਰੂਗੀ ਐਂ ਕਰੂਗੀ ਸਾਰਾ ਦਿਨ ਤਾਂ ਬੇਚਾਰੀ ਇਹਨਾਂ ਨੂੰ ਘੜੀ ਸੀ ਫਿਰ ਦੋ ਕੰਮ ਚ। ਤੇ ਮੈਨੂੰ ਐਂ ਦੱਸ, ਆ ਛੋਟੀ ਨੇ ਤੇਰੇ ਕਿੱਥੇ ਪੋਚੇ ਲਾ ਦੇਣਾ? ਮੈਂ ਹੁਣ ਆਇਆ ਬਾਹਰੋਂ ਤੋਂ, ਇਹ ਰੋਟੀ ਬਣਾਉਣ ਲੱਗੀ ਛੋਟੀ, ਮਿੰਟ ਲਾਉਂਦੀ ਆ, ਮਿੰਟ ਲਾਉਂਦੀ ਆ, ਚਾਹ ਬਣਾਉਣ ਲੱਗੀ ਤੇਰੇ ਸਾਹਮਣੇ ਕਰੂਗੀ। ਹਾਂ ਓਏ ਝੂਠ ਨਾ ਮਾਰ, ਝੂਠ ਨਾ ਮਾਰ, ਤੂੰ ਮੈਂ ਕਿੱਦੇ ਖਾਧੀ ਉਹਦੇ ਹੱਥਾਂ ਦੀ ਬਣੀ ਹੋਈ ਰੋਟੀ, ਦੱਸ ਮੈਨੂੰ ਤੂੰ। ਉਹ ਜਿਹੜੀਆਂ ਸੋਹਣੀਆਂ ਜਿਹੀਆਂ ਰੋਟੀਆਂ ਹੁੰਦੀਆਂ ਸੀ ਉਹ ਛੋਟੀ ਦੇ ਹੱਥਾਂ ਦੀਆਂ ਸੀ, ਆ ਜਿਹੜੀਆਂ ਵੱਡੀਆਂ ਵੱਡੀਆਂ ਥੱਪ ਦਿੰਦੀ ਆ ਇਹ ਵੱਡੀ ਦੇ ਹੱਥਾਂ ਦੀਆਂ ਨੇ, ਇੱਥੋਂ ਨਿਸ਼ਾਨੀ ਦੇਖ ਲਿਆ ਕਰ ਤੂੰ। ਓ ਗੱਲ ਸੁਣ ਲੈ ਤੂੰ, ਕਿੰਨੇ ਚਿਰ ਦੀਆਂ ਮੈਂ ਇਸੇ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਂਦਾ, ਮੈਨੂੰ ਹੁਣ ਪਤਾ ਨਹੀਂ ਵੀ ਰੋਟੀ ਬਣਾਈ ਕਿਹਨੇ, ਐਵੇਂ ਤੂੰ ਪੋਚੇ ਮਾਰਦੀ ਉਹਨੇ। ਤੂੰ ਤਾਂ ਛਿੱਤਰ ਲਾ ਕੇ ਨਾ ਛੋਟੀ ਦੇ ਮਗਰ ਪਿਆ ਰਿਹਾ ਕਰ, ਜਿੱਦੇ ਤੇਰੀ ਦਾੜੀ ਨੂੰ ਹੱਥ ਪਾ ਲਿਆ ਨਾ ਉੱਦੇ ਲੋਟਾ ਮੈਂਗਾ, ਹੱਦ ਹੀ ਨਹੀਂ ਕਹਿਣੋ। ਕਿਵੇਂ ਪਾ ਲੂ ਦਾੜੀ ਨੂੰ ਹੱਥ? ਮੈਂ ਅਹੀਂ ਤੁਰਿਆ ਫਿਰਦਾਂਗਾ, ਕਿਵੇਂ ਪਾ ਲੂ ਦਾੜੀ ਨੂੰ ਹੱਥ? ਜਦੋਂ ਤੂੰ ਉਹਨੂੰ ਮੰਦਾ ਚੰਗਾ ਬੋਲਦਾ ਹੈ ਆਪੇ ਪਵਾ ਲੇਗਾ। ਓਏ ਗੱਲ ਸੁਣੋ, ਏ ਆਹ ਗਲਤ ਗੱਲ ਕਹਿ ਕੇ ਨਾ ਮੇਰੇ ਸਿਰ 'ਤੇ ਨਾ ਕਰ ਉਹਨੂੰ, ਮੈਂ ਨਾ ਮੰਦਾ ਚੰਗਾ ਬੋਲਿਆ, ਮੈਂ ਸਿਰਫ਼ ਮੇਰੀ ਲੜਾਈ ਹੈ ਕੰਮ ਪਿੱਛੇ ਵੀ ਕੰਮ ਦੋਨਾਂ ਨੂੰ ਵੰਡ ਕੇ ਕਰਾ ਤੂੰ ਕੰਮ। ਤੂੰ ਲੈਣਾ ਕੀ ਹੈ ਕੰਮ ਤੋਂ?
ਚਾਹੇ ਛੋਟੀ ਕਰੇ ਚਾਹੇ ਵੱਡੀ ਕਰੇ, ਤੈਨੂੰ ਪੱਕੀਆਂ ਮਿਲ ਜਾਂਦੀਆਂ ਨਾ। ਤੂੰ ਕੀ ਲੈਣਾ? ਤੂੰ ਮੇਰੀ ਗੱਲ ਸੁਣ ਲੈਣਾ ਕਿਉਂ? ਜੇ ਆਪਣੇ ਕੁੜੀ ਹੋਵੇ ਉਹਦੇ ਨਾਲ ਆਇਆ ਹੋਵੇ ਫਿਰ ਕਿਵੇਂ ਕਰੇਂਗੇ ਤੂੰ? ਗੱਲ ਸੁਣ, ਆਪਣੇ ਕੁੜੀ ਲੈਵੇ ਹੋਵੇ ਜੇ ਉਹਦਾ ਸਹੁਰਾ ਵਿੱਚ ਟੰਗ ਫਸਾਊਗਾ ਤਾਂ ਆਪੇ ਅਗਲੀ ਸਮਝੂਗੀ। ਕਿਉਂ ਆਪੇ ਕਿਵੇਂ ਸਮਝੂਗੀ? ਹਾਂ ਆਪੇ ਕਿਵੇਂ ਸਮਝੂਗੀ? ਜਿਵੇਂ ਤੂੰ ਟੰਗ ਫਸਾਉਣਾ ਵਿੱਚ ਕੰਮ ਆ, ਜਿਹੜੀਆਂ ਤੇਰੇ ਵਰਗੀਆਂ ਸੱਸਾਂ ਹੁੰਦੀਆਂ ਨੇ ਨਾ ਇਹ ਐਂ ਦਫਾੜ ਪਵਾ ਦਿੰਦੇ। ਕਿੱਥੇ ਤੂੰ ਦੋਨਾਂ ਨੂੰ ਜੋੜ ਕੇ ਚੱਲਣਾ ਸੀ, ਕਿੱਥੇ ਮੈਂ ਦੋਨਾਂ 'ਚ ਤੂੰ ਅੰਤਰ ਪਾਈ ਜਾਂਦੀ ਹੈ? ਮੈਂ ਸਾਰਾ ਜਾਣਦੀ ਹਾਂ ਤੈਨੂੰ, ਤੂੰ ਰੰਨਾ 'ਚ ਧਰਨਾ ਬਣਿਆ ਰਹਿੰਦਾ, ਤੂੰ ਲੈਣਾ ਕੀ ਆ ਬੁੜੀਆਂ ਦਾ ਕੰਮ ਤੋਂ? ਤੂੰ ਬਕਵਾਸ ਨਾ ਮਾਰ, ਇਹੋ ਜਿਹੇ ਪੁੱਠੇ ਸਿੱਧੇ ਲਫ਼ਜ਼ ਦੇ ਨਾ ਮੈਨੂੰ ਬੋਲ, ਮੈਥੋਂ ਕੁਝ ਹੋਰ ਨਾ ਕਰਾਂ। ਨਹੀਂ ਮੈਂ ਤਾਂ ਐਂ ਬੋਲੂੰਗੀ, ਜੇ ਤੂੰ ਚੱਜ ਨਾ ਰਹੇਗਾ ਜਮਾਂ ਤੇਰੀ ਅਸਤ ਅਸਤ ਕਰਾਂਗੇ, ਜੇ ਤੂੰ ਉਹਦੇ ਮਗਰ ਲੱਗੇਗਾ ਫਿਰ ਜਿਹੋ ਜਿਹਾ ਬੋਲੇਗਾ ਉਹ ਜਿਹਾ ਬੁਲਾ ਲੈ। ਮੇਰੀ ਨਾ ਗੱਲ ਸੁਣ ਲੈ, ਤੂੰ ਬਥੇਰੀਆਂ ਸੁਣ ਲਈਆਂ ਤੇਰੀਆਂ, ਜੇ ਤੂੰ ਐਂ ਕਰੇਂਗੇ ਨਾ ਫਿਰ ਦੇਖ ਲੈ ਮੇਰਾ ਸੁਭਾਅ ਵੀ ਕਿਹਾ ਜਾ, ਮੈਂ ਗੁੱਤਣੇ 'ਚ ਮਾਰ ਲੱਗਾ ਮਿੰਟ ਹੀ ਲਾਊਂਗਾ। ਲੈ ਮੈਂ ਵੀ ਥਾਣੇ ਜਾਣ ਲੱਗੇ ਮਿੰਟ ਲਾਊਂਗੀ। ਹਾਂ ਕਿੱਥੇ? ਥਾਣੇ। ਥਾਣੇ? ਹਾਂ। ਓਏ ਤੂੰ ਰਹਿਣ ਦੇ, ਓਏ ਰਹਿਣ ਦੇ, ਰਹਿਣੇ ਉੱਥੇ ਜਾ ਕੇ ਕਹੇਗੀ ਕੀ ਵੀ ਮੇਰਾ ਬੰਦਾ ਸੱਚ ਬੋਲਦਾ? ਵੀ ਮੇਰਾ ਬੰਦਾ ਮੇਰੇ ਛਿੱਤਰ ਮਾਰਦਾ ਬੁੜੀ ਹੋਈ ਦੇ। ਓ ਤੂੰ ਰਹਿਣ ਦੇ, ਰਹਿਣ ਦੇ, ਰਹਿਣ ਦੇ, ਤੂੰ ਤੂੰ ਨਾ ਤੂੰ ਸੁਧਰ ਜਾ, ਸੁਧਰ ਜਾ। ਜੇ ਮੇਰੇ ਭਰਾ ਨੂੰ ਬੁਲਾ ਲਿਆ ਨਾ ਅਮਲੀ ਨੂੰ, ਫੇਰ ਦੇਖ ਤਰਨਾ ਕੀ ਬਣਦੀ ਆ। ਉਹ ਕਿਤੇ ਐ ਨਾ ਹੋਵੇ ਅਮਲੀ ਆਵੇ ਇੱਥੇ ਬਾਅਦ ਚ ਤੇ ਭੱਜਿਆ ਪਹਿਲਾਂ ਜਾਂਦਾ ਹੋਵੇ ਪੁੱਠਾ। ਉਹਦਾ ਆਈ ਨੀ ਪਤਾ ਡੱਕੇ ਹੋਏ ਦਾ ਕਿੱਥੇ ਠੋਕੇ। ਤੂੰ ਰਹਿਣ ਦੇ, ਰਹਿਣ ਦੇ, ਤੂੰ ਰਹਿਣ ਦੇ। ਤੂੰ ਗੱਲ ਨੂੰ ਜਿਹੜੀ ਮੈਂ ਗੱਲ ਤੇਰੇ ਨਾਲ ਛੇੜੀ ਆ ਨਾ, ਤੂੰ ਮੈਨੂੰ ਉਸ ਗੱਲ ਦਾ ਜਵਾਬ ਦੇ ਦੇ ਵੀ ਤੂੰ ਹੁਣ ਉਹਦੇ ਨਾਲ ਫਰਕ ਰੱਖਣਾ, ਹਟਣਾ ਕਿ ਨਹੀਂ ਹਟਣਾ? ਮੈਂ ਤਾਂ ਜਮਾਂ ਨਹੀਂ ਹਟਦੀ, ਛੋਟੀ ਨਾਲ ਲੈ ਪੰਗਾ, ਲੈ ਸੇਬੰਗਾ, ਮੇਰੇ ਨਾਲ ਨਾ ਮੱਥਾ ਮਾਰਿਆ ਕਰ। ਫਿਰ ਬਚਣਾ ਜੀ ਕਿਹਦੇ? ਬਚਣਾ ਬੋਲੀ ਫਿਰ ਜਮਾਂ ਨਹੀਂ ਆਉਂਦੀ, ਆਪ ਹੀ ਆ ਜਾਊ ਅਗਲੀ। ਅੱਛਾ ਹਾਂ, ਅਗਲੀ ਆਪਦੇ ਭਰਾਵਾਂ ਨੂੰ ਬੁਲਾ ਲੂ, ਆਪਦੇ ਮਾਂ ਪਿਓ ਨੂੰ ਬੁਲਾ ਲੂ। ਨਾ ਫਿਰ ਉਹਦੇ ਭਰਾ ਇਹੋ ਜਿਹੇ ਨੇ ਜਿਹੜੇ ਐਂ ਕਹਿਣਗੇ ਵੀ ਆਪਦੇ ਸਹੁਰੇ ਦੇ ਮੂਹਰੇ ਬੋਲ ਤੇ ਘਰ 'ਚ ਡੱਕਾ ਨਾ ਤੋੜ ਜਾ ਕੇ। ਤੇ ਉਹ ਕਹੇ ਜਾ ਅਗਲਾ ਕਹਿੰਦਾ ਸਹੁਰਾ ਕੇ ਪੰਗੇ ਲੈਂਦਾ ਵਿੱਚ ਬੁੜੀਆਂ ਦੇ। ਤੂੰ ਮੈਂ ਕੰਮ ਨੂੰ ਕਹਿਣਾ, ਮੈਂ ਉਹਨੂੰ ਕੋਈ ਹੋਰ ਗਲਤ ਗੱਲ ਕਹਿਣਾ ਕੋਈ? ਮੈਨੂੰ ਐਂ ਦੱਸ ਵੀ ਤੈਨੂੰ ਛੋਟੀ ਨੇ ਇੰਨਾ ਕੀ ਕੋਈ ਪੈਸਾ ਦੇਤਾ ਜਿਹੜੇ ਤੈਨੂੰ ਹਮਦਰਦੀ ਆਉਂਦੀ ਆ? ਛੋਟੀ ਨੇ ਪੈਸਾ? ਹਾਂ ਛੋਟੀ ਨੇ ਪੈਸਾ, ਉਹ ਤਾਂ ਮੇਰੇ ਨਾਲ ਗੱਲ ਕਰਕੇ ਰਾਜੀ ਨਹੀਂ, ਤੂੰ ਪੈਸੇ ਦੀ ਗੱਲ ਕਰਦੀ ਹੈ। ਆਹੋ ਫਿਰ ਨੰਗਾ ਮਲੰਗਾ ਦੀ ਹੈਗੀ ਹੈਗੀ, ਤਾਂ ਇੱਥੋਂ ਕੰਮ ਵੀ ਨਹੀਂ ਕਰਾਇਆ ਜਾਂਦਾ ਉਹ ਤੋਂ। ਓਏ ਤੂੰ ਉਹਨੂੰ ਛੋਟੀ ਨਾ ਕਿਹਾ, ਵਿਚਾਰੀ ਕੀ ਹੋ ਗਿਆ ਜੇ ਗਰੀਬਾਂ ਦੀ ਹੈ, ਉਹ ਵੱਡੀ ਆ ਵੱਡੀ ਉਮਰ 'ਚ ਉਹਦੇ ਨਾਲੋਂ। ਫਿਰ ਉਹ ਤਾਂ ਗੱਲ 'ਚ ਗੁੱਠਾ ਤਾਂ ਨਹੀਂ ਦਿੰਦੀ ਮੈਂ, ਮੈਂ ਤਾਂ ਉਹਨੂੰ ਕੰਮ ਦੇ ਕਹਿੰਦੀ ਹਾਂ। ਅੱਜ ਤਾਂ ਹੱਦ ਹੀ ਟਪਾਤੀ, ਇਹੋ ਜਿਹਾ ਪਤਾ ਨਹੀਂ ਕਿਹਦੇ ਨਾਲ ਗੱਲ ਕਰਦੇ ਸੀ ਕਿਹਦੇ ਨਾਲ, ਜੇ ਕਿਤੇ ਉਹ ਸੁਣ ਲੈਂਦੀ ਛੋਟੀ ਜਮੀ ਪੱਟੀ ਮਿਸ ਹੋ ਜਾਂਦੀ। ਅਗਲੀ ਕਹਿੰਦੀ ਆਹ ਦੇਖ ਨਾ, ਤੂੰ ਉਹਨੂੰ ਤਾਂ ਕਹੀ ਜਾਂਦੀ ਹੈ, ਤੂੰ ਉਹਨੂੰ ਤਾਂ ਕਹੀ ਜਾਂਦੀ ਹੈ ਤੇ ਮੈਂ ਜਦੋਂ ਆਉਣਾ ਛੋਟੀ ਉਹ ਟਿੱਕ ਟਿੱਕੀ ਕਰੀ ਜਾਂਦੀ ਹੁੰਦੀ ਹੈ, ਉਹਦਾ ਤੈਨੂੰ ਸਬੂਤ ਆ? ਫਿਰ ਉਹ ਤਾਂ ਉਹ ਫੋਟੋਆਂ ਜੇ ਦੇਖਦੀ ਆ, ਹੋਰ ਉਹ ਕੁਛ ਨਹੀਂ ਕਰਦੀ। ਤੇ ਫਿਰ ਇਹ ਤਾਂ ਆਪਦੀ ਮਾਂ ਵਾਲੀ ਗੱਲ ਕਰਦੀ ਸੀ। ਅਗਲੀ ਰੀਸ ਕਰ ਲੂ, ਅਗਲੀ ਕਹਿੰਦੀ ਇਹ ਗੱਲਾਂ ਮਰਦੇ ਮੈਂ ਵੀ ਮਰ ਲੱਗ ਜੂ। ਨਾ ਇਹ ਤਾਂ ਫਿਰ ਆਪਦੀ ਮਾਂ ਵਾਲੀ ਵਿਚਾਰੀ ਦੁੱਖ ਸੁੱਖ ਕਰਦੀ ਸੀ। ਮਾਂ ਨਾਲ ਕਾਹਨੂੰ ਕਰਦੀ ਸੀ, ਮਾਂ ਦਾ ਨਾ ਸੋਚ, ਤੂੰ ਹਟਦੀ ਨਹੀਂ। ਮਾਂ ਦਾ ਤਾਂ ਉਹੀ ਨੰਬਰ ਸੇਫ ਕਰ ਰੱਖਿਆ ਗਾ, ਗੱਲਾਂ ਤਾਂ ਕਿਸੇ ਨਾਲ ਹੋਰ ਮਾਰਦੀ ਸੀ ਪਹਿਲੇ। ਓਏ ਤੂੰ ਬਕਵਾਸ ਨਾ ਮਾਰ, ਤੂੰ ਬਕਵਾਸ ਨਾ ਮਾਰ, ਡਾਂਗ ਮਾਰ ਮੇਰੇ ਸਿਰ 'ਚ ਮਰ ਜੂਗੀ ਛੇਤੀ। ਕਦੇ ਨਾ ਕਦੇ ਮੈਨੂੰ ਮਾਰਨੀ ਪਊਗੀ ਡਾਂਗ। ਜਾ ਜਾ ਕੰਮ ਕਰ। ਹਾਂ ਖਾਦਾ ਪੀਤਾ ਜਾਂਦਾ, ਮੱਚਾ ਮਚਾਇਆ ਹੁੰਦਾ, ਪਤਾ ਨਹੀਂ ਕਿਹਦੇ ਨਾਲ ਲੜ ਕੇ ਆਉਂਦਾ ਗਾ, ਉਰੇ ਆ ਕੇ ਰੋਹ ਵਿਚਾੜਦਾ। ਹਾਂ ਮੰਮੀ ਕੁਛ ਨਹੀਂ, ਹਾਲ ਤਾਂ ਮਾੜਾ ਹੀ ਆ। ਉਹ ਜਿਹੜੀ ਹੈਗੀ ਹੈਗੀ ਚੜੇਲ ਜੀ, ਆਹੋ ਅਨਪੜ੍ਹ ਗਵਾਰ ਜੀ, ਮੈਨੂੰ ਤਾਂ ਮੰਮੀ ਜਮਾਂ ਨਹੀਂ ਪਸੰਦ ਹੈਗੀ ਉਹ। ਦੇਖ ਲੈ ਸਾਰੇ ਘਰ ਦਾ ਭੇਤ ਆਪਦੀ ਮਾਂ ਨੂੰ ਦੇਈ ਜਾਂਦੀ ਹੈ, ਕਿ ਉਹ ਵਿਚਾਰੀ ਜੇ ਵੱਡੀ ਮਾੜੀ ਜੀ ਗੱਲ ਕਰਦੀ ਸੀ ਉਹ ਤਾਂ ਦੁਨੀਆਂ ਨੇ ਲੜ ਕੇ ਮੋਬਾਈਲ ਖੋਲਿਆ, ਕਿਸੇ ਨੇ ਸਿਖਾਇਆ ਸੀ ਤੇ ਹੁਣ ਆਪ ਆਪ ਹੁਣਾ ਕੀ ਕਰੀ ਜਾਂਦੀ ਹੈ ਇਹ? ਬਸ ਤੁਸੀਂ ਟੈਨਸ਼ਨ ਨਾ ਲਓ ਮੰਮੀ, ਜਦੋਂ ਮੈਂ ਪਹਿਲਾਂ ਗੱਲ ਖੋਲੀ ਹੋਈ ਇਹਨਾਂ ਨਾਲ ਵੀ ਮੈਂ ਕੋਈ ਕੰਮ ਨਹੀਂ ਕਰਦੀ, ਆਹੋ ਜਾਣ ਜਾਣ ਕੇ ਪੰਗੇ ਲੈਂਦੀ ਹੈ ਮੇਰੇ ਨਾਲ ਆ ਕੇ,
ਤੇ ਕਹੋ ਬੁੜਾ ਜਾ, ਉਹ ਵੀ ਉਹਦੀ ਮੇਰ ਚ ਬੋਲਦਾ। ਪਤਾ ਨਹੀਂ, ਕੋਈ ਚੱਕਰ ਨਹੀਂ, ਮੈਂ ਵੀ ਦੇਖਦੀ ਹਾਂ। ਗਰੀਬਣੀ ਜੀ ਕਿੱਥੋਂ ਇਹਨੂੰ ਰੋਟੀਆਂ ਖਵਾਉਂਦੀ ਆ, ਤੇ ਨਾਲੇ ਉਹਦਾ 2 ਕੌਡੀ ਦਾ ਘਰ ਵਾਲਾ ਬਾਹਰ ਦਿਹਾੜੀ ਕਰਦਾ, ਕਿੱਥੋਂ ਇਹਨੂੰ ਰੋਟੀ ਖਵਾ ਦੂ। ਭੌਂਕ ਭੁੰਕ ਕੇ ਤਾਂ ਮੇਰੇ ਕੋਲ ਹੀ ਆਉਣਗੇ, ਉਦੋਂ ਪੁੱਛੂ ਇਹਨਾਂ ਨੂੰ ਮੈਂ। ਨਾ ਨਾ ਮੰਮੀ, ਮੈਂ ਤਾਂ ਕਿਉਂ ਟੈਨਸ਼ਨ ਲੈਣੀ ਆ, ਮੈਂ ਤਾਂ ਉਹੀ ਨਹੀਂ ਕਿਸੇ ਲੰਡੀ ਪੁੱਛੀ ਦੀ ਟੈਨਸ਼ਨ ਲੈਂਦੀ। ਬਸ ਤੂੰ ਟੈਨਸ਼ਨ ਨਾ ਲੈ, ਐਵੇਂ ਇਹਨੂੰ ਸਿੱਧੀ ਕਰਕੇ ਰੱਖੂੰਗੀ ਮੈਂ। ਆਹੋ ਚੱਲ ਠੀਕ ਹੈ ਮੰਮੀ, ਧਿਆਨ ਰੱਖਿਓ ਆਪਣਾ। ਠੀਕ ਆ। ਵਾਹ ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਹੋਰ ਭਾਈ ਮਾੜੀ ਮੋਟੀ ਸੰਗ ਸਲਾਹ ਮੰਨ ਲਓ, ਤੁਸੀਂ ਆਪਦੇ ਸਹੁਰੇ ਪਰਿਵਾਰ ਦਾ ਸਾਰਾ ਭੇਤ ਆਪਦੀ ਮਾਂ ਨੂੰ ਦੇਈ ਜਾਂਦੇ ਹੋ। ਨਾ ਭੇਤ ਮੈਂ ਕਿਹੜਾ ਦਿੱਤਾ, ਹੁਣ ਮੈਂ ਆਪਦੀ ਮਾਂ ਨਾਲ ਗੱਲਾਂ ਵੀ ਨਹੀਂ ਕਰ ਸਕਦੀ। ਉਹ ਗੱਲਾਂ ਨਹੀਂ ਸੀਗੀਆਂ, ਮੈਂ ਨਾ ਉੱਥੇ ਖੜ ਕੇ ਸਾਰਾ ਕੁਝ ਸੁਣ ਲਈਆਂ ਤੁਹਾਡੀਆਂ ਗੱਲਾਂ, ਵੀ ਤੁਸੀਂ ਕੀ ਕਹਿ ਰਹੇ ਹੋ। ਅੱਛਾ ਤੁਸੀਂ ਇਸੇ ਕੰਮ ਤੇ ਰਹਿੰਦੇ ਹੋ ਵੀ ਮੈਂ ਕੀ ਕੁਛ ਕਰਦੀ ਆ, ਚੋਰੀਓ ਖੜ ਖੜ ਕੇ ਮੇਰੀ ਗੱਲਾਂ ਸੁਣਦੇ ਹੋ ਤੇ ਦੇਖਦੇ ਹੋ, ਫਿਰ ਤਾਂ ਤੁਸੀਂ ਜਨਾਨੀਆਂ ਨਾਲੋਂ ਘੱਟ ਨਹੀਂ ਹੈਗੇ। ਉਹ ਮੇਰੀ ਇਹੀ ਜੀ ਆਦਤ ਨਹੀਂ, ਮੈਂ ਤਾਂ ਸਮਾਂ ਕਿ ਨਾ ਚੱਲਿਆ ਸੀ, ਪਰ ਜਦੋਂ ਮੈਨੂੰ ਗੱਲ ਸੁਣੀ ਨਾ ਮੈਂ ਫੇਰ ਖੜਿਆ। ਨਾਲੇ ਜਿਹੜੀਆਂ ਗੱਲਾਂ ਸੁਣਨ ਵਾਲੀ ਗੱਲ ਹੈ ਨਾ, ਇਹ ਤਾਂ ਤੇਰੀ ਸੱਸ ਤੇ ਭਾਈ ਤੂੰ ਹੀ ਸੁਣਦੀਆਂ ਗੱਲੇ। ਤੁਸੀਂ ਵੀ ਤਾਂ ਸੁਣੀਆਂ ਹੋਣਾ। ਮੈਂ ਹੁਣ ਇਸ ਗੱਲ ਜਿਹੜੀ ਕੋਈ ਟੇਢੀ ਲੱਗੀ, ਮੈਂ ਤਾਂ ਖੜਾ ਉੱਥੇ। ਤੁਹਾਨੂੰ ਕੀ ਪ੍ਰੋਬਲਮ ਹੈ, ਮੈਂ ਆਪਦੀ ਮਾਂ ਨਾਲ ਗੱਲਾਂ ਕਰਦੀ ਆ, ਮੈਂ ਕਿਹੋ ਜਿਹੀ ਮਰਜ਼ੀ ਕਰਾਂ, ਤੇ ਨਾਲੇ ਮੈਂ ਆਪਦੇ ਫੋਨ ਤੋਂ ਕਰ ਰਹੀ ਆ, ਕੋਈ ਐ ਨਹੀਂ ਵੀ ਤੁਹਾਡਾ ਫੋਨ ਲੈ ਕੇ ਕਰ ਰਹੀ ਆ। ਆਪਦੀ ਮਾਂ ਨਾਲ ਤੂੰ ਇਹ ਗੱਲਾਂ ਨਹੀਂ ਕਰ ਸਕਦੀ। ਮੰਮੀ ਨਾਲ ਮੈਂ ਦੁੱਖ ਸੁੱਖ ਦੀਆਂ ਗੱਲਾਂ ਕਰੀ ਜਾਂਦੀ ਸੀ, ਤੇ ਆ ਕੇ ਪਤਾ ਨਹੀਂ ਕੀ ਲੱਗ ਗਿਆ ਕਰਨ। ਤੂੰ ਚੁੱਪ ਕਰੇ ਬਖਲਦੇ ਕਰ। ਭਾਈ ਗੱਲ ਸੁਣ, ਕੀ ਹੋ ਗਿਆ, ਤੂੰ ਕੀ ਕਰ ਲੈਣੀ ਆ ਕਿ ਕੰਡੇ ਤਾਂ ਸਾਰੇ ਤੇਰੇ ਵਿੱਚ ਹੋਏ ਨੇ। ਉਹ ਭਾਈ ਕੁੜੀਏ ਚੁੱਪ ਚੁੱਪ ਕਰੋ ਚੁੱਪ ਕਰੋ, ਪਹਿਲੇ ਮੈਨੂੰ ਗੱਲ। ਮੈਂ ਭਾਈ ਤਲੇ ਸੀ ਖੇਤ ਨੂੰ, ਜਦੋਂ ਮੈਂ ਇੱਥੋਂ ਲੰਘਣ ਲੱਗਿਆ, ਅੱਗੇ ਮੰਮੀ ਮੇਰੀ ਜਠਾਣੀ ਐ ਕਰਦੀ ਹੈ, ਮੇਰਾ ਸਹੁਰਾ ਉਹ ਬੁੜਾ ਜਾ, ਦੇਖ ਇਹੋ ਜਿਹੇ ਸ਼ਬਦ ਵਰਤੇ ਨੇ। ਹਾਏ ਮੈਂ ਮਰ ਜਾ, ਕਿੰਨੇ ਝੂਠ ਬੋਲਦੇ ਹੋ ਡੈਡੀ ਤੁਸੀਂ। ਮੈਂ ਤਾਂ ਮੰਮੀ ਨੂੰ ਐਂ ਕਹਿੰਦੀ ਸੀ ਵੀ ਮੇਰੇ ਮੰਮੀ ਡੈਡੀ ਦਾ ਸੁਭਾਅ ਬਹੁਤ ਵਧੀਆ, ਤੇ ਤੁਸੀਂ ਪਤਾ ਨਹੀਂ ਕਿੱਥੋਂ ਗੱਲਾਂ ਜੋੜੀਆਂ ਨੇ ਆਪਦੇ ਕੋਲੋਂ। ਨਾ ਮੈਂ ਇਹੋ ਜਿਹਾ ਕੀ ਮਾੜਾ ਕਹਿੰਦਾ ਤੁਹਾਡੇ ਬਾਰੇ। ਜਿਹੜੀ ਤਾਂ ਬੁੜਾ ਕਹਿੰਦੀ ਆ ਉਹਨੂੰ ਤਾਂ ਕਹਿੰਦਾ ਨਹੀਂ, ਹੈ ਇਹਦੇ ਘਰ ਪੈ ਜਾਂਦਾ, ਪਤਾ ਨਹੀਂ ਕਿਉਂ ਇਹ ਲੱਗਦਾ ਇਹ ਤੇ। ਨਾ ਮੰਮੀ ਮੈਂ ਕਦੋਂ ਡੈਡੀ ਨੂੰ ਬੁੜਾ ਕਿਹਾਗਾ, ਤੁਸੀਂ ਉਹੀ ਮੇਰੇ ਬਣੀ ਇਸ਼ਾਰੇ ਜੇ ਕਰ ਹੋ ਕਰੀ ਜਾਂਦੇ ਹੋ। ਨਾ ਕਿਹਾ ਕਦੋਂ ਨਹੀਂ ਹੈਗਾ, ਜੋ ਤੇਰੀ ਮਾਂ ਦਾ ਫੋਨ ਆ ਰਿਹਾ ਸੀ ਉਹਨੂੰ ਲੱਗ ਰਹੀ ਸੀ ਕਹਿਣ ਵੀ ਸਾਡਾ ਬੁੜਾ ਤਾਂ ਐ ਐ ਐ, ਨਾਲੇ ਨਾ ਪੂਰੀ ਜੀ ਨਾ ਬਣਿਆ ਕਰ ਮੇਰੇ ਕੋਲੇ, ਆਈ ਹੈ ਵੱਡੀ। ਨਾਲੇ ਮੰਮੀ ਮੇਰੀ ਗੱਲ ਸੁਣ, ਮੈਂ ਤਾਂ ਨਾ ਆਪਦੀ ਸਿਰਫ ਮਾਂ ਨਾਲ ਗੱਲਾਂ ਕਰਦੀ ਸੀ, ਇਹਨੂੰ 100 ਤਰ੍ਹਾਂ ਦੇ ਫੋਨ ਆਉਂਦੇ ਨੇ, ਕਿੱਦਾਂ ਕਿਹਦੇ ਕਿਹਦਾ ਫੋਨ ਆਉਂਦਾ ਇਹਨੂੰ। ਨਾਲੇ ਜੀ ਤੁਸੀਂ ਕਦੋਂ ਸੁਣਿਆਗਾ ਫੋਨ, ਨਾਲੇ ਕਦੋਂ ਕਿਹਾ ਮੈਂ ਡੈਡੀ ਨੂੰ ਬੁੜਾ। ਮੈਂ ਇਕੱਲੀ ਨੇ ਨਹੀਂ ਸੁਣਿਆ ਹੈਗਾ, ਮੰਮੀ ਵੀ ਸਬੂਤ ਹੈ ਮੂੰਹ ਤੇ। ਨਾਲੇ ਗੱਲ ਸੁਣ ਲੈ ਮੇਰੀ, ਮੰਮੀ ਦੋਨੇ ਵਰਗੀ ਨੇ ਨਾ, ਚੁੱਪ ਕਰਨ ਕੁੜੀਏ, ਦੋਨੇ ਨੂੰਹਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ, ਇਹਦੀ ਮੇਰ ਕਰੀ ਜਾਂਦਾ ਇਹਨੂੰ ਲੜੀ ਜਾਂਦਾ, ਤੇ ਸ਼ਰਮ ਆਉਣੀ ਚਾਹੀਦੀ ਆ। ਜਿਹੜੀਆਂ ਗੱਲਾਂ ਮੈਂ ਆਪਦੇ ਅੱਖੀ ਸੁਣੀਆਂ ਨਾ, ਮੈਂ ਉਹਦਾ ਸੱਚ ਮੰਨੂਗਾ, ਆ ਜਿਹੜੇ ਤੁਸੀਂ ਝੂਠ ਦਾ ਪਲੰਦਾ ਲਪੇਟੀ ਜਾਂਦੇ ਨੂੰ ਬਿਲਕੁਲ ਸੱਚ ਨਹੀਂ ਮੰਨਦਾ। ਮੈਂ ਝੂਠ ਦਾ ਉਹੋ ਜੀ ਹੈ, ਉਹੋ ਜੀ ਹੈ, ਮੈਂ ਕਦੇ ਨਹੀਂ ਲੜਦੀ ਇਹਦੇ ਨਾਲ। ਕੋਈ ਅਸੀਂ ਝੂਠ ਨਹੀਂ ਬੋਲਿਆ, ਤੇ ਨਾਲੇ ਸਾਨੂੰ ਨਾ ਆਦਤ ਨਹੀਂ ਹੈਗੀ ਝੂਠ ਝਾੜ ਬੋਲਣ ਦੀ। ਕੋਈ ਗੱਲ ਨਹੀਂ, ਜੇ ਬੋਲਦੇ ਉਹਦਾ ਪੱਖ ਪੂਰਦੇ ਤਾਂ ਪੂਰ ਲਓ, ਪਰ ਇੱਕ ਨਾ ਇੱਕ ਦਿਨ ਨਾ ਤੁਹਾਨੂੰ ਪਤਾ ਲੱਗ ਜੂਗਾ ਵੀ ਕੌਣ ਸਹੀ ਹੈ ਕੌਣ ਗਲਤ ਹੈ। ਮੈਂ ਉਹਦਾ ਪੱਖ ਨਹੀਂ ਪੂਰਦਾ, ਗੱਲ ਸੁਣ ਲੈ, ਇਹਨੂੰ ਆਈ ਨੂੰ ਕਿੰਨਾ ਚਿਰ ਹੋ ਗਿਆ, ਅੱਜ ਤੱਕ ਨਾ ਤੈਨੂੰ ਕਦੇ ਇਹ ਬੁਰੀ ਲੱਗੀ, ਉਦੋਂ ਵੀ ਇਹ ਮੋਬਾਈਲ ਤੇ ਗੱਲ ਕਰਦੀ ਸੀ। ਜਿੱਦਿਨ ਦਾ ਤੂੰ ਆਹ ਰਿਸ਼ਤਾ ਲਿਆ ਨਾ, ਤੇ ਤੇਰਿਆ ਦਾਲ ਦੀ ਪੱਟੀ ਤੇਰੇ ਅੱਖਾਂ ਤੇ ਬੰਨੀ ਹੈ, ਉਦੋਂ ਦੀ ਤੂੰ ਐ ਕਰਨ ਲੱਗੀ ਹੈ। ਉਦੋਂ ਨਾ ਦਾਲ ਦੀ ਪੱਟੀ ਨਹੀਂ ਬੰਨੀ ਹੈਗੀ, ਇਸ ਤਰੀਕਾ ਕਰਦੀ ਹੈ ਮੇਰਾ, ਤਾਂ ਕਰਕੇ ਇਹੀ ਜਿਹੀ ਗੱਲਾਂ ਹੋਣ ਲੱਗੀਆਂ ਘਰ 'ਚ। ਤੂੰ ਭਾਈ ਪਹਿਲਾਂ ਕੋਈ ਹੈ ਨਹੀਂ ਸੀ। ਇੱਕ ਮਿੰਟ ਪੁੱਤ, ਇੱਕ ਮਿੰਟ, ਤੂੰ ਮੈਨੂੰ ਐਂ ਦੱਸ ਭਾਈ, ਮੈਂ ਜਦੋਂ ਖੇਤਾਂ ਆਉਣਾ ਕਦੇ ਤੂੰ ਮੈਨੂੰ ਪਾਣੀ ਦਾ ਗਲਾਸ ਕੋਈ ਚਾਹ ਦਾ ਗਲਾਸ ਪੜਾਇਆ, ਕਦੇ ਪੁੱਛਿਆ ਵੀ ਡੈਡੀ ਰੋਟੀ ਲੈਣਾ? ਕਿਉਂ ਲਿਆ ਮੰਮੇ ਬਈ, ਕਿਉਂ ਕਿਉਂ ਲੈ ਕੇ ਆਏਗੀ, ਇਸ ਘਰ ਦੀ ਨੂੰਹ ਹੈ ਤੂੰ।
ਕਿਉਂ ਤੁਸੀਂ ਬੁੜੇ ਹੋ ਗਏ, ਤੁਹਾਡੇ ਗੋਡੇ ਚੱਲਦੇ ਨੇ, ਕੰਮ ਕਰ ਸਕਦੇ ਹੋ ਤੁਸੀਂ? ਅਗਲੀ ਦੇ ਘਰੇ ਨੌਕਰ ਲੱਗੇ ਨੇ, ਅਗਲੀ ਨਹੀਂ ਫੜਾਉਂਦੀ। ਮੇਰੀ ਗੱਲ ਸੁਣ ਲੈ, ਇੱਥੇ ਨਾ ਕੋਈ ਨੌਕਰ ਨਾ ਕੁਝ ਹੋਰ, ਜਿਹੜੀ ਬਹਾਰ ਸਿੰਘ ਨੇ ਕਹਿਤੀ ਨਾ ਇੱਥੇ ਗੱਲ ਉਹੀ ਚੱਲੂਗੀ। ਕੋਈ ਚੱਲੂਗੀ? ਪਹਿਲੇ ਭਾਈ ਆ ਮੋਬਾਈਲ ਦਾ ਫੜਾ ਮੈਨੂੰ ਇੱਧਰ। ਕਿਉਂ ਫੜਾਵਾਂ ਮੋਬਾਈਲ ਮੈਂ? ਕਿਉਂ ਇਹ ਕੋਈ ਉਹਨਾਂ ਦਾ ਦਿੱਤਾ ਹੈ? 10-20 ਹਜ਼ਾਰ ਵਾਲਾ ਫੋਨ ਨਹੀਂ ਹੈਗਾ ਉਹਦਾ, ਜਿਹੜਾ ਤੁਸੀਂ ਦਵਾਇਆ ਸੀ। ਇਹ ਮੇਰਾ ਫੋਨ ਹੈ, 1 ਲੱਖ ਰੁਪਏ ਲੱਗੇ ਹੋਏ ਇਹਦੇ ਤੇ। ਇਹਦੇ ਚਾਹੇ ਲੱਖ ਲੱਗਿਆ, ਪਰ ਕਾਨੂੰਨ ਦੋਨਾਂ ਪਾਸ ਤੇ ਬਰਾਬਰੀ ਹੈ, ਇਸ ਘਰ ਚ ਅਸੂਲ ਇੱਕੋ ਹੀ ਚੱਲਣਗੇ। ਇਹ ਤਾਂ ਮੋਬਾਈਲ ਖੋਇਆ ਨਾ ਤੁਸੀਂ ਦੋਨਾਂ ਨੇ ਰਲ ਕੇ ਚੁਗਲੀਆਂ ਲਾ ਕੇ। ਮੈਂ ਤਾਂ ਆਪਣਾ ਫੋਨ ਕੋਈ ਨਹੀਂ ਦਿੰਦੀ ਹੈਗੀ, ਜਿਹੜਾ ਕੁਝ ਕਰਨਾ ਨਾ ਹੁੰਦਾ ਤੁਹਾਡੇ ਤੋਂ ਕਰ ਲਓ। ਆ ਖੜੀ ਆ। ਲੈ ਬਈ ਇਹਦਾ ਮੋਬਾਈਲ ਫੜਾ ਫਿਰ। ਜਮਾ ਨਹੀਂ ਦਿੰਦੀ, ਵੇਚੂੰਗੀ। ਅੱਛਾ, ਜਮਾ ਨਹੀਂ ਦਿੰਦੀ, ਹੁਣ ਲੈ ਗੱਲ ਕਰਾਈਨੇ ਤੇ ਇਹਦੇ ਵਾਲੇ ਤੋਂ ਕਰਾਉ। ਹੁਣ ਤੂੰ ਇੱਕ ਗੱਲ ਸੁਣ ਲੈ ਫਿਰ ਮੇਰੀ ਵੀ, ਮੈਂ ਵੀ ਨਾ ਚਾਹੇ 4 ਦਿਨ ਖੇਤ ਦਾ ਕੰਮ ਛੱਡ ਦਾਂ, ਗੱਲਾਂ ਸੋਨੂੰ ਵੀ ਨਹੀਂ ਫੋਨ ਤੇ ਮਾਰ ਦਿੰਦਾ। ਨਾਲੇ ਭਾਈ ਤੂੰ ਵੀ ਸੁਣ ਲੈ, ਮੈਂ ਫੋਨ ਤੇ ਗੱਲ ਨਹੀਂ ਕਰਨ ਜਾਂਦਾ ਇਸ ਘਰ ਚ। ਮੈਨੂੰ ਪਤਾ ਕਿੰਨੇ ਕਿ ਤੂੰ ਨੱਕੇ ਵੱਢ ਕੇ ਆਉਣਾਗਾ, ਉੱਥੇ ਤਾਸ਼ ਖੇਡ ਕੇ ਮੁੜਿਆ ਉਹਨੇ ਨਾ। ਇੱਥੇ ਫਿਰ ਤੇਰਾ ਅਮਲੀ ਦਾ ਭਾਈ ਸਿੱਟ ਕੇ ਜਾਂਦਾ, ਜਿਹੜੇ ਦਾਣੇ ਉੱਥੇ ਇੰਨੇ ਕਰਦਾ ਮੈਂ। ਇਹ ਸਿਰਫ ਬੋਲਣ ਜੋਗੇ ਆ ਮੰਮੀ, ਘਰੇ ਬਣ ਜੋਗੇ ਖਾਦੇ ਨੇ। ਹਾਂ ਓਏ 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 ਓਏ, ਗੱਲ ਸੁਣਾ ਫਿਰ, ਮੈਂ ਤਾਂ ਬੁਲਾਏਗੀ ਦੋਨਾਂ ਦੇ ਸਾਹਮਣੇ। ਉਹਨਾਂ ਦਾ ਚੋਰੀਆਂ ਮੈਂ ਤਾਂ ਗੱਟੇ ਭਰ ਭਰ ਕੇ ਉੱਥੇ ਸਿੱਟ ਕੇ ਆਉਣੀ ਸੀ ਕਣਕ ਦੇ। ਮੇਰਾ ਭਾਈ ਔਖਾ ਹੈ, ਮੇਰਾ ਭਾਈ ਔਖਾ ਹੈ। ਸਰੋਂ ਸਿੱਟ ਕੇ ਜਾਂਦਾ, ਛੋਲੇ ਸਿੱਟ ਕੇ ਜਾਂਦਾ, ਕਣਕ ਹੈ ਹੈ ਬਹੁਤ ਉੱਥੇ ਰਾਜਸਥਾਨ ਵਾਲੇ ਟਿੱਬੇ ਰਹਿੰਦੇ ਜਿੱਥੇ ਸਰੋਂ ਹੁੰਦੀ ਹੈ। ਰਿਸ਼ਤੇਦਾਰ ਆ ਦੋਕ ਕੱਟੇ ਸਿੱਟ ਕੇ ਜਾਏ ਛੋਲਿਆਂ ਦੇ, ਆ ਸਰੋਂ ਸਿੱਟ ਕੇ ਜਾਏ ਤੇਲ ਕਢਾਉਣਾ। ਓਏ ਓ, ਮੈਨੂੰ ਪਤਾ ਹੈ ਵੀ ਜਿਹੜੇ ਉਹ ਦਾਣੇ ਸਿੱਟ ਕੇ ਜਾਂਦਾ ਸੀ ਕਿ ਇੱਥੋਂ ਪੀਸਿਆ ਪਸਾਇਆ ਆਟਾ ਚੱਕਣਾ ਸੀ। ਦਿਮਾਗ ਹਾਰ ਕੇ ਆ ਅੱਧੇ ਹੀ ਕਹਾਣੀ ਪਾ ਕੇ ਬਹਿ ਗਏ ਇੱਥੇ। ਨਾਲ ਮੇਰੀ ਗੱਲ ਸੁਣੋ, ਮੇਰੇ ਤੇ ਅੱਖ ਰੱਖਣ ਦੀ ਕੋਈ ਲੋੜ ਨਹੀਂ ਹੈਗੀ, ਅਰਬੀ ਉਹ ਤੇ ਰੱਖਣੀ ਹੈ 100 ਵਾਰ ਰੱਖੋ। ਮੈਂ ਸਭ ਤੇ ਰੱਖੂਗਾ, ਮੈਂ ਕਿਸੇ ਨੂੰ ਇਸ ਘਰ ਚ ਉੱਤੇ ਉੱਪਰ ਤੇ ਤਲਣ ਨਹੀਂ ਦਿੰਦਾ। ਬਸ ਗੱਲ ਸਿੱਧੀ ਹੈ, ਜਿੰਨੀ ਮੈਨੂੰ ਜ਼ਮੀਨ ਆਉਂਦੀ ਹੈ ਨਾ, ਇਸ ਘਰ ਚ ਮੈਂ ਕਦੇ ਵੀ ਨਾ ਆਉਂਦੀ। ਉਹ ਤਾਂ ਵਰਿੰਦਰ ਨਾਲ ਮੇਰੀ ਲਵ ਮੈਰਿਜ ਸੀਗੀ, ਤਾਂ ਕਰਕੇ ਮੈਂ ਆ ਗਈ। ਤੇ ਨਾਲੇ ਹੁਣ ਇੱਕ ਗੱਲ ਸੁਣ ਲੈ ਮੇਰੀ, ਜੇ ਮੈਂ ਵਰਿੰਦਰ ਨੂੰ ਫੋਨ ਕਰਤਾ ਨਾ, ਉਹ ਬਹੁਤ ਭੈੜੀ ਕਰੂਗਾ। ਜਿਹਨੂੰ ਫੋਨ ਕਰਨੇ ਕਰ ਦੋ, ਮੈਂ ਕਿਸੇ ਤੋਂ ਡਰਦੀ। ਤੇ ਨਾਲ ਵਰਿੰਦਰ ਨੂੰ ਚੰਗਾ ਭਲਾ ਪਤਾ ਹੈ ਵੀ ਕੌਣ ਸਹੀ ਹੈ ਕੌਣ ਗਲਤ ਹੈ। ਪ੍ਰੀਤ ਚੁੱਪ ਕਰ, ਇਹਦੇ ਨਾਲ ਅੱਡ ਹੋ ਜਾ। ਕਿਉਂ? ਅਸੀਂ ਅੱਡ ਆ ਬਸ। ਅੱਡ ਹੋਣਾ ਨਾ, ਅੱਡ ਹੋਣ ਵਾਲੀ ਗੱਲ ਕਰਦੇ ਆ, ਅੱਡ ਹੋਣ ਵਾਲੀ ਗੱਲ ਕਰਦੇ ਆ। ਘਰ ਤੋਂ ਬਾਹਰ ਹੋ ਜਾ ਇੱਥੋਂ। ਕਿਉਂ ਹੋ ਜੇ ਘਰ ਚ ਬਾਹਰ ਹੈ? ਘਰ ਮੰਮੀ ਦਾ ਨਹੀਂ ਬਾਹਰ ਹੈ, ਇਹ ਤੇਰਾ ਨਹੀਂ ਘਰ। ਪੁੱਤ ਮੇਰੇ ਨਾਲ ਖੜੇ ਨਾ, ਤੇਰੇ ਨਾਲ ਘਰ ਤੇਰਾ ਨਹੀਂ, ਇਹ ਘਰ ਤੇਰਾ ਨਹੀਂ, ਘਰ ਤੇਰਾ ਨਹੀਂ, ਇੰਤਕਾਲ ਮੇਰੇ ਨੂੰ ਹੈ, ਰਜਿਸਟਰੀ ਮੇਰੇ ਨੂੰ ਹੈ, ਤੂੰ ਕੌਣ ਹੈ? ਦੋ ਪੁੱਤਰ ਨੇ ਤੁਹਾਡੇ, ਦੋ ਪੁੱਤਰ ਤੇ ਦੋਵਾਂ ਨੂੰ ਅੱਧਾ ਅੱਧਾ ਹੁੰਦਾ, ਤੁਸੀਂ ਇਕੱਲੇ ਮਾਲਕ ਨਹੀਂ ਹੈਗੇ। ਪਹਿਲਾਂ ਤਾਂ ਮੈਂ ਕਰਾਉਣਾ ਤੁਹਾਡਾ ਖਰਚਾ ਬੰਦ ਕਹਿ ਕੇ ਵਰਿੰਦਰ ਨੂੰ, ਹੁਣ ਦੇਖਣਾ ਵੀ ਉਹ ਗੱਲ ਤੇਰੀ ਮੰਨਦਾ ਜਾਂ ਖਰਚਾ ਮੈਂ ਨਾ ਤੁਹਾਡੇ ਸਿਰ ਤੇ ਕਰਦੀ ਆ, ਤੇ ਨਾ ਤੁਹਾਡੇ ਪੁੱਤ ਦੇ ਸਿਰ ਤੇ ਕਰਦੀ ਆ, ਜ਼ਮੀਨ ਆਉਂਦੀ ਹੈ ਆਪਦੇ ਠੇਕੇ ਦੇ ਸਿਰ ਤੇ ਕਰਦੀ ਆ। ਠੀਕ ਆ, ਪਰ ਤੁਸੀਂ ਆਪਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਣਾ ਹੈ ਨਾ। ਦੀਦੀ ਤੁਸੀਂ ਮਾੜੀ ਮੋਟੀ ਗੱਲ ਕਰ, ਅਸੀਂ ਕੋਈ ਹਰਕਤ ਨਹੀਂ ਕਰਦੇ ਹੈਗੇ, ਹਰਕਤਾਂ ਤੋਂ ਬਾਜ ਆ ਥੋੜੀ ਆ ਨਹੀਂ ਆਉਂਦੀ। ਓ ਇਹਨਾਂ ਨੂੰ ਭਾਈ ਤੂੰ ਅਕਲ ਦੇ ਦੇ, ਮੇਰੀ ਬੇਇੱਜ਼ਤੀ ਹੋ ਗਈ, ਹਜੇ ਵੀ ਰੋਣੀ ਕਿ ਖੜੀ ਆ। ਕੀ ਹੈ ਤੇਰੇ ਨੂੰ? ਦੀਦੀ ਤੁਸੀਂ ਮਾੜੀ ਮੋਟੀ ਇੱਜ਼ਤ ਕਰਨਾ ਸਿੱਖ ਲਓ। ਡੈਡੀ ਜੀ, ਮੈਂ ਮੰਮੀ ਦੀ ਕਿੰਨੀ ਇੱਜ਼ਤ ਕਰਦੀ? ਤੂੰ ਕਰ ਲਿਆ ਕਰ, ਤੂੰ ਕਰ ਲਿਆ ਕਰ, ਤੇਰੇ ਤੋਂ ਹੁੰਦੀ ਜਿਹੜੀ ਮੇਰੇ ਨਾਲ ਕਿੰਨੀ ਮਾੜੀ ਕਰਦੀ ਆ, ਮੈਂ ਫੇਰ ਵੀ ਨਹੀਂ ਬੋਲਦੀ। ਹਾਂ ਬਹੁਤ ਮਾੜੀ ਕਰਦੀ ਮੰਮੀ ਤੇ ਤੇਰੇ ਨਾਲ ਨਾ, ਮੰਮੀ ਨੇ ਇਹੋ ਜਿਹਾ ਕੀ ਮਾੜਾ ਕਰਤਾ ਤੇਰੇ ਨਾਲ? ਕਰਦੀ ਕੀ ਨਹੀਂ, ਸਾਰਾ ਦਿਨ ਤਾਂ ਮੈਨੂੰ ਕੰਮ ਕਰਵਾਉਂਦੀ ਐ ਨੈਣਾ। ਆ ਦੇਖ ਲੈ ਮੰਮੀ ਕਿਵੇਂ ਸਮਾਉਂਦੀ ਐ, ਕੰਮ ਕੇ ਕਿਸੇ ਦਾ ਕਰਕੇ ਉਹਨੇ ਘਰ ਦਾ ਕੰਮ ਕਰਨਾ। ਇਹੀ ਗੱਲਾਂ ਮੰਮੀ, ਇਹੀ ਗੱਲਾਂ ਚੁੜੀਆਂ ਨੇ, ਇਹਨੂੰ ਕੰਮ ਕਰਦੀਆਂ ਨੇ, ਇਹੀ ਗੱਲਾਂ ਚੁੜੀਆਂ। ਕੁੜੀ ਇਹ ਗੱਲ ਸੁਣ ਲੈ ਮੇਰੀ ਇੱਕ, ਹਾਂ ਵੱਡੀ ਇਹ ਗੱਲ ਸੁਣ ਲੈ ਭਾਈ, ਜੇ ਬਿਲੀ ਰਹਿਣਾ ਨਾ ਆਪਦੇ ਪੇਕਿਆਂ ਤੋਂ ਜ਼ਮੀਨ ਲੈ ਲਿਆ, 100 ਵਾਰੀ ਬਿਲੀ ਰਹਿ। ਚੁੱਪ ਕਰੋ ਭਾਈ, ਚੁੱਪ, ਇੱਕ ਮਿੰਟ ਭਾਈ ਮੇਰੀ ਗੱਲ ਸੁਣ ਲੈ। ਕਰਨੇ ਪੈਣਗੇ ਜੀ, ਤੁਸੀਂ ਕਿਵੇਂ ਬੋਲੀ ਜਾਂਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਮਾੜੀ ਮੋਟੀ ਕਿਵੇਂ ਇੱਜ਼ਤ ਕਰਨੀ ਸਿੱਖ ਲਓ। ਮਾੜੀ ਮੋਟੀ ਮੈਂ ਮੰਮੀ ਦੀ ਕਿੰਨੀ ਇੱਜ਼ਤ ਕਰਦੀ ਆ, ਨਾਲੇ ਕਿੰਨਾ ਕਿੰਨਾ ਜ਼ੁਲਮ ਕਰਦੇ ਨੇ ਮੇਰੇ ਤੇ। ਨਾ ਕੀ ਇੱਜ਼ਤ ਕਰਾਂ ਮੈਂ ਇਹਦੀ, ਇਹਨੂੰ ਅਕਲ ਹੈਗੀ ਉਹਦੀ ਨੂੰਹਾਂ ਨਾਲ ਕਿਵੇਂ ਬੋਲੀਦਾ ਹੁੰਦਾ, ਕਿਵੇਂ ਮੇਰੇ ਸਿਰ ਚੜ ਚੜ ਕੇ ਬੋਲਦਾ। ਤੇ ਰਹੀ ਗੱਲ ਜ਼ੁਲਮ ਕਰਨ ਦੀ, ਇਹ ਜਿਹਾ ਤੇਰੇ ਤੇ ਕੀ ਜ਼ੁਲਮ ਕਰਤਾ? ਅੱਛਾ ਜੇ ਘਰ ਦੇ ਕੰਮ ਕਰਦੀ ਆ ਫਿਰ ਤੇਰੇ ਤੇ ਜ਼ੁਲਮ ਹੁੰਦੇ ਨੇ ਹਨਾ, ਕੰਮ ਤਾਂ ਬਈ ਕਰਨੇ ਪੈਣਗੇ। ਜੇ ਨਹੀਂ ਕਰਨੇ ਨਾ ਤਾਂ ਆਪਦੇ ਪੇਕਿਆਂ ਤੋਂ ਜ਼ਮੀਨ ਲਿਆ, ਬੇਲੀ ਵਹਿ ਕੇ ਖਾ ਲਈ। ਗੱਲ ਸੁਣ ਮੇਰੀ, ਕੀ ਜ਼ੁਲਮ ਕਰਤਾ ਤੇਰੇ ਕੰਮ ਦਾ ਨਹੀਂ ਕਹਿ ਰਿਹਾ ਤੈਨੂੰ?
ਕੰਮ ਤਾਂ ਕਹਿਣਾ ਹੀ ਪੈਂਦਾ ਨਾ ਵੀ ਭਾਈ ਆਹ ਕੰਮ ਪਿਆ ਤੂੰ ਕਰ ਲੈ। ਹੋਰ ਤੈਨੂੰ ਮੈਂ ਦੱਸ ਕੀ ਕਿਹਾਗਾ। ਮੰਮੀ ਪਿਆਰ ਨਾਲ ਵੀ ਕਹਿ ਸਕਦੇ ਹੋ ਕੰਮ ਪਿਆਗਾ। ਤੇ ਪਿਆਰ ਨਾਲ ਮੰਮੀ ਪਿਆਰ ਨਾਲ ਗੱਲਾਂ ਤਾਂ ਇਹ ਕਰਦੀ ਏ ਜਿਵੇਂ ਪਿੱਛੇ ਨਾ ਨੌਕਰ ਰੱਖੇ ਹੁੰਦੇ ਸੀ ਉਹ ਕੰਮ ਕਰਦੇ ਸੀ ਸਾਰੇ ਇਹਦੇ। ਮੈਂ ਕਿਹੜਾ ਪੁੱਤੇ ਦਾ ਗੰਡਾਸਾ ਮਾਰਿਆ ਸਿਰ ਚ ਨਾ ਗੰਡਾਸਾ ਮਾਰਿਆ ਜੇ ਕੋਈ ਕਸਰ ਰਹਿੰਦੇ ਗੰਡਾਸਾ ਵੀ ਮਾਰ ਦੇ ਨਾਲੇ ਤੁਸੀਂ ਤਾਂ ਨਾ ਹੀ ਬੋਲੋ ਵਿੱਚ ਡੈਡੀ ਠੀਕ ਹੈ। ਮਾਨਸਾ ਤੂੰ ਘਰ ਜਾੜ ਦੇਗਾ ਪੁੱਤਾਂ ਦਾ ਘਰ ਜਾੜ ਦੇਗਾ ਟਿਕ ਜਾ ਸਮਝਾਉਣਾ ਤਾਂ ਕੀ ਸੀਗਾ। ਤੂੰ ਨਾ ਚੁੱਪ ਕਰ ਜਾ ਦੇਖ ਭਾਈ ਕੁੜੀਏ ਜੇ ਇੱਕ ਬਾਪ ਨਾ ਆਪਦੀ ਔਲਾਦ ਨੂੰ ਨਹੀਂ ਸਮਝਾ ਸਕਦਾ ਤਾਂ ਫਿਰ ਕੋਈ ਨਹੀਂ ਸਮਝਾ ਸਕਦਾ। ਸਹੁਰਾ ਇੱਕ ਸਹੁਰਾ ਹੀ ਨਹੀਂ ਹੁੰਦਾ ਸਹੁਰਾ ਬਾਪ ਵੀ ਹੁੰਦਾ। ਫਿਰ ਬਾਪ ਬਣ ਕੇ ਵੀ ਦਿਖਾਓ ਨਾਲੇ ਮਾੜੀ ਮੋਟੀ ਨਾ ਅਕਲ ਸਿੱਖੋ ਵੀ ਆਪਦੀ ਨੂੰਹ ਨਾਲ ਕਿਵੇਂ ਗੱਲ ਕਰੀ ਦੀ ਹੁੰਦੀ ਆ। ਜੇ ਧੀ ਸਮਝਦੇ ਹੁੰਦੇ ਨਾ ਤੈਵੇਂ ਚੜ ਚੜ ਕੇ ਮੇਰੇ ਤੇ ਗੱਲ ਨਹੀਂ ਸੀ ਕਰਨੀ। ਜਦੋਂ ਨਾ ਜਵਾਕ ਕੋਈ ਗਲਤ ਗੱਲ ਕਰਦਾ ਹੋਵੇ ਤਾਂ ਬਾਪ ਨੂੰ ਤਾੜ ਕੇ ਸਮਝਾਉਣਾ ਪੈਂਦਾ। ਨਹੀਂ ਉਹ ਤੀਵੀਆਂ ਚ ਪੰਗੇ ਲਈ ਫਿਰਦਾ ਕੀ ਲੈਣਾ ਤੂੰ ਨੂੰ ਹੱਥ ਕੋਈ ਰੰਨਾ ਚੋ ਤਾਂ ਨਾ ਬਣਿਆ ਫਿਰਦਾ ਬਿਨਾ ਗੱਲ ਤੋਂ ਆ ਬਣਿਆ ਫਿਰਦਾ ਦੇਖ ਆ ਸ਼ਬਦ ਦੇਖ ਬਣੇ ਫਿਰਦੇ ਨੇ ਫਿਰ ਮੰਮੀ ਉਹਨੂੰ ਚੁੱਪੇ ਕਰਾ ਲਓ ਮੈਨੂੰ ਲੱਗਦਾ ਤੇ ਛੁੱਟੇ ਕਰਦੇ ਪੋ ਪਿਆ ਕਰ ਤੁਸੀਂ ਨਾ ਐਂ ਕਰੋ। ਨਹੀਂ ਹਿੰਮਤ ਹੈ ਨਹੀਂ ਨਹੀਂ ਮੇਰੀ ਹੈਗੀ ਹਿੰਮਤ ਲੈ ਤੈਨੂੰ ਤਾਂ ਬੱਲ ਕੇ ਦਿਖਾਉਂਗੀ ਫਿਰ ਲੈ ਆਵੇ ਜਿਹੜਾ ਲਿਆਉਂਦਾ ਯਾਰ ਤੂੰ ਮੇਰੀਆਂ ਮਿੰਤਾ ਕਰੇਗੀ ਲੈ ਜੋ ਮੰਮੀ ਜੀ ਲੈ ਜੋ ਮੈਂ ਤੁਹਾਡੇ ਰੱਖਣ ਦੀਆਂ ਫਿਰ ਮੈਂ ਰੱਖਣ ਦੀ ਨਹੀਂ ਬਣਦੀ। ਓਏ ਮੇਰਾ ਸੌਂ ਨਹੀਂ ਲਿਆਉਂਦਾ ਇਹ ਵੀ ਸਾਡੇ ਨਾਲ ਖੜਾ ਹੋਊਗਾ ਤੂੰ ਸੁਣ ਮੇਰੀ ਗੱਲ ਓਏ ਤੂੰ ਮੇਰੀ ਗੱਲ ਸੁਣ ਲੈ ਕਿਤੇ ਇਹ ਨਾ ਹੋਵੇ ਵੀ ਘਰ ਦੇ ਦਰਵਾਜ਼ੇ ਮੈਂ ਤੇਰੇ ਪਿੱਛੇ ਵੀ ਬੰਦ ਕਰ ਦੇ ਤੈਨੂੰ ਘਰੋਂ ਬਾਹਰ ਕਰਨਾ ਇਹਨੇ ਤਬਾੜ ਕਰਦੇ ਆ ਘਰ ਨੂੰ ਮੇਰਾ ਭਰਾ ਹੈਗਾ ਅਮਲੀ। ਓਏ ਜਿਹੜਾ ਕੁਝ ਕਰਨਾ ਹੋਇਆ ਕਰ ਲਿਓ ਕੁਝ ਮਰਜ਼ੀ ਕਰੋ ਉਹਨੂੰ ਰੱਖੋ ਚਾਹੇ ਭੇਜੋ ਪਰ ਮੇਰੇ ਮੈਟਰ 'ਚ ਨਾ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਕਿਸੇ ਮਰਜ਼ੀ ਨਾਲ ਗੱਲ ਕਰਾਂ। ਚਲ ਭਾਈ ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਹੁਣ ਗੱਲ ਸੁਣ ਲੈ ਮੇਰੀ ਇੱਕ ਇੱਧਰ ਧਿਆਨ ਨਾਲ ਸੁਣ ਲੈ ਠੀਕ ਹੈ। ਇਹ ਬਸ ਆਪਦੀ ਤੇ ਮੇਰੀ ਰੋਟੀ ਬਣਾਊਗੀ ਜਿਹੜੀ ਤੈਨੂੰ ਬਾਹਲੀ ਚੰਗੀ ਲੱਗਦੀ ਨਾ ਆਪਦੀ ਰੋਟੀ ਉਹ ਤੋਂ ਬਣਾ ਕੇ ਖਾ ਲਿਆ ਕਰ। ਮੈਂ ਚਾਰ ਬੰਦੇ ਇਕੱਠੇ ਕਰੂੰਗੀ ਉਹਨਾਂ ਚ ਪਟਾਉਂ ਵੀ ਭਾਈ ਨੂੰਹ ਦੀ ਕਰਦਾ ਸਾਡੇ ਨਾਲ ਲੜਦਾ ਦੂਜੀ ਨੂੰਹ ਨਾਲ। ਉਹ ਮੈਂ ਦੱਸੂ ਉਹ ਮੈਂ ਦੱਸੂ ਵੀ ਗੱਲ ਕੀ ਹੈ ਨਾ ਕੱਲੀ ਦੀ ਰੋਟੀ ਨਹੀਂ ਬਣਾਊਗੀ ਖਾਂਦੀ ਕਿੱਥੋਂ ਘਰ ਚੋਂ ਹੀ ਖਾਂਦੀ ਹੈ ਬਰਾਬਰ ਖਾਂਦੀ ਹੈ। ਉਹ ਭਾਈ ਜ਼ਮੀਨ ਖੇਤੀ ਮੈਂ ਕਰਦਾ ਤੁਸੀਂ ਕਹੋ ਨਾ ਕਰੋ ਖੇਤੀ ਕਿਉਂ ਨਾ ਕਰੋ ਖੇਤੀ ਕਿਉਂ ਨਾ ਕਰੋ ਕੋਈ ਨਾ ਕੋਈ ਗੱਲ ਨਹੀਂ ਮੁੰਡੇ ਤੋਂ ਲੈ ਕੇ ਜ਼ਮੀਨ ਮੁੰਡੇ ਨੂੰ ਕਹੋਗੇ ਆਪਣੇ ਵੱਲ ਹੋ ਜਾਊਗਾ ਮੁੰਡਾ ਇਹ ਕੱਲੀ ਰੋਟੀਆਂ ਪਕਾ ਦੋਗੇ ਕੋਈ ਨਾ ਤੇਰੇ ਮੈਂ ਕਰਾਉਂ ਤੇਰੇ ਨਾਲ ਇੰਤਕਾਲ ਤੈਨੂੰ ਉਹਦੀ ਪਤਾ ਲੱਗੂ ਜਦੋਂ ਤੈਨੂੰ ਨਾ ਆ ਟੁੱਕ ਤੇ ਜਿਵੇਂ ਡੇਲਾ ਰੋੜਦਾ ਹੁੰਦਾ ਹੈ ਮੈਂ ਵੀ ਦੇਖਦੀ ਆ ਵੀ ਕਿੰਨੇ ਕੁ ਟਾਈਮ ਤੈਨੂੰ ਰੋਟੀਆਂ ਖਵਾਉਂਦੀ ਹੈ ਚੱਲ ਪੁੱਤੇ ਇਹਨਾਂ ਨਾਲ ਪੇ ਦਿਹਾੜੀ ਕਰਨ ਵਾਲਾ ਰੋਟੀ ਨਹੀਂ ਖਵਾ ਸਕਦਾ ਹੁੰਦਾ ਉਹ ਤਾਂ ਆਪਦਾ ਪੇਟ ਨਹੀਂ ਪਾਲ ਸਕਦਾ ਉਹ ਨਾ ਆਪਦੇ ਹੱਕ ਹਲਾਲ ਦੀ ਕਮਾਉਂਦਾ ਹੈ ਐ ਨਹੀਂ ਵੀ ਇੱਥੇ ਕਿਸੇ ਗਰੀਬ ਨੂੰ ਜਾ ਕੇ ਤੰਗ ਕਰ ਲੋ ਸਮਝ ਗਏ ਮੇਰੀ ਗੱਲ ਕੌਣ ਕਰਦੇ ਤੰਗ ਤੂੰ ਜਿਹੜਾ ਜ਼ੋਰ ਲਾ ਦੀ ਜਾ ਓਏ ਤੂੰ ਰਹਿਣ ਦੇ ਓ ਰਹਿਣ ਦੇ ਕਿਉਂ ਤੂੰ ਘਰ 'ਚ ਵੰਡੀਆਂ ਪਵਾਉਣ ਵਾਲੀ ਗੱਲਾਂ ਕਰਦੀ ਹੈ ਸੁਧਰ ਜਾ। ਮੈਂ ਨਹੀਂ ਪਵਾਉਂਦੀ ਵੰਡੀਆਂ ਵੰਡੀਆਂ ਤੂੰ ਪਵਾਉਣਾ ਮੈਨੂੰ ਲੱਗਦਾ ਕੰਧਾ ਕੱਢ ਕੇ ਛੱਡੇਗਾ ਹੜਦਾ ਨਹੀਂ ਮੈਨੂੰ ਲੱਗਦਾ ਤੇਰੀ ਨਾ ਕਿਤੇ ਮੈਨੂੰ ਕੰਧ ਕੱਢਣੀ ਪੈ ਜੇ। ਅੱਛਾ ਵੱਡਾ ਤੂੰ ਪਹਿਲਵਾਨ ਆ ਗਿਆ ਤੇਰੀ ਵੀ ਕੱਢਣ ਵਾਲੇ ਜੰਮੇ ਹੋਏ ਨੇ ਉਹ ਤੂੰ ਨਾ ਮੈਨੂੰ ਚੀਚਰਾ ਨਾ ਚੀਚਰਾ ਮੈਂ ਤੈਨੂੰ ਮਾਰੂ ਕੁਦਣੀ ਦਾ ਜਿੰਨਾ ਟਾਈਮ ਇਹਦਾ ਘਸਾੜ ਨਹੀਂ ਨਾ ਮੈਂ ਕੁੜਦੀ ਉਹਨਾਂ ਟਾਈਮ ਤੂੰ ਵੀ ਨਹੀਂ ਸਿੱਧਾ ਹੁੰਦਾ ਤੂੰ ਨੇੜੇ ਦਾ ਹੀ ਮਰ ਜਾਦਾ ਪਰਮ ਪਰਮ ਮੱਡਾ ਮੰਮੀ ਤੂੰ ਬੜੀ ਕੀ ਫਰਦੀ ਆ ਤੂੰ ਮੰਮੀ ਮੈਂ ਤੈਨੂੰ ਕੁਝ ਕਿਹਾਗਾ ਕਿਹਾ ਕਿ ਨਹੀਂ ਤੂੰ ਜਲੂਸ ਤਾਂ ਕੱਢ ਕਿ ਤੂੰ ਉਹ ਤੂੰ ਮੈਂ ਮਾਰੂ ਚਾਰਜ ਬਣਾ ਕੇ ਬਸ ਕਰੋ ਬਹੁਤ ਹੋ ਗਿਆ ਤੁਹਾਡਾ ਜਾ ਬਸ ਐਵੇਂ ਉੱਪਰ ਉੱਪਰ ਚੜੀ ਜਾਂਦੇ ਹੋਗੇ ਇੱਥੇ ਟਿਕ ਜਾ ਮੈਂ ਉੱਪਰ ਦੇ ਮਾਰੂ ਮੈਂ ਚਾਰ ਮਾਰੂਗਾ ਧਰਕ ਇੱਥੇ ਤੇਰਾ ਮੈਂ ਸਿਰ ਪਾੜ ਦੂੰ ਮਾਰ ਕੇ ਕੱਪ ਤੂੰ ਬਣੀ ਕੇ ਫਿਰਦੀ ਆ ਤੂੰ ਸਮਝ ਕੇ ਰੱਖਿਆ ਡਰਨਾ ਪ੍ਰੀਤ ਪੁੱਤ ਤੇਰੇ ਨਾਲ ਹੈ ਤੂੰ ਪਖੰਡ
ਉਹਨੂੰ ਬੇਚਾਰੇ ਨੂੰ ਇਹ ਦੁਖੀ ਕਰੀ ਜਾਂਦੇ ਪਖੰਡ ਹੈ। ਫਿਰ ਨਾ ਬੋਲੀ ਬੋਲਦੀ ਕਿਉਂ ਹੈ, ਨਾ ਬੋਲਿਆ ਉਹ ਬੋਲੂਗੀ ਇੱਥੋਂ ਬੋਲੂਗੀ ਉਹ। ਹਾਂਜੀ ਤੁਸੀਂ ਕੀ ਬੋਲਦੇ ਹੋ ਫਿਰ ਵਿੱਚ ਬੋਲੂਗੀ ਮੈਂ ਤਾਂ ਕੀ ਕਰ ਲਾਂਗੀ, ਮੈਂ ਇੰਨਾ ਕੁ ਟਾਈਮ ਸਹਿਣ ਕਰੂੰ ਫਿਰ ਐਵੇਂ। ਤੂੰ ਕਾਤੋਂ ਬੋਲ ਕਰ ਭਾਈ, ਮੈਂ ਸਹਿਣ ਕਰੀ ਜਾਂਦਾ ਨਾ, ਮੇਰੇ ਵੀ ਜਵਾਨ ਲੱਗੇ ਮੰਮੀ, ਮੈਂ ਵੀ ਬੋਲ ਸਕਦੀ ਆ। ਜੇ ਨਹੀਂ ਸਹਿਣ ਕਰੀ ਜਾਂਦਾ ਨਾ ਇੱਥੋਂ ਟਿੰਡ ਫੋੜੀ ਜੀ ਚੱਕਰ ਦੀ ਜਾ ਰੋ ਭਾਈ ਕੁੜੀਆਂ ਮਾਰੇ ਜਾਂ ਪਾਸੇ ਹੋਈ ਪਹਿਲੇ ਤਾਂ ਮੈਂ ਕਿੰਨੇ ਹੱਥ ਲਾ ਕੇ ਦਿਖਾਓ ਤੁਸੀਂ ਇਹ ਮੁੰਡ ਡੈਡੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ, ਆਪਾਂ ਨੂੰ ਆਉਣੀ ਚਾਹੀਦੀ ਹੈ, ਆਪਾਂ ਹੀ ਲੱਗ ਜਾਂਦੇ ਅੰਦਰ। ਓਏ ਕਰਦੇ ਆ ਕਦੋਂ ਦੀ ਦੇਖੀ ਇੰਨੀ ਇਹਨਾਂ ਦੇ ਮੂੰਹ ਘੜੀ ਮੈਂ ਆਹ ਨਾ ਤੇ ਤੇਰੀ ਸਹਿਤ ਹਜੇ ਕੁਝ ਕਰਦੀ ਹੈ, ਸਾਡੇ ਘਰ ਚ ਆਇਆ ਕੁਝ ਆਇਆ ਨਹੀਂ ਸੀ ਦੇ ਤੂੰ ਆ ਕਹਿਤਾ ਇਹ ਤਾਂ ਸਾਰਾ ਕੁਝ ਕਰੂਗੀ ਮੇਰੇ ਹੁੰਦੇ ਤਾਂ ਨਹੀਂ ਇਹ ਹੜਦਾ ਨਹੀਂਗਾ, ਆਪਦੀ ਜ਼ਬਾਨ ਤੇ ਨਾ ਲਗਾਮ ਰੱਖ ਲਿਆ ਕਰੋ ਕੋਈ ਗੱਲ ਨਾ ਤੇਰੇ ਨਾਲ ਮੈਂ ਉਹ ਭੜੀ ਕਰੂੰ ਜਿਹੜੀ ਨਹੀਂ ਕਰਨੀ, ਮੈਂ ਕਹਿੰਦੀ ਤੂੰ ਭੱਜ ਜਾ ਤੂੰ ਵੀ ਖਾਵੇਂਗਾ ਨਹੀਂ, ਹਾਂ ਤੂੰ ਆ ਚੱਪੜਾਂ ਜਿਹੜੀਆਂ ਚੱਕਦੀਆਂ ਨੇ ਨਾ ਮਾਰ ਕੇ ਤੈ ਕਰ ਦੂੰ ਮੈਂ ਤੇਰੇ ਮਾਰ ਮਾਰ ਦੋਏ, ਬਸ ਕਰੋ ਬਸ ਕਰੋ ਯਾਰ ਬਸ ਕਰੋ ਮੰਮੀ ਰੱਖ ਦੋ, ਇਹਨੇ ਸਮਝ ਕੇ ਰੱਖਿਆਗਾ ਮੈਂ ਨਰਮਾਈ ਵਰਤੀ ਜਾਂਦਾ ਮਗਰ ਲੱਗ ਤੂੰ ਤੂੰ ਸਿਆਣੀ ਬਣ ਜਾ, ਜੇ ਤੁਸੀਂ ਆਪਦੀ ਜ਼ਬਾਨ ਤੋਂ ਲਗਾਮ ਰੱਖੋ ਨਾ ਸਾਰਾ ਕੁਝ ਸਹੀ ਹੋ ਜਾਊਗਾ, ਜੇ ਆ ਕੇ ਉਹਨੇ ਨਾਰਾ ਪਾਉਂਦੀ ਕਾਹਨੂੰ ਲੜਾਈ ਹੋਣੀ ਸੀ, ਪਵਾੜੇ ਦੀ ਜੜ ਤੇ ਤੁਸੀਂ ਹੋ। ਮੇਰੀ ਗੱਲ ਸੁਣ ਲਓ, ਜਦੋਂ ਆਪਦੇ ਘਰ ਦੀ ਗੱਲ ਬਾਹਰ ਜਾਣ ਲੱਗ ਜਾਂਦੇ ਨਾ ਉੱਥੇ ਪਵਾੜਾ ਪੈਂਦਾ ਹੁੰਦਾ, ਮੈਂ ਕੋਈ ਗੱਲ ਸਮਝਦਾ ਨਹੀਂ, ਘਰ ਦੀ ਗੱਲ ਬਾਹਰ ਨਹੀਂ ਆਉਂਦੀ ਹੈਗੀ, ਇੱਕ ਮਿੰਟ ਤੁਹਾਡੇ ਕੰਨ ਬੋਲਦੇ ਨੇ, ਇੱਕ ਮਿੰਟ ਪ੍ਰੀਤ ਜਦੋਂ ਤੈਨੂੰ ਦੱਸੀ ਸੀ ਵੀ ਉਹ ਫੋਨ ਤੇ ਗੱਲ ਕਰਦੀ ਸੀ ਉਦੋਂ ਉਹ ਝੂਠੀ ਆ, ਉਹ ਸਾਰਾ ਮੈਨੂੰ ਪਤਾ ਹੈ ਵੀ ਉਹ ਕਿੱਥੇ ਗੱਲ ਕਰਦੀ ਸੀ ਜਾਂ ਕਿੱਥੇ ਗੱਲ ਕਰ ਸਕਦੀ ਹੈ। ਆਹੋ ਚੱਲ ਕੋਈ ਨਹੀਂ, ਜਿੱਥੇ ਗੱਲਾਂ ਉਹ ਕਰੂਗੀ ਉੱਥੇ ਅਸੀਂ ਵੀ ਕਰਾਂਗੇ, ਠੀਕ ਹੈ ਬਰਾਬਰ। ਤੁਸੀਂ ਕਰੋਗੇ ਨਾ ਉਹਦਾ ਮੋਬਾਈਲ ਫੜਾ ਦੀ, ਨਹੀਂ ਮੈਥੋਂ ਬੁਰਾ ਕੋਈ ਨਹੀਂ, ਉਹਦਾ ਮੋਬਾਈਲ ਵੇਚ ਕੇ ਆਉਂਗੀ, ਵੇਚ ਕੇ ਰਾਸਣ ਲਿਆਉਂ ਘਰ ਦਾ, ਅੱਛਾ ਠੀਕ ਹੈ। ਯਾਰ ਮੈਂ ਘਰ ਪੁੱਛਾਂ ਕਿਹਨੂੰ, ਇੱਕ ਪ੍ਰੀਤ ਦਾ ਫੋਨ ਨਹੀਂ ਲੱਗ ਰਿਹਾ, ਕਹਿੰਦੇ ਤਾਂ ਸੀ ਇੱਥੇ ਘਰ ਪਾਇਆ ਉਹਨਾਂ ਨੇ। ਐਕਸਕਿਊਜ਼ ਮੀ ਬ੍ਰਦਰ। ਹਾਂ ਬਾਈ। ਸੋਰੀ ਟੂ ਸੇ ਬਟ ਇੱਥੇ ਪਰੇ ਹੋ ਜਾ। ਹਾਂ ਯਾਰ ਇੱਥੇ ਬਹਾਲ ਸਿੰਘ ਜੀ ਦਾ ਘਰ ਕਿੱਥੇ ਹੈ? ਉਹ ਜਿੰਨਾਂ ਦਾ ਮੁੰਡਾ ਕੈਨੇਡਾ ਗਿਆ ਹੋਇਆ, ਜਿੰਨਾਂ ਦਾ ਮੁੰਡਾ ਫੋਰਨ ਹੈ। ਹਾਂਜੀ ਅੱਛਾ, ਆ ਤੀ ਬਈ ਘਰ ਉਹਨਾਂ ਦਾ, ਇਹ ਘਰ ਹੀ ਹੈ? ਹਾਂ ਓਕੇ ਠੀਕ ਹੈ, ਥੈਂਕ ਯੂ ਬ੍ਰਦਰ। ਠੀਕ ਹੈ ਬਈ, ਇਹ ਵੀ ਬਾਹਰੋਂ ਆਇਆ ਲੱਗਦਾ ਨਾ, ਕੱਛਾ ਕੁੱਛਾ ਤਗੜਾ ਪਾਇਆ ਲੱਗਦਾ, ਵਧੀਆ ਬੂਟ ਜੇ ਵੀ ਮਹਿੰਗੇ ਪਾਏ ਲੱਗਦੇ ਨੇ, ਓਏ ਪੈਰੇ ਦੇ ਤਰੀ। ਚੱਲ ਚੱਲੀਏ ਆ ਜਾ। ਘਰ ਦੱਸਿਆ ਦੇਖਣ, ਅੰਕਲ ਜੀ ਮੈਂ ਅਰਸ਼ ਤੁਹਾਡਾ ਡੋਰ ਕਿੱਦਾਂ ਖੋਲਣਾ ਹੈ? ਓਏ ਡੋਰ ਕੌਣ ਹੈ ਭਾਈ ਤੂੰ ਐਂ ਤਾਂ ਦੱਸਦੇ? ਮੈਂ ਅਰਸ਼ ਅਰਸ਼ ਉਹ ਬਾਈ ਕੁੰਡਾ ਸਾਈਡ ਤੇ ਕਰਕੇ ਖੋਲਣਾ, ਸਾਈਡ ਤੇ ਕਰਕੇ ਗੇਟ ਹੀ ਨੀ ਖੋਲਣਾ ਆਉਂਦਾ, ਅਰਸ਼ ਪਤਾ ਨੀ ਕੀ ਫਰਸ਼ ਹੁਣ ਨੇਲ ਦੀ ਹੁਣ ਠੀਕ ਹੋ ਗਈ। ਸਸਰੀ ਮਸਰੀ ਕਰ। ਉਹ ਭਾਈ ਤੂੰ ਕੌਣ ਹੈ? ਮੈਂ ਅਰਸ਼, ਤੁਸੀਂ ਪਛਾਣਿਆ ਨਹੀਂ ਮੈਨੂੰ? ਮੈਂ ਜਗਪ੍ਰੀਤ ਦਾ ਬ੍ਰਦਰ ਹਾਂ। ਅੱਛਾ ਉਹ ਭਾਈ ਮੈਂ ਤੈਨੂੰ ਕਦੇ ਦੇਖਿਆ ਨਹੀਂ ਸੀ, ਮੇਰੇ ਪਛਾਣ ਕਿੱਥੋਂ ਆਵੇਂ ਤੂੰ? ਮੈਂ ਉਹਨਾਂ ਦਾ ਭਰਾ ਆ ਪ੍ਰੀਤ ਦਾ। ਅੱਛਾ ਅੱਛਾ ਹਾਂਜੀ। ਹੋਰ ਭਾਈ ਸਭ ਠੀਕ ਠਾਕ ਹੈ? ਹਾਂਜੀ ਵਧੀਆ ਵਧੀਆ ਠੀਕ ਠਾਕ ਹੋ? ਹਾਂ ਵਧੀਆ ਭਾਈ, ਤੁਸੀਂ ਦੱਸੋ? ਵਧੀਆ ਜੀ ਵਧੀਆ। ਤੁਸੀਂ ਕਿੱਦਾਂ?
ਮੈਂ ਆ ਗਿਆ ਬਸ, ਮੇਰੀ ਕਾਰ ਖਰਾਬ ਹੋ ਗਈ ਸੀਗੀ ਇੱਥੇ ਤੁਹਾਡੇ ਬੱਸ ਸਟੈਂਡ ਤੇ। ਅੱਛਾ, ਤਾਂ ਕਰਕੇ ਮੈਨੂੰ ਪੈਦਲ ਹੀ ਆਉਣਾ ਪਿਆ, ਉਹਨਾਂ ਦਾ ਫੋਨ ਹੀ ਨਾ ਲੱਗ ਰਿਹਾ। ਅੱਛਾ, ਉਹ ਫੋਨ ਭਾਈ ਕਿਤੇ ਆਸੇ ਪਾਸੇ ਹੋਊਗਾ ਤਾਂ ਕੋਈ ਰੇਂਜ ਰੂੰਜ ਦਾ ਚੱਕਰ ਪੈ ਜਾਂਦਾ ਇੱਥੇ। ਪ੍ਰੀਤ ਅੰਦਰ ਹੀ ਨੇ? ਹਾਂ ਅੰਦਰ ਹੀ ਨੇ ਭਾਈ। ਠੀਕ ਹੈ, ਚਲੇ ਜਾਓ। ਲੈ ਦੇਖ ਲੈ ਕਿਹੋ ਜਿਹਾ ਨਮੂਨਾ ਇਹ, ਆ ਬੂਟ ਜੇ ਆ ਜਰਾਬਾਂ ਜੇ ਹੋਰ ਹੀ ਬਣਿਆ ਫਿਰਦਾ ਅਤੇ ਕਿੱਥੇ ਵਿਚਾਰਾ ਉਹ ਜਵਾਕ ਸੀ ਹੈਂ ਜੱਸੀ ਦਾ ਬਰਾਦਰ। ਬਹੁਤ ਅੰਤਰ ਹੈ ਵੀ ਇਹਨਾਂ 'ਚ, ਇਹਨਾਂ ਦੇ ਤਾਂ ਹੀ ਦਿਮਾਗ ਖਰਾਬ ਰਹਿੰਦੇ ਨੇ ਇਹੋ ਜਿਹਾ ਕੁਛ ਕਰ ਕਰਕੇ। ਯਾਰ ਕੁਝ ਦਿਖਦਾ ਵੀ ਨਹੀਂ ਇੱਥੇ। ਪ੍ਰੀਤ, ਪ੍ਰੀਤ, ਹਾਏ, ਓ ਮਾਈ ਗੋਡ ਮੇਰਾ ਭਰਾ, ਹਾਏ ਪ੍ਰੀਤ ਕਿੱਦਾਂ? ਵਧੀਆ, ਤੂੰ ਦੱਸ ਕਿਵੇਂ ਆ? ਵਧੀਆ ਵਧੀਆ, ਆ ਜਾ ਬਹਿ ਜਾ। ਲੈ ਤੂੰ ਤਾਂ ਮੈਨੂੰ ਇੱਕ ਵਾਰੀ ਫੋਨ ਵੀ ਨਹੀਂ ਕਰਿਆ ਵੀ ਮੈਂ ਆਉਣ ਲੱਗਾ। ਯਾਰ ਮੈਂ ਸਰਪ੍ਰਾਈਜ਼ ਦੇਣਾ ਸੀ ਤੈਨੂੰ। ਅੱਛਾ, ਤੂੰ ਕਿਵੇਂ ਥੱਕੇ ਜੇ ਲੱਗਦਾ, ਤੁਰ ਕੇ ਆ? ਯਾਰ ਕੀ ਦੱਸਾਂ ਪ੍ਰੀਤ, ਐਕਚੁਅਲੀ ਨਾ ਮੇਰੀ ਰੂਬੀਕੌਨ ਤੁਹਾਡੇ ਇੱਥੇ ਨਾ ਬੱਸ ਸਟੈਂਡ ਤੇ ਖਰਾਬ ਹੋ ਗਈ ਤੇ ਕੋਈ ਤੁਹਾਡੇ ਕਿੱਦਾਂ ਦੇ ਲੋਕ ਆ, ਕੋਈ ਯਾਰ ਮਕੈਨਿਕ ਹੀ ਨਹੀਂ ਹੈਗਾ ਇੱਥੇ ਤੇ ਉੱਤੋਂ ਤੇਰਾ ਫੋਨ ਨਹੀਂ ਲੱਗ ਰਿਹਾ, ਮੈਂ ਇੰਨੇ ਫੋਨ ਲਾ ਰਿਹਾ। ਯਾਰ ਪਤਾ ਨਹੀਂ ਮੇਰੇ ਤਾਂ ਨਾ ਸਿਰ ਫਟ ਰਿਹਾ ਬਹੁਤ ਜ਼ਿਆਦਾ। ਓਹੋ ਬ੍ਰੋ, ਤੁਸੀਂ ਰੂਬੀਕੌਨ ਦੀ ਗੱਲ ਕਰਦੇ ਹੋ? ਇੱਥੇ ਤਾਂ ਸਾਰੇ ਅਲਟੋ ਵਾਲੇ ਨੇ, ਇਹਨਾਂ ਨੂੰ ਬੜਾ ਪਤਾ ਰੂਬੀਕੌਨਾਂ ਦਾ। ਯਾਰ ਮੈਂ ਉਹੀ ਤੇ ਕਹਿ ਰਿਹਾ ਯਾਰ, ਇੱਥੇ ਤੁਹਾਡੇ ਪਤਾ ਨਹੀਂ ਕਿੱਦਾਂ ਦੇ ਲੋਕ ਆ। ਨਾਲੇ ਮੇਰੀ ਗੱਲ ਸੁਣ, ਮੈਂ ਨਾ ਤੇਰੇ ਨਾਲ ਗੁੱਸੇ ਆ, ਮੈਂ ਨਹੀਂ ਤੈਨੂੰ ਬੁਲਾਉਂਦੀ। ਕੀ ਗੱਲ ਹੋ ਗਈ ਵੈਸੇ? ਗੱਲ ਹੋਈ ਕਿਉਂ ਨਹੀਂ, ਤੂੰ ਮੇਰੇ ਵਿਆਹ ਤੇ ਆਇਆ ਸੀ, ਕੱਲੀ ਕੱਲੀ ਤੇਰੀ ਭੈਣ ਆ, ਤੂੰ ਮੇਰੇ ਵਿਆਹ ਤੇ ਵੀ ਨਹੀਂ ਆਇਆ। ਓ ਯਾਰ ਤੁਹਾਨੂੰ ਪਤਾ ਹੀ ਹੈ ਮੈਂ ਬਾਹਰ ਸੀਗਾ, ਉੱਤੋਂ ਤੂੰ ਵਿਆਹ ਹੀ ਲੋਕਡਾਊਨ ਦੇ ਵਿੱਚ ਕਰਵਾ ਲਿਆ, ਇੱਕ ਮੇਰਾ ਕੰਮ ਇੰਨਾ ਉੱਥੇ। ਹੋਰ ਮੈਂ ਕੀ ਕਰਦੀ, ਡੈਡੀ ਨੇ ਤਾਂ ਭੱਜ ਕੇ ਹਾਂ ਕਰਤੀ, ਨਾਲੇ ਘਰ ਵੇਖੇ ਕਿੱਦਾਂ ਦਾ। ਚੱਲ ਕੋਈ ਨਾ, ਤੇ ਮੈਂ ਤੁਹਾਨੂੰ ਪੈਸੇ ਪਾ ਦੂੰਗਾ, ਤੁਸੀਂ ਘਰ ਖੁਰਤੇ ਤੁਸੀਂ ਪਾ ਲਿਓ, ਫਿਰ ਕਿਆ। ਉਹ ਤਾਂ ਮੈਂ ਵਰਿੰਦਰ ਕਰਕੇ ਹਾਂ ਕਰਤੀ, ਤੈਨੂੰ ਪਤਾ ਨਾ ਸਾਡੀ ਲਵ ਮੈਰਿਜ ਸੀਗੀ। ਨਹੀਂ ਮੈਂ ਡੈਡੀ ਨੂੰ ਕਿਹਾ ਸੀ, ਮੈਂ ਕਿਹਾ ਡੈਡੀ ਜਦੋਂ ਇਹਨਾਂ ਨੇ ਕੋਠੀ ਕੁੱਠੀ ਪਾ ਲਈ ਨਾ ਉਦੋਂ ਹਾਂ ਕਰਾਂਗੇ, ਉਦੋਂ ਵਿਆਹ ਕਰਵਾਵਾਂਗੇ। ਫਿਰ ਕੀ ਹੈ, ਇੱਥੇ ਮੈਂ ਇੱਕ ਮੰਥ 'ਤੇ ਹੈਗਾ, ਆਪਾਂ ਦੁਬਾਰੇ ਵਿਆਹ ਕਰਵਾ ਲੈਂਦੇ ਤੁਹਾਡਾ, ਫਿਰ ਕਿਆ। ਨਹੀਂ ਬ੍ਰੋ, ਇੱਥੇ 12 ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਯਾਰ ਫਿਰ ਕਿਆ, ਇਹ ਇੰਡੀਆ, ਬਹੁਤ ਕੁੱਤੇ ਲੋਕ ਨੇ ਇੱਥੋਂ ਦੇ। ਓ ਯਾਰ ਤੁਸੀਂ ਫੈਨ ਫੋਨ ਨਹੀਂ ਚਲਾਇਆ ਯਾਰ, ਗਰਮੀ ਬਹੁਤ ਹੈ ਇੱਥੇ। ਆ ਡੈਡੀ ਆ ਗਿਆ, ਚਲਾ ਦੇਣਗੇ। ਆ ਫੈਨ ਚਲਾਇਓ ਮਾੜਾ ਜਾ। ਲੈ ਭਾਈ ਇਹ ਤਾਂ ਚਲਾ ਦਿੰਨਾ। ਯਾਰ ਤੁਹਾਡੇ ਗਰਮੀ ਕਿੰਨੀ ਹੈ? ਗਰਮੀ ਤਾਂ ਬਹੁਤ ਜ਼ਿਆਦਾ ਹੈ ਇੱਥੇ, ਉਧਰ ਬਾਹਰ ਤਾਂ ਠੰਡਾ ਹੋਊਗਾ ਨਾ ਮੌਸਮ। ਬਾਹਰ ਤਾਂ ਬਹੁਤ ਠੰਡ ਹੈ, ਮੈਂ ਤੇ ਬਿਨੀ ਪੈਣੇ ਚਾਹਤੇ ਤੇ ਬਰਫ਼ ਪੈਂਦੀ। ਹਾਏ ਕੋਈ ਮਰ ਜਾ, ਮੈਨੂੰ ਦੱਸਿਆ ਨਹੀਂ। ਸਤਿ ਸ਼੍ਰੀ ਅਕਾਲ ਮਾਸੀ ਜੀ। ਸਤਿ ਸ਼੍ਰੀ ਅਕਾਲ, ਦੇਖ ਮੇਰੇ ਅੰਗਰੇਜ਼ਾਂ ਵਰਗਾ ਪੁੱਤ, ਤੂੰ ਤਾਂ ਵਾਕਈ ਅੰਗਰੇਜ਼ ਆ ਸੱਚੇ ਬਾਹਰ ਰਹਿ ਕੇ। ਹੇ ਪੁੱਤ, ਖਵਾ ਪਿਆ ਤਾਂ ਕੁਛ? ਨਹੀਂ ਮੈਂ ਨਾ ਕੁਛ ਨਹੀਂ ਖਾਣਾ ਪੀਣਾ ਮੈਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹਾਂ ਦੇਖਿਆ ਕਿੰਨਾ ਸੋਹਣਾ ਮੁੰਡਾ, ਇਹ ਜਠਾਣੀ ਹੈ ਮੇਰੀ। ਬਹੁਤ ਯਾਦ ਕਰਦੀ ਸੀ, ਵਿਆਹ ਤੇ ਵੀ ਨਹੀਂ ਤੂੰ ਆਇਆ ਨਾ, ਤਾਂ ਕਰਕੇ ਕੰਮ ਬੜਾ ਸੀ ਭਾਈ, ਇੱਕ ਲੋਕਡਾਊਨ ਵਿੱਚ ਨਾ ਬਸ। ਚੱਲ ਕੋਈ ਨਾ ਪੁੱਤ, ਦੱਸ ਤੂੰ ਠੰਡਾ ਕੁਛ? ਮੈਂ ਨਹੀਂ ਕੁਛ ਖਾਣਾ, ਮੈਂ ਰੈਸਟੋਰੈਂਟ ਨਾ ਇੱਥੇ ਤੁਹਾਡੇ, ਯਾਰ ਰੈਸਟੋਰੈਂਟ ਵੀ ਤੁਹਾਡੇ ਕਿੱਦਾਂ ਦੇ ਇੱਥੇ? ਆਈ ਆ ਭੁੱਖ ਲੱਗੀ ਸੀ ਮੈਨੂੰ, ਆ ਤੁਹਾਡੇ ਮਾਨਸਾ, ਹਾਂ ਉਹ ਤੇ ਮੈਂ ਖਾ ਕੇ ਆਇਆ ਯਾਰ। ਪੁੱਤ ਇੱਥੇ ਹੈ ਜੇ ਨਾ ਕੋਈ, ਉਹ ਬਾਹਰਲੇ ਵਰਗੇ ਨਹੀਂ ਹੈਗੇ, ਅਸੀਂ ਫੋਟੋਆਂ ਦੇਖਦੇ ਆ ਹੁਣ ਬਾਹਰਲੀਆਂ ਕਿੰਨੇ ਸੋਹਣੇ ਹੈਗੇ ਹਨਾ। ਹਾਂ ਮੈਂ ਨਹੀਂ ਕੁਛ ਪੀਣਾ, ਮੈਨੂੰ ਸਿਰਫ ਪਾਣੀ ਦੇ ਦਿਓ। ਉਹ ਬਾਹਰਲੇ ਵਰਗੇ ਹੈ ਨਹੀਂ ਨਾ ਤਾਂ ਹੀ। ਉਹ ਕਾਕਾ ਪਾਣੀ ਤੁਸੀਂ ਆਰੋ ਦਾ ਲੈ ਕੇ ਆਏ? ਹਾਂਜੀ ਹਾਂਜੀ ਵੀਰੇ, ਆਰੋ ਦਾ ਹੀ ਲੈ ਕੇ ਆਈ ਆ। ਯ
ਯਾਰ ਸੱਚੀ ਬਹੁਤ ਗਰਮੀ ਤੁਹਾਡੇ ਇੱਥੇ। ਗਰਮੀ ਤਾਂ ਹੈਗੀ ਹੈ ਨਾਲੇ ਜਿਹੜਾ ਤੂੰ ਕਹਿੰਦੀ ਸੀ ਨਾ ਵੀ ਉੱਥੋਂ ਵਰਗੇ ਇੱਥੇ ਕਿਤੇ, ਠੀਕ ਹੈ ਮੇਰੀ ਇੱਕ ਗੱਲ ਸੁਣ ਲੈ। ਕੀ ਸੁਣਾ? ਉੱਥੋਂ ਵਰਗੇ ਬਣਨ ਵੀ ਨਾ। ਆ ਦੇਖ ਆਇਆ ਤਾਂ ਆਪਦੀ ਭੈਣ ਦੇ ਘਰੇ ਆ, ਗੱਲ ਇਹ ਮੇਰੀ ਬੁਰੀ ਹੈ ਤੇ ਕੱਪੜੇ ਦੇ ਕਹੇ ਦੇ ਪਾ ਕੇ ਆਇਆ। ਫੇਰ ਕੀ ਪ੍ਰੋਬਲਮ ਹੈ ਇਹਦੇ ਚ ਜੇ ਕੱਪੜੇ ਇਹ ਜੇ ਪਾ ਕੇ ਆਇਆ? ਉਧਰ ਰਿਵਾਜ ਇਹ ਜੇ ਤੇ ਉਧਰ ਦੇ ਨਾ ਲੋਕ ਬਹੁਤ ਫਾਰਵਰਡ ਨੇ, ਆਪਣੇ ਵਰਗੀ ਨਾ ਛੋਟੀ ਸੋਚ ਨਹੀਂ ਹੈਗੀ ਉਹਨਾਂ ਕੋਲ। ਚਲ ਡੈਡੀ ਤੁਸੀਂ ਕਰੋ ਐਵੇਂ। ਓਏ ਪੁੱਤ ਮੇਰੀ ਗੱਲ ਸੁਣ, ਗਰਮੀ ਬਹੁਤ ਹੈ ਹੁਣ ਮੈਂ ਕੀ ਕਰਾਂ। ਆ ਦੇਖ ਪੁੱਤ ਆ ਲੰਡੇ ਦੇ ਪੱਟ ਦੇ ਬੜਾ ਪਤਾ ਹੈਗਾ, ਪੈਂਟਾਂ ਵੱਡੀਆਂ ਹੁੰਦੀਆਂ ਨੇ। ਪਹਿਲਾਂ ਇਹ ਸੁਣ, ਦੱਸ ਮੈਨੂੰ ਡੈਡੀ ਤੁਸੀਂ ਬੋਲੋ। ਦੇਖ ਆ ਬੂਟ ਪਤਾ ਕਿ 1000 ਦੇ ਨੇ? ਆ ਪਤਾ ਕਿੰਨਾ 1000 ਦੀ ਕੈਪਰੀ? ਆਹੋ ਇਹਨਾਂ ਨੂੰ ਬੜਾ ਪਤਾ। ਉਹ ਤੂੰ ਗੱਲ ਸੁਣੋ, ਇਹ ਮਹਿੰਗਾ ਜਿਹਾ ਸਮਾਨ ਨਾ ਆਪਦੇ ਦਿਮਾਗ 'ਚ ਰੱਖ, ਮੈਨੂੰ ਦੱਸਣਾ 200 ਦੀ ਪੈਂਟ ਪਾ ਕੇ। ਇਹਨਾਂ ਨੂੰ ਬੋਲਦਾ ਨਹੀਂ ਪਤਾ ਇਹ ਕਿੰਨਾ ਰੂਟ ਬੋਲ ਰਿਹਾ। ਤੂੰ ਚੁੱਪ ਬਹਿ ਜਾ, ਮੈਂ ਦੱਸਦੀ ਇਹਨੂੰ ਨਾ। ਤੁਹਾਨੂੰ ਬੋਲਣ ਦਾ ਨਹੀਂ ਪਤਾ ਵੀ ਘਰਾਈ ਦੀ ਕਿਵੇਂ ਇੱਜ਼ਤ ਕਰੀਦੀ ਹੁੰਦੀ ਆ? ਮੇਰਾ ਭਰਾ ਇਹ ਬਾਹਰੋਂ ਆਇਆ, ਮਾੜਾ ਮੋਟਾ ਨਾ ਸਲੀਕੇ ਨਾਲ ਬੋਲੋ। ਹੁਣ ਆਪਦੇ ਬਾਰੇ ਬੜਾ ਦੁੱਖ ਲੱਗਿਆ। ਤੂੰ ਉਹ ਕਹਿੰਦੀ ਸੀ ਨਾ ਵੀ 200 ਦੀ ਪੈਂਟ, ਉਹ 200 ਦੀ ਪੈਂਟ 'ਚ ਨਾ ਇੱਜ਼ਤ ਮਾਨ ਸਤਿਕਾਰ ਸੱਭਿਆਚਾਰ ਸੀ। ਐਂ ਨਹੀਂ ਵੀ ਆ ਪਾ ਕੇ ਲੰਡਰ ਦੇ ਕੱਪੜੇ ਇੱਥੇ ਤੇ ਤੁਰਪੋ। ਜਵਾਨ ਸਵਾਲ ਕੇ ਬੋਲੋ, ਠੀਕ ਆ? 200 ਦੀ ਪੈਂਟ ਸੀ ਤਾਂ 200 ਦੀ ਕਹਿਣੀ ਸੀ। ਆਹ ਸ਼ੂਜ਼ ਪਤਾ ਕਿੰਨੇ ਦੇ ਨੇ ਮੇਰੇ ਭਰਾ ਦੇ? ਉਹ ਭਾਈ ਇਹ ਮਹਿੰਗੇ ਸ਼ੂ ਨਾ ਸੋਨੂੰ ਹੀ ਇਹ ਸੌਂਪਦੇ ਨੇ, ਸਾਨੂੰ ਨਹੀਂ ਇਹ ਸੌਂਪਦੇ। ਚੁੱਪ ਕਰ, ਪਤਾ ਕਿ ਲੱਖ ਦੀ ਗੱਡੀ ਇਹਦੇ ਥੱਲੇ, ਉਹ ਆਇਆ ਵੀ ਬੱਸ 'ਤੇ ਹੈ। ਓਏ ਉਹ ਮੇਰੀ ਗੱਲ ਸੁਣ ਲੈ, ਉਹ ਬੱਸ 'ਤੇ ਆਪਦਾ ਨਾ ਆਰਾਮ ਨਾਲ ਆਇਆ ਤੇ ਹੁਣ ਆਹ ਦੇਖਿਆ ਸੀ ਨਾ ਹੌਂਕਦਾ ਆਇਆ ਸੀ। ਇਹ ਮਹਿੰਗੀਆਂ ਗੱਡੀਆਂ ਦਾ ਕੋਈ ਭਰੋਸਾ ਨਹੀਂ। ਨਾ ਤੁਹਾਨੂੰ ਕੀ ਪ੍ਰੋਬਲਮ ਆ? ਕੱਛਾ ਪਾਇਆ ਮੇਰੇ ਭਰਾ ਨੇ ਪਾਇਆ, ਉਹ ਵੀ ਪਤਾ ਕੀ ਹੈ ਤੁਹਾਡੇ ਸਾਰੇ ਖਾਨਦਾਨ 'ਚ ਨਹੀਂ ਹੋਊਗਾ ਜਿੰਨਾ ਮਹਿੰਗਾ ਨੇ ਕੱਛਾ ਪਾ ਰੱਖਿਆ। ਤੁਸੀਂ ਕਿੱਦਾਂ ਬੋਲ ਰਹੇ ਹੋ ਇੱਥੇ। ਬੇਟਾ ਜੇ ਤੁਸੀਂ ਛੁੱਟੀ ਆਏ ਹੋ ਨਾ ਇੱਥੋਂ ਕੁਛ ਚੰਗਾ ਸਿੱਖ ਕੇ ਜਾਓ। ਉਹ ਕੰਜਰਾਂ ਨੂੰ ਵੀ ਸਿਖਾਓ ਉੱਥੇ ਜਿਹੜਾ ਤੁਹਾਨੂੰ ਆ ਪੁੱਠਾ ਸਿਖਾਉਂਦੇ ਨੇ ਵੀ ਰਹਿਣਾ ਸਹਿਣਾ ਪਾਉਣਾ। ਅੰਕਲ ਜੀ ਉੱਥੋਂ ਦਾ ਕਲਚਰ ਇਦਾਂ ਦਾ ਹੀ ਹੈ, ਉੱਥੇ ਸਭ ਇਹਨਾਂ ਨੂੰ ਬੜਾ ਪਤਾ ਹੈ, ਘਟੀਆ ਸੋਚ ਇਹਨਾਂ ਦੀ ਉਹੀ ਪਿੰਡਾਂ ਵਾਲੀ। ਮੇਰਾ ਇੱਜ਼ਤ ਨਾ ਬੋਲ ਨਾ। ਓਏ ਨਾ ਮੰਮੀ, ਤੁਸੀਂ ਮੇਰੇ ਭਰਾ ਦੀ ਕਿੰਨੀ ਇੱਜ਼ਤ ਕੀਤੀ ਸੀ? ਆ ਵੇਖ ਉਹਦੀ ਕਮੀ ਸੀ ਮੰਮੀ ਬੋਲਣ ਦੀ। ਤੇਰੀ ਕੀ ਹਿੰਮਤ ਆ ਜੀ ਤੁਸੀਂ ਨਹੀਂ ਬੋਲਦੇ ਹੈਗੇ? ਚੁੱਪ ਕਰਕੇ ਬਹਿ ਜਾ ਤੇ ਜਾ ਕੇ ਨਾ ਚਾਹ ਬਣਾ ਲੈ ਤੇ ਨਾਲੇ ਕੁਝ ਖਾਣ ਨੂੰ ਵਧੀਆ ਜਿਹਾ ਮੰਗਵਾ ਲਈ। ਜੇ ਮੇਰੇ ਆਏ ਤੇ ਤੁਹਾਨੂੰ ਕੋਈ ਤਕਲੀਫ ਹੈ ਤੇ ਮੈਂ ਚੱਲ ਜਾਣਾ। ਉਹ ਬੱਚੇ ਤੇਰੇ ਆਏ ਤੇ ਤਕਲੀਫ ਕੋਈ ਨਹੀਂ, ਗੱਲ ਇਹ ਹੈ ਗੱਲ ਅਸੂਲਾਂ ਦੀ ਹੈ। ਜੋ ਸਾਨੂੰ ਅਸੂਲ ਚੰਗੇ ਲੱਗਦੇ ਨਾ ਮੈਂ ਉਹੀ ਗੱਲ ਕਹੀ ਹੈ। ਮੈਨੂੰ ਕੋਈ ਤੁਹਾਡੇ ਨਾਲ ਫਰਕ ਤਰਕ ਕੋਈ ਨਹੀਂ ਹੈ ਵੀ ਤੁਸੀਂ ਕਿਉਂ ਆ ਗਏ ਜਾਂ ਤੁਹਾਡੇ ਆਹ ਹੈ, ਇਹ ਗੱਲ ਨਹੀਂ। ਪਰ ਜਦੋਂ ਘਰ ਦੇ ਅੰਦਰ ਕਿਸੇ 'ਚ ਆਉਣਾ ਨਾ ਉਹ ਸਲੀਕੇ ਨਾਲ ਆਉਣਾ ਚਾਹੀਦਾ। ਕਿਵੇਂ ਮਰਜ਼ੀ ਆਵੇ ਉਹ ਮੇਰਾ ਭਰਾ ਹੈਗਾ, ਠੀਕ ਆ? ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ? ਇਹਦੇ ਭਰਾ ਨੂੰ ਸਮਝਾ ਦੀ ਚੰਗਾ, ਇਹ ਤਾਂ ਸਮਝ ਸਮਾ ਜੀ ਉਹਦੇ ਭਰਾ ਨੂੰ ਸਮਝਾਇਓ ਵੀ ਚੱਜ ਦੇ ਕੱਪੜੇ ਪਾ ਕੇ ਆਈਦੇ ਹੁੰਦੇ ਆ। ਮੇਰਾ ਭਰਾ ਤਾਂ ਦੀਦੀ ਚੱਜ ਦੇ ਕੱਪੜੇ ਪਾ ਕੇ ਆਇਆ, ਉਹ ਨਾ ਦੇਖਿਆ ਸੀ ਮੈਂ, ਉਹ 150 ਦੀ ਚੱਪਲ ਪਾਈ ਹੋਈ ਸੀ ਜੀ। ਸਾਨੂੰ ਉਹ ਵਧੀਆ ਲੱਗਦੇ ਨੇ ਦੀਦੀ, ਉਹ ਮੇਰੀ ਗੱਲ ਸੁਣਦੀ ਹੈ ਸਾਨੂੰ। ਇੱਕ ਮਿੰਟ ਪੁੱਤ, ਉਹ ਮੇਰੀ ਗੱਲ ਸੁਣ ਲੈ, ਉਹ ਵਿਚਾਰਾ ਜੇ ਟਾਕੀਆਂ ਵਾਲੇ ਪਾ ਕੇ ਵੀ ਆ ਜੇ ਨਾ ਤਾਂ ਵੀ ਵਧੀਆ, ਤਾਂ ਵੀ ਉਹ ਮਾੜਾ ਨਹੀਂ, ਉਹਨੇ ਆਪਦਾ ਸੱਭਿਆਚਾਰ ਸਾਂਭ ਕੇ ਰੱਖਿਆ ਹੋਇਆ ਹੈ। ਬਸ ਇਦੋਂ ਬਾਅਦ ਇੱਕ ਲਫ਼ਜ਼ ਵੀ ਨਹੀਂ ਬੋਲਣਾ ਤੁਹਾਡੇ। ਓ ਮਾਈ ਗੋਡ ਯਾਰ ਚੁੱਪ ਕਰ ਜੀ, ਤੁਸੀਂ ਕਿਉਂ ਲੜ ਰਹੇ ਹੋ? ਚੱਲ ਚਾਹ ਬਣਾ ਜਾ ਕੇ ਉੱਠ ਕੇ। ਯਾਰ ਮੈਂ ਪਹਿਲੇ ਦਿਨ ਆਇਆ, ਤੁਸੀਂ ਕਿਉਂ ਲੜੀ ਜਾਂਦੇ ਹੋ? ਕੋਈ ਨਾਲੇ ਵਧੀਆ ਜਿਹਾ ਕੋਲਡ ਡਰਿੰਕ ਮੰਗਾ ਲਾ।
ਦਿਮਾਗ ਦੀ ਨੂੰ ਗੱਲਾਂ ਸਮਝਾਉਣਾ ਇਹਦੇ ਦਿਮਾਗ ਚ ਵੜ ਜਾਣ। ਇਹ ਤਾਂ ਬੇਟਾ ਰੋਜ਼ ਡਰਾਮਾ ਹੁੰਦਾ ਗਾ, ਇਹ ਬੰਦਾ ਰੋਜ਼ ਡਰਾਮੇ ਕਰਦਾ ਗਾ, ਤੂੰ ਇਹਦੇ ਗੱਲਾਂ ਚ ਨਾ ਆਰਾਮ ਨਾਲ ਬੈਠ। ਆ ਦੇਖ ਲਓ ਭਾਈ, ਜੇ ਕੋਈ ਚੱਜ ਦੀ ਗੱਲ ਕਹਿੰਦੇ ਆ ਤਾਂ ਉਸਨੂੰ ਇਹ ਡਰਾਮਾ ਦੱਸਦੇ ਨੇ। ਦੇਖ ਓਏ, ਹੈਲੋ ਇਸ਼ੂ ਯਾਰ, ਮੈਨੂੰ ਇੱਕ ਐਮਰਜੈਂਸੀ ਆ, ਤੂੰ ਨਾ ਮੈਂ ਬਖਸ਼ੀ ਵਾਲਾ ਪਿੰਡ ਹੈ ਇੱਥੇ, ਤੂੰ ਮੈਨੂੰ ਇੱਕ ਕਾਰ ਭੇਜ ਦੇ ਯਾਰ, ਮੈਂ ਪਿੰਡ ਜਾਣਾ ਆਪਣੇ। ਹਾਂ ਠੀਕ ਆ ਠੀਕ ਆ। ਕਿਉਂ ਪਿੰਡ ਜਾਣਾ ਵੀਰੇ, ਕਿਤੇ ਨਹੀਂ ਜਾਣਾ ਹੈਗਾ, ਇੱਥੇ ਰਹਿਣਾ ਤੁਸੀਂ? ਲੜ ਰਹੇ ਹੋ ਯਾਰ, ਮੈਂ ਕੀ ਕਰਾਂ ਹੋਰ? ਲੜ ਰਹੇ ਹੋ ਨਾ, ਹੁਣ ਤਾਂ ਖੁਸ਼ ਹੋਵੋਗੇ ਤੁਸੀਂ? ਕਾਲਜ ਜੇ ਠੰਡ ਪੈ ਗਈ ਹੋਣੀ ਤੁਹਾਡੇ, ਸ਼ਰਮ ਆਉਣੀ ਚਾਹੀਦੀ ਹੈ ਮਾੜੀ ਮੋਟੀ। ਮੇਰਾ ਭਰਾ ਕਿੰਨੇ ਸਾਲਾਂ ਬਾਅਦ ਆਇਆ ਤੇ ਤੁਸੀਂ ਚੰਗੀ ਉਹਦੀ ਸੇਵਾ ਕੀਤੀ ਹਨਾ? ਉਹ ਭਾਈ ਮੈਂ ਕੋਈ ਚੱਜ ਦੀ ਗੱਲ ਕਰੀ ਹੈ, ਤੂੰ ਕਰੀ ਜਾਂਦੀ ਆ ਗੁੱਸਾ, ਜੇ ਕਿਸੇ ਨੂੰ ਮੈਂ ਕੋਈ ਚੰਗਾ ਕੀ ਚੱਜ ਦੀ ਗੱਲ ਕਰੀਏ, ਜੇ ਚੱਜ ਦੀ ਗੱਲ ਕਰਨੀ ਸੀ ਮੈਨੂੰ ਕੱਲੀ ਨੂੰ ਦੱਸ ਦਿੰਦਾ, ਮੇਰੇ ਭਰਾ ਸਾਹਮਣੇ ਬੇਇੱਜ਼ਤੀ ਕਰਨੀ ਜ਼ਰੂਰੀ ਸੀ? ਉਹ ਮੈਂ ਕੱਲੀ ਜਦੋਂ ਉਸਨੇ ਕਹਿਣੀ ਸੀ ਕੱਪੜੇ ਉਹਦੇ ਇਹੋ ਜਿਹੇ ਪਾਏ ਨੇ, ਮੈਂ ਤਾਂ ਕਿਹਾ, ਮੈਂ ਕਿਸੇ ਨੂੰ ਹੋਰ ਕਿਵੇਂ ਕਹਿ ਦੂੰਗਾ? ਚੁੱਪ ਕਰ ਜਾ, ਬੋਲੀ ਜਾਂਦਾ ਹਜੇ ਵੀ ਹਟਦਾ ਨਹੀਂ ਯਾਰ। ਤੁਸੀਂ ਲੜੋ, ਮੈਂ ਚੱਲਿਆ। ਕੋਈ ਚੱਕਰ ਨੀ, ਹੁਣ ਮੈਂ ਦੇਖੀ ਕੀ ਕਰਦੀ ਆ, ਯਾਦ ਰੱਖੀ ਤੂੰ ਵੀ ਚੰਗਾ। ਭੌਂਕਦੇ ਨੇ, ਮੈਂ ਤਾਂ ਸੱਚ ਕਹਿੰਦਾ ਹਟਦਾ ਹੀ ਨੀ। ਨਾਲੇ ਪੁੱਤ ਤੈਨੂੰ ਹੁਣ ਕੋਈ ਘਬਰਾਉਣ ਦੀ ਲੋੜ ਨੀ, ਮੈਂ ਤੈਨੂੰ ਇਹਨੇ ਵੀ ਕਿਹਾ ਸੀ ਮੈਂ ਤੇਰੇ ਨਾਲ ਆ ਨਾ, ਤੈਨੂੰ ਕੋਈ ਡਰਨ ਦੀ ਲੋੜ ਨੀ, ਐਂ ਤਾਂ ਇਹ ਤੇਰੇ ਸਿਰ ਤੋਂ ਚੜ ਜਾਣਗੇ। ਗਲਤ ਨੂੰ ਗਲਤ ਨਹੀਂ ਕਹਿੰਦੇ, ਸਹੀ ਨੂੰ ਗਲਤ। ਹਾਂ ਉਹ ਭਾਈ ਤੂੰ ਹੁਣ ਇੱਥੇ ਬੈਠਾ, ਪਹਿਲਾਂ ਤੂੰ ਪੂਰੀ ਗੱਲ ਦਾ ਸੁਣਤਾ ਲੈ ਮੈਥੋਂ। ਹੈਂ ਯਾਰ ਤੂੰ ਐਂ ਕਿਵੇਂ ਬੋਲਦਾ, ਤੂੰ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲੈ ਨਾ। ਤੂੰ ਵੀ ਆਪਦੀ ਜਨਾਨੀ ਦੇ ਮਗਰ ਲੱਗ ਗਿਆ, ਉਹੀ ਤੇਰੀ ਮਾਂ ਹੈ, ਤੁਹਾਡੇ ਕੰਨ ਜਿਹੜੇ ਭਰਤੇ। ਹਾਂ ਯਾਰ ਮੈਂ ਕਿਉਂ ਗਲਤ ਹਾਂ? ਫਿਰ ਮੇਰੀ ਗੱਲ ਸੁਣ, ਤੈਨੂੰ ਇੱਥੇ ਬੈਠੇ ਨੂੰ ਕੋਈ ਨਹੀਂ ਪਤਾ, ਘਰ 'ਚ ਮੈਂ ਰਹਿੰਦਾ ਮੈਨੂੰ ਪਤਾ। ਹਾਂ ਉਹ ਤੂੰ ਗੱਲ ਸੁਣ ਓਏ, ਤੂੰ ਉਹਨਾਂ ਦੇ ਮਗਰ ਲੱਗ ਕੇ ਨਾ ਦੋਨਾਂ ਦੇ ਮੇਰੇ ਨਾਲ ਲਾ, ਤੂੰ ਵੱਧ ਘੱਟ ਦੀ ਗੱਲ ਕਰ, ਤੈਨੂੰ ਦੱਸਾਂ ਮੈਂ। ਤੂੰ ਐਂ ਕਰ, ਤੇਰੇ ਕੋਲ ਕਿਸੇ ਦਾ ਇੱਥੇ ਹੋਰ ਨੰਬਰ ਹੋਊ ਉਹਨੂੰ ਪੁੱਛ ਲੈ ਪਹਿਲਾਂ ਤਾਂ। ਸਾਰਾ ਦਿਨ ਮੋਬਾਈਲ ਚਲਾਈ ਜਾਣਾ, ਇੱਥੇ ਹੋਰ ਗੱਲਾਂ ਕੋਈ ਕਿਸੇ ਕੰਮ ਨੂੰ ਨਹੀਂ ਹੱਥ ਲਾਉਣਾ। ਜੇ ਮੈਂ ਕੰਮ ਨੂੰ ਕਹਿਣਾ, ਮੈਂ ਗਲਤ ਕਹਿਣਾ? ਇਹ ਕੀ ਹੋ ਗਿਆ? ਉਹ ਹੋਣਾ ਕੀ ਆ, ਆ ਵਰਿੰਦਰ ਦਾ ਫੋਨ ਹੈ, ਮੇਰੇ ਗੱਲ ਪਿਆ ਖੜਾ, ਤੇਰੇ ਵਿੱਚ ਹੀ ਲੱਗਦੇ ਆ ਕਰਤੂਤ ਮੈਨੂੰ। ਅੱਛਾ ਮੁੰਡੇ ਤੱਕ ਵੀ ਗੱਲ ਪਹੁੰਚਾਤੀ? ਇੱਕ ਮਿੰਟ ਮੈਂ ਦੁਬਾਰੇ ਲਾਵਾਂ ਭਾਈ ਤੈਨੂੰ ਫੋਨ, ਮੈਂ ਲਾ ਲਊਂ ਇਧਰੋਂ, ਬੰਦ ਕਰ ਯਾਰ ਤੈਨੂੰ ਮੇਰੇ ਗੱਲ ਪੈਂਦਾ ਹਜੇ। ਦੇ ਮੁੰਡੇ ਨੂੰ ਕਿਵੇਂ ਪੈਂਦਾ ਘੂਰ ਘੂਰ ਕੇ, ਪਿਆਰ ਨਾਲ ਵੀ ਕਹਿ ਸਕਦਾ ਸੀ ਨਾ। ਪਿਆਰ ਨਾਲ ਉਹ ਮੈਨੂੰ ਪਿਆਰ ਨਾਲ ਬੋਲਿਆ ਹੋ?
ਮੈਂ ਉਹਦਾ ਬਾਪ ਆ, ਮੇਰੇ ਮੂਹਰੇ ਬੋਲਦਾ ਉਹ। ਨਾ ਤੂੰ ਉਹਨੂੰ ਪਿਆਰ ਨਾਲ ਵੀ ਕਹਿ ਸਕਦਾ, ਜਦੋਂ ਅਗਲੇ ਦੇ ਘਰ ਵਾਲੀ ਦੀ ਬੇਇੱਜ਼ਤੀ ਕਰਦਾ ਹੈ ਉਹ ਤਾਂ ਬੋਲੂਗਾ ਬਾਈ, ਹੈ ਮਾੜੀ ਮੋਟੀ ਸ਼ਰਮ ਮੰਨ ਲੈ। ਮੁੰਡੇ ਨੂੰ ਸਿੰਧ ਦੱਸਣਾ ਆਪਾਂ ਤਾਂ ਕਰੀ ਜਾਂਦੇ ਸੀ ਜਿਵੇਂ ਘਾਲਾ ਵਾਲਾ। ਜੇ ਉਹਦੇ ਘਰ ਵਾਲੀ ਆ ਨਾ, ਮੇਰੀ ਵੀ ਨੂੰਹ ਹੈ, ਹੈ ਮੈਨੂੰ ਰਿਸਪੈਕਟ ਨਾਲ ਬੋਲੀ ਕਦੇ ਤੇਰੇ ਸਾਹਮਣੇ ਉਹ? ਉੱਠਾ ਸਿੱਧਾ ਬੋਲਦੀ ਹੈ, ਜੇ ਕੰਮ ਨੂੰ ਕਹਿੰਦੇ ਭਾਈ ਪਾਣੀ ਦਾ ਗਲਾਸ ਪਾ ਦੇ, ਕਦੇ ਪਾਣੀ ਦਾ ਗਲਾਸ ਫੜਾਇਆ ਉਹਨੇ? ਨਾ ਮੇਰੀ ਗੱਲ ਸੁਣ, ਪਹਿਲਾਂ ਤਾਂ ਇਹ ਗੱਲ ਦੱਸ ਵੀ ਮੁੰਡੇ ਤੱਕ ਗੱਲ ਕਿਹਨੇ ਪਹੁੰਚਾਈ ਹੈ? ਮੈਨੂੰ ਕੀ ਪਤਾ ਕਿਹਨੇ ਪਹੁੰਚਾਈ ਹੈ, ਮੁੰਡੇ ਤੀਕਰ ਗੱਲ ਹਜੇ ਮੈਨੂੰ ਪੁੱਛਦੀ ਹੈ। ਅੱਛਾ ਮੇਰੇ ਕੋਲ ਤਾਂ ਆਇਆ ਨੀ ਮੁੰਡੇ ਦਾ ਫੋਨ, ਤੇਰੇ ਕੋਲ ਕਿਵੇਂ ਆ ਗਿਆ ਬਈ? ਨਾ ਤੈਨੂੰ ਮੈਂ ਦੱਸਦਾ, ਬਕਵਾਸ ਉਹਦੇ ਕੋਲ ਤੂੰ ਮਾਰੀ ਹੋਣੀ ਹੈ, ਨਾਲੇ ਮਾਰੀ ਹੋਣੀ ਉਹਨੇ ਪ੍ਰੀਤ ਨੇ, ਤੁਸੀਂ ਦੋਨਾਂ ਨੇ ਰਲ ਕੇ ਉਹਨੂੰ ਫੋਨ ਕੀਤਾ। ਜੇ ਕਹੋ ਮੇਰੇ ਗੱਲ ਫੋਨ ਲਾਉਣ ਸਾਰੀ ਮੇਰੇ ਗੱਲ ਪੈ ਗਿਆ ਉਹ। ਗੱਲ ਸੁਣ, ਜੇ ਅਸੀਂ ਲਾਈ ਹੁੰਦੀ ਨਾ ਉਹਨੂੰ ਕੋਈ ਗੱਲ ਕਹੀ ਹੁੰਦੀ, ਕਲਾਸ ਲਾਈ ਹੁੰਦੀ, ਫਿਰ ਤੂੰ ਆਏ ਨਹੀਂ ਸੀ ਬੋਲਦਾ, ਬੱਕਰੀ ਮੂੰਹ ਮੈਂ ਕਰਦਾ। ਉਹ ਤੂੰ ਗੱਲ ਛੱਡ, ਉਹ ਪੁੱਤ ਹੈ ਮੇਰਾ, ਮੈਂ ਪਿਓ ਆ ਉਹਦਾ, ਮੈਂ ਉਹਦੇ ਮੂਹਰੇ ਬੱਕਰੀ ਮੰਗੂ ਬੋਲੂ? ਬੁਲਵਾ ਲੇਗਾ। ਕਿਵੇਂ ਬੁਲਵਾ ਲੂੰਗਾ? ਬੁਲਵਾ ਲੇਗਾ ਜਦੋਂ ਉਹਦੇ ਘਰ ਵਾਲੀ ਦੀ ਬੇਇੱਜ਼ਤੀ ਕਰਦਾਗਾ। ਨਾ ਮੇਰੀ ਗੱਲ ਸੁਣ, ਤੈਨੂੰ ਐਡੀ ਕੀ ਭੇੜ ਪੈ ਗਈ ਵੀ ਤੂੰ ਉਹਦੇ ਤਾਂ ਮਦਦ ਕਰਦਾ, ਉਹਨੂੰ ਤੂੰ ਬੁਰਾ ਸਮਝਦਾ? ਹੁਣ ਇਹੀ ਗੱਲ ਤੈਨੂੰ ਮੈਂ ਪੁੱਛਦਾ ਵੀ ਤੈਨੂੰ ਐਡਾ ਕੀ ਪ੍ਰੈਸ਼ਰ ਹੈ? ਤੂੰ ਉਹਨੂੰ ਤਾਂ ਕਹਿ ਦਿੰਦੀ ਹੈ ਬੈਠੀ ਹੈ ਬੈਠੀ ਰਹਿਣ ਦੇ, ਅਤੇ ਉਹਨੂੰ ਵਿਚਾਰੀ ਨੂੰ ਸਾਰਾ ਦਿਨ ਪੀੜੀ ਜਾਂਦੀ ਹੈ, ਰਸੋਈ 'ਚ ਉਹ ਮਰਦੀ ਹੈ, ਕੱਪੜੇ ਉਹ ਧੋਂਦੀ ਹੈ, ਸਾਰਾ ਝਾੜੂ ਪੋਚਾ ਉਹ ਕਰਦੇ, ਤੈਨੂੰ ਸ਼ਰਮ ਨਹੀਂ ਆਉਂਦੀ? ਉਹਨੇ ਤਾਂ ਮੁੰਡੇ ਦੀ ਜ਼ਿੰਦਗੀ ਬਣਾਈ ਹੈ, ਨਾਲੇ ਤਾਂ ਮੁੰਡੇ ਨੂੰ ਬਾਹਰ ਭੇਜਿਆ, ਨਾਲੇ 4 ਕਿੱਲੇ ਲੈ ਕੇ ਆਈ ਹੈ ਅਗਲੀ, ਉਹ ਕੱਲੀ ਨਹੀਂ ਖਾ ਲੂਗੀ, ਉਹਦਾ ਠੇਕਾ ਹਿੱਸਾ, ਨਾਲ ਮੁੰਡਾ ਵੀ ਖਾਂਦਾ ਅਤੇ ਇੱਥੇ ਵੀ ਆਉਂਦਾ, ਉਹਦੇ ਵਿੱਚੋਂ ਤੂੰ ਵੀ ਖਾਂਦਾ। ਉਹਨੇ ਮੁੰਡੇ ਦੀ ਜ਼ਿੰਦਗੀ ਬਣਾਈ ਨਹੀਂ, ਸਮਾਂ ਵਿਗਿਆਨ 'ਤੇ ਲੱਗੀ ਹੋਈ ਹੈ, ਪੂਰੇ ਪਰਿਵਾਰ ਨਾਲ ਇੱਕ ਦਿਨ ਤੋੜ ਕੇ ਛੱਡੂਗੀ ਉਹ, ਜਿਹੜਾ ਤੈਨੂੰ ਆ ਲਾਲਚਨ ਵੀ ਬਾਹਰ ਭੇਜਤਾ ਬਾਹਰ ਭੇਜਤਾ, ਇਹੀ ਉਹਦੀ ਚਾਲ ਹੈ ਵੀ ਉਹਨੂੰ ਮੈਂ ਪਰਿਵਾਰ ਨਾਲ ਅੱਡ ਕਰਕੇ ਤੋੜ ਦਿਆਂ। ਉਹ ਰੱਬ ਦੇ ਬੰਦਿਆ, ਇਹ ਤੇਰੀ ਸੋਚ ਹੈ, ਉਹਦੀ ਸੋਚ ਨਹੀਂ ਹੈਗੀ, ਨਾਲੇ ਸਾਰੇ ਪਿੰਡ ਦੇ ਵਿੱਚ ਬੱਲੇ ਬੱਲੇ ਕਰਾ ਰੱਖੀ ਆ ਵੀ ਹੈਗੀ ਆ ਕੁਲਦੀਪ ਜੀ ਨੂੰ, ਚੰਗਾ ਪਾਉਂਦੀ ਆ ਚੰਗਾ ਬੋਲਦੀ ਆ, ਇਹਦੇ ਮੰਗਣੀ ਤੂੰ ਤੂੰ ਕਰਦੀ। ਉਹਨੇ ਇਹ ਵੀ ਚੜ੍ਹਾਈ ਕਰਾ ਰੱਖੀ ਹੈ, ਉਹ ਮੁਖਤਿਆਰੋ ਬੁੜੀ ਵਰਗੀਆਂ ਆਈਆਂ ਸੀ ਨਾ, ਉਹ ਸਾਰੇ ਜਾ ਕੇ ਉਹਨਾਂ ਘਰਾਂ 'ਚ ਪਤਾ ਕੀ ਹੈ, ਬੁੜੀਆਂ ਦੀ ਸੋਡੀ ਆਦਤ ਹੁੰਦੀ ਹੈ ਚਬਰ ਚਬਰ ਕਰਨ ਦੀ, ਉਹਨਾਂ ਨੇ ਜਾ ਕੇ ਇਹ ਕਿਹਾ ਵੀ ਉਹਨਾਂ ਦੀ ਨੂੰਹ ਤਾਂ ਜਦੋਂ ਜਾਣਿਆ ਮੋਬਾਈਲ ਲੈ ਕੇ ਬੈਠੀ ਹੁੰਦੀ ਹੈ। ਗੱਲ ਸੁਣ ਤੂੰ ਮੇਰੀ, ਜੇ ਉਹਨੂੰ ਚਲਾਉਣਾ ਆਉਂਦਾ ਨਾ ਫਿਰ ਚਲਾਉਂਦੀ ਹੈ, ਨਾਲੇ ਐਰਬੈਰ ਨਹੀਂ ਦੇਖਦੀ ਉਹ ਖਬਰਾਂ ਦੇਖਦੀ ਹੈ ਵੀ ਕੀ ਹੁੰਦਾ ਦੁਨੀਆਂ 'ਤੇ, ਇਹਦੇ ਵਰਗੀ ਬੁੱਧੂ ਨਹੀਂ ਹੈਗੀ, ਉਹੋ ਜਿਹਾ ਸਮਝਦੀ ਹੈ ਉਹੋ ਜਿਹਾ ਸੋਚਦੀ ਹੈ। ਉਹ ਖਬਰਾਂ ਇਹ ਦੇਖਦੀ ਆ ਉਹਦੇ 'ਤੇ ਵੀ ਸਹੁਰੇ ਦੀ ਬੇਇੱਜ਼ਤੀ ਕਰੋ, ਘਰ 'ਚ ਡੱਕਾ ਨਾ ਤੋੜੋ, ਘਰ 'ਚ ਦਫਾੜ ਪਾਓ। ਜੇ ਤੇਰੀ ਕਰਤੂਤ ਆ ਨਾ ਮਾੜਾ ਕਹਾਉਣ ਦੀ, ਤਾਂ ਕਹਿੰਦੀ ਅਗਲੀ ਮੈਨੂੰ ਨਹੀਂ ਕਹਿੰਦੀ, ਮੈਨੂੰ ਕਿਵੇਂ ਮੰਮੀ ਜੀ ਕਰਦੀ ਹੈਗੀ। ਮੰਮੀ ਜੀ ਤੈਨੂੰ ਐਂ ਕਰਦੀ ਹੈ, ਉਹ ਤੂੰ ਉਹ ਤੋਂ ਕੰਮ ਨਹੀਂ ਕਰਾਉਂਦੀ, ਇੱਕ ਦਿਨ ਮਾੜਾ ਜਿਹਾ ਕੰਮ ਕਰਾ ਕੇ ਦੇਖੀ, ਫਿਰ ਦੇਖੀ ਤੇਰੇ ਪੁਰਾਂ 'ਤੇ ਮਾਰਦੀ, ਉਹੀ ਬੋਕਰ ਜੀ ਉਹ। ਤੂੰ ਕਿਹੜਾ ਘਰੇ ਬੈਠਾ ਰਹਿਣਾ, ਸਾਰਾ ਕੰਮ ਕਰਦੀ ਹੈ। ਓਏ ਪਤਾ ਹੈ ਮੈਨੂੰ, ਇਹ ਪਤਾ ਟੋਬੇ ਦਾ ਗਵਾਹ ਡੱਡੂ। ਚੱਲ ਮੈਂ ਤਾਂ ਹੈਗੀ ਹਾਂ ਕੀ, ਮੈਂ ਐਂ ਦੱਸ ਪੁੱਛਦੀ ਹਾਂ ਤੇਥੋਂ ਵੀ ਇਹਦੇ ਤੱਕ ਤੈਨੂੰ ਕੀ ਗਾਉਂ ਹੈ ਵੱਡੀ ਤੱਕ ਗਾਉਂ? ਮੈਨੂੰ ਤਾਂ ਭਾਈ ਤਰਸ ਆਉਂਦਾ, ਸਾਰਾ ਦਿਨ ਉਹ ਕੰਮ ਕਰਦੀ ਹੈ ਜਵਾਕੜੀ, ਉਹ ਤੁਸੀਂ ਕਦੇ ਦੋਨਾਂ ਨੇ ਡੱਕਾ ਤੋੜਿਆ ਮੈਨੂੰ ਐਂ ਦੱਸ ਦੇ? ਤੂੰ ਮੈਨੂੰ ਇੱਕ ਗੱਲ ਦੱਸ ਦੇ, ਤੂੰ ਉਹ ਤੋਂ ਕਦੇ ਪਾਣੀ ਦਾ ਗਲਾਸ ਫੜਿਆ? ਨਾ, ਇਹ ਕਿਹੜਾ ਥੱਬਾ ਰੋਟੀਆਂ ਦਾ ਪਕਾ ਕੇ ਵੀ ਦਿਹਾੜੀਆਂ ਦਾ ਲੈ ਗਈ ਖੇਤ 'ਚ ਵੀ ਉਹ ਕੰਮ ਕਰਦੀ ਆ, 4 ਰੋਟੀਆਂ ਹੀ ਆ। ਤੂੰ ਫਿਰ ਐਂ ਕਰਨਾ, ਤੇਰੀ ਲਾਡਲੀ ਨੂੰ ਭੇਜ ਖੇਤ ਰੋਟੀਆਂ ਦਾ ਡੱਬਾ ਲੈ ਕੇ, ਫਿਰ ਪਤਾ ਲੱਗੂ ਤੈਨੂੰ। ਉਹ ਤਾਂ ਗਈ ਨਹੀਂ, ਜੇ ਤਾਂ ਵੱਟ 'ਤੇ ਵੀ ਤੁਰਿਆ ਗਿਆ। ਉਹ ਤਾਂ ਗਈ ਨਹੀਂ ਖੇਤਾਂ 'ਚ, ਇਹ ਖੇਤਾਂ 'ਚ ਜਾਂਦੀ ਸੀ, ਉਹ ਨਹੀਂ ਗਈ। ਓਏ ਇਹ ਤਾਂ ਹੰਢੀ ਹੋਈ ਹੈ, ਤਾਂ ਹੀ ਤਾਂ ਰਿਸ਼ਤਾ ਲੈਤਾ ਇਹਦਾ ਮੈਂ। ਅੱਛਾ ਹਾਂ, ਵੀ ਇਹ ਕੰਮ ਕਰੂਗੀ। ਉਹ ਭਾਈ ਅਗਲੀ ਕਹਿੰਦੀ ਮੇਰੇ ਤਾਂ 4 ਕਿੱਲੇ ਆਉਂਦੇ ਨੇਗੇ, ਮੈਂ ਆਪਦੀ ਮਰਜ਼ੀ ਨਾਲ ਕੰਮ ਕਰੂੰ, ਮੈਂ ਤਾਂ ਕਹਿ ਰਹਿੰਦੀ ਹੁੰਦਾ ਕੰਮ ਲਈ ਲੱਗੀ ਹੋਈ ਸੀ। ਫਿਰ ਮੈਨੂੰ ਇੱਕ ਗੱਲ ਦੱਸ, ਹਾਂ
ਉਹ ਆਪਣੀ ਕੁੜੀ ਦੀ ਜੇ ਉਹਦੀ ਦਰਾਣੀ ਜਾਂ ਜਠਾਣੀ ਇਹ ਗੱਲ ਕਰੇ ਉਹਦੇ ਨਾਲ ਫਿਰ ਤੂੰ ਕਿਵੇਂ ਬਰਦਾਸ਼ਤ ਕਰੇਂਗੀ? ਇਹੋ ਜਿਹਾ ਸਵਾਲ ਮੇਰੇ ਮੂਹਰੇ ਨਾ ਧਰ। ਜੇ ਆਪਣੀ ਕੁੜੀ ਨੇ ਕਰਮਿਆ ਹੋਵੇ ਮੈਂ ਕੰਮ ਨਹੀਂ ਕਰਦੀ ਤਾਂ ਉਹੋ ਜਿਹਾ ਰਿਸ਼ਤਾ ਕਰਾਂਗੇ? ਮੇਰੀ ਗੱਲ ਸੁਣ, ਜਿੱਦਾਂ ਮੈਂ ਰਿਸ਼ਤੇ ਦੀ ਗੱਲ ਕਰੀ ਹੈ ਨਾ, ਮੈਂ ਤਾਂ ਗੱਲ ਕਰਮ ਦਾ ਹੀ ਨਹੀਂ, ਨਾ ਤੈਨੂੰ ਕਰਮ ਦੇ ਮੈਂ, ਸਮਝ ਗਈ? ਮੈਂ ਸੱਚ ਤੇ ਖੜਾ, ਸੱਚ ਤੇ ਹੀ ਰਹੂੰਗਾ। ਤੂੰ ਨਾ ਚਾਹੇ ਕੁਛ ਕਰੀ, ਗੱਲ ਇੱਕ ਨੇ ਇਹ ਆਊਗਾ ਮੈਂ ਫੜ ਕੇ ਗੁਤੜੀ ਤੈਨੂੰ ਵੀ ਬਾਹਰ ਕਰ ਦੂ। ਗੱਲ ਸੁਣੋ, ਆ ਜਾਣ ਦੇ ਕਿਸੇ ਦਿਨ ਤਾਂ ਆਉਣਗੇ ਮੇਰੇ ਮੁੰਡੇ, ਉਦੋਂ ਪੁੱਛੂ ਤੈਨੂੰ ਵੀ ਤੇਰੀ ਜਵਾਨ ਕਿੰਨੇ ਕੁ ਚੱਲਦੀ ਆ। ਤੂੰ ਬੱਚਾ ਭਾਈ ਥੋਕ ਤੇ ਹੁਣੀ ਨਾ ਖਾਣੀ ਆਈ ਐ ਵੱਡੀ, ਇਹ ਹਰ ਟਾਈਮ ਸਾਰੇ ਜਦ ਪੁੱਠੀ ਸਿੱਖਿਆ ਪੁੱਠੀ ਸਿੱਖਿਆ। ਉਹ ਗੱਲ ਸੁਣ, ਹੁਣ ਪਈ ਜੀ ਤੇਰੇ ਕਾਲਜ ਠੰਡ ਮੈਨੂੰ ਕਟਵਾ ਕੇ ਕੀ ਹੋ ਲਾਤੀਆਂ ਨੂੰ ਉਂਗਲ ਪਤੰਦਰ ਨੂੰ? ਲੋ ਮੰਮੀ ਮੈਂ ਕਿਹਦੇ ਉਂਗਲਾਂ ਲਾਤੀਆਂ? ਤੇਰੇ ਸਹੁਰੇ ਦੇ, ਹੋਰ ਕਿਹਦੇ? ਮੰਮੀ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ, ਕੀ ਕਹੀ ਜਾਂਦੇ ਤੁਸੀਂ? ਤੁਸੀਂ ਆਏ ਕਹਿੰਦੇ, ਤੁਸੀਂ ਆਏ ਕਹਿੰਦੇ, ਮੁੰਡੇ ਨੂੰ ਵੀ ਫੋਨ ਕਰਤਾ ਚੱਕ ਕੇ, ਵੱਡੇ ਨੂੰ, ਛੋਟੇ ਨੂੰ? ਮੰਮੀ ਫਿਰ ਮੈਂ ਕਰਵਾਇਆ ਫੋਨ, ਹੋਰ ਕਿਹਨੇ ਕਰਵਾਇਆ ਗਾ? ਮੰਮੀ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ। ਤੇਰੇ ਪਿੱਛੇ ਪੰਗੇ ਪੈਂਦੇ ਆ, ਤੇਰੇ ਪਿੱਛੇ ਨਹੀਂ, ਹਟ ਜਾ, ਤੂੰ ਬਦਲੇ ਲੈ ਲੈ ਸਾਡੇ, ਟਿਕ ਜਾਣ ਦੇ, ਵੱਜਾ ਰਹਿਣ ਦੇ ਘਰ, ਨਾ ਤੋੜ ਘਰ ਨੂੰ। ਮੰਮੀ ਤੁਸੀਂ ਬਿਨਾਂ ਵਜ੍ਹਾ ਤੋਂ ਕਿਉਂ ਮੇਰੇ ਪਿੱਛੇ ਪੈਨੇ ਹੁੰਦੇ ਹੋ? ਮੈਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ। ਮੈਨੂੰ ਐਂ ਸਮਝ ਨਹੀਂ ਆਉਂਦੀ ਵੀ ਤੂੰ ਖੇਤਾਂ 'ਚ ਕੰਮ ਨਹੀਂ ਕਰਦੀ, ਕਰਕੇ ਨਹੀਂ ਆਈ? ਤੇਰੇ ਪੇਕਿਆਂ ਦਾ ਖੇਤੀ ਦਾ ਕੰਮ ਸੀ। ਮੰਮੀ ਫਿਰ ਉਰੇ ਤਾਂ ਨਹੀਂ ਹੈਗਾ ਜੋ ਸੀ। ਹੋਣਾ ਕੀ ਸੀ? ਤੇਰੇ ਸਹੁਰੇ ਨੇ ਮੈਨੂੰ ਕੁੱਟਿਆ, ਐਨੇ ਕੁੱਟਵਾਇਆ ਉਂਗਲਾਂ ਲਾ ਲਾ ਕੇ। ਦੀਦੀ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ। ਹੈਗੀ ਇਹੀ ਕੰਮਾਂ ਜੋਗ ਰਹੀ ਹੈ ਮੰਮੀ, ਸਵੇਰੇ ਉੱਠ ਕੇ ਲੱਗ ਜਾਂਦੀ ਹੈਗੀ ਲੁੱਤੀਆਂ ਲਾਉਣ, ਹੋਰ ਕੰਮ ਹੈਗਾ ਇਹਨੂੰ ਕੋਈ? ਹੁਣ ਦੇਖ ਲੈ ਕਿੰਨੀ ਭੋਲੀ ਬਣਦੀ ਹੈ ਛਿੱਤਰ ਪਵਾ ਕੇ ਮੰਮੀ ਦੇ। ਸ਼ਰਮ ਤਾਂ ਨਹੀਂ ਆਉਂਦੀ ਤੈਨੂੰ? ਉਹ ਤਾਂ ਕੱਲ ਮੈਨੂੰ ਭਾਸ਼ਣ ਦਿੰਦੀ ਸੀ ਵੀ ਆਪਣੇ ਬਾਪ ਵਰਗੇ, ਨਾ ਆਣੀ ਆਪਣੀ ਮਾਂ ਵਰਗੀ ਹੈਗੀ। ਦੀਦੀ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ, ਤੁਸੀਂ ਕਿਉਂ ਐਵੇਂ ਮੈਨੂੰ ਕਹੀ ਜਾਂਦੇ ਹੋ? ਤੈਨੂੰ ਕਾਹਨੂੰ ਪਤਾਗਾ, ਸਾਰੀ ਕਰੀ ਕਰਾਈ ਤਾਂ ਤੇਰੀ ਹੈਗੀ, ਹੁਣ ਮੁੱਕਰਦੀ ਆ ਕਿੰਨੀ ਭੋਲੀ ਬਣਦੀ ਆ ਇਹ। ਸ਼ਰਮ ਮੰਨ ਸ਼ਰਮ, ਤੈਨੂੰ ਰੋਟੀ ਮਿਲੀ ਜਾਂਦੀ ਹੈ ਨਾ ਵਧੀਆ ਵਧੀਆ, ਤੈਨੂੰ ਕੱਪੜਾ ਮਿਲੀ ਜਾਂਦਾ, ਇਹ ਤੈਨੂੰ ਹੋਰ ਕੀ ਚਾਹੀਦਾ? ਛਿੱਤਰ ਨਾ ਮੰਮੀ, ਹੁਣ ਕਸ ਰਹੇਗੀ ਸਾਰਾ ਦਿਨ ਤਾਂ ਛਿੱਤਰ ਮਾਰੀ ਜਾਂਦੇ ਹੋ ਮੇਰੇ, ਜੇ ਮੈਂ ਕਰਦੀ ਹਾਂ ਤਾਂ ਵੀ ਮਾੜੀ, ਜੇ ਨਾ ਕਰਦੀ ਤਾਂ ਵੀ ਮਾੜੀ। ਨਹੀਂ ਮੈਨੂੰ ਮਾੜੀ ਬਣਾ ਰੱਖਿਆ ਸਾਰੇ ਘਰ ਦੇ ਵਿੱਚ, ਮੈਨੂੰ ਗਾਲਾਂ ਦਬਾਉਣੀ ਆ, ਹੋਰ ਕੁਛ ਨਹੀਂ। ਲੋਕਾਂ ਕੋਲੇ ਵੀ ਮਿਲਾ ਤਾਂ ਬਦਨਾਮ ਕਰਤਾ ਹੋਣਾ, ਜੀ ਤਾਂ ਕਰਦਾ ਉਹ ਗਮਲਾ ਤੇਰੇ ਸਿਰ 'ਚ ਠੋਕਾ, ਪਰ ਮੈਂ ਸੋਚਦੀ ਆ ਫਿਰ ਵੀ। ਮੰਮੀ ਲੋਕਾਂ ਕੋਲੇ ਕੀ ਬਦਨਾਮ ਕਰਤਾ, ਨਾ ਮੈਂ ਬਾਹਰ ਜਾਂਦੀ ਆ ਕਿਤੇ। ਹੋਰ ਅਗਲੇ ਕਹਿੰਦੇ ਨੂੰਹ ਨਾਲ ਐਂ ਕਰਦੀ ਆ, ਮੈਂ ਨਹੀਂ ਕਰਦੀ, ਐਂ ਨਹੀਂ ਪਤਾ ਵੀ ਨੂੰਹ ਐਂ ਕਰਦੀ ਆ, ਗੁੱਜੀ ਹੈਗੀ। ਜੇ ਚੱਜ ਦੀ ਹੁੰਦੀ ਮੰਮੀ ਘਰ 'ਚ ਕੰਜਰ ਕਲੇਸ਼ ਹੀ ਨਾ ਪੈਂਦਾ। ਉਹੀ ਤਾਂ ਗੱਲ ਹੈ ਪੁੱਤੋ, ਸੱਚੀ ਗੱਲ ਹੈਗੀ, ਪਾੜੇ ਪੈ ਗਏ ਹੁਣ ਵਰਿੰਦਰ ਨੂੰ, ਦੱਸ ਕਿਹਨੇ ਫੋਨ ਕੀਤਾ? ਇਹਦੇ ਕਰਕੇ ਕੱਲ ਬੋਨੇ ਬੁੜੇ ਨੇ ਮੇਰੇ ਬਾਪ ਭਰਾ ਦੀ ਬੇਇੱਜ਼ਤੀ ਕੀਤੀ ਹੈ। ਕਿੰਨੇ ਟਾਈਮ ਬਾਅਦ ਆਇਆ ਸੀ ਮੇਰਾ ਭਰਾ, ਹੁਣ ਮੈਂ ਕੀ ਮੂੰਹ ਦਿਖਾਉਂਗੀ ਪੇਕੇ ਜਾ ਕੇ? ਉਹ ਤਾਂ ਜਿਹੜਾ ਬੋਲਦਾ ਸੀ ਇਹ ਵੀ ਬੋਲਦੇ ਸੀ ਗੱਲਾਂ ਕੁਛ। ਨਾ ਮੰਮੀ ਤੁਸੀਂ ਨੀ ਮੇਰੇ ਭਰਾ ਦੀ ਬੇਇੱਜ਼ਤੀ ਕੀਤੀ, ਮੈਂ ਤਾਂ ਕੁਛ ਬੋਲੀ ਨੀ ਸੋਨੂੰ। ਤੇਰੇ ਭਰਾ ਤੇ ਮੇਰੇ ਭਰਾ 'ਚ ਫਰਕ ਨਹੀਂ ਹੈਗਾ। ਤੇਰੇ ਭਰਾ ਦੀ ਬੇਇੱਜ਼ਤੀ ਮੈਂ ਕੀਤੀ ਸੀ ਨਾ, ਤੂੰ ਮੇਰੇ ਭਰਾ ਦੀ ਕਰਦੀ। ਦੀਦੀ ਮੇਰੇ ਇਹਦੇ ਭਰਾ ਕੀ ਮਤਲਬ ਸੀ ਤੇਰਾ? ਮੈਂ ਤੇਰੇ ਭਰਾ ਨੂੰ ਕੀ ਕਿਹਾ ਸੀ? ਕਿਹਾ ਸੀ ਕੁਛ? ਆ ਮੰਮੀ ਨੇ ਤਾਂ ਕਿਹਾ ਸੀ ਮੈਨੂੰ ਤਾਂ ਮੇਰਾ ਭਰਾ ਹੀ ਚੰਗਾ ਲੱਗਦਾ ਹੋਣਾ। ਮੈਂ ਉਹਨੂੰ ਕੀ ਕਿਹਾ ਸੀ? ਉਹਦੇ ਡੰਗ ਮਾਰੀ ਸੀ, ਕੋਹਨੂੰ ਗਾਲਾਂ ਦਿੱਤੀਆਂ ਸੀ? ਉਹਨੂੰ ਤਾਂ ਕੋਈ ਫਰਕ ਵੀ ਨਹੀਂ ਪੈਂਦਾ, 2 ਕੋਟੀ ਦਾ ਹੈਗਾ ਮੰਮੀ। ਮੈਂ ਤਾਂ ਪੁੱਤ ਉਹਨੂੰ ਐਂ ਕਿਹਾ ਸੀ ਵੀ ਇੰਨਾ ਕੁ ਫਲ ਫਲੂਟ ਲਿਆ ਕਰ, ਸਰੀਕੇ ਕਬੀਲੇ 'ਚ ਵੰਡਣਾ ਹੁੰਦਾ। ਇਹ ਤਾਂ ਖੁਦ ਨੂੰ ਵੀ ਬੰਦੇ ਨੂੰ ਅਕਲ ਆਉਣੀ ਚਾਹੀਦੀ ਆ। ਇੱਕ ਉਹ ਦੇਖ ਲੈ, ਉਹ ਪਹਿਲੀਆਂ 'ਚ ਪੈਸੇ ਪਵਾਤੇ ਉਹਨੇ ਅਕਾਊਂਟ 'ਚ ਉਹਦੀ, ਵੀ ਮੇਰੀ ਗੱਡੀ ਖਰਾਬ ਹੋ ਗਈ ਸੀ ਮੈਂ ਦੇਖ ਲਈ। ਕੀ ਫਾਇਦਾ ਮੰਮੀ, ਇਹ ਬੁੱਝ ਦੀ ਬੁੱਝੇ ਰਹੂਗੀ।
ਗੱਲ ਸਮਝ ਲੈ ਮੇਰੀ, ਅੱਜ ਤੋਂ ਬਾਅਦ ਜੇ ਸਹੁਰੇ ਦੇ ਹੱਕ 'ਚ ਖੜੀ ਹਾਂ ਨਾ ਤਾਂ ਮੈਥੋਂ ਬੁਰਾ ਨਾ ਜਾਣੀ। ਤੈਨੂੰ ਕੀ ਸਮਝਾਇਆ ਸੀ ਕੱਲ੍ਹ? ਮੰਮੀ ਮੈਂ ਤਾਂ ਕੁਛ ਕਿਹਾ ਵੀ ਨਹੀਂ। ਚੁੱਪ ਕਰ ਜਾ, ਤੁਸੀਂ ਤਾਂ ਐਵੇਂ ਸਾਰਾ ਦਿਨ ਮੇਰੇ ਬਾਤ ਪਏ ਰਹਿੰਦੇ ਹੋ। ਅਜੀਬ ਨੂੰ ਨਾ ਜਿੰਦਾ ਹੀ ਲਾ ਲੈ, ਬਸ ਚਾਬੀ ਸਿੜਦਾ ਕਿਤੇ। ਕਿੱਡੀ ਹੁਕਾਰੀ ਹੋਈ ਜਾ ਜਮਾਂ, ਅੱਜ ਤਾਂ ਬੋਲਣ ਜੋਗਾ ਨਹੀਂ ਛੱਡਿਆ ਮੈਨੂੰ। ਉਹ ਕੁਲਦੀਪ, ਉਹ ਕੁਲਦੀਪ ਕੀ ਹੈ? ਆ ਇੱਧਰ ਬੈਠ, ਤੈਨੂੰ ਗੱਲ ਦੱਸਦਾ। ਕੀ ਹੈ ਹੁਣ? ਕੀ ਹੋ ਗਿਆ? ਓਏ ਹੁਣ ਕੀ ਹੈ? ਹਾਂ ਜਿਹੜਾ ਨਹੀਂ ਹੋਣਾ ਸੀ ਨਾ ਉਹ ਹੋ ਗਿਆ। ਕੀ ਹੋ ਗਿਆ? ਉਹ ਸੱਥ 'ਚ ਬੈਠੇ ਨੇ ਨਾ, ਹਾਂ ਚਰਨੇ ਨੇ ਇਹੀ ਜਿਹੀ ਬੇਇੱਜ਼ਤੀ ਕੀਤੀ ਆ, ਗੱਲ ਛੱਡ ਦੇ ਮੇਰੀ। ਕੀ ਕਰਤੀ ਇਹੋ ਜਿਹੀ ਬੇਇੱਜ਼ਤੀ? ਉਹ ਕਿਤੇ ਘਰੇ ਆਇਆ ਸੀ ਕੱਲ੍ਹ? ਆਇਆ ਹੋਊਗਾ, ਮੈਂ ਤਾਂ ਪਈ ਹੋਊਂਗੀ, ਮੈਨੂੰ ਨਹੀਂ ਪਤਾ। ਉਹ ਕੱਲ੍ਹ ਕਿਤੇ ਜਦੋਂ ਘਰੇ ਆਇਆ ਹੈਗਾ, ਛੋਟੀ ਨੇ ਨਾ ਤਾਂ ਸਿਰ 'ਤੇ ਪੱਲਾ ਲਿਆ, ਨਾ ਕੋਈ ਉਹਨੂੰ ਚਾਹ ਪਾਣੀ ਪੁੱਛਿਆ। ਉਹਨੇ ਮੈਨੂੰ ਇੰਨੇ ਜਾਣਿਆਂ 'ਚ ਕਹਿਤਾ, ਕਹਿੰਦਾ ਅਹੀ ਜੀ ਨੂੰ ਹੈ ਨਾ, ਕਹਿੰਦਾ ਮੇਰੀ ਸ਼ਰਮ ਮੰਨੀ, ਨਾ ਸਿਰ 'ਤੇ ਪੱਲਾ ਲਿਆ, ਨਾ ਮੈਨੂੰ ਚਾਹ ਪਾਣੀ ਪੁੱਛੀ। ਕਹਿੰਦਾ ਨੇ ਮੇਰੀ ਗੱਲ ਸੁਣ, ਜਿਹਨੂੰ ਆਪ ਦਿਨ ਨਾ ਘਰੇ ਪੁੱਛਦਾ ਹੁੰਦਾ ਉਹੀ ਗੱਲਾਂ ਕਰਦਾ ਗਾ। ਓਏ ਉਹ ਤੂੰ ਸਿਆਣੀ ਬਣ ਜਾ, ਸਿਆਣੀ ਬਣ ਜਾ, ਇਹ ਘਰ ਹੈਗਾ, ਇਹ ਕਲੇਸ਼ ਖਾਨਾ ਨਹੀਂ, ਤੂੰ ਹਰ ਟਾਈਮ ਇਹ ਗੱਲ ਨੂੰ ਨਾ ਚੱਕਿਆ ਕਰਾਈ, ਨਾਲੇ ਉਹਨੂੰ ਬੁਲਾ ਛੋਟੀ ਨੂੰ ਕਿੱਥੇ। ਚੁੱਪ ਕਰ, ਮੇਰੀ ਗੱਲ ਸੁਣ, ਮੈਨੂੰ ਤਾਂ ਕੋਈ ਕਹਿੰਦਾ ਨਹੀਂ ਬੁਲਾ ਕੇ ਵੀ ਤੁਹਾਡੇ ਘਰੇ ਆਏ ਹੁੰਦਾ, ਆਏ ਹੁੰਦਾ ਨਹੀਂ। ਜੇ ਤੂੰ ਗੱਲਾਂ ਸੁਣਦਾ ਨਾ ਫੇਰ ਕਹਿੰਦੇ ਨੇਗੇ। ਓਏ ਇਹੋ ਜਿਹੇ ਨੂੰ ਚਾਹ ਤਾਂ ਪੁੱਛਦਾ ਨਹੀਂ ਘਰੇ, ਤੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਹੁੰਦੇ ਨੇ ਨੰਗ ਮਲੰਗ ਕਿਸੇ ਥਾਂ ਦੇ। ਤੂੰ ਨਾ ਹੌਲੀ ਬੋਲ ਪਾ, ਮੈਂ ਆ ਕੇ ਹੌਲੀ ਬੋਲਿਆ ਸਮਾਂ, ਮੈਂ ਨਰਮਾਈ ਨਾਲ ਘਰਾਂ 'ਚ ਸੁਣੇ ਨਾ। ਬਹੁਤ ਟਾਈਮ ਝੱਲ ਲੀਆਂ ਤੇਰੀਆਂ, ਹੁਣ ਨਹੀਂ ਮੈਂ ਝੱਲਦੀ। ਝੱਲ ਲੀਆਂ ਤੂੰ, ਤੂੰ ਉਹਨੂੰ ਬੁਲਾ ਛੋਟੀ ਨੂੰ ਕਿੱਥੇ? ਕੁੜੇ ਪ੍ਰੀਤ, ਪ੍ਰੀਤ ਤੇ ਮੇਰੀ ਬੇਇੱਜ਼ਤੀ ਕਰਾਈ ਹੈ, ਮੈਂ ਉੱਥੋਂ ਉੱਠਣ ਜੋਗਾ ਨਹੀਂ ਰਿਹਾ। ਉਰੇ ਆ ਪੁੱਤ, ਇਹਦੀ ਕਰਤੂਤਾਂ ਸੁਣ ਲੈ, ਆ ਜਾ ਬਹਿ ਜਾ। ਮੈਨੂੰ ਉੱਥੋਂ ਉੱਠਣਾ ਮੁਸ਼ਕਲ ਹੋ ਗਿਆ, ਹਜੇ ਤੂੰ ਉੱਚੀ ਬੋਲਦੀ ਆ, ਮੈਨੂੰ ਉੱਚੀ ਬੋਲ ਕੇ ਸੁਣਾਉਣੀ ਹੈ? ਲੈ ਸੁਣ ਲੈ, ਬਾਹਰਲੇ ਲੋਕ ਵੀ ਆਪਣੇ ਘਰ ਦੀ ਰੱਖਾ ਰੱਖਣ ਲੱਗ ਗਏ। ਕਰ ਜਾ ਪੁੱਤ, ਕੱਲ ਚਰਨਾ ਆਇਆ ਸੀ ਨਾ ਕੱਲ ਘਰੇ? ਕੌਣ ਚਰਨਾ? ਨਾ ਭਾਈ ਤੁਹਾਡੇ ਕੋਲੋਂ ਤਾਂ ਆ ਕੇ ਗਿਆ ਉਹ। ਕੌਣ ਚਰਨਾ? ਮੈਨੂੰ ਨਹੀਂ ਪਤਾ, ਮੇਰੇ ਕੋਲ ਨਹੀਂ ਆਇਆ ਕੋਈ, ਕਿਉਂ ਕੀ ਗੱਲ ਹੋ ਗਈ? ਉਹ ਭਾਈ ਕੱਲ ਆ ਕੇ ਗਿਆ ਸੀ, ਤੂੰ ਉਹਦਾ ਨਾਂ ਨਹੀਂ ਜਾਣਦੀ ਹੋਣੀ। ਉਹ ਜਦੋਂ ਆਇਆ ਨਾ ਤਾਂ ਤੇਰੇ ਸਿਰ 'ਤੇ ਚੁੰਨੀ ਸੀ, ਨਾ ਤੂੰ ਅਗਲੇ ਨੂੰ ਚਾਹ ਪਾਣੀ ਪੁੱਛਿਆ। ਨਾ ਕੀ ਸਿਰ 'ਤੇ ਚੁੰਨੀ ਨਹੀਂ ਸੀ, ਮੇਰੀ ਮਰਜ਼ੀ, ਮੈਂ ਸਿਰ 'ਤੇ ਚੁੰਨੀ ਲਵਾਂ ਚਾਹੇ ਨਾ ਲਵਾਂ, ਜੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਨਾ ਘਰੇ ਆਉਣ। ਨਾਲੇ ਚਾਹ ਪਾਣੀ ਮੈਂ ਕਿਹੜਾ ਨੌਕਰਾਂ ਨਹੀਂ ਰੱਖੀਆਂ ਵੀ ਜਿਹੜਾ ਘਰੇ ਆਵੇ ਹਰੇਕ ਨੂੰ ਚਾਹ ਪਾਣੀ ਪੁੱਛਾਂ, ਜਿਹੜੀ ਹੈਗੀ ਉਹ ਪੁੱਛ ਲੈਂਦੀ। ਹਾਂ ਪੁੱਤ, ਪਤੀਲਾ ਭਰ ਕੇ ਬਣਾ ਲਿਆ ਕਰ, ਜਿਹੜਾ ਆਈ ਜਾਊ ਪੀ ਜਾਊਗਾ। ਓਏ ਉਹ ਜੇ ਤੇਰਾ ਮੂੰਹ ਚੱਜਦਾ ਨਹੀਂ, ਗੱਲ ਤਾਂ ਚੱਜਦੀ ਕਰ ਲਿਆ ਕਰ। ਉਹ ਦੇਖ ਪੁੱਤ, ਇਹ ਤਾਂ ਬਕਵਾਸ ਮਾਰੀ ਜਾਂਦੇ ਆ। ਦੇਖ ਤੂੰ ਚਾਹੇ ਮੈਨੂੰ ਕੱਲ੍ਹ ਕੁਛ ਵੀ ਬੋਲ ਪਈ, ਮੈਂ ਫਿਰ ਵੀ ਤੈਨੂੰ ਧੀ ਬਣਾ ਕੇ ਕਹਿਣਾ। ਪੁੱਤ ਦੇਖ, ਮੈਨੂੰ ਅੰਦਰ ਤੁਸੀਂ ਕੁਛ ਵੀ ਬੋਲੀ ਜਾਂਦੇ ਹੋ ਘਰ 'ਤੇ, ਪਰ ਜਦੋਂ ਘਰ ਦੀ ਗੱਲ ਸੱਥ 'ਚ ਵੱਗ ਜੇ ਨਾ, ਤਾਂ ਸੋਚ ਲਓ ਵੀ ਘਰ ਦੀ ਇੱਜ਼ਤ ਕਿੱਥੇ ਜਾਂਦੀ ਹੈਗੀ। ਕੱਲ੍ਹ ਨੂੰ ਜੇ ਵਰਿੰਦਰ ਆ ਗਿਆ, ਪੰਜਾਬ ਆਇਆ, ਉਹ ਇੱਥੇ ਪਿੰਡ 'ਚ ਜਾਊਗਾ, ਜੇ ਉਹਨੂੰ ਚਾਰ ਬੁੜੇ ਉੱਥੋਂ ਗੱਲਾਂ ਕਰਨ ਲੱਗ ਗਏ ਮੇਰੇ ਨਾਲ ਦੇ, ਫਿਰ ਕੀ ਰਹੂ ਉਹਦੀ ਇੱਜ਼ਤ? ਤੁਸੀਂ ਮੇਰੀ ਕਿੰਨੀ ਕੁ ਰੱਖਦੀ ਗੱਲ? ਮੇਰਾ ਭਰਾ ਕਿੰਨੇ ਸਾਲਾਂ ਬਾਅਦ ਆਇਆ ਸੀ, ਕੀ ਇੱਜ਼ਤ ਕਰੀ ਉਹਦੀ? ਭੁੱਲੂੰਗੀ ਥੋੜ੍ਹੀ ਉਹ ਸਾਰੀ ਉਮਰ ਮੈਂ। ਨਾਲੇ ਗੱਲ ਸੁਣ, ਵਰਿੰਦਰ ਜਵਾਬ ਦੇਊ ਅਗਲੇ ਨੂੰ ਮੋੜ ਕੇ, ਆ ਉਰਲੀਆਂ ਪਰਲੀਆਂ ਦੀਆਂ ਨਹੀਂ ਗੱਲਾਂ ਸੁਣਦਾ, ਹੁਣ ਉੱਠ ਕੇ ਉਹ ਵੀ ਗੱਲਾਂ ਕਰ ਲੈਣੇ। ਕਿਸੇ ਦਾ ਠੇਕਾ ਨਹੀਂ ਲਿਆ, ਕੋਈ ਘਰੇ ਆਉਂਦਾ ਕੋਈ ਜਾਂਦਾ, ਨਾ ਮੈਂ ਕਿਸੇ ਨੂੰ ਜਾਣਾ। ਤੇ ਰਹੀ ਗੱਲ ਚਾਹ ਪਾਣੀ ਦੀ, ਉਹ ਤਾਂ ਮੈਂ ਆਪਦਾ ਆਪਦਾ ਨਹੀਂ ਬਣਾ ਕੇ ਪੀਂਦੀ, ਬਾਹਰਲੇ ਨੂੰ ਕਿੱਥੋਂ ਬਣਾ ਕੇ ਦੇ ਦੂੰਗੀ? ਉਹ ਭਾਈ ਮੈਂ ਤੈਨੂੰ ਐਂ ਨਹੀਂ ਕਹਿੰਦਾ ਵੀ ਤੂੰ ਬਾਹਰਲੇ ਨੂੰ ਬਣਾ ਕੇ ਪਿਆ, ਅਗਲੇ ਦੀ ਇੱਜ਼ਤ ਤਾਂ ਰੱਖਦੇ ਆਏ ਨਹੀਂ, ਅਗਲਾ ਚਾਰ ਗੱਲਾਂ ਜਾ ਕੇ ਉੱਥੇ ਸੱਤ ਜਣੇ ਕਰੂ। ਮੇਰੇ ਕਿਹੜਾ ਮਾਸੀ ਦਾ ਪੁੱਤ ਲੱਗਦਾ ਉਹ ਆਪਦਾ, ਜੇ ਬਾਹਰ ਸ਼ੌਕ ਹੈ ਨਾ ਇੱਜ਼ਤ ਕਰਾਉਣ ਦੀ ਜਾਂ ਕਰਨ ਦੀ,
ਆਪਦਾ ਬੈਠਿਆ ਕੇ ਚਾਹ ਬਣਾ ਕੇ ਪਿਆ ਦਿਆ ਕਰੋ। ਆ ਮੈਨੂੰ ਵਿੱਚ ਲਿਆਉਣ ਦੀ ਕੋਈ ਲੋੜ ਨਹੀਂ। ਇਹੀ ਤਾਂ ਭਾਲਦਾ ਹੈ। ਰਹੀ ਗੱਲ ਚੁੰਨੀ ਚਾਨੀ ਵਾਲੀ ਸਿਰ ਤੇ, ਇਹ ਤੁਹਾਡੀ ਸੋਚ ਹੋਊਗੀ, ਸਾਡੀ ਇੰਨੀ ਗਿਰੀ ਹੋਈ ਸੋਚ ਨਹੀਂ ਵੀ ਅਸੀਂ ਚੁੰਨੀਆਂ ਵੱਲ ਦੇਖਦੇ ਹਾਂ ਦੂਜਿਆਂ ਦੀਆਂ। ਉਹ ਭਾਈ ਇਹ ਪਿੰਡਾਂ 'ਚ ਤਾਂ ਫਿਰ ਇਹੀ ਸੱਭਿਆਚਾਰ ਹੁੰਦਾ ਹੈਗਾ, ਪਿੰਡਾਂ 'ਚ ਤਾਂ ਬੁੜੀਆਂ ਹੋਈਆਂ ਵੀ ਚੁੰਨੀਆਂ ਸਿਰ ਤੇ ਰੱਖਦੀਆਂ। ਉਹਨੂੰ ਮੋੜ ਕੇ ਜਵਾਬ ਦਿੰਦਾ ਵੀ ਉਹ ਜਵਾਨਾ ਖਤਮ ਹੋ ਗਿਆ, ਹੁਣ ਨਵਾਂ ਜਵਾਨਾ ਚੱਲ ਗਿਆ, ਹੁਣ ਨਹੀਂ ਕੋਈ ਚੁੰਨੀ ਲੈਂਦਾ। ਓਏ ਉਹ ਮੈਂ ਤੈਨੂੰ ਦੁਬਾਰੇ ਫੇਰ ਕਹਿਣਾ, ਕੋਈ ਚੱਜ ਦੀ ਗੱਲ ਕਰ ਲਿਆ ਕਰ, ਤੂੰ ਕੋਈ ਜਵਾਕਾਂ ਨੂੰ ਚੰਗੀ ਸਿੱਖਿਆ ਦੇ ਦਿਆ ਕਰ। ਹਰ ਟਾਈਮ ਤੇਰੀ ਗਰਾਰੀ ਉੱਥੇ ਹੈ ਵੀ ਚੰਗੀ ਸਿੱਖਿਆ ਦੇਣੀ ਨਹੀਂ। ਇਹਨਾਂ ਚੰਗਾ ਨਾ ਤੁਸੀਂ ਕੋਈ ਜੌਬ ਜੂਬ ਕਰ ਲਓ, ਉੱਥੇ ਵਧੀਆ 24 ਘੰਟੇ ਰਹੋਗੇ, ਦਿਮਾਗ ਸੈੱਟ ਰਹੂਗਾ। ਆ ਬਾਹਰ ਸੱਤ ਵਾਲੇ ਕੋਲ ਜਾਂਦੇ ਉਹੀ ਜੀ ਮਤ ਸਿੱਖ ਕੇ ਆਏ ਨੇ, ਉਹੀ ਜੇ ਘਰੇ ਲੜੀ ਜਾਂਦੇ ਹੋ। ਭਾਈ ਮੈਂ ਕਿਉਂ ਜੌਬ ਕਰ ਲਾਂ, ਮੈਂ ਖੇਤੀ ਕਰਦਾ ਹੈ, ਕਿਹੜਾ ਬੰਦਾ ਜਿਹੜਾ ਆਪਦਾ ਖੇਤ ਦਾ ਕੰਮ ਕਰਕੇ ਆ ਕੇ ਸੱਤ 'ਚ ਨਹੀਂ ਬਹਿੰਦਾ। ਇਹ ਤੁਸੀਂ ਮੈਨੂੰ ਕੌਣ ਹੋ ਕਹਿਣ ਵਾਲੇ? ਭਾਈ ਇਹ ਤਾਂ ਤੁਹਾਡਾ ਹੀ ਵੇਲਣਾ ਦਾ ਕੰਮ ਹੈਗਾ, ਹੋਰ ਤਾਂ ਮੈਂ ਕੋਈ ਦੇਖਣ ਸ਼ਹਿਰ ਜ਼ਰੂਰੀ ਹੈ ਸੱਤ 'ਚ ਬੈਠਣਾ। ਓਏ ਤੂੰ ਨਾ ਫਿਰ ਵਿੱਚ ਬੋਲਦੇ ਚਬਰ ਚਬਰ। ਦੇਖ ਕੁੜੀ ਇੱਕ ਗੱਲ ਸੁਣ ਲੈ ਮੇਰੀ, ਆਏ ਗਏ ਤੋਂ ਜੇ ਤੇਰੇ ਹੱਥ 'ਚ ਮੋਬਾਈਲ ਹੋਇਆ ਜਾਂ ਤੂੰ ਆਏ ਗਏ ਦੀ ਜਿਤਨਾ ਕਰੀ ਮੈਥੋਂ ਬੁਰਾ ਕੋਈ ਨਹੀਂ, ਹੁਣ ਤਿੱਕਰ ਮੈਂ ਨਰਮਾਈ ਨਾਲ ਸੀ। ਹੋਊਗਾ ਹੱਥ 'ਚ ਹੀ ਹੋਊਗਾ ਮੇਰੇ। ਲਾ 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 ਮੈਂ ਕਿਤੇ ਫੋਨ ਆਪਦਾ ਰੱਖਣ ਨਹੀਂ ਲੱਗੀ, ਤੇ ਦੂਜੀ ਗੱਲ ਰੋਬ ਜੇ ਨੇ ਕਿਸੇ ਹੋਰ ਤੇ ਮਾਰੇ ਮੈਂ ਨਹੀਂ ਸਹਿੰਦੀ ਹੈਗੀ। ਭਾਈ ਫਿਰ ਮੈਂ ਜਿਹੜੇ ਮੇਰੇ ਘਰ ਦੇ ਅਸੂਲ ਨੇ ਮੈਂ ਉਹੀ ਚਲਾਉਂਗਾ, ਮੈਂ ਨਹੀਂ ਚੱਲਣ ਦਿੰਦਾ। ਘਰ ਤੁਹਾਡਾ ਇਕੱਲੇ ਦਾ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਠੀਕ ਆ, ਘਰ ਇਕੱਲੇ ਦਾ ਨਹੀਂ ਨਾ। ਮੈਂ ਇਕੱਲੇ ਦੀ ਬਹੁਤ ਚੁੱਪੋ ਬੈਠੀ ਹਾਂ, ਮੈਨੂੰ ਬੋਲਣ 'ਤੇ ਮਜਬੂਰ ਨਾ ਕਰੋ। ਚੁੱਪ ਕਰ, ਇੱਜ਼ਤ ਕਰਵਾ ਲਾ ਤੂੰ, ਨਾ ਬੇਇੱਜ਼ਤੀ ਕਰਵਾ। ਤੂੰ ਮੈਨੂੰ ਲੱਗਦਾ ਕਿਸੇ ਦਿਨ ਮੇਰੀ ਵੀ ਕੁੱਤ ਪੱਟਣ ਲਾਵੇਂਗਾ। ਮੈਂ ਕਹਿੰਦਾ ਬਹੁਤ ਵਧੀਆ ਕੰਮ ਹੋ ਜੇ ਜੇ ਤੇਰੀ ਕੁੱਤ ਪੱਟੀ ਜਾਵੇ, ਸਾਰਿਆਂ ਨੂੰ ਅਕਲ ਆ ਜੂ। ਪੱਟਿਆ ਕਰੂਗੀ ਉਹ ਜਿਹੜੀ ਚੰਬਲਾਈ ਹੈ ਨਾ, ਸੱਤੇ ਚੜਾਈ ਉਹ ਪੱਟੀ। ਉਹ ਨਹੀਂ ਪੱਟਦੀ ਕੁੱਤ, ਇਹ ਮੈਂ ਆਉਣ ਵਾਲੇ ਟਾਈਮ 'ਚ ਦੱਸੂਗਾ ਵੀ ਤੇਰੀ ਗੁੱਤ ਪੱਟਦਾ ਕੌਣ ਆ, ਜਦੋਂ ਦੇ ਕੇ ਨਾ ਗੇੜਾ ਉੱਥੇ ਮਾਰੀ ਕੌੜੇ ਨਾਲ ਚੱਕ ਫੇਰ ਲੱਗੂ, ਤੈਨੂੰ ਪਤਾ। ਉਹੀ ਪੱਟੂਗੀ ਜਿਹਦੀ ਮੇਰ ਕਰਦਾਂਗਾ। ਸਿਆਣਪ ਸੋਚ ਲੈ, ਪੜ੍ਹੀ ਲਿਖੀ ਹੈ ਇਹ, ਇੱਕ ਤੂੰ ਕਹਿੰਦਾ ਨਾ ਬੁਲਾਇਆ ਨਹੀਂ ਕਿਸੇ ਨੂੰ, ਸਸਰੀ ਘਰ ਤਾਂ ਬੁਲਾਉਂਦੀ ਆ ਇਹ। ਇੱਕ ਗੱਲ ਤੂੰ ਮੇਰੀ, ਫਾਲਤੂ ਗੱਲਾਂ ਮਾਰੀ ਜਾਵੇ ਜੇ ਲੋਕਾਂ, ਗੱਲ ਸੁਣ ਮੇਰੀ, ਜੇ ਲੋਕਾਂ ਨਾਲ ਗੱਲਾਂ ਮਾਰਨ ਲੱਗੇ ਫਿਰ ਕਹਿੰਦੇ ਫਲਾਣੇ ਦੀ ਨੂੰ ਤਾਂ ਚਬਰ ਚਬਰ ਬੋਲਦੇ ਆ, ਗੱਲਾਂ ਮਾਰਦੀ ਆ, ਆਏ ਗਏ ਨਾ। ਤੂੰ ਪਹਿਲਾਂ ਨਾ ਬਕਵਾਸ ਕਰ ਬੰਦ ਤੇ ਮੇਰੀ ਇੱਕ ਗੱਲ ਸੁਣ, ਆਪਾਂ ਪੜਾਉਣੇ ਜਵਾਕ ਨੂੰ ਕਾਹਦੇ ਵਾਸਤੇ ਆ ਵੀ ਉਹਨੂੰ ਸਿੱਖਿਆ ਜੇ, ਉਹਨੂੰ ਇਸ ਵਾਸਤੇ ਪੜਾਉਣੇ ਆ ਵੀ ਵੱਡਿਆਂ ਦੀ ਬੇਇੱਜ਼ਤੀ ਕਰੇ ਪੜ ਕੇ ਉਹ। ਨਾ ਬੇਇੱਜ਼ਤੀ ਨੂੰ ਮੈਂ ਕਿਉਂ ਦੀ ਗਾਲਾਂ ਕੱਢਤੀਆਂ ਸੀ ਨਾ, ਜੇ ਗਾਲਾਂ ਕੱਢ ਕੇ ਤੋਰੇ ਕਰੋ। ਉਹਨੂੰ ਤਾਂ ਗਾਲਾਂ ਨਹੀਂ ਕੱਢੀਆਂ, ਮੇਰੇ ਨਾਲ ਗੱਲ ਕਰ ਦਿੱਤੀ ਹੈ। ਗੱਲ ਸੁਣ ਮੇਰੀ, ਕੱਟ ਕਰ ਨੂੰ ਜਿਹੇ ਜਿਹੇ ਬੁਲਾਉਂਗੇ ਨਾ ਉਹੇ ਜਿਹੇ ਬੋਲੋਗੇ, ਉਹੇ ਜਿਹੇ ਬੁਲਾ ਲੂੰਗੇ। ਆਪ ਕਿੰਨੀ ਕੀ ਇੱਜ਼ਤ ਕੀਤੀ, ਆਪ ਮਾੜੀ ਮੋਟੀ ਲਿਹਾਜ਼ ਕੀਤੀ ਵੀ ਮੈਂ ਨੂੰਹਾਂ ਤੇਰੀ, ਜੇ ਮੇਰੀ ਥਾਂ ਤੇ ਤੇਰੀ ਧੀ ਹੁੰਦੀ ਫਿਰ ਵੀ ਬੋਲਦਾ। ਬਈ ਜੇ ਮੇਰੀ ਧੀ ਐਂ ਬੋਲਦੀ ਨਾ ਮੈਂ ਤਾਂ ਗਲ ਦੱਬ ਦੂ ਨਾ ਉਹਦੇ ਨਾਲ ਪੱਟ ਕੇ। ਆ ਦੱਬ ਦੂ, ਕਹਿਣਾ ਸੌਖਾ ਹੁੰਦਾ ਇਹ ਤਾਂ ਐਂ ਕਹਿੰਦਾ, ਐਂ ਕਹਿੰਦਾ ਪੁੱਤ ਵੀ ਜਦੋਂ ਕੋਈ ਆ ਜੇ ਉਹਦੇ ਬਰੋਬਰ ਬੈਠ ਕੇ ਗੱਲਾਂ ਕਰੇ, ਇਹੋ ਜਿਹਾ ਭਾਲਦਾ। ਓਏ ਬਕਵਾਸ ਉਹ ਮਾਰ ਦਿਆ ਮੜਾਕੇ, ਬਕਵਾਸ ਬੰਦ ਕਰ, ਬਕਵਾਸ ਬੰਦ ਕਰ। ਮੈਂ ਉਹਨੂੰ ਕੀ ਕਹੀ ਜਨਾਬ, ਕੀ ਕੁੱਤੀ ਭੌਂਕਦੀ ਹੈ ਨਾਲ, ਕੀ ਮੱਥਾ ਮਾਰਦਾ। ਚੁੱਪ ਕਰਕੇ ਸਮਝਾ ਲੈ, ਜੇ ਤਾਂ ਸਮਝਦਾ ਤਾਂ ਠੀਕ ਹੈ, ਨਹੀਂ ਇਹੀ ਜੀ ਕਰੂੰਗੀ ਨਾ ਜ਼ਿੰਦਗੀ ਭਰ। ਯਾਦ ਰੱਖੂ ਸੁੱਤੀ ਪਈ ਸੀਗੀ ਇਹਨਾਂ ਦੀ, ਇਹੀ ਕੰਜਰ ਕਰੇ ਸ਼ਕਲ। ਚੱਲ ਚੱਲ ਕੋਈ ਨਾ ਕੋਈ ਨਾ, ਬਾਤ ਬੰਦਾ ਰੈਸਟ ਵੀ ਨਾ ਕਰੇ। ਉਹ ਭਾਈ ਜੇ ਸੱਚ ਨਹੀਂ ਸੁਣਿਆ ਜਾਂਦਾ ਨਾ ਤਾਂ ਨਾ ਸੁਣੋ, ਇਹ ਚੰਗੀਆਂ ਗੱਲਾਂ ਕਹਿ ਰਿਹਾ ਮੈਂ। ਚੰਗਾ ਰਿਹਾ ਤੇਰੀ ਇੰਨੀ ਇੱਜ਼ਤ ਕਰਦੀ ਸੀ, ਹੁਣ ਬੇਇੱਜ਼ਤੀ ਕਰਾਉਣ ਤੇ ਲੱਗਿਆ ਹੋਇਆ, ਸਮਝ ਜਾ ਰੱਬ ਦੇ ਬੰਦਿਆ, ਸਮਝ ਜਾ। ਮੈਂ ਸਮਝੂਗਾ ਤਾਂ ਸਹੀ, ਪਰ ਮੈਂ ਤੇਰੀ ਨਾ ਹਗੁਤਨੀ ਚ ਖਿਲਾਰ ਕੇ ਤੈਨੂੰ ਜਦੋਂ ਤੇਰੇ ਦਿਮਾਗ 'ਚ ਅਕਲ ਬਾੜਤੀ ਨਾ ਮੈਂ। ਆ ਜਿਹੜੇ ਲੋਕਾਂ ਦੀਆਂ ਗੱਲਾਂ ਸੁਣਦਾ ਨਾ, ਐਂ ਕਹਿ ਦੂ ਕਿ ਵੀ ਉਹਨਾਂ ਦੇ ਘਰੇ ਹੀ ਵਗ ਜਾ, ਫਿਰ ਚੰਗਾ ਰਹੇਗਾ। ਕਿਵੇਂ ਕਹਿ ਦੂ, ਕਿਵੇਂ ਕਹਿ ਦੂ? ਫਿਰ ਉਹ ਤਾਂ ਮੇਰੇ ਜਵਾਬ ਕਿਉਂ ਦਿੱਤਾ ਵੀ ਮੈਂ ਭਾਈ ਤੁਹਾਡੇ ਘਰੇ ਕਿਵੇਂ ਲੱਗ ਜਾਣਾ? ਮੈਂ ਸਹੀ ਗੱਲ ਦਾ ਜਵਾਬ ਕਿਵੇਂ ਦੇ ਦਿਆਂ? ਕਦੇ ਉਹਨਾਂ ਦੇ ਘਰਾਂ ਦੀਆਂ ਗੱਲਾਂ ਆਪਣੇ ਘਰ 'ਚ ਸੁਣੀਆਂ ਕਦੇ? ਨਹੀਂ ਨਹੀਂ, ਤੂੰ ਉਹਨੂੰ ਮੋੜ ਕੇ ਜਵਾਬ ਦਿੰਦਾ ਵੀ ਭਾਈ ਮੈਂ ਤੁਹਾਡੇ ਘਰੇ ਜਾ ਕੇ ਬੁੜੀਆਂ ਤੋਂ ਪੁੱਛਦਾ ਕੁਛ? ਕੋਈ ਨਾ ਮੈਂ ਚਾਹ ਮੰਗਦਾ। ਕੋਈ ਨਾ ਕੋਈ ਨਾ ਕੋਈ ਨਾ, ਤੂੰ ਹੁਣ ਐਂ ਨਹੀਂ ਲੋਟ ਆਉਂਦੀ, ਹੁਣ ਤੈਨੂੰ ਮੈਂ ਹੀ ਲੋਟ ਕਰੂੰ, ਮੈਂ ਆਪਣੇ ਤਰੀਕੇ ਨਾਲ ਹੀ ਲੋਟ ਕਰੂੰ। ਤੂੰ ਲੋਟ ਕਰੇਗਾ, ਤੈਨੂੰ ਮੈਂ ਬਣਾਉਂ ਤੈਨੂੰ ਬੰਦਾ? ਕੋਈ ਗੱਲ ਨਹੀਂ, ਮੈਂ ਪੁੱਛੂਗੀ ਤੈਨੂੰ ਜਦੋਂ ਤੇਰੇ ਪੈਣ ਲੱਗ ਗਈਆਂ ਇਸੇ ਛੋਟੀ ਕੋਲੋਂ। ਹਾਂ
ਕਿੱਥੇ ਛਾਪਿਆਂ 'ਚ ਜਾਨ ਪੈ ਗਈ। ਇਹ ਬੰਦਾ ਨਹੀਂ ਸੁਧਰਦਾ, ਸਾਰੀ ਉਮਰ ਟੱਪ ਗਈ। ਡੈਡੀ ਮੈਨੂੰ ਕਹਿ ਦਿੰਦੇ ਮੈਂ ਪਾਣੀ ਲਿਆਉਂਦੀ, ਤੁਸੀਂ ਆਪੇ ਪੀ ਜਾਂਦੇ ਹੋ। ਉਹ ਭਾਈ ਮੈਨੂੰ ਤਾਂ 3 ਦਿਨ ਹੋ ਗਏ ਤੇਰੇ ਕਿੰਨੇ ਦੇਖਦੇ ਨੇ, 2 ਦਿਨ ਤੂੰ ਕਿਹੜਾ ਮੈਨੂੰ ਪੁੱਛਿਆ ਵੀ ਡੈਡੀ ਪਾਣੀ ਜਾਂ ਰੋਟੀ ਨੂੰ ਵੀ ਨਹੀਂ ਪੁੱਛਿਆ ਤੂੰ ਮੈਨੂੰ? ਉਹ ਡੈਡੀ ਮੈਂ ਵੀ ਕੀ ਕਰਾਂ, ਮੈਂ ਵੀ ਮਜਬੂਰ ਹੋ ਰਹੀ ਹਾਂ। ਬੇਬੇ ਮੈਨੂੰ ਕਹਿੰਦੀ ਤੇਰੇ ਡੈਡੀ ਨੂੰ ਚਾਹ ਪਾਣੀ ਨਾ ਫੜਾਇਆ ਕਰ, ਹੁਣ ਮੈਂ ਵੀ ਕੀ ਕਰਾਂ ਦੱਸ। ਇੰਨਾ ਕੁ ਤਾਂ ਮੇਰੇ ਵੀ ਦਿਮਾਗ 'ਚ ਸੀਗਾ ਵੀ ਇਹ ਕੁੜੀ ਤਾਂ ਇਹੋ ਜਿਹੀ ਹੈ ਨਹੀਂ, ਇਹਨੂੰ ਕੋਈ ਮਜਬੂਰ ਕੀਤਾ ਹੋਊਗਾ। ਤੇ ਹੁਣ ਆਹ ਦੇਖ ਲੈ, ਮੈਂ ਨਾ ਹੁਣ ਸੱਥ 'ਚ ਗਿਆ ਸੀ। ਅੱਛਾ ਡੈਡੀ, ਉਹ ਕੱਲ੍ਹ ਕਿਤੇ ਆਇਆ ਹੋਣਾ ਚਰਨਾ, ਹੈਂ ਇਹ ਕਿਤੇ ਜ਼ਿਆਦਾ ਮੋਬਾਈਲ ਚਲਾਈ ਜਾਂਦੇ, ਨਾ ਇਹਦਾ ਸਿਰ ਢੱਕਿਆ ਸੀ, ਕਹਿੰਦਾ ਨਾ ਮੈਨੂੰ ਚਾਹ ਪਾਣੀ ਪੁੱਛਿਆ, ਮੇਰੀ ਇੰਨੇ ਜਾਣੇ 'ਤੇ ਬੇਇੱਜ਼ਤੀ ਹੋਈ ਆ ਬਸ ਉੱਥੇ। ਅੱਛਾ ਚੱਲ ਡੈਡੀ, ਤੁਸੀਂ ਕਾਹਨੂੰ ਕਹਿੰਦੇ ਹੁੰਦੇ ਹੋ ਐਵੇਂ ਲੜਦੇ ਹੁੰਦੇ ਹੋ, ਵਾਧੂ ਘਰ 'ਚ ਕਲੇਸ਼ ਜ਼ਿਆਦਾ ਪੈਂਦਾ ਫਿਰ। ਉਹ ਭਾਈ ਜਦੋਂ ਘਰ ਦੀਆਂ ਗੱਲਾਂ ਬਾਹਰ ਜਾਣ ਲੱਗ ਜਾਣ ਫਿਰ ਮੈਂ ਬਰਦਾਸ਼ਤ ਕਿਵੇਂ ਕਰਾਂ? ਡੈਡੀ ਕੋਈ ਨਾ, ਹੁਣ ਇਹ 'ਚ ਕਰ ਵੀ ਕੀ ਸਕਦੇ ਆਪਾਂ, ਕੋਈ ਨਾ ਤੁਸੀਂ ਸਾਬਰ ਰੱਖੋ, ਇਹਨਾਂ ਨੂੰ ਆਪੇ ਅੱਕ ਲਾ ਜੂਗੀ। ਭਾਈ ਗੱਲ ਸੁਣੋ, ਮੈਨੂੰ ਨਾ ਇੰਨਾ ਤੁਰਨਾ ਔਖਾ ਹੋ ਗਿਆ ਉੱਥੋਂ, ਉਹ ਜਿਹੜਾ ਨਾ ਐਨਕਾਂ ਨਹੀਂ ਵਾਲਾ, ਉਹ ਐਂ ਮੇਰੇ ਕੰਨੀਆਂ ਮੁਸਕਰੀਆਂ ਹੱਸੇ ਅਤੇ ਮੇਰਾ ਸਿਰ ਧਰਤੀ ਕੰਨੀ ਨੀਵਾਂ ਕਰਾਤਾ ਜਮਾਂ। ਡੈਡੀ ਚੱਲ ਕੋਈ ਨਾ, ਤੁਸੀਂ ਗੁੱਸਾ ਨਾ ਕਰੋ, ਤੁਸੀਂ ਅੰਦਰ ਬੈਠੋ, ਮੈਂ ਰੋਟੀ ਲੈ ਕੇ ਆਉਂਦੀ ਹਾਂ ਤੁਹਾਡੇ ਲਈ। ਚੱਲ ਪੁੱਤ ਗੁੱਸਾ ਨਾ ਕਰਿਆ ਕਰੋ, ਚਲੋ ਡੈਡੀ ਕੋਈ ਨਾ। ਹੋਰ ਭਾਈ ਹੁਣ ਕੀ ਕਰਾਂ ਮੈਂ? ਲੈ ਆ ਪਈ ਹੈ ਮਾਂ ਤਾਂ ਮਾਂ। ਹਾਂ ਨਹੀਂ ਮੈਂ ਮਰ ਜਾਂ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂ ਠੀਕ ਆ, ਵਧੀਆ। ਤੂੰ ਸੁਣਾ ਕਿਵੇਂ ਹੈ? ਕਿਵੇਂ ਦੁਪਹਿਰੇ ਆ ਗਈ ਪੁੱਤ? ਬਸ ਆਈ ਆ ਗਈ ਦੁਪਹਿਰੇ, ਫਿਰ ਮੈਨੂੰ ਕਿਹੜਾ ਕੋਈ ਲੈਣ ਜਾਂਦਾ, ਆਪ ਹੀ ਆਉਣਾ ਪਿਆ। ਹਾਂ ਇਹ ਤਾਂ ਗੱਲ ਠੀਕ ਆ ਪੁੱਤ, ਹਾਲੇ ਘਰੇ ਕੋਈ ਦਿਖਦਾ ਹੀ ਨਹੀਂ ਹੈਗਾ, ਮੁੰਡੇ ਹੈ ਨਹੀਂ ਇੱਥੇ, ਤੇਰੇ ਪਿਓ ਦਾ ਪਤਾ ਹੀ ਆ ਤੈਨੂੰ ਕਿੰਨਾ ਕੁ ਲੈਣ ਜਾਂਦਾ ਗਾ। ਫਿਰ ਮੈਂ ਫੋਨ ਵੀ ਕਿਹਨੂੰ ਕਰਦੀ ਹੁਣ ਜਦੋਂ ਬਾਈ ਹੋ ਰਹੀ ਨੀ ਹੈਗੇ। ਹਾਂ ਪੁੱਤ, ਤੁਰ ਕੀ ਆਉਣਾ ਪਿਆ ਇੰਨੀ ਦੂਰੋਂ, ਰਾਹ 'ਚ ਇੰਨੀ ਜਣੀਆਂ ਨੇ ਟੋਕਿਆ, ਤੇਰੇ ਘਰ ਵਾਲਾ ਜਾਂਦਾ, ਤੇਰੇ ਘਰ ਵਾਲਾ ਜਾਂਦਾ। ਮੈਂ ਹੁਣ ਤੁਹਾਨੂੰ ਪਤਾ ਹੀ ਅੱਜ ਸਾਡੇ ਵੀ ਹਾੜੀ ਵੜਦੇ ਨੇ। ਅੱਛਾ ਤਾਂ ਹੀ ਨਹੀਂ ਆਇਆ? ਹੋਰ ਉਹ ਕਹਿੰਦੇ ਚੱਲ ਮੈਨੇ ਜਾਇਆ ਰੋਟੀ ਰੂਟੀ ਪਕਾ ਕੇ ਸਾਰਿਆਂ ਦੀ, 3-4 ਜਣੇ ਨੇ ਫੇਰ ਆਈਆਂ। ਲੈ ਪੁੱਤ 10 ਮਿੰਟ ਕੱਢ ਲੈਂਦਾ ਪ੍ਰਾਹੁਣਾ, ਤੈਨੂੰ ਛੱਡ ਕੇ ਵਗ ਜਾਂਦਾ ਭਵਾਂ ਦੀ। ਨਹੀਂ ਫਿਰ ਤੈਨੂੰ ਪਤਾ ਹੀ ਆ ਵਾ, ਹੁਣ ਕਪੈਨ ਪੁੱਛ ਰੱਖੀ ਹੈ ਗੱਲ ਦੀ, ਫਿਰ ਅਗਲਾ ਕਹਿ ਦਿੰਦਾ ਹੁਣ ਤੁਸੀਂ ਨੇ ਕਦੋਂ ਦਾ ਲਾਰਾ ਲਾ ਰੱਖਿਆ, ਹੁਣ ਛੇਤੀ ਤੁਸੀਂ ਇੱਧਰ ਉੱਧਰ ਵੀ ਹੋ ਗਏ। ਚੱਲ ਕੋਈ ਨਹੀਂ, ਗੱਲ ਪੇਕੀ ਆਉਣਾ ਗਾ ਪੁੱਤ, ਕਿਹੜਾ ਕਿਤੇ ਹੋਰ ਜਾਣਾ ਸੀਗਾ, ਮੈਂ ਪਾਣੀ ਮੰਗਾਉਣੀ ਆ। ਕਿੱਧਰ ਭੱਜ ਗਈਆਂ ਭਾਬੀ, ਉਹ ਨਹੀਂ ਦਿਖਦੀ? ਇੱਥੇ ਨਾ ਕੁੜੇ ਜੱਸੀ, ਕੁੜੇ ਜੱਸੀ ਪਾਣੀ ਲੈ ਕੇ ਆਣਾ, ਪ੍ਰੀਤ ਆਈ ਹੈ। ਬਾਹਰ ਹੀ ਹੈ ਭਾਬੀ? ਹਾਂ ਰਸੋਈ ਚ ਹੈਗੀ। ਸਿਖਰ ਦੁਪਹਿਰੇ ਰਸੋਈ ਚ ਕੀ ਕਰਦੀ ਆ? ਉਹ ਜਲਕ ਜਲਕ ਕਰਦੀ ਰਹਿੰਦੀ ਆ, ਲੈ ਕਿੰਨੀਆਂ ਕੁ ਰੋਟੀਆਂ ਨੰਗੀਆਂ, ਉੱਥੇ ਹੱਥ ਜਾਇਆ ਮਰੀ ਜਾਊਗੀ, ਬਾਲੀ ਜਿੱਲੀ ਆ ਸੱਚੀ ਇਹ ਜੀ। ਦੂਜੀ ਦੂਜੀ ਉਹ ਪਈ ਆ, ਲੈ ਦੂਜੀ ਆਰਾਮ ਨਾਲ ਪਈ ਆ। ਜੱਸੀ ਭਾਬੀ ਵਿਚਾਰੀ ਰਸੋਈ ਚ ਹੈ ਸਿਖਰ ਦੁਪਹਿਰੇ, ਇਹ ਜਲਕ ਜਲਕ ਕਹਿ ਜਾਂਦੇ, ਉਹ ਮਿੰਟਾਂ 'ਚ ਕੰਮ ਨਿਬੇੜ ਕੇ ਪੈ ਜਾਂਦੀ ਹੈਗੀ। ਤੈਨੂੰ ਪਤਾ ਨਹੀਂ ਪੁੱਤ, ਉਹ ਸੋਲੀ ਵਾਲੀ ਹੈ। ਸੋਲ ਦੀ ਗੱਲ ਨਹੀਂ ਹੈਗੀ ਮਾਂ, ਮੈਂ ਤਾਂ ਦੇਖਦੀ ਹਾਂ ਸ਼ੁਰੂ ਤੋਂ ਆਹੀ ਭਾਬੀ ਵਾਲੇ ਕੰਮ ਕਰਦੀ ਹੈ। ਕਾਹਨੂੰ ਕਰਦੀ ਹੈ? ਲਵਪ੍ਰੀਤ ਆ ਰਹੀ ਹੈਗੀ। ਸਤਿ ਸ਼੍ਰੀ ਅਕਾਲ ਭਾਬੀ, ਕਿਵੇਂ ਹੋ? ਹਾਂ ਠੀਕ ਹਾਂ, ਵਧੀਆ। ਤੁਸੀਂ ਸੁਣਾਓ? ਵਧੀਆ। ਤੇ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ। ਕੋਈ ਨਾ, ਹਾਂ ਹੁਣੀ ਆਈ ਸੀ, ਲਿਆ ਦੋ ਪਾਣੀ ਤਾਂ। ਪੁੱਛਣ ਵਾਲੀ ਕਿਹੜੀ ਗੱਲ ਸੀਗੀ ਵੀ ਆਉਂਦੀ ਹੋਈ ਪਾਣੀ ਲੈ ਆਉਂਦੀ? ਉਹ ਤਾਂ ਉਹ ਕਹਿੰਦੀ ਹੈ ਵੀ ਪਾਣੀ ਲਿਆ ਦਿੰਦੀ ਹਾਂ ਮਾਂ, ਤੂੰ ਵੀ ਬਾਹਲਾ ਉਹ ਕਰਦੀ ਹੁੰਦੀ ਹੈ। ਕਾਹਨੂੰ ਪੁੱਤ, ਮੇਰਾ ਤਾਂ ਇਹਨੇ ਲਹੂ ਪੀਰ ਕਾ ਸੱਚੀ ਇਹੋ ਜਿਹੇ ਨੰਗ ਮਲੰਗਾਂ ਦੀ ਹੈਗੀ ਹੈਗੀ, ਕੁਛ ਲਿਆਈ ਨਹੀਂ। ਮਾਂ ਤੂੰ ਆਹ ਗੱਲਾਂ ਛੱਡ ਦੇ ਹੁਣ ਕਰਨੀਆਂ, ਹੁਣ ਤੇਰੀ ਉਮਰ ਬਹੁਤ ਵੱਡੀ ਹੋ ਗਈ, ਆਹ ਗੱਲਾਂ ਕਰਦੀ ਤੂੰ ਚੰਗੀ ਨਹੀਂ ਲੱਗਦੀ। ਕੀ ਨੰਗ ਮਲੰਗ, ਕਿੰਨੀ ਸਿਆਣੀ ਹੈ ਪਤਾ, ਮੇਰੇ ਸਹੁਰੇ ਤਾਂ ਸਾਰੀ ਸਹਾਇਤਾ ਕਰਦੇ ਨੇ ਇਹਦੀ, ਵੀ ਤੇਰੀ ਭਰਜਾਈ ਵੱਡੀ ਇੰਨੀ ਚੰਗੀ ਹੈ ਜਿੰਨੀ ਕਹਿ ਦੇ। ਲਿਆ ਭਾਬੀ, ਬਹਿ ਜਾ ਭਾਬੀ, ਮਾਂ ਇੱਧਰ ਹੋ ਜਾ ਤੂੰ ਵੀ, ਲੈ ਮਾੜਾ ਮੋਟਾ। ਤੇ ਹੋਰ ਦੀਦੀ ਸਾਰੇ ਠੀਕ ਸੀ? ਸਾਰੇ ਠੀਕ ਸੀਗੇ ਭਾਬੀ, ਬਿੰਦ ਘੜੀ ਨਾ ਆਰਾਮ ਕਰ ਲਿਆ ਕਰ, ਦੁਪਹਿਰੇ ਦੁਪਹਿਰੇ ਫਿਰਦੀ ਰਹਿੰਦੀ ਹੈ।
ਬਸ ਥੋੜੇ ਜਿਹੇ ਕੰਮ ਰਹਿੰਦੇ ਸੀ ਦੀਦੀ, ਬਾਕੀ ਤਾਂ ਮੈਨੂੰ ਮੇਟਦੇ ਸੀਗੇ। ਲੈ ਕੰਮ ਤਾਂ ਨਿਬੜਦੀ ਨਹੀਂ, ਇਹ ਤਾਂ ਹੱਥਾਂ ਤੱਕ ਨਿਬੜਦੀ ਨਹੀਂ, ਕੰਮ ਤਾਂ ਇੱਕ ਕਰਿਆ ਉਹੀ ਗੱਲ ਦੂਜਾ ਤਿਆਰ। ਕਾਹਨੂੰ ਲਵਪ੍ਰੀਤ, ਇਹ ਹੌਲੀ ਕਰਦੀ ਹੈ ਕੰਮ, ਸਾਡੇ ਕੀ ਹੈਗਾ, ਚਾਰ ਕੱਪੜੇ ਨੇਗੇ ਹੈ, ਚਾਰ ਰੋਟੀਆਂ ਨੇ ਗੀਆਂ, ਸਾਰੇ ਕੰਮ ਨਿਬੇੜਦੇ ਸੀ, ਬਸ ਥੋੜੀ ਜਿਹੀ ਰਹਿ ਗਈ ਸੀਗੀ। ਚੱਲ ਹੌਲੀ ਕਰਦੀ ਹੈ, ਕੰਮ ਤਾਂ ਸਾਰਾ ਕਰਦੀ ਹੈ, ਛੋਟੀ ਭਾਬੀ ਤੋਂ ਤਾਂ ਇੰਨਾ ਮੰਨਦਾ ਵੀ ਨਹੀਂ ਜੀ ਨਾ, ਸੁੱਖ ਨਾਲ ਆਪਣੀ ਭਾਬੀ ਕਰ ਲੈਂਦੀ ਹੈ, ਕਰਦੀ ਹੈ ਐਵੇਂ ਲੱਗਦੀ ਹੈ। ਕਾਹਨੂੰ ਕਰਦੀ ਹੈ ਦੇਖੀ ਹੋਈ ਹੈ ਮੈਂ, ਤੇਰਾ ਠੀਕ ਸੀ ਦੀਦੀ? ਠੀਕ ਸੀਗੇ ਭਾਬੀ, ਅੱਜ ਬਸ ਸਾਡੇ ਗਬੈਨ ਲੱਗੂਗੀ ਤੇ ਮੈਂ ਰੋਟੀ ਪਕਾ ਕੇ ਉਹਨਾਂ ਦੇ ਤਿੰਨ ਚਾਰ ਜਣਿਆਂ ਦੀ, ਮੈਂ ਕਿਹਾ ਚੱਲ ਪਿੰਡ ਜਾਇਆ ਵਾਂ ਮੈਂ ਇਹਨੇ। ਅੱਛਾ ਮੈਨੂੰ ਬੁਲਾ ਲੈਣਾ ਸੀ ਨਾ ਫਿਰ, ਕਿਵੇਂ ਆ ਜਾਂਦੀ ਦੋ ਦਿਨ? ਚੱਲ ਬਸ ਹੁਣ ਤਾਂ ਹੱਥਾਂ ਤੱਕ ਦਾ ਕੰਮ ਇਹ ਹੈ, ਹੁਣ ਨਿਬੇੜ ਦੇਣਗੇ। ਹੋਰ ਇਹ ਵਗ ਜਾਂਦੀ, ਕੰਮ ਸੋਹਣਾ ਕਰਦੀ ਹੈ ਨਾ ਤਾਂ ਕਰਕੇ ਕਹਿੰਦੀ ਹੈ। ਨਹੀਂ ਮੰਮੀ ਮੈਂ ਕਿਹਾ ਦੀਦੀ ਹੈਲਪ ਕਰਵਾ ਦਿੰਦੀ। ਹਾਂ ਹਾਂ ਸਮਝ ਗਈ ਤੇਰੀ ਗੱਲ, ਮੈਂ ਉਹ ਤੇਰੇ ਮੈਂ ਭਾਬੀ ਬੁਲਾਉਂਗੀ ਹੁਣ ਜ਼ਰੂਰ, ਤੈਨੂੰ ਇਹ ਬੁਲਾਉਂਗੀ, ਛੋਟੀ ਨੂੰ ਨਹੀਂ ਕੋਈ ਨਹੀਂ ਬੁਲਾਉਂਦੀ ਮੈਂ, ਆ ਸਾਡੇ ਨਾ ਜੋੜੀਆਂ ਜੋੜੀਆਂ ਲਵਾਵਾਂਗੇ ਅਸੀਂ। ਉਹਨੂੰ ਬੁਲਾ ਲਈ, ਇਹ ਤੋਂ ਬਿਨਾਂ ਤਾਂ ਇੱਥੇ ਨਹੀਂ ਸਰਦਾ। ਤੂੰ ਉਹਨੂੰ ਵੀ ਠਾ ਲਿਆ ਜਾ ਮਹਾਰਾਣੀ ਨੂੰ ਅੰਦਰੋਂ, ਉਹਨੂੰ ਵੀ ਕਹਿ ਦੇ ਮਾੜਾ ਮੋਟਾ, ਉਹਨੂੰ ਤਾਂ ਆਪਦੇ ਆਪ ਪਤਾ ਨਹੀਂ ਲੱਗਦਾ ਹੁੰਦਾ, ਤੁਸੀਂ ਕਹਿੰਦੀ ਨਹੀਂ ਹੈਗੀ ਵੀ ਲਾਪਰੀ ਕਦੋਂ ਦੀ ਆ ਰਹੀ। ਅੱਛਾ ਉਹਨੂੰ ਮੇਰਾ ਬੋਲ ਹੀ ਨਹੀਂ ਸੁਣਿਆ ਹਾਲੇ ਤੱਕ, ਗੱਲਾਂ ਕਰਕੇ ਚਾਹ ਬਣਾ ਦੇ ਚੰਗਾ, ਕੋਈ ਨਾ ਮੈਂ ਆਪੇ ਬਥੇਰਾ ਬਣਾ ਲੂੰਗੀ, ਬਗਾਨੇ ਘਰੇ ਨਹੀਂ ਆਈ ਹੈਗੀ। ਚਲੋ ਦੀਦੀ ਤੁਸੀਂ ਕੱਲ ਮੈਂ ਬੋਲੀ ਜਾਂਦੇ ਹੋ, ਭਾਬੀ ਗੁੱਸਾ ਨਾ ਕਰਿਆ ਕਰ ਮਾਂ ਦੀਆਂ ਗੱਲਾਂ ਦਾ, ਊਂ ਤੇਰਾ ਕਰਦੀ ਵੀ ਬਹੁਤ ਹੈ, ਮੇਰੇ ਲਵੇ ਆਉਂਦੀ ਹੈ ਤੇਰੀਆਂ ਤਰੀਫਾਂ ਕਰਦੀ ਹੈ, ਉਹ ਪਤਾ ਕੀ ਚੱਕਰ ਹੈ, ਮਾਂ ਪਿਓ ਨਾ ਮੂੰਹ ਤੇ ਤਰੀਫ ਤਾਂ ਨਹੀਂ ਕਰਦੇ ਹੁੰਦੇ, ਉਹਨਾਂ ਨੂੰ ਐਂ ਹੋ ਜਾਂਦਾ ਹੈ ਵੀ ਸਾਡਾ ਜਵਾਕ ਜਿਹੜੇ ਕੰਮ ਕਰਦਾ ਉਹ ਵੀ ਛੱਡ ਜੂਗਾ। ਸਹੀ ਗੱਲ ਹੈ ਦੀਦੀ, ਮੈਨੂੰ ਤਾਂ ਮੰਮੀ ਦਾ ਬਿਲਕੁਲ ਵੀ ਗੁੱਸਾ ਨਹੀਂ ਆਉਂਦਾ। ਅੱਛਾ ਨਾ ਗੁੱਸਾ ਨਾ ਕਰਿਆ ਕਰ, ਤੇਰਾ ਬਹੁਤ ਮੋਹ ਕਰਦੀ ਹੈ, ਊਂ ਤਾਂ ਬੰਦਾ ਕ ਬੰਦਾ ਦੇਖ ਕੇ ਹੀ ਹੁੰਦਾ ਹੁੰਦਾ, ਹੁਣ ਦੇਖ ਆਉਣ ਸਾਰ ਤੂੰ ਆਈ ਮੇਰੇ ਵਾਸਤੇ ਪਾਣੀ ਲੈ ਕੇ, ਉਹਨੂੰ ਹਾਲੇ ਤੱਕ ਪਤਾ ਨਹੀਂ ਲੱਗਿਆ ਅੱਛਾ ਮੈਡਮ ਨੂੰ ਮੈਂ ਆ ਰਹੀ ਹਾਂ, ਜਾਣ ਕੇ ਨਹੀਂ ਉੱਠ ਕੇ ਆਈ, ਸੁੱਤੇ ਪਏ ਹੋਣਗੇ ਉਹ, ਇਹ ਵੇਲੇ ਸੌਂਦੇ ਹੁੰਦੇ ਆ ਨਾ, ਉਹਨੂੰ ਮਾੜੀ ਜਿਹੀ ਬਾਲੀ ਨੀਂਦ ਆਉਂਦੀ ਹੈ, ਹੁਣ ਆਪਣੇ ਵਰਗੀਆਂ ਜਿਹੜੀਆਂ ਕੰਮਾਂ ਕਾਰਾਂ 'ਚ ਫਿਰਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕੋਈ ਨਹੀਂ ਹੁੰਦਾ ਨੀਂਦ ਹੁੰਦਾ, ਰਾਤ ਨੂੰ ਵੀ 12 ਵਜੇ ਆਉਂਦੇ ਨੇ ਸੁੱਖ ਨਾਲ, ਸਵੇਰੇ ਫਿਰ 4 ਵਜੇ ਉੱਠ ਜਾਂਦੇ ਆ। ਚਲੋ ਕੋਈ ਗੱਲ ਨਹੀਂ ਦੀਦੀ, ਛੋਟੇ ਨੇ ਮੇਥੋਂ ਫਿਰ ਕੀ ਹੁੰਦਾ ਕਰ ਲਿਆ ਕਰਨਗੇ ਹੌਲੀ ਹੌਲੀ। ਕੁੜੀ ਆਈ ਆ ਪੁੱਤ, ਉਹਨੂੰ ਮਿਲ ਲੈ। ਕਿਹੜੀ ਕੁੜੀ ਆਈ ਹੈ? ਲੈ ਇੱਕੋ ਤਾਂ ਕੁੜੀ ਹੈ ਆਪਣੀ, ਲਵਪ੍ਰੀਤ। ਅੱਛਾ ਫਿਰ ਮੈਂ ਕੀ ਕਰਾਂ ਮੰਮੀ? ਕਰਨਾ ਕੀ ਆ ਪੁੱਤ, ਤੈਨੂੰ ਬੁਲਾਉਂਦੀ ਆ, ਜਾ ਮਿਲ ਲੈ ਜਾ ਕੇ, ਉਹ ਜੱਸੀ ਉਹਦੇ ਕੋਲੇ ਬੈਠੀ ਆ। ਲੈ ਫਿਰ ਬੈਠੀ ਰਹਿਣ ਦੋ, ਕੋਈ ਚੱਕਰ ਨਹੀਂ, ਆਥਣ ਤਾਂ ਪੂਰੀ ਹੋਊਗੀ ਹਜੇ ਤਾਂ, ਹੋ ਜੋ ਜਾਊਗੀ ਨਾ ਉਦੋਂ ਮੈਨੂੰ ਦੱਸ ਦੇ, ਉਦੋਂ ਮੈਂ ਮਿਲ ਲੂੰਗੀ, ਮੇਰਾ ਸਿਰ ਬੜਾ ਦੁਖੀ ਜਾਂਦਾ, ਮੈਨੂੰ ਸੌਂ ਜਾਣ ਦੋ, ਬੁਲਾਉਣਾ ਮੈਨੂੰ। ਮੈਂ ਤਾਂ ਇਹ ਕਹਿੰਦੀ ਸੀ ਪੁੱਤ ਵੀ 10 ਮਿੰਟ ਤੂੰ ਉਹਦੇ ਨਾਲ ਗੱਲਾਂ ਕਰ ਲੈਂਦੀ ਫਿਰ ਪੈ ਜਾਂਦੀ ਆ ਕੇ, ਚੱਲ ਤੇਰੀ ਮਰਜ਼ੀ ਆ ਪੁੱਤ। ਚੰਗਾ ਕੁੜੀ ਹੋ ਗਈ ਇਹਨਾਂ ਦੀ, ਸੀਐਮ ਨਾ ਹੋ ਗਈ, ਜਿਹੜਾ ਹੁੰਦਾ ਉਠਾ ਦਿੰਦਾ ਆ ਕੇ, ਸੌਣ ਨਹੀਂ ਦਿੰਦੇ। ਕੀ ਕਹਿੰਦੀ ਮਾਂ ਤੇਰੀ ਲਾਡਲੀ ਨੂੰ ਫਿਰ? ਕਹਿੰਦੀ ਆਉਂਦੀ ਆ, ਤਾਂ ਸਰਜਾ ਬੜਾ ਦੁਖੀ ਜਾਂਦਾ ਪੁੱਤ, ਮੈਨੂੰ ਲੱਗਦਾ ਬੁਖਾਰ ਵੀ ਆ ਮਾੜਾ ਮੋਟਾ। ਅੱਛਾ ਤੇ ਹੋਰ ਦੱਸ ਰਹੇਗੇ ਪੁੱਤ ਅੱਜ ਤਾਂ? ਨਾ ਮਾਂ ਕਿੱਥੇ, ਕਿਉਂ ਕੁੜੇ ਘਰੇ ਨੀ ਸਰਦਾ ਫਿਰ, ਰੋਟੀ ਕੌਣ ਪਕਾਊਗਾ ਹੱਥ ਨਾਲ ਹੀ? ਓਹੋ ਆਪੀ ਸਾਰ ਸੁਰ ਲੈਣਗੇ ਪੁੱਤ, ਇੱਕ ਰਾਤ ਲਾ ਜਾ। ਨਾ ਨਾ ਕਿੱਥੇ, ਤੈਨੂੰ ਪਤੀ ਹੈ ਮੇਰੀ ਸੱਸ ਤਾਂ ਬਿਮਾਰ ਠਮਾਰੀ ਰਹਿੰਦੀ ਹੈ ਵਿਚਾਰੀ, ਗੋਡੇ ਘੜੀਸਦੀ ਤੁਰੀ ਫਿਰਦੀ ਹੈ, ਉਹ ਬੈਠੀ ਹੈ ਉਹੀ ਬਹੁਤ ਹੈ ਸਾਡੇ ਵਾਸਤੇ ਤਾਂ। ਲੈ ਹੌਲੀ ਹੌਲੀ ਬੈਠੀ ਬੈਠੀ ਰੋਟੀਆਂ ਲਾ ਲੈਂਦੀ ਚਾਰ, ਕਿੱਡੀ ਕੁ ਗੱਲ ਸੀ ਮਾਂ, ਔਖਾ ਹੋ ਜਾਂਦਾ ਉਵੇਂ ਲੱਗਦਾ ਤੈਨੂੰ। ਹੋਰ ਪੁੱਤ ਸੁੱਖ ਨਾਲ ਹੀ ਆਈਆਂ ਨਾ? ਸੁੱਖ ਨਾਲ ਹੀ ਆਈ ਊ ਤਾਂ, ਬਾਪੂ ਨਹੀਂ ਦਿਖਦਾ ਘਰੇ, ਇੱਥੇ ਫਿਰਦਾ ਹੋਊਗਾ ਆ ਜਾਂਦਾ ਹੁਣ, ਗੇੜੇ ਗੁੜੇ ਦੇ ਕੇ ਤਾਂ ਸਾਲਿਆਂ ਕੋਲੇ ਬਹਿ ਗਿਆ ਹੋਣਾ ਖੇਤੋਂ, ਐਂ ਕਰਦਾ ਸਾਰਾ ਦਿਨ। ਉਹ ਤਾਂ ਮੈਨੂੰ ਕੰਮ ਭੇਜਿਆ ਸੀ ਤੇਰੇ ਜਵਾਈ ਨੇ ਛੋਟਾ ਜਿਹਾ ਇੱਕ। ਕੀ ਕੁੜੇ? ਨਾ ਉਹ ਤਾਂ ਖੈਰ ਸੁੱਖੇ ਹੈ। ਅੱਛਾ ਹਾਂ ਮੈਂ ਦੋਵੇਂ ਫਿਕਰ ਜਾ ਉਹ ਫਿਰ ਤੈਨੂੰ ਪਤੀ ਹੈ ਹੁਣ ਹਲੇ ਖੜੀਆਂ ਹੁੜੀਆਂ ਤੋਂ ਬਾਅਦ ਆਊਗੀ ਸੈਟਿੰਗ ਜੀ, ਹੱਥ ਤੰਗ ਤੀ। ਅੱਛਾ ਹਾਂ ਕਹਿੰਦਾ ਚੱਲ ਬਾਪੂ ਉਹਨਾਂ ਨੂੰ ਪੁੱਛਿਆ ਜੀ ਮਾੜਾ ਮੋਟਾ ਹੋ ਜੇ ਹਨਾ, ਇਹੋ ਜਿਹੀ ਕੀ ਲੋੜ ਪੈ ਗਈ? ਲੋੜ ਤਾਂ ਬਸ ਤੈਨੂੰ ਪਤੀ ਹੈ ਉਦੋਂ ਜਦੋਂ ਘਰ ਵੇਲੇ ਚੱਕੇ ਦੀ ਪੈਸੇ ਗੁਸਕਤਾ ਦੇ ਦਿੱਤੇ ਸੀਗੇ,
ਉਹਨਾਂ ਤੋਂ ਵਿਆਜ 'ਤੇ ਫੜੇ ਸੀ, ਹੁਣ ਉਹ ਸਾਡੇ ਬਾਅਦ ਪੈ ਰਹੇ ਨੇ, ਕਹਿੰਦੇ ਸਵੇਰ ਤੱਕ ਪੈਸੇ ਲਿਆ ਕੇ ਦਿਓ ਜਿੱਥੋਂ ਮਰਜ਼ੀ। ਹੁਣ ਆੜਤੀਏ ਕੋਲ ਵੀ ਗਿਆ ਸੀ ਉਹ, ਆੜਤੀਏ ਨੇ ਜਵਾਬ ਦਿੱਤਾ, ਆੜਤੀਆ ਕਹਿੰਦਾ ਜਦੋਂ ਤੱਕ ਆਹ ਫਸਲ ਫੁਸਲ ਨਹੀਂ ਡੇਗਦੇ ਉਦੋਂ ਤੱਕ ਨਹੀਂ ਹਿਸਾਬ ਕਿਤਾਬ ਕਰਦਾ, ਨਾਲੇ ਕੀ ਬਟੂਗਾ ਮਾਂ, ਪਿਛਲਾ ਸਭ ਕਿਤਾਬੇ ਪੂਰਾ ਹੋਊਗਾ ਫਸਲ। ਹਾਂ ਹਾਂ, ਪਹਿਲੇ ਫੜੀ ਬੈਠੇ ਹੁੰਦੇ ਆ, ਫੜੀ ਬੈਠੇ ਹੁੰਦੇ ਆ। ਉਈ ਮੈਂ ਕਿਹਾ ਤੇ ਇਹਨਾਂ ਨੂੰ ਤਾਂ ਪਹਿਲੀ ਵੀ ਅੱਡੀਆਂ ਚੱਕ ਕੇ ਫਾਹ ਨਾਲ ਹੋ ਤੁਸੀਂ ਕੋਠੀ ਦਾ, ਉਹ ਤਾਂ ਵਿੱਢ ਵਿੱਢ ਕੇ ਬਹਿ ਗਏ। ਆਹ ਜੋੜੀਆਂ ਵਾਲਾ ਵੀ ਹੁਣ ਮਿਸਤਰੀ ਲਾਵਾਂਗੇ ਕਹੀ ਜਾਂਦੇ ਨੇ, ਲਾਵਾਂਗੇ ਲਾਵਾਂਗੇ ਹਾੜੀਆਂ ਤੋਂ ਬਾਅਦ, ਮੈਂ ਤਾਂ ਕਹਿੰਦੀ ਟਾਲ ਕਰ ਦਿਓ ਹਾਲੇ ਸਾਰ ਰਹਿਣ ਦਿਓ ਜੋੜੀਆਂ ਨੂੰ। ਹੁਣ ਤੇ ਕਹਿੰਦਾ ਬਾਪੂ ਤੋਂ ਪੁੱਛਿਆ, ਚੱਲ ਕੋਈ ਨਾ ਪੁੱਤ, ਡੇਢ ਕੁ ਲੱਖ ਰੁਪਇਆ ਰਹਿੰਦਾ ਉਹਦਾ। ਅੱਛਾ, ਨਾਲੇ ਇਹ ਤਾਂ ਵਿਆਜ 'ਤੇ ਵਿਆਜ ਲਾਈ ਜਾਂਦੇ ਆ, ਇਹਨਾਂ ਨੂੰ ਆਮਦਨੀ ਵੀ ਕੀ ਆ, ਆਪਣੇ 'ਚ ਪੈਸੇ ਕਮਾਉਂਦੇ ਨੇ ਇਹ। ਚੱਲ ਕੋਈ ਨਹੀਂ, ਤੇਰੇ ਬਾਪੂ ਨੂੰ ਆ ਜਾਣ ਦੇ ਅਤੇ ਉਹਨੂੰ ਪੁੱਛਦੇ ਆ ਵੀ ਉਹਦੇ ਕੋਲ ਕਿੰਨੇ ਕੰਨਾਂ ਗੇ, ਅਤੇ ਨਾਲੇ ਛੋਟੀ ਨੂੰ ਪੁੱਛ ਲਾਂਗੇ, ਬਾਪੂ ਨੂੰ ਪੁੱਛ ਲਾਂਗੇ। ਅੱਛਾ ਹਾਂ, ਛੋਟੀ ਕੋਲ ਤਾਂ ਹੈਗੇ ਨਾ ਗੇ, ਨਾ ਹਾਲੇ ਪੌਦਲ ਵੀ ਗੱਲ ਨਹੀਂ ਨਾ ਕਰਦੇ, ਨਾ ਉਹਦੇ ਕੋਲ ਭਾਬੀ ਹੋਰਾਂ ਕੋਲ ਤਾਂ ਕਰੀ ਨਾ ਗੱਲ। ਨਾ ਨਾ, ਇਹਨਾਂ ਨੂੰ ਤੂੰ ਐਂ ਕਹਿ ਦੀ ਵੀ ਊਂ ਮੇਰਾ ਨਾ ਗਈ, ਚੱਲ ਦੁਪਹਿਰੇ ਦੁਪਹਿਰੇ। ਚੱਲ ਤੇਰੇ ਬਾਪੂ ਕੋਲ ਤਾਂ ਗੱਲ ਕਰਾਂਗੇ, ਬਾਪੂ ਵਾਲੇ ਖਾਤੇ 'ਚ ਦੇਖ ਲਈਏ ਹੋਏ, ਪੁੱਛ ਲਈ। ਆ ਜਾਂਦਾ ਹੁਣ, ਆ ਜਾਂਦਾ। ਬਾਕੀ ਬਾਪੂ ਦੀ ਤਾਂ ਬਥੇਰੀ ਜਾਣ ਪਛਾਣ ਹੈ, ਆਪਣੇ ਵਾਲੇ ਆੜੀਏ ਆੜਤੀ ਤੋਂ ਪੁੱਛ ਲੂ ਤਾਂ ਪੁੱਛ ਲੂਗਾ, ਨਹੀਂ ਉਰੇ ਕੋਈ ਬਾਣੀਆਂ ਹੋਊਗਾ। ਨਾਲੇ ਹੁਣ ਤਾਂ ਦੇ ਹੀ ਦੇ ਕੋਈ ਨਾ ਕੋਈ, ਅਗਲਾ ਕਹਿੰਦਾ ਚਾਰ ਮਣ ਕਣਕ ਆਊਗੀ ਸਾਡੇ। ਚੱਲ ਫਿਰ ਐਂ ਕਰ ਲਾਂਗੇ, ਇੱਧਰੋਂ ਵਿਆਜ 'ਤੇ ਫੜ ਲਾਂਗੇ, ਫਿਰ ਕੀ ਉੱਧਰ ਤਾਂ ਤਾਰਾਂਗੇ, ਤਾਰਾਂ ਇਹ ਤਾਂ ਖੜ ਵੀ ਜਾਊਗਾ ਅਗਲਾ। ਉਹੀ ਗੱਲ ਮੈਂ ਤਾਂ ਇਹਨਾਂ ਨੂੰ ਪਹਿਲੀ ਕਿਹਾ ਸੀ ਵੀ ਜਾਂ ਤਾਂ ਕਿਸੇ ਚੱਜ ਦੇ ਬੰਦੇ ਦਾ ਲਓ ਵਿਆਜ, ਜਿਹੜਾ ਖੜ ਜੇ ਉਹ ਤਾਂ ਸਾਲ ਵੀ ਨਹੀਂ ਖੜਿਆ ਹੈਗਾ, ਨਾਲੇ ਵਿਆਜ ਦਾ ਵੀ ਵਿਆਜ ਲਾ ਲੈਂਦੇ ਆ, ਨਾਲੇ ਮੌਕੇ 'ਤੇ ਮੰਗਦੇ ਆ ਪੈਸੇ। ਹੁਣ ਇੰਨੇ ਦਿਨ ਵੱਧ ਗਏ, ਇੰਨੇ ਕੁ ਹੋਰ ਲੱਗਣਗੇ, ਆਹ ਗੱਲ ਹੈ ਬਣੀਆਂ ਦੀ ਤਾਂ। ਹੋਰ ਮੈਂ ਤਾਂ ਉਦੋਂ ਘਰ ਵੇਲੇ ਵੀ ਸਾਰੇ ਆਪਦੇ ਵੀ ਜਿਹੜੇ ਤੁਸੀਂ ਨੇ ਪਾਏ ਸੀ ਗਹਿਣੇ ਵੇਚਦੇ ਕਿੱਥੇ ਗਹਿਣੇ ਧਰਖੇ ਨੇ, ਉਧਰੋਂ ਉਧਰਲਾ ਰਾਣੀ ਹਾਰ ਪਾਇਆ ਸੀ ਉਹ ਧਰਖੇ ਗਹਿਣੇ। ਨੀ ਮੈਂ ਮਰ ਜਾ, ਤੈਨੂੰ ਮੈਂ ਵੀ ਸੋਚਿਆ ਕੰਨਾਂ ਤੋਂ ਉੱਚੀ ਆ ਗਈ, ਇਹ ਕਿਹੜਾ ਕਿਸੇ ਦੀ ਉਹੀ ਗੱਲ ਆ, ਜੱਟਾਂ ਵਾਲੀ ਪਕਾਉਂਦੇ ਨੇ ਫਿਰ ਆਪਦਾ ਨਵੀਂ ਉਹ ਕਢਵਾ ਕੇ ਬਹਿ ਗਏ ਸੀ ਉਦੋਂ ਟਰੈਕਟਰ ਟਰਾਲੀ। ਚਲੋ ਤਾਂ ਚੰਗਾ ਹੋਇਆ ਪੁੱਤ, ਸੰਦ ਨਵੀਂ ਉਹ ਵੀ ਤਾਂ ਚੱਲ ਕਿਸ਼ਤਾਂ ਕੁਸ਼ਤਾਂ ਤੇ ਕੁਸ਼ਤਾਂ ਕਰਦੇ, ਕਿਸ਼ਤਾਂ ਕੁਸ਼ਤਾਂ ਤੇ ਲੈ ਲੈਂਦੇ, ਮੈਂ ਤਾਂ ਉਹਦੀ ਕਿਹਾ ਤੀ ਉਹ ਮੈਂ ਤਾਂ ਪਿੱਛੇ ਗੱਡੀ ਦਾ ਫਾਨਾ ਡਾਤਾ, ਫਿਰ ਗੱਡੀ ਨੀ ਕਿਸ਼ਤਾਂ ਤੇ ਲਈ ਹੈਗੀ, ਕਹਿੰਦਾ ਲੋਕ ਕਹਿਣਗੇ ਕਿਸ਼ਤਾਂ ਤੇ। ਮੈਨੂੰ ਐਂ ਨੀ ਸਮਝ ਆਉਂਦੀ ਵੀ ਲੋਕਾਂ ਦਾ, ਸੱਚੀ ਮੈਨੂੰ ਹਾਲੇ ਤੱਕ ਹਿਸਾਬ ਨੀ ਆਇਆ ਵੀ ਕਿਸ਼ਤਾਂ ਤੇ ਵੀ ਚੀਜ਼ ਉਹੀ ਲਊਗਾ ਜਿੱਥੋਂ ਕਿਸ਼ਤਾਂ ਭਰੀਆਂ ਜਾਣਗੀਆਂ, ਨੰਗ ਮਨੰਗ ਤਾਂ ਲੈ ਵੀ ਨੀ ਸਕਦਾ, ਨਹੀਂ ਲੈ ਸਕਦਾ ਪੁੱਤ। ਫਿਰ ਹੁਣ ਸਾਨੂੰ ਹਰੇਕ ਕਹਿ ਦਿੰਦਾ ਤੁਸੀਂ ਨੇ ਬੁਲਟ ਕਿਸ਼ਤਾਂ ਤੇ ਲੈ ਰੱਖਿਆ, ਤੁਸੀਂ ਤਾਂ ਮੋਬਾਈਲ ਕਿਸ਼ਤਾਂ ਤੇ ਲੈ ਰੱਖੇ ਨੇ, ਵੀ ਕੁਛ ਲੱਗਦੇ ਉਹ ਕਿਸ਼ਤਾਂ ਦੇ ਵੀ ਉਹੀ ਲਊਗਾ ਜਿਹਦੋਂ ਕਿਸ਼ਤਾਂ ਭਰੀਆਂ ਜਾਣਗੀਆਂ। ਹਰੇਕ ਬੰਦਾ ਤਾਂ ਕਿਸ਼ਤਾਂ ਵੀ ਨਹੀਂ ਭਰ ਸਕਦਾ ਨੰਗ ਮਲੰਗ, ਤਾਂ ਇਹ ਵੀ ਦਮ ਹੋਣਾ ਚਾਹੀਦਾ ਕਿਸ਼ਤਾਂ ਭਰਨ ਦਾ। ਬੇ ਅਕਲ ਦੇ ਅੰਨੇ ਹੋ, ਕਿਸ਼ਤਾਂ ਤੇ ਵੀ ਉਹੀ ਲਊ ਜਿਹਤੋਂ ਭਰੇ ਜਾਣਗੇ, ਇਹ ਤਾਂ ਪਲੈਂਟੀ ਤੇ ਪਲੈਂਟੀ ਲੱਗ ਜਾਂਦੀ ਆ ਇੱਕ ਕਿਸ਼ਤ ਟੁੱਟ ਜੇ। ਨਾਲੇ ਮੈਂ ਤਾਂ ਇੰਨਾ ਕਹਿ ਦਿੰਦੀ ਹਾਂ ਵੀ ਚਲੋ ਮੈਂ ਲਿਆਉਂਦੀ ਹਾਂ ਕਢਾ ਕੇ ਤੁਹਾਡੇ ਵਾਸਤੇ ਗੱਡੀ, ਲੈ ਮੈਂ ਕਰੂੰਗੀ ਪਹਿਲੀ ਉਹ ਜਿਹੜੀ ਹੁੰਦੀ ਹੈ ਮਾੜੀ ਮੋਟੀ ਰਕਮ ਭਰਨੀ ਹੁੰਦੀ ਹੈ, ਕਿਸ਼ਤਾਂ ਹੀ ਭਰਦੇ ਉਹੀ ਬਹੁਤ ਹੈ, 27-28 ਹਜ਼ਾਰ ਰੁਪਏ ਮਹੀਨੇ ਦਾ ਆਮ ਬੰਦਾ ਨਹੀਂ ਭਰ ਸਕਦਾ ਮਾਂ। ਮੇਰੀ ਗੱਲ ਸੁਣ ਲੈ ਪੁੱਤ, ਚੱਲ ਕਿਸ਼ਤਾਂ ਦਾ ਤਾਂ ਜਬ ਮੁੱਕਿਆ ਨਾ, ਊਂ ਤਾਂ ਦੇਣਾ ਲੈਣਾ ਸਭ ਨੇ ਹੁੰਦਾ ਗਾ, ਕਹਿੰਦੇ ਹੁੰਦੇ ਜੇ ਦੇਣਾ ਲੈਣਾ ਨਾ ਹੋਵੇ ਨਾ ਤੇ ਉਹ ਬੰਦਾ ਨਹੀਂ ਹੈਗਾ, ਜਿਹਨੇ ਧਾਰ ਸੁਧਾਰ ਉੱਧਰ ਉੱਧਰ ਲੈਣਾ ਦੇਣਾ ਨਾ ਹੋਵੇ। ਹੋਰ ਲੋਕਾਂ ਦੀਆਂ ਤਾਂ ਊਈ ਗੱਲਾਂ ਨੇ, ਊਈ ਫਾਹ ਫਾਹ ਮਾਰੀ ਜਾਂਦੇ ਆ, ਪੱਲੇ ਨਹੀਂ ਧੇਲਾ ਹੁੰਦਾ ਗਾ, ਗੱਲਾਂ ਜੋਗੀ ਰਹਿੰਦੇ ਨੇ। ਚੱਲ ਕੋਈ ਨਾ ਪੁੱਤ, ਲੋਕ ਤਾਂ ਮੱਚਦੇ ਹੁੰਦੇ ਆ, ਆਪ ਤਾਂ ਝੀਲ ਲੈਤੀ ਨਹੀਂ ਜਾਂਦੀ, ਦੂਜਿਆਂ ਤੇ ਊਈ ਸੜੀ ਜਾਣਗੇ। ਚੱਲ ਤੂੰ ਫਿਕਰ ਨਾ ਕਰ, ਮੱਛੀ ਜਾਣਦੇ ਨਾਲੇ ਮੈਂ ਕਿਹੜਾ ਲੋਕਾਂ ਨੂੰ ਗੋਲਦੀ ਆ, ਮੇਰੇ ਤਾਂ ਸੁੱਖ ਨਾਲ ਰੱਬ ਨੇ ਬਹੁਤ ਕੁਛ ਦੇ ਰੱਖਿਆ, ਗੁਆਂਢਣਾ ਮੱਛੀ ਜਾਂਦੇ ਨੇ ਮੱਛੀ ਜਾਓ, ਉਹਨਾਂ ਨੂੰ ਐਂ ਵੀ ਸਾਡੇ ਵਾਂਗੂ ਗੋਹਾ ਡੇਗਦੀ ਫਿਰੇ, ਮੈਂ ਨਹੀਂ ਡੇਗਦੀ ਗੋਹਾ। ਪੁੱਤ ਸਿੱਧੀਆਂ ਨੀਤਾਂ ਨੂੰ ਫਲ ਹੈ, ਤੂੰ ਕਾਹਨੂੰ ਫਿਕਰ ਕਰਦੀ ਆ, ਮੇਰੀ ਧੀ ਦੀ ਤਾਂ ਕਿਸਮਤ ਬਹੁਤ ਤੇਜ਼ ਹੈ। ਹੁਣ ਬਾਪੂ ਕਦੋਂ ਕਹੂਗਾ, ਮੈਂ ਦੇਖਦੀ ਹਾਂ ਤੇਰੇ ਬਾਪੂ ਨੂੰ, ਦੇਖ ਨਾਲੇ ਭਾਬੀ ਨੂੰ ਪੁੱਛੇ ਬਣ ਗਈ ਚਾਹ। ਹਾਂ।
ਪੀ ਲਈਏ ਘੁੱਟ ਕੇ, ਭੁੱਖ ਲੱਗ ਰਹੀ ਹੈ। ਤੜਕੇ ਦੀ ਰੋਟੀ ਖਾਧੀ ਹੈ ਮੈਂ ਤਾਂ, ਆਉਣ ਵੇਲੇ ਵੀ ਨਹੀਂ ਕੁਛ ਖਾ। ਕੋਈ ਨਾ ਪੁੱਤ, ਚਾਹ ਨਾਲ ਕੁਛ ਮੰਗਾ ਕੇ ਦਿੰਦੀ। ਆ ਗਿਆ ਤੇਰਾ ਬਾਪੂ। ਲੈ ਨੌਕਰੀ ਤਾਂ ਲਈ ਆਪਣੀ। ਹੋਰ ਪੁੱਤ, ਸਤਿ ਸ਼੍ਰੀ ਅਕਾਲ। ਹੋਰ ਪੁੱਤ ਠੀਕ ਹੈ? ਠੀਕ ਹੈ, ਵਧੀਆ। ਹੋਰ ਸਾਰੇ ਘਰੇ ਠੀਕ ਸੀਗੇ? ਹਾਂ ਸਾਰੇ ਠੀਕ ਸੀ। ਮੈਂ ਤਾਂ ਕਦੋਂ ਦੀ ਆ ਰਹੀ ਹਾਂ ਕਿ ਤੁਸੀਂ ਐ ਨਹੀਂ ਸੀਗੇ। ਉਹ ਪੁੱਤ ਫਿਰ ਮੈਂ ਉਧਰ ਗਿਆ ਹੋਇਆ ਸੀ ਖੇਤ ਕੰਨੀ, ਆ ਕੰਬਾਈਨਾਂ ਕਮੂਨਾਂ ਦਾ ਤੈਨੂੰ ਪਤਾ ਤਾਂ ਹੈਗਾ, ਹੁਣ ਕਣਕ ਕਰਕੇ ਆਪਾਂ ਕਦੋਂ ਬਣਾਵਾਂਗੇ ਫਿਰ? ਉਹਦੇ ਨਾਲ ਗੱਲ ਹੀ ਕਰਕੇ ਆਇਆ, ਹੁਣ ਛੇਤੀ ਬਣਾਵਾਂਗੇ ਆਪਾਂ ਵੀ। ਹਾਂ ਨਹੀਂ ਕਹਿੰਦੇ, ਮੈਂ ਤਾਂ ਸਾਲੇ ਕੋਲੇ ਬਹਿ ਗਿਆ ਸੀ ਆਉਂਦਾ ਬੰਦਾ। ਓਹੋ, ਤੇਰੀ ਤਾਂ ਉਹ ਗੱਲ ਹੈ ਕਾਜੀ ਦੌੜ ਮਸੀਤਾਂ ਤਾਈਂ। ਤੂੰ ਕੁਝ ਹੋਰ ਵੀ ਸੋਚ ਲਿਆ ਕਰ, ਮੈਂ ਖੇਤੋਂ ਆਇਆ ਕੰਬਾਈਨ ਵਾਲੇ ਨਾਲ ਗੱਲ ਕਰਕੇ ਆਇਆ। ਕੁੜੀ ਵਿੱਕੀ ਜਾਂਦੀ ਹੈ ਕਦੋਂ ਦੀ? ਕਿਵੇਂ ਭਾਈ ਦੱਸੋ। ਲੈ ਬਾਪੂ ਕਿਵੇਂ ਦੱਸੋ, ਕਹਿੰਦੇ ਆਪਦੇ ਘਰੇ ਆ, ਹੁਣ ਬਾਪੂ ਨੂੰ ਮਿਲੇ ਵੀ ਨਾ ਵਗਦਾ। ਪਰ ਇਹ ਗੱਲ ਤਾਂ ਇਹ ਐਂ ਕਰਦੀ ਐ ਕਿ ਕੁੜੀ ਡੀਕੀ ਜਾਂਦੀ ਐ ਕਦੋਂ ਦੀ? ਤੁਸੀਂ ਵੀ ਪੀ ਲੈਂਦੇ ਚਾਹ? ਨਾ ਪੁੱਤ, ਤੇਰੇ ਆਉਣ ਤੋਂ ਪਹਿਲੇ ਪੀਤੀ ਐ ਰੋਟੀ। ਰੋਟੀ ਬਣਾ ਲੈ ਇੰਨੇ। ਨਾ ਕੋਈ ਨਾ ਭਾਬੀ, ਠਹਿਰ ਕੇ ਬਣਾ ਲਈ ਰੋਟੀ ਤਾਂ। ਉਹ ਚੱਲ ਭਾਈ, ਰੋਟੀ ਤਾਂ ਖਾਣੀ ਐ। ਚੱਲ ਕੋਈ ਨਾ, ਚਾਹ ਪੀ ਲੈਣੀ ਐ ਫਿਰ ਖਾ ਲੂੰਗੀ। ਭੁੱਖ ਲੱਗੀ ਐ ਕਹਿੰਦੀ ਮੈਨੂੰ। ਅੱਛਾ ਫਿਰ ਤਾਂ ਚੱਲ। ਮੈਨੇ ਹੁਣ ਦੁਪਹਿਰੇ ਹੁਣ ਤਾਂ ਮੈਂ ਰੋਟੀ ਕਦੇ ਖਾਧੀ ਨਹੀਂ ਹੈਗੀ ਬਾਪੂ, ਚਾਹ ਚਾਹ ਪੀ ਲੈਣੀ ਐ। ਐਤਕੀ ਤੁਰਨ ਵੇਲੇ ਹੁਣ ਚਾਹ ਵੀ ਨਹੀਂ ਪੀ ਕੇ ਆਈ ਹੈਗੀ। ਚਲੋ ਸਾਡੇ ਵੀ ਹਾੜੀ ਵੜਦੇ ਨੇ। ਉਹ ਭਾਈ ਸਾਰੇ ਪਾਸੇ ਇਹੀ ਐ, ਹੁਣ ਹਰੇਕ ਨੂੰ ਆਇਆ ਐ ਵੀ ਆ ਇਹਦਾ ਰੱਬ ਦਾ ਕੀ ਪਤਾ ਮੀਂਹ ਕਣੀ ਕਦੋਂ ਕਰਦੇ ਇਹ। ਹੋਰ ਬਾਪੂ ਤਾਂ ਹੋਇਆ ਯਾਰ, ਆ ਮਾੜਾ ਜਿਹਾ ਗੜਗੜ ਜੇ ਕਰਦਾ ਉਹਦੀ ਕਾਲ ਜਾ ਤਾਂ ਕਰਨ ਲੱਗ ਜਾਂਦਾ ਵੀ ਫਸਲ ਪੱਕੀ ਖੜੀ ਐ, ਕਿਤੇ ਹੋਰ ਨਾ ਖਰਾਬ ਕਰਦੇ ਇਹ। ਪੁੱਛਲਾ ਤੇਰਾ ਬਾਪੂ ਕਿਵੇਂ, ਗੱਲ ਦੱਸ ਕੀ ਐ, ਗੁਣ ਗੁਣ ਤੇ ਕੀ ਕਰੀ ਜਾਂਦੇ ਕੁੜੀ ਨਾਲ? ਤੂੰ ਕਰ ਲੈ ਮਾ ਗੱਲ ਕੋਈ। ਅੱਛਾ, ਮੈਂ ਤਾਂ ਐਂ ਕਹਿੰਦੀ ਸੀ। ਹਾਂ ਹੌਲੀ ਮਾੜਾ ਜਿਹਾ। ਲਾਪਰੀ ਤੈਨੂੰ ਪੈਸੇ ਚਾਹੀਦੇ ਨੇਗੇ। ਅੱਛਾ, ਕਿੰਨੇ ਕੁ? 1.5 ਲੱਖ। 1.5 ਲੱਖ? ਹਾਂ। ਜਵਾਨ ਵੀ ਕੋਈ ਚੀਜ਼ ਹੁੰਦੀ ਹੈ, ਅਗਲੇ ਗਾਹ ਨੂੰ ਦੇ ਦਿੰਦਾ। ਕੋਈ ਬੰਦਾ ਹੋਵੇ ਬਾਪੂ ਦੇਖ ਲੈ, ਕੋਈ ਦੇਣ ਲਾ। ਦੇਖ ਕੁਲਦੀਪ, ਮੇਰੇ ਕੋਲ ਘਰੇ ਤਾਂ 50,000 ਹੈ ਮਸਾਂ। ਹੁਣ ਮੈਂ 50,000 ਸਰਜੋ। ਹੁਣ ਆਹ ਰੁੱਤ 'ਚ ਮੈਂ ਪੁੱਛਾਂ ਵੀ ਕੀ ਤੂੰ, ਜੇ ਹੁਣ ਕਿਸੇ ਤੋਂ ਪੁੱਛੂਆਂ ਹਰੇਕ ਕੋਲ ਬਹਾਨਾ ਵੀ ਕਣਕ ਮੈਂ ਸਿੱਟੂਆਂ ਮੰਡੀ 'ਚ, ਫਿਰ ਤਾਂ ਭਾਵੇਂ ਦੇ ਦਿਆਂ। ਫਿਰ ਆਏ ਕਰ, ਦੇਖ ਲੈ ਬਾਪੂ ਬੰਦਾ ਹੋਵੇ। ਮੈਂ ਤਾਂ ਆਸ ਲੈ ਕੇ ਆਈ ਤੀ, ਫਿਰ ਮੈਨੂੰ ਆੜਤੀਆਂ ਨੂੰ ਪੁੱਛ ਲੈਣਾ ਸੀ, ਫੋਨ ਫੋਨ ਕਰਕੇ ਪੁੱਛ ਲੈ। ਓਏ ਆੜਤੀਆਂ ਵੀ ਉਸ ਗੱਲ ਨੂੰ ਉਡੀਕੂ ਆ ਵੀ ਇਹ ਕਣਕ ਸਿੱਟੇ ਮੰਡੀ 'ਚ, ਫਿਰ ਹਾਂ ਫੋਨ ਲਾ ਕੇ ਪੁੱਛ ਮਾੜਾ ਜਿਹਾ ਆੜਤੀਆਂ ਨੂੰ। ਫੋਨ ਤਾਂ ਮੈਂ ਪੁੱਛ ਲੈਣਾ ਲਾ ਕੇ ਇਹਨਾਂ ਕਿ ਸਾਨੂੰ 1,00,000 ਰੁਪਈਆ ਪਹਿਲਾਂ ਦੇ ਦੇ। ਹਾਂ 1,00,000 ਦਿੰਦੇ, ਚੱਲ ਖੜਾ ਦਈਏ ਉਹਨੂੰ। 50 ਹੈਗਾ ਹੈ? ਇੱਕ ਮਿੰਟ ਚੁੱਪ ਕਰੋ। ਹਾਂਜੀ ਮਦਨ ਲਾਲ ਜੀ, ਨਮਸਕਾਰ। ਹਾਂਜੀ, ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਜੀ, ਮੈਨੂੰ ਨਾ ਪੈਸਿਆਂ ਦੀ ਲੋੜ ਹੈ ਜੀ। ਹਾਂਜੀ ਹਾਂਜੀ, ਬਾਹਲੇ ਨਹੀਂ, 1.5 ਲੱਖ ਚਾਹੀਦਾ ਜੀ। ਹਾਂਜੀ ਮਦਨ ਜੀ, ਮੈਂ ਪਹਿਲਾਂ ਕਦੇ ਤੁਹਾਨੂੰ ਐਂ ਕਿਹਾ, ਅੱਜ ਕੋਈ ਐਮਰਜੈਂਸੀ ਪਈ ਹੈ ਮੈਂ ਤਾਂ ਤੁਹਾਨੂੰ ਕਿਹਾ। ਨਹੀਂ ਨਹੀਂ, ਇਹ ਤਾਂ ਤੁਹਾਨੂੰ ਕਰਨੇ ਹੀ ਪੈਣਗੇ ਜੀ। ਉਹ ਗੱਲ ਸੁਣੋ ਜੀ, ਜਦੋਂ ਫਸਲੀ ਮੰਡੀ 'ਚ ਆ ਗਈ ਫਿਰ ਤਾਂ ਤੁਸੀਂ ਆਪ ਹੀ ਦਿਓਗੇ ਮੈਨੂੰ, ਗੱਲ ਤਾਂ ਹੁਣ ਆ ਲੋੜ ਪੈਣ 'ਤੇ, ਹੁਣ ਮੈਨੂੰ ਲੋੜ ਹੈ, ਹੁਣ ਤੁਸੀਂ ਐਂ ਕਹਿੰਦੇ ਹੋ। ਨਹੀਂ ਨਹੀਂ, ਮੈਨੂੰ ਕਰਕੇ ਦਿਓ, ਜਿਵੇਂ ਮਰਜ਼ੀ ਕਰਕੇ ਦਿਓ ਜੀ। ਹਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ, ਤੁਸੀਂ ਤਾਂ ਅੱਡ ਹੋਣ ਵਾਲੀਆਂ ਗੱਲਾਂ ਕਰਦੇ ਹੋ। ਕਦੇ ਮੈਂ ਫਸਲ ਕਿਸੇ ਦੀ ਹੋਰ ਦੁਕਾਨ 'ਤੇ ਸਿੱਟੀ ਆ ਕਦੇ? ਨਹੀਂ ਉਹ ਠੀਕ ਹੈ, ਫਿਰ ਜੇ ਤੁਸੀਂ ਐਂ ਕਰੋਗੇ ਫਿਰ ਅਖੀਰ ਮੈਨੂੰ ਐਂ ਬਦਲਣਾ ਹੀ ਪਾਓਗੇ ਤੁਸੀਂ। ਚੱਲ ਰਹਿਣ ਦਿਓ ਬਾਪੂ ਜੀ, ਫਿਰ ਚੱਲ ਮੈਂ ਬਾਅਦ 'ਚ ਕਰਦਾ ਤੁਹਾਨੂੰ ਫੋਨ। ਮੈਂ ਤਾਂ ਐਂ ਕਹਿੰਦੀ ਹਾਂ, ਐਤਕੀ ਫਸਲ ਹੀ ਕਿਸੇ ਦੇ ਹੋਰ ਸੱਟੋ, ਆੜਤੀਆਂ ਬਦਲ ਲੈਂਦੇ। ਓਏ ਖੜ ਜਾ, ਉਹਦਾ ਹੁਣ ਕਰੂਗਾ ਗੱਲ। ਮਾਂ ਪਹਿਲਾਂ ਤੁਸੀਂ ਫੜੇ ਬੈਠੇ ਹੋਵੋਗੇ ਅਗਲੇ ਤੋਂ, ਆ ਜਿਹੜੇ ਇੰਨੇ ਪਹਿਲਾਂ ਲਈ ਬੈਠੇ ਉਹ ਫੜੇ ਤਾਂ ਹੈਗੇ ਨਾ ਪੁੱਤ, ਫਿਰ ਜਦੋਂ ਬਾਈ ਬਾਹਰ ਗਿਆ ਸੀ ਉਦੋਂ ਨਹੀਂ ਫੜੇ ਹੋਣਗੇ। ਉਹ ਭਾਈ ਉਦੋਂ ਵੀ ਫੜੇ ਹੈ, ਅਤੇ ਜਦੋਂ ਉਦੋਂ ਪਹਿਲਾਂ ਵਿਆਹ ਬਣੇ ਉਦੋਂ ਲੱਗੀ ਰਹੀ ਕਰਨ,
ਉਹ ਵੱਡੇ ਘਰ ਦੀ ਹੈ, ਆਹ ਭਾਵੇਂ ਕਰ ਦਿਓ। ਉਦੋਂ ਮੈਂ ਤੈਨੂੰ ਕਿਹਾ ਸੀ ਵੀ ਜਿੰਨਾ ਕੁ ਆਪਦੇ ਕੋਲ ਹੈਗਾ ਨਾ ਉਨਾ ਕੁ ਪੈਰ ਪਸਾਰ ਲੈ। ਆਪਸ ਚ ਨਾ ਸ਼ੁਰੂ ਹੋ ਜਾਓ, ਤੁਸੀਂ ਮੇਰਾ ਹੱਲ ਕਰ ਦਿਓ ਪਹਿਲਾਂ, ਹੁਣ ਮੈਂ ਉੱਥੇ ਦੱਸ ਕੀ ਮੂੰਹ ਲੈ ਕੇ ਜਾਊਂਗੀ। ਮੈਂ ਤਾਂ ਹੀ ਕਹਿੰਦੀ ਹਾਂ, ਮੈਂ ਉਰੇ ਉੱਥੇ ਪਾਡੀਆਂ ਮਾਰ ਕੇ ਆਈ ਹਾਂ ਵੀ ਮੇਰੇ ਬਾਪੂ ਕੋਲੇ ਹੋਣਗੇ। ਮੈਂ ਇਹ ਕਹਿੰਦੀ ਹਾਂ ਛੋਟੀ ਕੋਲੇ ਪੈਸੇ ਨੇ, ਹਾਂ ਇਹ ਤੋਂ ਪੁੱਛ ਲੈਂਦੇ ਹਾਂ। ਪੁੱਛ ਲੈ ਫਿਰ, ਛੋਟੀ ਕੋਲੇ ਇੰਨੇ ਹੋਣਗੇ 1.5 ਲੱਖ? ਲੈ ਪੁੱਤ ਠੇਕਾ ਇਹਦੇ ਕੋਲੇ ਤਾਂ ਹੁੰਦਾ ਸਾਰਾ। ਉਹ ਬਾਈ 4 ਕਿੱਲਿਆਂ ਦਾ ਠੇਕਾ ਆਪਦੇ ਕੋਲੇ ਰੱਖਦੀ ਹੈ, ਸਾਡੇ ਨਾਲ ਕੋਈ ਮਤਲਬ ਨਹੀਂ ਉਹਦਾ, ਕੋਲੇ ਨਾ ਪੈਸੇ ਉਹਦੇ। ਮੇਰੇ ਤੋਂ ਥੋੜਾ ਜਿਹਾ ਕਰੂਗੀ ਐਵੇਂ ਗੁਰ ਖੁਰ ਜੇ, ਮੈਂ ਜਾਣਾ ਉਹਨੂੰ ਬੁਲਾ ਕੇ ਪੁੱਛ ਲੈ, ਨਾਲੇ ਲਾ ਪ੍ਰੀਤ ਨੂੰ ਮਿਲ ਲੂਗੀ। ਕਾਹਨੂੰ ਅੰਦਰ ਹੀ ਪੁੱਛੇ ਮੇਰੇ ਨਾਲ ਨਾ ਲਾਈ ਆਂਦਾ। ਚੱਲ ਮੈਂ ਪੁੱਛਾਂ ਨਹੀਂ, ਜਾਂ ਫਿਰ ਪੁੱਛ ਕੇ ਮੇਰੇ ਨਾਲ ਲਾਈ ਮਾਂ ਨਾ, ਮੈਂ ਕਦੋਂ ਜ਼ਰੂਰੀ ਲੋੜ ਹੈਗੀ ਤੇਰੇ ਬਾਪੂ ਨੂੰ। ਨਹੀਂ ਐਂ ਤਾਂ ਕਹਿਦੀ ਵੀ ਲਾਪ੍ਰੀਤ ਨੂੰ ਲੋੜ ਹੈ, ਸਭ ਕੁਛ ਆ ਤੁਹਾਡੇ, ਇਹ ਤਾਂ ਤੁਰਤ ਪੈਰ ਦੀ ਗੱਲ ਹੁੰਦੀ ਆ। ਪੁੱਤ ਗੱਲ ਸੁਣ, ਇਹ ਪੁੱਛਣ ਤਾਂ ਗਈ ਹੈ ਪਰ ਮੈਨੂੰ ਨਹੀਂ ਲੱਗਦਾ ਉਹ ਕਿਸੇ ਤੋਂ ਚਾਹ ਦੀ ਘੁੱਟ ਤਾਂ ਪਿਉਂਦੀ ਨਹੀਂ, ਪੈਸੇ ਕਿੱਧਰੋਂ ਦੇ ਦੂ ਉਹ। ਚੱਲ ਦੇਖਦੇ ਆ ਬਾਪੂ ਕੀ ਪਤਾ ਇਹੋ ਜਿਹੇ ਕੰਮ ਆ ਜੇ। ਚਲੋ ਦੇਖ ਲੈਣ ਦਿਓ ਭਾਈ ਇਹਨੂੰ। ਪ੍ਰੀਤ ਪੁੱਤ ਖੜੀ ਹੋ ਕੇ ਮੇਰੀ ਗੱਲ ਸੁਣੀ। ਕੀ ਹੋ ਗਿਆ ਮੰਮੀ? ਫਿਰ ਆ ਕੇ ਕਹਿ ਤਾ ਫਿਰ ਮਿਲ ਲੂੰਗੀ ਮੈਂ ਕਿਦੋਂ ਨੂੰ। ਨਹੀਂ ਮਿਲਣਾ ਨਹੀਂ, ਤੂੰ ਮੇਰੀ ਗੱਲ ਸੁਣ, ਕੋਈ ਕੰਮ ਹੈ ਤੇਰੇ ਤੱਕ? ਇੱਕ ਤਾਂ ਤੁਸੀਂ ਨਾ ਸੌਣ ਵੀ ਨਹੀਂ ਦਿੰਦੇ ਜੇ ਮੰਮੀ। ਮੈਂ ਕਹਿੰਦੀ ਸੀ ਤੈਨੂੰ ਤੇਰੇ ਕੋਲ ਪੈਸੇ ਨੇਗੇ 1.5 ਲੱਖ ਦੇ ਦੇ ਪੁੱਤ। 1.5 ਲੱਖ ਥੋੜਾ ਹੀ ਹੁੰਦਾ? ਓਹੋ ਜਦੋਂ ਆਪਣੀ ਫਸਲ ਸੜਤੀ ਉਦੋਂ ਆੜਤੀਆਂ ਤੋਂ ਫੜ ਲਾਂਗੇ, ਹੁਣ ਪਹਿਲਾਂ ਫੜੀ ਬੈਠੇ ਆ। ਕੀ ਕਰਾਉਣਾ ਤੁਸੀਂ 1.5 ਲੱਖ ਤੋਂ? ਉਹਨਾਂ ਲਾਪ੍ਰੀਤ ਕਹਿਣ ਲੋੜ ਪੈ ਗਈ ਸੀਗੀ 1.5 ਲੱਖ ਦੀ, ਉਹਨਾਂ ਨੇ ਘਰ ਵੇਲੇ ਫੜੇ ਸੀ ਅਤੇ ਉਹ ਬੰਦੇ ਨੂੰ ਹੁਣ ਪੈ ਗਈ ਲੋੜ ਵਿਚਾਰੇ ਨੂੰ ਤੁਰਤ ਪੈਰ, ਉਹਨੇ ਤਾਂ ਮੰਗ ਲਏ। ਮੇਰੇ ਤਾਂ ਆਪਦੇ ਬਹੁਤ ਖਰਚੇ ਨੇ, ਮੇਰੇ ਕੋਲ ਕਿੱਥੇ 1.5 ਲੱਖ ਰੁਪਈਆ ਮੇਰੇ ਕੋਲ ਨਹੀਂ ਹੈਗੇ ਬਾਈ। ਨਾਲੇ ਅੱਜ ਮੈਂ ਦੇ ਦੂੰਗੀ ਉਹ ਕਿੱਥੋਂ ਮੋੜਨਗੇ, ਉਹ ਤਾਂ ਪਹਿਲੀ ਹੋਏ ਜੇ ਨੇ। ਨਹੀਂ ਮੈਂ ਮਰ ਜਾ, ਐਡਾ ਵੱਡਾ ਘਰ ਹੈਗਾ, ਸੁੱਖ ਨਾਲ ਇੰਨੀ ਜ਼ਮੀਨ ਆ ਉਹਨਾਂ ਦੇ। ਹੈਂ ਫਿਰ ਜੇ ਜ਼ਮੀਨ ਇਸ ਕੰਮ ਖਾਤਰ ਰੱਖੀ ਹੈ ਮੈਂ? ਨਹੀਂ ਪੁੱਤ, ਮੈਂ ਤੈਨੂੰ ਤਾਂ ਕਹਿੰਦੀ ਹਾਂ ਜਿਹੜੇ ਬੰਦੇ ਦੇ ਦੇਣੇ ਆ ਨਾ ਉਹਨੂੰ ਤੁਰਤ ਫਿਰ ਲੋੜ ਪੈ ਗਈ, ਉਹ ਕਹਿੰਦੀ ਚੱਲ ਕਾਹਨੂੰ ਮੰਗਣੇ ਉੱਧਰ ਤਾਂ ਮੈਂ ਫੜਾ ਦੂੰਗੀ। ਹੈ ਨਹੀਂ ਗੇ ਆਏ ਕਾਹਨੂੰ ਕਰਤੀਆਂ ਤੀਗੇ, ਦੇਖ ਲੈ ਪੇਕਿਆਂ ਦੇ ਆਸ ਲੈ ਕੇ ਆਈ ਆਖਦੇ। ਫਿਰ ਕੋਈ ਨਾ, ਹੈ ਨਹੀਂ ਮੇਰੇ ਕੋਲ, ਉਹ ਤੂੰ ਦਬਾ ਦਿਓ, ਉਹਦੇ ਕੋਲ ਹੋਣਗੇ ਬੁੜੇ ਕੋਲ ਬੋਲਦਾ ਸੀ ਜਿਹੜਾ ਚਵਰ ਚਵਰ। 50 ਕੁ ਹਜ਼ਾਰ ਹੈਗਾ। ਕੋਈ ਗੱਲ ਨਹੀਂ, ਫਿਰ 50 ਹਜ਼ਾਰ ਹੀ ਲੈ ਜੂਗੀ, ਮੇਰੇ ਕੋਲ ਨਹੀਂ ਹੈਗੇ ਬਈ। ਪ੍ਰੀਤ ਪੁੱਤ ਹੁਣ ਮੈਂ ਲਵਪ੍ਰੀਤ ਨੂੰ ਐਂ ਕਹਾਂ ਵੀ ਤੇਰੀ ਭਰਜਾਈ ਨੇ ਜਵਾਬ ਦਿੱਤਾ ਨਾ, ਮੇਰੀ ਧੀ ਮੇਰੀ ਇੱਜ਼ਤ ਰੱਖ ਦੇ, ਉਹਨੂੰ 1.5 ਲੱਖ ਦੇ ਦੇ, ਥੋੜ੍ਹੇ ਹੀ ਦਿਨਾਂ ਤੱਕ ਮੋੜ ਦੇਣਗੇ ਕਣਕ ਸਿੱਟ ਕੇ। ਫਿਰ ਮੈਂ ਕੀ ਕਰਾਂ, ਮੈਂ ਕੀ ਠੇਕਾ ਲਿਆ ਅਤੇ ਨਾਲੇ ਮੈਂ ਤਾਂ ਵੀ FD ਕਰਵਾਈ ਹੋਈ ਹੈ, ਮੈਂ ਤੜਵਾ ਨਹੀਂ ਸਕਦੀ। ਤੇਰਾ ਜਵਾਬ ਹੈ ਹੁਣ? ਆਹੋ ਜਵਾਬ ਹੈ ਮੇਰਾ। ਤੂੰ ਤਾਂ ਉਹੀ ਗੱਲ ਕਰਤੀ, ਮੇਰੀ ਬੇਇੱਜ਼ਤੀ ਕਰਾਉਣੀ ਆ ਕਰਵਾ ਦੇਗੀ। ਅਗਲੇ ਬੇਇੱਜ਼ਤੀ ਨੂੰ ਕੰਮ ਮੰਗਣ ਕਾਹਤੋਂ ਆਈ ਹੈ ਮੇਰੇ ਤੋਂ? ਲੈ ਤੂੰ ਤਾਂ ਐਂ ਮੰਗਣ ਆ ਗਈ ਜਿਵੇਂ ਦੀ ਵੀ ਪਤਾ ਨਹੀਂ 10 ਰੁਪਈਆਂ ਦੀ ਗੱਲ ਹੁੰਦੀ, 1.5 ਲੱਖ ਦੀ ਗੱਲ ਇਹ। ਨਹੀਂ ਮੈਂ ਤੇਰੇ ਬਾਪੂ ਦੇ ਸਾਹਮਣੇ ਮੰਗਣ ਆਈ ਹੈਗੀ, ਮੈਨੂੰ ਕੀ ਪਤਾ ਸੀ ਤੂੰ ਜਵਾਬ ਦੇ ਦੇਂਗੀ ਪੁੱਤ। ਚੰਗਾ ਚੱਲ ਤੇਰੀ ਮਰਜ਼ੀ ਹੈਗੀ, ਹੁਣ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ, ਨਾਲੇ ਉਹ ਛਿੱਤਰੀ ਲਊਗਾ। ਆਹੋ ਬੇਇੱਜ਼ਤੀ ਨੂੰ ਤੁਸੀਂ ਦੱਸ ਆ ਗਏ ਵੱਡੇ, ਉਹ ਲਾਣੇਦਾਰ ਹੁੰਦੀ ਬੇਇੱਜ਼ਤੀ, ਮੂੰਹ ਚੱਕ ਕੇ ਆ ਗਈ 1.5 ਲੱਖ ਰੁਪਈਆ ਘੱਟੇ ਹੁੰਦੇ ਜਿਵੇਂ, ਦੱਸ ਤੁਹਾਡੇ ਖਾਤਰ ਰੱਖੇ ਹੋਏ ਨੇ, ਹੁਣ ਮੈਂ FD ਤੜਵਾ ਦਾਂ ਉਹਦੇ ਖਾਤਰ, ਮੈਡਮ ਖਾਤਰ, ਇਹ ਡਰਾਮੇ ਨਹੀਂ ਲੋਟ ਆਉਂਦੇ ਇਹਨਾਂ ਦੇ।
ਕਿਵੇਂ ਐਂ ਜਿਹਾ ਮੂੰਹ ਕਰੀ ਆਉਣੀ ਹੈ? ਕੀ ਕਰਨਾ ਸੀ ਮੂੰਹ? ਜਵਾਬ ਦਿੱਤਾ ਉਹਨੇ, ਜਵਾਬ ਦਿੱਤਾ? ਹੁਣ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ, ਹੁਣ ਜਿਹੜੇ ਉਹਨੇ ਡਾਲਰ ਦਿੱਤੇ ਨੇ ਨਾ, ਬੈਂਕ 'ਚ ਜਾ ਫਟਾਫਟ, ਵੱਡਾ ਸਾਰਾ ਝੋਲਾ ਲੈ ਜੀ, ਜਾਂ ਕਰਾ ਲਿਆ ਕੈਸ਼ ਥੱਲੀ, ਮੈਂ ਤਾਂ ਹੁਣ ਲੈ ਲੂੰ ਪੈਸੇ ਉਤੋਂ। ਉਹਨੇ ਸਾਫ ਲਫ਼ਜ਼ਾਂ 'ਚ ਥੋੜ੍ਹੇ ਜਵਾਬ ਦਿੱਤਾ ਗਾ। ਕੀ ਕਹਿੰਦੀ ਹੈ? ਉਹ ਕਹਿੰਦੀ ਮੇਰੀ ਐਫ ਡੀ ਕਰਾਈ ਹੋਈ ਆ, ਉਹ ਨਹੀਂ ਮੈਂ ਤੜਾਉਂਦੀ। ਉਹ ਐਫ ਡੀ ਦਾ ਮਤਲਬ ਪਤਾ ਨਾ ਕਿਉਂ ਕਹੇ? ਹਾਂ, ਉਹ ਤੈਨੂੰ ਜਵਾਬ ਦੇਣ ਦਾ ਤਰੀਕਾ ਸੀ ਉਹਦੇ ਕੋਲ। ਇਹ ਮਾਂ ਉਹਦੀ ਨੀਤ ਨਹੀਂ ਹੈਗੀ, ਭਾਬੀ ਦੀ ਨੀਤ ਤਾਂ ਮੈਨੂੰ ਪਤਾ ਹੀ ਹੈ। ਪੈਸੇ ਕਿੱਥੋਂ ਦੇ ਦੂਗੀ? ਜਦੋਂ ਦੀ ਮੈਂ ਆਈ ਹਾਂ, ਮੈਨੂੰ 2 ਘੰਟੇ ਹੋ ਗਏ ਆਈ ਨੂੰ, ਮਿਲਣ ਆਈ ਹੈ ਉਹ, ਮਾੜੀ ਮੋਟਾ ਹਾਲ ਪੁੱਛਣ ਆਈ ਹੈ ਮੇਰਾ। ਕੀ ਪਤਾ ਪੁੱਤ ਕਹੀ ਜੀ ਹੈਗੀ। ਤੁਸੀਂ ਆਹ ਗੱਲਾਂ ਛੱਡੋ ਬਾਪੂ ਜੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਕੰਮ ਆਉਣ ਵਾਲੀ ਹੈ ਨਹੀਂ ਆਪਾਂ ਨੂੰ, ਤੁਸੀਂ ਹੋਰ ਤਰੀਕਾ ਲੱਭੋ ਕੋਈ ਵੀ, ਹੁਣ ਕੀਤਾ ਕੀ ਜਾਵੇ? ਉਹ ਪੁੱਤ ਕੋਈ ਤਾਂ ਇੰਤਜ਼ਾਮ ਕਰਾਂਗੇ ਹੀ, ਹੁਣ ਅਸੀਂ ਆਪਦੀ 30 ਤਿਆਰੀ ਨੂੰ ਖਾਲੀ ਥੋੜੀ ਮੈਂ ਕਹਿੰਦੀ ਹਾਂ। ਹਾਂ, ਦੂਜੇ ਆੜਤੀਆਂ ਨੂੰ ਫੋਨ ਕਰਕੇ ਪੁੱਛ ਲੈ, ਉਹਨਾਂ ਨੂੰ ਛੱਡ ਦਾਂਗੇ ਆਪਾਂ ਕਣਕ। ਓਏ ਖੜ ਜਾ, ਚੁੱਪ ਕਰ ਦੋ। ਦੀਦੀ ਮੈਂ ਤੁਹਾਡੀਆਂ ਗੱਲਾਂ ਸੁਣ ਲਈਆਂ ਸੀ, ਕਿ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ? ਹਾਂ ਹਾਂ, ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੂੰ ਚੁਗਲੀਆਂ ਸੁਣਦੀ ਹੈਗੀ, ਜਿਹਦੇ ਕੋਲ ਹੈਗੇ ਨਾ ਉਹ ਤਾਂ ਦਿੰਦੀ ਨਹੀਂ, ਤੂੰ ਤਾਂ ਨਹੀਂ ਕਿ ਨੰਗਣੀ। ਮਾਂ ਤੂੰ ਛੁੱਟੀ ਕਰ ਜਾ ਕਰ 2 ਮਿੰਟ, ਕੀ ਨੰਗਣੀ ਨੰਗਣੀ ਲਾ ਰੱਖੀ ਹੈ ਤੂੰ? ਮੇਰੀ ਗੱਲ ਸੁਣ, ਉਹਨੇ ਅਗਲੀ ਕੋਲੇ ਕੁਛ ਹੈਗੇ ਭਾਵੇਂ ਨਾ ਹੈਗੇ, ਮਾਨ ਤਾਂ ਰੱਖ ਤਾਂ ਮੇਰਾ ਆਈਦਾ। ਕਦੇ ਨਾ ਆ ਚਿੱਬੇ ਬੂਥੇ ਨਾਲ ਗੱਲ ਕਦੇ ਸਿੱਧੀ ਕਰ ਲੈ, ਸੁਣ ਲਓ ਪੁੱਛ ਲਓ। ਹਾਂ ਪੁੱਤ, ਤੂੰ ਦੱਸ ਹੁਣ ਕੀ ਕਹਿੰਦਾ ਸੀ ਚਿੱਬਾ ਪੁੱਤ? ਮੇਰੇ ਕੋਲ ਮੇਰੇ ਗਹਿਣੇ ਪਏ ਨੇ, ਉਹੀ ਦੇ ਦਿੰਦੀ ਆ ਦੀਦੀ ਨੂੰ, ਗਹਿਣੇ ਧਰ ਦੇਣਗੇ, ਨਾਲੇ ਮੇਰੇ ਕਿਹੜਾ ਕੁਛ ਕੰਮ ਦੀਆਂ ਨੇ ਹੁਣ। ਸੁਣ ਲਿਆ, ਸੁਣ ਲਿਆ, ਹੁਣ ਆ ਹੁੰਦਾ ਸਲੀਕਾ। ਪਰ ਭਾਬੀ ਗਹਿਣੇ ਤਾਂ ਤੇਰੇ ਕੰਮ ਆਉਣਗੇ, ਉਦੋਂ ਤੂੰ ਪਾਉਣੀ ਆ। ਦੀਦੀ ਮੈਂ ਕਿੱਦੇ ਪਾਏ ਨੇ ਗਹਿਣੇ? ਕੁਛ ਨਹੀਂ ਹੁੰਦਾ, ਨਾਲੇ ਜਦੋਂ ਤੁਹਾਡੇ ਕੰਮ ਆਉਣਗੀਆਂ ਹੋਣਾ, ਮੈਨੂੰ ਕੋਈ ਉਹ ਨਹੀਂ ਹੈਗਾ। ਚੱਲ ਕੋਈ ਨਾ ਪੁੱਤ, ਜੱਸੀ ਦਿੰਦੀ ਆ ਤਾਂ ਲੈ ਲਓ, ਹੈ ਨਾ, ਇਹਨੂੰ ਹੋਰ ਫੇਰ ਕਰਾ ਦਾਂਗੇ, ਹੈ ਨਾ ਜੱਸੀ? ਨਹੀਂ ਮੰਮੀ, ਮੈਨੂੰ ਤਾਂ ਲੋੜ ਨਹੀਂ ਹੈਗੀ ਦੀਦੀ। ਨਾ ਨਾ, ਕੋਈ ਨਾ ਭਾਬੀ, ਜਿੰਨਾ ਟਾਈਮ ਸਾਡਾ ਹੱਥ ਸੈੱਟ ਨਹੀਂ ਆਉਂਦਾ ਉਹਨਾਂ ਟਾਈਮ ਤਾਂ ਚਲੋ ਉਦੋਂ ਗਹਿਣੇ ਹੀ ਪਏ ਰਹਿਣ ਦਿਓ, ਪਰ ਜਦੋਂ ਵੀ ਸਾਡਾ ਹੱਥ ਸੈੱਟ ਹੋ ਗਿਆ ਨਾ ਤੇਰੇ ਗਹਿਣੇ, ਅਸੀਂ ਐਵੇਂ ਮੋੜ ਦਾਂਗੇ ਛਡਾ ਕੇ। ਉਹ ਲਾਪਰੇ ਤਾਂ ਤੂੰ ਗੱਲਾਂ ਕਈਆਂ ਜਿਹੀਆਂ ਕਰਦੀ ਹੈਗੀ। ਉਹ ਸ਼ਾਬਾਸ਼ੇ ਪੁੱਤ, ਤੂੰ ਸਾਡਾ ਮਾਨ ਤਾਂ ਰੱਖ ਤਾਂ, ਆਹ ਦੇਖ ਲੈ ਐ ਹੁੰਦਾ ਕਿਸੇ ਅੜੇ ਮੌਕੇ ਨਾਲ ਸਾਹਮਣਾ ਗੱਲ ਆਹ ਹੁੰਦੀ ਹੈ, ਤੂੰ ਹੋਈ ਬੈਠੀ ਰਹਿੰਦੀ ਆ ਚੌੜੀ, ਹਰ ਟਾਈਮ ਇੱਕੋ ਪਾਸੇ ਉਹਨੂੰ ਬੁਰਾ ਹੀ ਬੁਰਾ ਬੋਲੀ ਜਾਂਦੀ ਸੀ। ਮੈਨੂੰ ਕੀ ਪਤਾ ਵੀ ਖੋਟਾ ਪੈਸਾ ਵੀ ਕੰਮ ਆ ਜਾਂਦਾ। ਅਮੀਰ ਬੰਦਾ ਪੈਸੇ ਵੱਲੋਂ ਨਹੀਂ ਹੋਣਾ ਚਾਹੀਦਾ, ਦਿਲ ਦਾ ਵੀ ਹੋਣਾ ਚਾਹੀਦਾ। ਉਹਦੇ ਕੋਲੇ ਭਾਵੇਂ ਪੈਸੇ ਹੀ ਨਹੀਂ ਸੀ, ਪਰ ਉਹਨੇ ਵਿਚਾਰੀ ਨੇ ਜਿਵੇਂ ਉਹਦੇ ਦਿਮਾਗ 'ਚ ਆਇਆ, ਉਹਨੇ ਮਿੰਟਾਂ 'ਚ ਕਹਿਤਾ ਵੀ ਮੇਰੇ ਗਹਿਣੇ ਗਹਿਣੇ ਰੱਖ ਦਿਓ ਤੁਸੀਂ। ਹਾਂ ਧੀਏ, ਉਹਨੇ ਮੇਰਾ ਮਾਣ ਤਾਂ ਰੱਖਿਆ ਨਾ। ਜਮਾਂ ਸਹੀ ਹੈ ਤੇਰੀ ਗੱਲ, ਪੈਸੇ ਉਹਦੀ ਲਾਡਲੀ ਨੂੰ, ਉਹ ਤਾਂ ਅੰਦਰੋਂ ਨਿਕਲਦੀ ਸਵੇਰ ਦੀ। ਪੈਸੇ ਵਾਲੀ ਕੰਮ ਨਹੀਂ ਆਈ ਅੱਜ, ਜਿਹਨੂੰ ਮੈਂ ਨੰਗ ਦੱਸਦੀ ਸੀ ਉਹੀ ਕੰਮ ਆਈ ਇਸ ਟਾਈਮ 'ਤੇ। ਤੂੰ ਕਿਹੜੇ ਬੇੜੇ ਦਾ ਉਹਨੂੰ ਕਹਿ ਕੇ ਆਈ ਸੀ ਨਾ ਵੀ ਲਵਪ੍ਰੀਤ ਆਈ ਹੋਈ ਹੈ? ਆਈ ਆ ਉਹ ਤੇਰੇ ਮੂਹਰੇ ਇੱਥੇ ਆ ਕੇ ਕੁੜੀ ਨੂੰ ਪੁੱਛਿਆ ਵੀ ਹਾਂ ਦੀਦੀ ਤੂੰ ਕਿਵੇਂ ਹੈ, ਕੀ ਕੋਈ ਤੈਨੂੰ ਦੁੱਖ ਤਕਲੀਫ ਹੈ? ਪੁੱਛਿਆ ਉਹਨੇ ਆ ਕੇ ਕੁਛ? ਕੀ ਪਤਾ ਸੀ ਪੁੱਤ ਵੀ ਇੰਨੀ ਫੁਕਰੀ ਆ ਇਹ, ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ। ਸਾਨੂੰ ਤਾਂ ਇਸ ਗੱਲ ਦਾ ਪਤਾ ਸੀ ਮਾਂ, ਥੋੜ੍ਹਾ ਜਿਹਾ ਤੇਰੀ ਲਾਲਚ ਦੀ ਪੱਟੀ ਬੰਨੀ ਹੋਈ ਸੀ, ਤੈਨੂੰ ਤਾਂ ਉਹਨੇ ਸੁਪਨੇ ਵੱਡੇ ਵੱਡੇ ਦਿਖਾ ਰੱਖੇ ਸੀ ਨਾ ਮਹਿਲਾਂ ਕੋਠੀਆਂ ਵਾਲੇ। ਹਾਂ ਪੁੱਤ, ਮੈਂ ਉਹਦੀਆਂ ਗੱਲਾਂ 'ਚ ਆ ਗਈ ਸੀ। ਤੂੰ ਤਾਂ ਨਾ 4 ਕਿੱਲਿਆਂ ਦੀ ਬਾਟੀ ਇੰਨੀ ਉੱਚੀ ਕਰ ਰੱਖੀ ਸੀ ਉਹਦੇ ਹਣਾ ਦੀ, ਜਿਹਦੇ ਵਿੱਚ ਤੈਨੂੰ ਕੁਝ ਦਿਸਿਆ ਹੀ ਨਹੀਂ, ਅਸੀਂ ਤਾਂ ਤੈਨੂੰ ਦੀਦਾ ਹੀ ਨਹੀਂ ਸੀ, ਸਾਡੀ ਤੈਨੂੰ ਗੱਲ ਕੋਈ ਵਧੀਆ ਲੱਗਦੀ ਨਹੀਂ ਸੀ। ਮੇਰੀ ਤਾਂ ਇਹ ਸੋਚ ਸੀ ਪੁੱਤ ਵੀ ਚੱਲ 4 ਕਿੱਲਿਆਂ ਮੇਰੇ ਪੁੱਤ ਦੇ ਕੰਮ ਆਉਣਗੇ, ਮੈਨੂੰ ਇਹ ਨਹੀਂ ਸੀ ਪਤਾ ਜਿਹਨੂੰ ਮੈਂ ਤਲੀਆਂ 'ਤੇ ਚੋਗ ਚਗਾਉਂਦੀ ਹਾਂ ਵੀ ਉਹ ਮੇਰੇ ਕੰਮ ਨਹੀਂ ਆਉਣੀ, ਜਿਹਨੂੰ ਮੈਂ ਬੇਇੱਜ਼ਤ ਕਰਦੀ ਸੀ ਉਹ ਮੇਰੀ ਮੌਕੇ 'ਤੇ ਕੰਮ ਆ ਗਈ। ਕੋਈ ਗੱਲ ਨਹੀਂ ਪੁੱਤ, ਮੈਨੂੰ ਤੂੰ ਮਾਫ਼ ਕਰ ਦੀ, ਠੀਕ ਹੈ? ਧੀਏ ਤੇਰੇ ਨਾਲ ਮੈਂ ਬਹੁਤ ਬਸ ਲੁੱਕੀਆਂ ਕੀਤੀਆਂ ਨੇਗੀਆਂ, ਮੈਨੂੰ ਪਤਾ ਨਹੀਂ ਸੀ ਪੁੱਤ ਵੀ ਤੂੰ ਹੀ ਮੇਰੀ ਧੀ ਦੇ ਕੰਮ ਆਉਣਾ। ਮੁੱਕਦੀ ਗੱਲ ਤਾਂ ਇਹ ਹੈ ਮਾਂ ਵੀ ਜਿਹਦੀ ਤੂੰ ਥਾਂ ਥਾਂ 'ਤੇ ਜਾ ਕੇ ਰਿਸ਼ਤੇਦਾਰੀਆਂ 'ਚ ਜਾ ਕੇ ਬੇਇੱਜ਼ਤੀ ਕਰਦੀ ਸੀ ਨਾ, ਉਹੀ ਅੱਜ ਤੇਰੇ ਕੰਮ ਆਈ ਆ, ਉਸ ਨੇ ਅੱਜ ਤੇਰੀ ਇੱਜ਼ਤ ਰੱਖੀ ਆ।
ਤੇ ਜਿਹਦੀ ਤੂੰ ਇੰਨੀ ਇੱਜ਼ਤ ਕਰਦੀ ਸੀ ਉਹਨੇ ਸਾਡੇ ਸਾਰਾ ਸਾਹਮਣੇ ਤੇਰੀ ਬੇਇੱਜ਼ਤੀ ਕਰਤੀ। ਚਲੋ ਦੀਦੀ ਮੈਂ ਲੈ ਕੇ ਆਉਂਦੀ ਹਾਂ ਗਹਿਣੇ ਤੁਹਾਡੇ ਲਈ। ਆ ਦੇਖ ਲੈ ਕੁਲਦੀਪ ਕੁਰੇ, ਤੂੰ ਨਾ ਆਪਦੇ ਛੋਟੀ ਪਿੱਛੇ ਜਿਹਨੂੰ ਤੂੰ ਆਪਦਾ ਏਟੀਐਮ ਹੀ ਸਮਝਦੀ ਸੀ ਵੀ ਇਹ ਤਾਂ ਮੇਰਾ ਪੈਸਿਆਂ ਵਾਲਾ ਏਟੀਐਮ ਹੈ, ਉਹਦੇ ਤੇਰੀ ਬੇਇੱਜ਼ਤੀ ਕੀਤੀ ਨਾ, ਤੇ ਆਹ ਦੇਖ ਲੈ ਜਿਹਨੇ ਵਿਚਾਰੀ ਨੇ ਦੁੱਖ ਸੁੱਖ ਦੇਖਿਆ ਨਾ ਉਹਨੂੰ ਪਤਾ ਵੀ ਮੇਰੀ ਨਣਦ ਕਿਸੇ ਦੁੱਖ 'ਚ ਆਈ ਹੈ, ਉਹਨੇ ਮਿੰਟ 'ਚ ਹਾਂ ਕਰਤੀ। ਦੇਖ ਲਾਪ੍ਰਿਤ ਦੇ ਬਾਪੂ, ਟਾਈਮ ਨਾਲ ਹੀ ਮੇਰੇ ਅੱਖਾਂ ਤੋਂ ਪੱਟੀ ਲੈ ਗਈ, ਹੈ ਨਾ ਲਾਪ੍ਰਿਤ? ਡੰਗਾ ਲਾਹੋ ਤੁਸੀਂ, ਇਹ ਕੋਈ ਉਹ ਨੀ, ਸੋਚ ਨਾ ਕਰਿਓ, ਕੋਈ ਗੱਲ ਨੀ, ਜਦੋਂ ਤੁਹਾਡਾ ਹੱਥ ਸੌਖਾ ਹੋਇਆ ਕੋਈ ਗੱਲ ਨੀ, ਉਦੋਂ ਆਪਾਂ ਕਰ ਲਾਂਗੇ ਜਿਵੇਂ ਕੁਛ ਹੋਊਗਾ, ਜਾਂ ਪਾ ਕੇ ਦੇ ਕੁੜੀ ਨੂੰ। ਕੋਈ ਗੱਲ ਨੀ ਡੈਡੀ, ਆਪਾਂ ਨੂੰ ਕਿਹੜਾ ਲੋੜ ਹੈਗੀ। ਉਹ ਠੀਕ ਆ ਪੁੱਤ, ਇੱਥੇ ਵੀ ਤਾਂ ਘਰੇ ਪਏ ਸੀ, ਸਿਆਣੀ ਗੱਲ ਕੀਤੀ ਪੁੱਤ ਤੂੰ। ਜਿਉਂਦੀ ਰਹਤੀ ਹੈ, ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ, ਕੋਈ ਗੱਲ ਨਹੀਂ, ਜਿਹੜੀ ਨੇ ਮੇਰੀ ਧੀ ਦੀ ਇੱਜ਼ਤ ਰੱਖਦੀ। ਚੱਲ ਪੁੱਤ ਕੋਈ ਨਾ, ਤੇਰੀ ਮਾਂ ਦਾ ਤੂੰ ਵੀ ਨਾ ਗੁੱਸਾ ਕਰੀ ਜਿਹੜਾ ਤੈਨੂੰ ਇੰਨਾ ਕੁਛ ਬੋਲਦੀ ਰਹੀ ਹੈ, ਬਸ ਤੂੰ ਸਿਆਣਾ ਪੁੱਤ, ਕੋਈ ਨਾ।